ਕੰਮ ਤਾਂ ਹੋ ਗਿਆ। ਮੰਮੀ ਜਿਹੜਾ ਕੁਛ ਤੁਸੀਂ ਕਿਹਾ ਸੀ ਮੈਂ ਉਵੇਂ ਕਰੇ ਬਿਠਾਤਾ। ਹੋਰ ਥੱਕਿਆ ਹੋਏਗਾ ਤੂੰ, ਉਹ ਨਹੀਂ ਹੁੰਦਾ ਫਿਰ ਚੀਜ਼ਾਂ ਘਰੋਂ ਚੁਕਾ ਦਿੰਦੇ ਤੂੰ ਸੁੱਤਾ ਰਹਿ, ਪਹਿਲਾਂ ਤਾਂ ਕੜੀ ਗਏ ਹੁਣ ਉਦੋਂ ਬਾਅਦ ਸਾਰਾ ਕੁਝ ਹੋਰ ਚੁਕਾ ਦਿੰਦੇ। ਪਤਾ ਨਹੀਂ ਕੱਲੀ ਤੁਹਾਡੀ ਅਲਮਾਰੀ ਰਹਿ ਗਈ, ਕਦੇ ਉੱਥੇ ਤਾਂ ਨਹੀਂ? ਕੀ ਮਤਲਬ ਅਸੀਂ ਚੋਰ ਹਾਂ ਵੀ ਤੁਹਾਡੀ ਗੱਲ ਸੁਣੀ ਹੈਗੀ ਜਿਹੜੀ ਤੂੰ ਕਰਦੀ ਆ ਕਿ ਤੁਸੀਂ ਚੈੱਕ ਕਰਾ ਦਿਓ, ਇਹਦਾ ਮਤਲਬ ਚੋਰ ਹੀ ਹੋ ਗਿਆ ਇੱਕ ਤਰ੍ਹਾਂ ਦੀ। ਸੁਣ ਸੱਚ ਤਾਂ ਪਾ ਲੈਣੀ ਹੈ, ਹੁਣ ਉੱਥੇ ਆਊਗੀ ਤੇ ਫੇਰ ਹੀ ਜੇ ਬੱਤ ਅਲਮਾਰੀ ਨਹੀਂ ਚੈੱਕ ਕਰਵਾਉਣ ਦੀ। ਲੈ ਦੇਖ ਲੈ ਅਲਮਾਰੀ। ਹਾਂ ਐਂ ਹੋਣਾ ਚਾਹੀਦਾ ਸੀ। ਠੀਕ ਲੈ ਮੁੱਕ ਗਏ। ਇਹ ਮਨਿੰਦਰ ਸਿੱਧੂ ਹੈ ਨਾ ਜਿਹੜੀ ਇਹ ਚੈਨਲ ਦੇ ਉੱਤੇ ਬਹੁਤ ਸੋਹਣੀਆਂ ਵੀਡੀਓ ਪਾਉਂਦੀਆਂ, ਮੈਨੂੰ ਵਧੀਆ ਲੱਗਦੀਆਂ ਨੇ ਉਹਨਾਂ ਦੀਆਂ। ਹਾਂ ਹੋਰ ਹੈ ਨਹੀਂ ਕੋਈ ਨਵੀਂ ਆਈ, ਇੱਕ ਦਿਨ 'ਚ ਇੱਕ ਪਾਉਂਦੇ, ਇੱਕ ਦਿਨ 'ਚ ਚਾਰ ਪੰਜ ਪਾਉਣੀਆਂ ਚਾਹੀਦੀਆਂ ਇਹਨਾਂ ਨੂੰ ਤਾਂ ਕਰਕੇ ਵਧੀਆ ਲੱਗਦਾ। ਉਹ ਭਾਈ ਕੁੜੀਓ ਹਰਪ੍ਰੀਤ, ਇੱਕ ਤਾਂ ਗੱਲ ਨਹੀਂ ਕਿਸੇ ਹੁੰਦਾ, ਤਾਂ ਫੋਨ ਦੀ ਬੈਟਰੀ ਲੋਅ ਹੋ ਗਈ, ਇਹਦਾ ਨੈੱਟ ਪਤਾ ਨਹੀਂ ਹੁਣ ਹੈਗਾ ਕਿ। ਹਰਪ੍ਰੀਤ ਉਹ ਭਾਈ ਹਰਪ੍ਰੀਤ, ਹਰਪ੍ਰੀਤ। ਹਾਂ ਗਗਨ ਮੈਂ ਤੈਨੂੰ ਰੁੱਕ ਕੇ ਗੱਲ ਕਰਦੀ, ਮਾਮਾ ਭਾਈ ਆਂਦਾ ਮੇਰਾ। ਹਾਂਜੀ ਹਾਂਜੀ ਮਾਮਾ ਜੀ। ਇੱਧਰ ਸਾਹਮਣੇ ਆ, ਮੈਂ ਕੁੱਤਾ ਘੰਟਾ ਹੋ ਗਿਆ ਭੌਂਕੀ ਜਾਂਦੇ ਨੂੰ। ਉਹ ਮਾਮਾ ਜੀ ਮੈਂ ਗੱਲ ਕਰੀ ਜਾਂਦੀ ਸੀ ਫੋਨ ਤੇ, ਪਤਾ ਨਹੀਂ ਲੱਗਿਆ। ਅੱਛਾ ਫੋਨ ਤੇ ਗੱਲਾਂ ਕਰਨੀਆਂ ਤੈਨੂੰ ਜ਼ਰੂਰ ਕੀ ਹੋ ਗਈਆਂ, ਮਾਮੇ ਦਾ ਕੋਈ ਜ਼ਰੂਰੀ ਨਹੀਂ ਤੈਨੂੰ ਹੈਗਾ। ਮਾਮਾ ਜੀ ਸੁਣੀ ਨਹੀਂ ਤੁਹਾਡੀ ਆਵਾਜ਼। ਸੁਣੀ ਨਹੀਂ, ਇਹਨੂੰ ਚਾਰਜ ਲਾ ਚੱਕ ਕੇ ਲਾ ਦੇ। ਘੰਟਾ ਹੋ ਗਿਆ ਤੈਨੂੰ ਬਾਜਾਂ ਮਾਰੀ ਜਾਂਦੇ ਨੂੰ, ਵੀ ਕੋਈ ਮੇਰੀ ਵੀ ਸੇਵਾ ਕਰ ਲਿਆ ਕਰੋ। ਤੁਹਾਨੂੰ ਕੀ ਚਾਹੀਦਾ ਮਾਮਾ ਜੀ? ਚਾਹ ਬਣਾ ਦੇ ਭਾਈ, ਚਾਹ ਕਹੀ ਜਾਣਾ ਕਦੋਂ ਦਾ ਨਾ ਚਾਹ ਦਿੱਤਾ ਨਾ ਤੁਸੀਂ ਆਪਦੇ ਫੋਨਾਂ ਤੇ ਲੱਗੇ ਪਏ ਹੁਣ ਰਹਿੰਦੇ ਹੋ ਸਾਰਾ ਦਿਨ। ਮਾਮਾ ਜੀ ਫਰੈਂਡ ਦਾ ਫੋਨ ਆ ਗਿਆ ਸੀ ਤੇ ਮੈਂ ਗੱਲ ਕਰਨ ਲੱਗੀ। ਕਿਹੜੇ ਤੇਰੇ ਫਰੈਂਡ ਦਾ ਫੋਨ ਆਇਆ ਸੀਗਾ? ਤੇ ਫਰੈਂਡ ਆ ਸੋ ਹੁੰਦੀਆਂ ਨੇ, ਹੁਣ ਤੁਹਾਨੂੰ ਕੀ ਦੱਸਾਂ ਮਾਮਾ ਜੀ ਮੈਂ? ਇਹ ਜੀ ਕਿਹੜੀ ਫਰੈਂਡ ਆ ਵੀ ਜਿਹੜੀ ਸਾਨੂੰ ਨਹੀਂ ਦੱਸ ਸਕਦੇ? ਮੇਰੀ ਗੱਲ ਸੁਣ ਲੈ ਕੁੜਕੇ, ਮੈਂ ਤੈਨੂੰ ਕਿਸ ਗੱਲ ਦੱਸਾਂ, ਤੂੰ ਨਾ ਹੱਥਾਂ 'ਚੋਂ ਨਿਕਲਦੀ ਜਾਂਦੀ, ਸਿਰ 'ਤੇ ਚੋਂ ਨਹੀਂ ਲੈ ਲਾ, ਪਹਿਲਾਂ ਤਾਂ ਮੇਰੇ ਸਾਹਮਣੇ ਖੜਨਾ ਤਾ। ਇਹ ਲਾਡੀ ਆ ਜਿਹੜਾ ਤੇਰੀਆਂ ਗੱਲਾਂ ਨੂੰ ਉਹ ਕਰ ਦਿੰਦਾ ਗਾ। ਮਾਮਾ ਜੀ ਇਹਦੇ ਵਿੱਚ ਹੱਥਾਂ 'ਚ ਨਿਕਲਣ ਵਾਲੀ ਕੀ ਗੱਲ ਹੈ? ਹੁਣ ਫੋਨ ਰੱਖਿਆ ਤਾਂ ਫੋਨ ਤਾਂ ਆਊਗਾ ਹੀ। ਸਿਰ 'ਤੇ ਚੁੰਨੀ ਨਹੀਂ ਸੰਭਲਦੇ, ਨਹੀਂ ਫਰੈਂਡਾਂ ਨਾਲ ਗੱਲਾਂ ਕਰਦੇ, ਫਰੈਂਡਾਂ ਨਾਲ ਗੱਲਾਂ ਕਰਦੇ, ਇਹੋ ਜਿਹੇ ਕਿਹੜੇ ਤੁਹਾਡੇ ਫਰੈਂਡ ਹੋ ਗਏ ਬਈ ਜਿਹੜੇ ਤੁਹਾਨੂੰ ਸਾਰਾ ਸਾਰਾ ਦਿਨ ਫੋਨ ਲਾਈ ਰੱਖਦੇ ਨੇ? ਮਾਮਾ ਜੀ ਸਾਰਾ ਦਿਨ ਤਾਂ ਮੈਂ ਫੋਨ ਚੱਕਦੀ, ਮੈਂ ਤਾਂ 4 ਦਿਨ ਵਾਸਤੇ ਇੱਥੇ ਆਇਆ ਕੁੜਕੇ। ਮੇਰੀ ਗੱਲ ਸੁਣ ਲੈ, ਮੈਂ ਤੈਨੂੰ ਸਿੱਧੀ ਗੱਲ ਦੱਸਦਾ, ਮੇਰੀ ਸੇਵਾ 'ਚ ਕੋਈ ਕਮੀ ਰਹੇਗੀ ਤਾਂ ਹਿਸਾਬ ਲਾ ਲਈ, ਫਿਰ ਨਾ ਕਹੀਂ ਮਾਮੇ ਨੇ ਕੋਈ ਦੱਸਿਆ ਨਹੀਂ। ਤੁਹਾਡੀ ਸੇਵਾ 'ਚ ਕੋਈ ਕਮੀ ਨਹੀਂ ਆਉਂਦੀ ਮਾਮਾ ਜੀ। ਆ ਫੋਨ ਚਾਰਜ ਲਾ ਦੇ ਤੇ ਚੱਕ ਕੇ ਪਾਣੀ ਦਾ ਗਲਾਸ ਲਿਆ ਕੇ ਦੇ, ਜਾਂ ਮੈਨੂੰ ਚਾਹ ਬਣਾ ਕੇ ਲਿਆ ਕੇ ਦੇ। ਲਿਆਦਾ ਨਹੀਂ। ਕੀ ਗੱਲ ਹੋ ਗਈ ਮਾਮਾ ਜੀ? ਗੱਲ ਹੋ ਗਈ ਆ, ਮੇਰੇ ਫਰੈਂਡ ਦਾ ਫੋਨ ਆ ਗਿਆ ਸੀ, ਮੈਂ ਗੱਲ ਕਰਨ ਲੱਗੀ ਤੇ ਮਾਮਾ ਉਹੀ ਬੋਲਣ ਲੱਗ ਗਿਆ ਮੈਨੂੰ। ਨਾ ਉਹੀ ਮੈਂ ਕਿਉਂ ਬੋਲਣ ਲੱਗ ਗਿਆ ਭਲਾ ਦੀ? ਮੈਂ ਕਵਣਾ ਭਾਈ, ਮੈਂ ਤੁਹਾਨੂੰ ਉਹੀ ਬੋਲੂੰਗਾ ਦੱਸੀ? ਅੱਛਾ ਮੇਰੀ ਕੁੱਤੇ ਵਾਲੀ ਜਵਾਨ ਲੱਗੇ, ਤੂੰ ਐਂ ਕਹਿਣਾ ਚਾਹੁੰਦੀ ਆ? ਨਹੀਂ ਨਹੀਂ ਮਾਮਾ ਜੀ, ਉਹੀ ਭੌਂਕੀ ਜਾਂਦਾ, ਦੇਖ ਲੈ ਗੱਲਾਂ ਕਰਦੀ ਆ ਕਿ ਮਾਮਾ ਤਾਂ ਉਹੀ ਭੌਂਕੀ ਜਾਂਦਾ ਗਾ। ਕਿਉਂ ਗੱਲ ਵਧਾਈ ਆ ਨਾ ਮਾਮਾ, ਕੋਈ ਗੱਲ ਨਹੀਂ, ਚਲੋ ਕੋਈ ਤੂੰ ਇਹਦੇ ਵਕੀਲ ਜੀ ਦਾ ਬਣ ਕੁੜਕੇ, ਠੀਕ ਹੈ ਨਾ? ਹਾਂ ਚਲ ਕੋਈ ਨਾ, ਫੋਨ ਆ ਗਿਆ ਹੋਊਗਾ, ਨਹੀਂ ਸੁਣੀ 15 ਵਾਜਾਂ ਮਾਰਤੀਆਂ ਮੈਨੂੰ, ਮਾਜ ਮੈਨੂੰ ਸੁਣੀ ਨਹੀਂ ਗਈ। ਤੈਨੂੰ ਆਵਾਜ਼ ਸੁਣ ਜੋ, ਤੈਨੂੰ ਆਵਾਜ਼ ਸੁਣੂਗੀ ਅੱਜ, ਅੱਜ ਜੇ ਤੈਨੂੰ ਆਥਣ ਤੱਕ ਆਵਾਜ਼ ਸੁਣਨ ਨਾ ਲਈ ਨਾ ਤੇਰੇ ਕੰਨਾਂ ਨੂੰ ਜਿਹੜਾ ਉੱਚਾ ਸੁਣਦਾ ਤਾਂ ਮੈਨੂੰ ਵੀ ਕਿੱਕਰ ਸਿਓ ਕਿਹਨੇ ਕਹਿਣਾ, ਆ ਜਾਣ ਦੇ ਲਾਡੀ ਨੂੰ ਫਿਰ ਦੱਸਦਾ, ਨਾਲੇ ਭੈਣ ਨੂੰ ਆਉਣ ਦੇ, ਆ 10 ਮਿੰਟ ਉਹ ਬੈਠਣ ਕੀ ਬਾਕੀ, ਤੁਸੀਂ ਮਗਰ ਫੋਨ ਲਾ ਲਿਆ ਕਰੋ। ਮਾਮਾ ਜੀ ਐਡੀ ਤਾਂ ਕੋਈ ਗੱਲ ਹੀ ਨਹੀਂ ਹੈਗੀ, ਜਿਹੜੇ ਮੰਮੀ ਤੇ ਉਹਨਾਂ ਨੂੰ ਦੱਸੋਗੇ ਤੁਸੀਂ? ਮੰਮੀ ਤੇ ਉਹਨਾਂ ਨੂੰ ਦੱਸੋਗੇ? ਮੈਂ ਕਦੋਂ ਦਾ ਟਿੱਕੀ ਆ, ਫੋਨ ਬੰਦ ਹੋ ਗਿਆ ਲੈ ਮੇਰਾ, ਮੈਂ ਕਿਹਾ ਚਾਰਜ ਲਾ ਦੂਗੀ ਭਾਈ, ਮੈਂ ਪੁੱਤ ਵੀ ਛੇਤੀ ਆ ਕੇ ਚਾਰਜ ਲਾ ਦੇ, ਚਾਰਜ ਲਾ ਦੇ, 15 ਵਾਜਾਂ ਮਾਰਤੀ ਤੁਹਾਨੂੰ। ਮਾਮਾ ਜੀ ਮੈਂ ਤਾਂ ਕੱਪੜੇ ਧੋਈ ਜਾਂਦੀ ਸੀ, ਮੈਂ ਵੀ ਆਖਿਆ ਰੌਲਾ ਜਿਹਾ ਪਈ ਜਾਂਦਾ ਤਾਂ ਹੀ ਭੱਜ ਕੇ ਆਈ। ਚਲ ਕੋਈ ਨਾ, ਤੁਸੀਂ ਨਾ ਮੈਂ ਕਲੇਸ਼ ਨਾ ਬਣਾਇਓ, ਨਿੱਕੀ ਜੀ ਗੱਲ ਦਾ ਮੁੜ ਕੇ ਆਥਣੀ ਲਾਡੀ ਐਵੇਂ ਇਹਨੂੰ ਲੜੂਗਾ, ਮੈਂ ਬਣਾ ਦੇਣੀ ਆ ਚਾਹ, ਨਾਲੇ ਫੋਨ ਚਾਰਜ ਲਾ ਦੇਣੀ। ਕਲੇਸ਼ ਤਾਂ ਹੁਣ ਪਊਗਾ, ਦੇਖਦੀਆਂ ਜਾਇਓ ਵੀ ਤੁਹਾਡੇ ਨਾਲ ਹੁੰਦਾ ਕੀ ਹੈ। ਮੈਂ 2 ਘੰਟੇ ਦਾ ਇੱਥੇ ਕੁੱਤਾ ਭੌਂਕੀ ਜਾਣਾ ਜਿਹੜਾ ਤੁਸੀਂ ਦੋਹੇ ਜਾਣੀਆਂ ਮੇਰੀ ਗੱਲ ਹੀ ਨਹੀਂ ਸੁਣਦੀਆਂ। ਹੈ ਵੀ ਚੱਲ ਉਹ ਵੱਗ ਗਏ ਹੈਗੇ, ਵੱਗ ਗਏ ਕੰਮਾਂ ਦੇ ਉੱਤੇ, ਆ 10 ਮਿੰਟ ਕੰਮ ਕੀ ਪੈ ਗਿਆ, ਭੈਣ ਨੂੰ ਮਰਗ ਸ਼ਰਗ ਦੇ ਉੱਤੇ ਵੀ ਤੁਸੀਂ ਤਾਂ ਜਾਣ ਨਹੀਂ ਦਿੰਦੀਆਂ, ਉਹਨੇ ਚੱਕ ਕੇ ਫੋਨ ਲਾ ਲਿਆ, ਮੈਂ ਤਾਂ ਫਰੈਂਡਾਂ ਨੂੰ ਫੋਨ ਲਾਉਣੀ ਆ ਤੇ ਤੈਨੂੰ ਉੱਥੇ ਬੈਠੀ ਨੂੰ ਸੁਣਿਆ ਹੀ ਨਹੀਂ ਕੁਛ, ਮਾਰਦੀ ਆ ਗੱਲਾਂ।
ਲਾਓ ਚਾਰਜ ਮੇਰਾ ਫੋਨ ਚੱਕ ਕੇ। ਹਾਂਜੀ ਮਾਮਾ ਲਾ ਦੇ ਹੁਣ ਤੋੜਨਾ ਇਹਨਾਂ ਨੂੰ ਅੱਧਾ ਅੱਧਾ ਵੰਡ ਲਓ ਇਹਨੂੰ। ਮਾਮਾ ਕਿਉਂ ਐਵੇਂ ਘਾਬਰੀ ਜਾਂਦਾ, ਚੱਲ ਕੋਈ ਨਾ ਲੈ ਕੁੜ ਗਏ ਤੂੰ ਫੋਨ ਲਾ ਕੇ ਆ। ਅੱਛਾ ਕਾਹਦਾ ਫੋਨ? ਆਉਣ ਦੇ ਲਾਡੀ ਨੂੰ, ਅੱਜ ਤੇਰੀ ਗੁੱਤ ਪਟਾਉਂਗਾ ਮੈਂ, ਤੂੰ ਮੈਨੂੰ ਮਾਮਾ ਕਿਹਨੇ ਕਹਿਣਾ ਗਾ। ਮਾੜੀ ਮਾੜੀ ਗੱਲ ਤੇ ਬੋਲਦਾ ਮਾਮਾ। ਬੋਲਦਾ ਹੀ ਆ ਫਿਰ, ਬੋਲੂਗਾ ਮੈਂ ਤਾਂ। ਮਾਮਾ ਜੀ ਤੁਸੀਂ ਚੁੱਪ ਕਰ ਜਾਓ, ਇਹਨਾਂ ਵੀ ਤਾਂ ਆਈ ਆ ਵਿਚਾਰੀ, ਕੀ ਆਂਦੀ ਹੋਊਗੀ ਵੀ ਮਾਮਾ ਐ ਬੋਲਦਾ। ਆਈ ਐ ਨਾਲੇ ਉਹ ਆਈ ਐ, ਮੇਰੀ ਗੱਲ ਸੁਣ ਭਾਈ। ਹਾਂਜੀ ਮੰਮੀ। ਇੱਧਰ ਸਾਹਮਣੇ ਆ ਪਹਿਲਾਂ ਤੂੰ ਮੇਰੇ ਨਾਲ ਗੱਲ ਸੁਣ। ਦੇਖ ਤੈਨੂੰ ਮੈਂ ਕੀ ਗੱਲ ਕਹੀ ਸੀ, ਮਹੀਨਾ ਹੋਣ ਨੂੰ ਆਇਆ ਤੇ ਤੂੰ ਮੈਨੂੰ ਕਿਸੇ ਗੱਲ ਦਾ ਵਾਰਸੁਰ ਨਹੀਂ ਦਿੱਤਾ, ਕਿਤੇ ਇਹ ਨਾ ਹੋਵੇ ਗੱਲ ਵਿਗੜ ਜੇ ਫਿਰ। ਕੋਈ ਨਾ ਮਾਮਾ ਜੀ, ਮੈਂ ਕੀਤੀ ਆ ਨਾ ਗੱਲ ਤੇ ਬਾਕੀ ਮੇਰੇ ਚਾਚੇ ਦੇ ਮੁੰਡੇ ਤੋਂ ਫੜ ਕੇ ਦੇ ਦੂੰਗੀ। ਤੂੰ ਜੇ ਤੂੰ ਮਰਜ਼ੀ ਫੜ ਠੀਕ ਹੈ ਨਾ, ਮੈਂ ਤਾਂ ਇੱਥੋਂ ਉਦੋਂ ਜਾਊਂਗਾ ਜਦੋਂ ਤੂੰ ਮੇਰੀ ਤਲੀ ਦੇ ਉੱਤੇ ਪੈਸੇ ਧਰਤੇ। ਮਾਮਾ ਜੀ ਤੁਸੀਂ ਇੰਨਾ ਲਾਲਚ ਕਿਉਂ ਕਰਦੇ ਹੋ, ਤੁਹਾਡੀ ਭੈਣ ਦੇ ਤਾਂ ਘਰ ਆ, ਤੁਸੀਂ ਇੱਥੋਂ ਹੀ ਖਾਓਗੇ। ਮੇਰੀ ਭੈਣ ਦਾ ਘਰ ਹੋਵੇ ਭਾਵੇਂ ਕਿਵੇਂ ਮਰਜ਼ੀ ਹੋਵੇ, ਮੈਨੂੰ ਮਾਮਾ ਕਹਿੰਦੇ ਆ, ਸ਼ਕੂਨੀ ਮਾਮਾ ਲੱਗੀ ਸਮਝ, ਤੇ ਸ਼ਕੂਨੀ ਆ ਮੇਰੀ ਆਦਤ। ਤੂੰ ਬਸ ਜਿਹੜਾ ਕੰਮ ਤੈਨੂੰ ਕਿਹਾ ਹੋਇਆ ਨਾ ਉਸ ਕੰਮ 'ਤੇ ਧਿਆਨ ਦੇ, ਤੇਰੇ ਕੋਲ ਦਿਨ ਗਿਣਤੀ ਦੇ ਰਹਿ ਗਏ ਆ, ਫਿਰ ਇਹ ਨਾ ਕਹੀਂ ਵੀ ਮੇਰੀ ਧੀ ਦਾ ਘਰ ਸੀ ਇਹ ਤੇ ਮਾਮੇ ਨੇ ਕਲੇਸ਼ ਪਵਾ ਕੇ ਤੇ ਸਾਡਾ ਘਰ ਜਿਹੜਾ ਹੈ ਸਾਡੇ ਹੱਥੋਂ ਖੁਝਾ ਤਾ। ਨਾ ਨਾ ਮਾਮਾ ਇਹੋ ਜਿਹਾ ਕੁਛ ਨਾ ਕਰਿਓ, ਮੈਨੂੰ ਤਾਂ ਕਲੇਸ਼ ਤੋਂ ਬਾਹਲਾ ਡਰ ਲੱਗਦਾ, ਐਵੇਂ ਮੇਰੀ ਮੰਮੀ ਨੂੰ ਦੁੱਖ ਹੋਊਗਾ, ਨਾਲੇ ਉਹ ਲੜੂਗੀ। ਜੇ ਤੈਨੂੰ ਡਰ ਲੱਗਦਾ ਹੁੰਦਾ ਨਾ ਕੁੜਗੇ ਤਾਂ ਇੰਨਾ ਟਾਈਮ ਤੂੰ ਪੈਣ ਨਹੀਂ ਸੀ ਦੇਣਾ। ਮਾਮਾ ਜੀ ਤੁਹਾਨੂੰ ਤਾਂ ਇੰਨੇ ਪੈਸੇ ਕਿਹੜਾ ਸਾਡੇ ਕੋਲ ਘਰੇ ਪਏ ਕਿ ਤੂੰ ਕਰਕੇ ਫੇਰ ਹੀ ਦੇਵਾਂਗੇ। ਉਹ ਤਾਂ ਹੁਣ ਤੇਰਾ ਫਿਕਰ ਹੈ, ਜਦੋਂ ਇੰਨੇ ਪੈਸੇ ਕਰਕੇ ਤੂੰ ਐਡਾ ਵੱਡਾ ਮਹਿਲ ਖਰੀਦ ਸਕਦੀ ਹੈ ਤਾਂ ਮੈਂ ਤਾਂ ਸਿਰਫ 2-2.5 ਲੱਖ ਰੁਪਏ ਹੀ ਮੰਗਿਆ। ਨਾਲੇ ਗੱਲ ਹੋਰ, ਮਾੜੀ ਜਿਹੀ ਗਾਂਹ ਹੋ ਕੇ ਗੱਲ ਸੁਣ ਲੈ, ਮੈਂ ਤੈਨੂੰ ਦੱਸ ਰਿਹਾ। ਹੁਣ ਤਾਂ ਮੈਂ ਤੈਨੂੰ 2-2.5 ਲੱਖ 'ਚ ਹੀ ਕੰਮ ਸਾਰਨ ਨੂੰ ਕਹਿ ਰਿਹਾ। ਜੇ ਇਹ ਮਹੀਨਾ ਟੱਪ ਗਿਆ ਨਾ ਇਹ ਅਤੇ ਮੇਰੇ ਤੋਂ ਪੈਸੇ ਨਾ ਬਣਾਏ ਤਾਂ ਮੈਂ ਇਹ ਰੇਟ ਦੁੱਗਣਾ ਕਰ ਦੂੰਗਾ। ਫਿਰ ਨਾ ਕਹੀਂ ਵੀ ਮਾਮਾ ਜੀ ਮੈਂ ਇੱਥੋਂ ਤਾਂ 5 ਲੱਖ ਰੁਪਈਆ ਹੋਣਾ ਨਹੀਂ, ਤੇਰੇ ਕੋਲ ਸਿਰਫ 15 ਦਿਨ ਹੈ ਅਤੇ 15 ਦਿਨਾਂ ਦੇ ਵਿੱਚ 2.5 ਲੱਖ ਰੁਪਈਆ ਮੇਰੇ ਹੱਥ 'ਤੇ ਧਰ ਦੇ, ਨਹੀਂ ਤਾਂ ਮੈਂ ਸਾਰੀ ਗੇਮ ਇੱਧਰ ਉੱਧਰ ਘੁਮਾ ਕੇ ਨਾ ਅਤੇ ਸਭ ਕੁਛ ਪੁੱਠਾ ਸਿੱਧਾ ਕਰ ਦੇਣਾ। ਫਿਰ ਨਾ ਮੈਨੂੰ ਕਹੀਂ ਵੀ ਮਾਮੇ ਨੇ ਐਂ ਕਰਤਾ। ਕੋਈ ਨਾ ਮਾਮਾ ਜੀ ਮੈਂ ਕਰਦੀ ਹਾਂ, ਕਰ ਦੂੰਗੀ ਪੈਸੇ ਤੁਹਾਨੂੰ 2-2.5 ਲੱਖ ਰੁਪਈਆ। ਜੇ ਚਾਹ ਬਣਾ ਕੇ ਲੈ ਗਿਆ ਹੁਣ ਲਿਆਉਣੀ ਆ। ਹੁਣ ਇਹ ਤੇ ਵੀਡੀਓ ਚਲਾ ਲਈਏ। ਹਾਂ ਆ ਦੇਣੇ। ਹਾਂ ਬਾਈ ਸੋਹਣੀਆਂ ਵੀਡੀਓ ਬਣਾਉਂਦੇ ਆ। ਚਾਹ ਬਣਾਉਂਦੀ ਸੀ ਮਾਮੇ ਵਾਸਤੇ, ਮੈਨੂੰ ਆਏ ਦੱਸ ਤੂੰ ਕਾਹਤੋਂ ਮਾਮੇ ਮੂਹਰੇ ਬੋਲੀ ਜਾਂਦੀ ਸੀ। ਨਾ ਮੈਂ ਬੋਲਾਂ ਕਿਉਂ ਨਾ, ਬਿਨਾਂ ਗੱਲ ਤੋਂ ਬੋਲਣ ਲੱਗ ਗਿਆ, ਫੋਨ ਆਇਆ ਮੇਰੇ ਕੋਲ ਗੱਲ ਕਰ ਲਈ ਤਾਂ ਫੇਰ ਕੀ ਹੋ ਗਿਆ? ਇਹ ਤਾਂ ਐਂ ਕਰਦਾ, ਨਿੱਕੀ ਜਿਹੀ ਗੱਲ ਦਾ ਨਾ ਵੱਡੀ ਗੱਲ ਬਣਾ ਦਿੰਦਾ ਤੇ ਘਰੇ ਕਲੇਸ਼ ਪਵਾ ਦਿੰਦਾ, ਪਹਿਲਾਂ ਸਾਡੇ 'ਚ ਲੜਾਈ ਐਂ ਪਵਾ ਕੇ ਗਿਆ। ਮੈਂ ਤਾਂ ਇਹਨੂੰ ਇੰਨਾ ਚੰਗਾ ਸਮਝਦੀ ਸੀ, ਮੈਂ ਤਾਂ ਉਹੀ ਇਹਦੇ ਅੱਗੇ ਪਿੱਛੇ ਘੁੰਮਦੀ ਰਹੀ, ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਇੰਨਾ ਵਿਅਕਤੀ ਆ। ਹੋਰ ਮੈਂ ਤੈਨੂੰ ਉਹ ਦਿਨ ਡੀਕਦੀ ਜਦੋਂ ਇਹ ਘਰੋਂ ਜਾਊਗਾ। ਤੂੰ ਤਾਂ ਉਹੀ ਡਰਦੀ ਰਹਿੰਦੀ ਹੈ, ਤਾਂ ਹੀ ਤਾਂ ਮੈਂ ਬੋਲ ਪਈ, ਡਰ ਡਰ ਕੇ ਨਹੀਂ ਹੁੰਦਾ। ਬੋਲ ਕੇ ਕਿਹੜਾ ਤੂੰ ਪ੍ਰਧਾਨ ਬਣ ਗਈ, ਇੱਧਰ ਛਿੱਤਰ ਪਵਾਊਗਾ ਉਹਦੇ ਲਾਡੀ ਤੋਂ। ਆਏ ਕਿਵੇਂ ਪਵਾਊਗਾ, ਕਿਸੇ ਨੂੰ ਕੁਛ ਨਹੀਂ ਕਹਿੰਦਾ, ਤੂੰ ਦੇਖੀ ਚੱਲੀ। ਨਹੀਂ ਇਹਨੂੰ ਘਰੋਂ ਕਿਵੇਂ ਕੱਢ ਗਏ, ਜਿੰਨਾ ਟਾਈਮ ਇੱਥੇ ਰਹੂਗਾ ਨਾ ਟਾਈਮ ਕਲੇਸ਼ ਹੀ ਰਹੂਗਾ ਆਪਣੇ ਘਰੇ। ਨਾਲੇ ਹੁਣ ਚਾਹ ਚੂ ਨਾ ਬਣਾ ਕੇ ਦੇ, ਮੈਂ ਤਾਂ ਦਿੰਦੀ ਨਹੀਂ ਬਣਾ ਕੇ ਇਹਨੂੰ। ਲੈ ਹੁਣ ਜੇ ਕਹੀ ਜਾਂਦਾ ਚਾਹ ਤਾਂ ਬਣਾ ਕੇ ਦੇਣੀ ਪਊਗੀ। ਐਂ ਕਿਵੇਂ ਦੇਣੀ ਪਊ, ਜੇ ਮੈਂ ਤੈਨੂੰ ਕਹਿਤਾ ਨਾ ਨਹੀਂ ਬਣਾਉਣੀ। ਮੈਂ ਤੈਨੂੰ ਐਂ ਕਹਿੰਦੀ ਹਾਂ, ਆਪਾਂ ਜਾਂਦੇ ਹਾਂ ਮਾਮੇ ਕੋਲ, ਠੀਕ ਹੈ? ਤੂੰ ਉਹਦੇ ਮੂਹਰੇ ਮੈਨੂੰ ਮਾੜਾ ਬੋਲੀ, ਮੈਂ ਤੈਨੂੰ ਬੋਲੂੰਗੀ, ਚੰਗਾ? ਆਪਾਂ ਇੱਕ ਦੂਜੇ ਨੂੰ ਬੋਲਾਂਗੇ, ਬਸ ਆਪਾਂ ਆਪਦੀ ਲੜਾਈ 'ਚ ਲੱਗ ਜਾਵਾਂਗੇ, ਮਾਮਾ ਆਪੇ ਬੋਲੀ ਜਾਊਗਾ, ਆਪਾਂ ਸੁਣਦੀਆਂ ਨਹੀਂ ਉਹਦੀ ਗੱਲ। ਠੀਕ ਹੈ, ਮੇਰੀ ਗੱਲ ਸੁਣ, ਮੈਂ ਜਾਂਦੀ ਹਾਂ ਮਾਮੇ ਕੋਲ, ਮਾਮੇ ਨੂੰ ਐਂ ਕਹਿੰਦੀ ਦੁੱਧ ਖੱਟਾ ਹੋ ਗਿਆ, ਤੂੰ ਮੇਰੇ ਪਿੱਛੇ ਆ ਜਾਈ, ਚੰਗਾ? ਤੂੰ ਵੀ ਨਾ ਲੜਾਈ ਪਵਾ ਦੀ ਕੋਈ ਵੱਡੀ, ਬਿਨਾਂ ਗੱਲ 'ਤੇ ਜੇ ਮਾਮਾ ਰਸੋਈ 'ਚ ਆ ਗਿਆ ਫਿਰ। ਐਂ ਕਿਵੇਂ ਆ ਗਿਆ, ਮਾਮਾ ਰਸੋਈ 'ਚ ਅੱਗੇ ਕਦੇ ਆਇਆ? ਜਿਹੜਾ ਹੁਣ ਆਊਗਾ,
ਚੱਕ ਕੇ ਪਾਣੀ ਤਾਂ ਪੀਤਾ ਨਹੀਂ ਜਾਂਦਾ, ਦੁੱਧ ਦੇਖਣ ਆਊਗਾ ਉਹ। ਚੱਲ ਦੇਖ ਲੈ ਫਿਰ ਤੂੰ, ਜਾ ਫਿਰ ਪਿੱਛੇ ਹੋਣਾ, ਉਹੀ ਨਾ ਡਰਿਆ ਜਾ ਕਰਨ ਵਾਲੇ। ਹਾਂ ਚੰਗਾ, ਇਹ ਪਵਾਊਗੀ ਛਿੱਤਰ, ਉਹ ਤਾਂ ਭਾਵੇਂ ਨਾ ਹੀ ਪੈਣਾ। ਚੱਲ ਦੇਖਦੇ ਹਾਂ ਕੀ ਕਰਦੀ ਆ। ਮਾਮਾ ਦੁੱਧ ਖੱਟਾ ਹੋ ਗਿਆ, ਚਾਹ ਤਾਂ ਹੁਣ ਬਣਨੀ ਨਹੀਂ। ਆਏ ਓਏ, ਫਰਿੱਜ 'ਚ ਰੱਖਣਾ ਭੁੱਲ ਗਏ ਮਾਮਾ, ਉਦੋਂ ਗਰਮ ਸੀਗਾ। ਉਹ ਮਾਮੇ ਨੂੰ ਫਿਰ ਕੀ ਸੁਣਾਈ ਜਾਂਦੀ ਹੁਣ, ਮਾਂ ਨੇ ਕੁਛ ਸਿਖਾ ਕੇ ਨਹੀਂ ਭੇਜਿਆ ਤੁਹਾਨੂੰ? ਨਾ ਇਹਦੇ ਵਿੱਚ ਮਾਂ ਕਿੱਧਰੋਂ ਆ ਗਈ? ਉੱਥੇ ਜਾ ਕੁੜੀ, ਉਹਦੇ ਵਗ ਜਾ ਇੱਥੋਂ, ਮੇਰਾ ਦਿਮਾਗ ਨਾ ਖਾਓ, ਸਿੱਧਾ ਕਹੋ ਮਾਮੇ ਨੂੰ ਚੜ੍ਹ ਜਾਣੀ ਕੀ। ਮਾਮਾ ਮੈਂ ਲਾਡੀ ਨੂੰ ਫੋਨ ਕਰ ਦਿੰਦੀ, ਉਹ ਲੈ ਆਊਗਾ ਦੁੱਧ ਫੜ ਕੇ। ਲਾਡੀ ਨੂੰ ਦੁੱਧ ਫਗਣ ਵਾਸਤੇ ਫੋਨ ਕਰ ਦਿਓ, ਨਾਲੇ ਫਲਾਨਾ ਕਰ ਦਿਓ, ਮੈਂ ਤਾਂ ਬਾਹਰ ਹੀ ਵਗ ਜਾਣਾ ਭਾਈ, ਮੈਂ ਤਾਂ ਉੱਥੇ ਜਾ ਕੇ ਪੀ ਲੂੰਗਾ ਚਾਹ। ਨਾ ਨਾ ਬਾਹਰ ਤਾਂ ਕਦੋਂ ਪੀਣੀ, ਬਸ ਆਉਂਦੇ ਹੀ ਉਹ ਲੈ ਆਊਗਾ, ਫੜ ਲਿਆ ਦੁੱਧ। ਕੌਣ ਲੈ ਆਊਗਾ ਦੁੱਧ ਫੜ ਕੇ? ਲਾਡੀ। ਲਾਡੀ ਲਾਡੀ ਲੈ ਕੇ ਆਊਗਾ, ਤੁਸੀਂ ਨਹੀਂ ਸੰਭਾਲ, ਘਰ ਦੀ ਰੱਖਣੀ ਹੈ ਨਾ। ਜੇ ਮੈਂ ਦੋ ਦਿਨ ਵਾਸਤੇ ਆ ਗਿਆ, ਭੈਣ ਵਗ ਗਈ ਮਾੜਾ ਜਿਹਾ 2 ਘੰਟੇ, ਤੇ ਤੁਸੀਂ ਮਗਰੋਂ ਘਰ ਦੇ ਵਿੱਚ ਤਾਂ ਹੁੱਲਾ ਪਾ ਦੋਗੇ। ਨਾ ਦੁੱਧ ਤਾਂ ਫ੍ਰਿਜ 'ਚ ਰੱਖ ਦਿੰਦੀ, ਕਰਦੀ ਕੀ ਰਹਿੰਦੀ ਆ ਤੂੰ? ਤੇਰੇ ਹੱਥ ਟੁੱਟੇ ਆ, ਤੂੰ ਨਹੀਂ ਰੱਖ ਸਕਦੀ ਸੀ ਅੰਦਰ, ਮੈਂ ਤਾਂ ਕੁੜੀ ਵੀ ਸਾਂਭਣੀ ਹੁੰਦੀ ਆ, ਤੂੰ ਲੋ ਲੋ ਤੂੰ ਕੁੜੀ ਸਾਂਭਣੀ ਤੇ ਚੀਜ਼ਾਂ ਨਹੀਂ ਵੇਖਣੀਆਂ ਹਨਾ, ਤੇ ਤੂੰ ਨਹੀਂ ਦੇਖ ਸਕਦੀ ਨਾ ਲੜਾਈ। ਉਹ ਭਾਈ ਮੇਰੀ ਗੱਲ ਸੁਣ ਲਓ, ਤੁਸੀਂ ਆਪਸ 'ਚ ਚਗਲ ਚਗਲ ਬਾਅਦ 'ਚ ਕਰ ਲਿਓ, ਮੇਰੀ ਵੀ ਕੁਝ ਸੁਣ ਲਓ, ਕੁੱਤੇ ਦੀ ਮੇਰੀ ਗੱਲ ਵੀ ਸੁਣ ਲਓ। ਮਾਮਾ ਕੋਈ ਗੱਲ ਨਹੀਂ, ਚਾਹ ਬਣਾ ਦੇਣੇ, ਚਾਹ ਦੀ ਕਿੱਡੀ ਗੱਲ ਅੱਗੇ, ਚਾਹ ਨਹੀਂ ਪਿਆਈ ਤੁਹਾਨੂੰ ਕਦੇ? ਜੇ ਬਣਾਉਂਗੇ ਕਦੇ, ਜੇ ਦੁੱਧ ਇਕੱਠਾ ਕਰਕੇ ਮਾਮਾ, ਹਜੇ ਟਾਈਮ ਲੱਗੂਗਾ, ਦੁੱਧ ਆਊਗਾ ਤਾਂ ਚਾਹ ਬਣਾ ਕੇ ਦੇ ਦਾਂਗੇ। ਲੈ ਦੋ ਟਕੇ ਗੱਲ ਕਰਤੀ ਕੁੜੀ ਨੇ ਤਾਂ ਵੀ ਮਾਮਾ, ਮਾਮਾ ਕਹਦਾ ਰੌਲਾ ਪਾਇਆ? ਆ ਦੇਖ ਲੈ, ਦੇ ਲੈ ਦੇ ਲੈ ਪੁੱਤ, ਮੈਂ ਚਾਹ ਮੰਗੀ ਮੇਰੇ ਵਾਸਤੇ, ਦੇ ਲੈ ਕੀ ਕੁਝ ਕਹੀ ਜਾਂਦੀਆਂ ਨੇ, ਦੁੱਧ ਇਕੱਠਾ ਹੋ ਗਿਆ ਜਾਣ ਕੇ। ਰੋਣ ਵਾਲੀ ਕੀ ਗੱਲ ਆ ਮਾਮਾ, ਜਵਾਬ ਕਹੂੰਗਾ ਤਾਂ ਰੋਣਾ, ਤੇ ਦੁੱਧ ਕਿਉਂ ਇਕੱਠਾ ਕਰਦਾ ਤੁਸੀਂ ਅੰਦਰ ਨਹੀਂ ਰੱਖਿਆ ਫ੍ਰਿਜ 'ਚ? ਭੁੱਲ ਗਈਆਂ ਕਿ ਤਾਂ ਗਰਮੀ ਵਾਲੀ, ਕੁੜੀ ਰੋਣ ਲੱਗੀ, ਮੈਂ ਤਾਂ ਉੱਧਰ ਹੋ ਗਈ, ਇਹਨੂੰ ਕਿਹਾ ਸੀ ਇਹਨੇ ਮੇਰੀ ਗੱਲ ਹੀ ਨਹੀਂ ਸੁਣੀ ਮੁੜ ਕੇ, ਤੇ ਤੂੰ ਰੱਖ ਦਿੰਦੀ ਭਾਬੀ? ਨਾ ਮੈਨੂੰ ਹੋਰ ਕੰਮ ਥੋੜੇ ਆ, ਇਹ ਤਾਂ ਕੁੜੀ ਦਾ ਬਹਾਨਾ ਲੈ ਕੇ ਬੈਠੀ ਰਹਿੰਦੀ ਆ, ਕੰਮ ਨਹੀਂ ਕਰਦੀ, ਕਾਰ ਨਹੀਂ ਕਰਦੀ ਕੋਈ। ਉਹ ਕੰਮ ਵਾਲੀ ਦਾ ਕੀ ਗੱਲ ਹੁੰਦੀ ਆ, ਮਾੜਾ ਮੋਟਾ ਦੇਖ ਪਰਖ ਤਾਂ ਲਵੇ ਬੰਦਾ, ਦੁੱਧ ਕਿਹੜਾ ਸਸਤਾ ਹੈਗਾ, 70-75 ਰੁਪਏ ਕਿਲੋ ਆ ਅੱਜ ਪਹਿਲੀ ਵਾਰ। ਮੇਰੀ ਗੱਲ ਸੁਣ, ਮੇਰੀ ਗੱਲ ਸੁਣ ਪੁੱਤ, ਮੈਂ ਤਾਂ 4 ਦਿਨ ਇੱਥੇ ਆਇਆ ਹੈਗਾ, ਵੀ ਚੱਲ ਆਪਦੇ ਭੈਣ ਕੋਲ ਜਾਵਾਂ ਤੇ ਭਾਣਜਿਆਂ ਕੋਲ 10 ਦਿਨ ਲਾ ਆਉਂਗਾ ਮੈਂ, ਹੈ ਤੇ ਆ ਨਾਲ ਦੇ ਗਵਾਂਢ ਦੇ ਵਿੱਚ ਮਰਗ ਹੋਈ ਹੈ ਭੈਣ, ਤਾਂ ਉੱਥੇ ਵਗ ਗਈ ਵੀ ਚੱਲ ਮੈਂ 10 ਮਿੰਟ ਬੈਠਿਆ, ਬਾਈ ਤੂੰ ਬੈਠ ਜਾ, ਤੈਨੂੰ ਚਾਹ ਪਾਣੀ ਬਣਾ ਕੇ ਦੇ ਦੇਣਗੀਆਂ। ਜੇ ਮੈਨੂੰ ਇੰਨਾ ਪਤਾ ਹੁੰਦਾ ਤਾਂ ਮੈਂ ਨਾਲ ਹੀ ਵਗ ਜਾਂਦਾ, ਚਾਹ ਤਾਂ ਪਿਆ ਹੀ ਦਿੰਦੇ ਉਹ। ਚਾਹ ਤਾਂ ਪਿਆਉਂਦੇ ਮਾਮਾ, ਹੁਣ ਇਹ ਵੀ ਤੇਰਾ ਘਰ ਆਪਦਾ ਹੀ ਆ, ਤੇ ਫਿਰ ਹੁਣ ਇਹ ਵੀ ਤਾਂ ਸਮਝਣ ਨਾ ਪੁੱਤ ਮੈਨੂੰ। ਨਿਗਾਹ ਰੱਖਿਆ ਕਰੋ ਅਮਰਿੰਦਰ, ਤੁਸੀਂ ਮਾੜੀ ਮਾੜੀ ਗੱਲ ਤੇ ਮਾਮੇ ਨੂੰ ਦੇਖ ਲੈ ਨਾਰਾਜ਼ ਕਰਤਾ ਤੁਸੀਂ। ਕੁੱਤਾ ਤਾਂ ਮੈਂ ਜਿਹੜਾ ਇੱਥੇ ਆ ਗਿਆ ਆਪਦਾ ਘਰ ਛੱਡ ਕੇ ਤੁਹਾਡੇ ਕੋਲੇ, ਵੀ ਚੱਲ ਜਵਾਕਾਂ ਕੋਲੇ ਜਾਊਂਗਾ ਮੈਂ, ਪਰ ਤੁਸੀਂ ਤਾਂ ਮੈਨੂੰ ਐ ਸੋਚਦੇ ਹੋ, ਠੀਕ ਆ ਅੱਗੇ ਤਾਂ ਨਹੀਂ ਬੋਲਣਦੀ, ਇਹਨੂੰ ਤਾਂ ਇਹਦਾ ਮਰੀ ਜਾਂਦੀ ਐ, ਅੱਗੇ ਤਾਂ ਨਹੀਂ ਆਉਂਦੇ ਭਾਈ। ਮੈਂ ਤਾਂ ਇੱਥੇ ਪੈਰ ਨਾ ਪਾਵਾਂ। ਇਹੋ ਜਿਹਾ ਮਾਮਾ ਮੈਂ ਕੀ ਕਰਤਾ ਜਿਹੜਾ ਪੈਰ ਨਾ ਪਾਵਾਂ? ਐਡੀ ਵੱਡੀ ਗੱਲ ਕਿਉਂ ਕਹੀ ਇਹਨੇ ਤੁਸੀਂ? ਗੱਲ ਲਾਡੀ ਨੂੰ ਦੱਸਦੇ ਪਹਿਲਾਂ, ਫਿਰ ਤੂੰ ਐਂ ਦੇ ਬੜਬੋਲੀ ਆ, ਐਵੇਂ ਬੋਲ ਦਿੰਦੀ ਕੁਛ ਦਿਲ ਚ ਹੁੰਦਾ। ਮਾਮਾ ਤੂੰ ਕਿਹੜੀ ਗੱਲ ਪਿੱਛੇ ਕਲੇਸ਼ ਪਾਈ ਬੈਠਾ, ਮੈਂ ਬੋਤਲ ਲਿਆਉਣਾ ਜਾ ਕੇ ਰਸ ਟੈਗ ਦੀ, ਤੂੰ ਉਹ ਪੀ ਮੈਨੂੰ ਪਤਾ ਹੁਣ, ਤੁਸੀਂ ਤਾਂ ਹੈਗੇ ਜਿਹੜੀ ਮੇਰੀ ਸੇਵਾ ਕਰਦੇ।
ਨਾ ਫਿਰ ਮੈਂ ਰੁਕ ਜਾਣਾ ਕੋਈ ਗੱਲ ਨਹੀਂ, ਨਹੀਂ ਤਾਂ ਮੈਂ ਫੈਸਲਾ ਕਰ ਲਿਆ ਸੀ ਜਾਣ ਦਾ। ਚੱਲ ਜਾਈ ਦਾ ਨਾ ਤੂੰ, ਮਾਮਾ ਹਰਪ੍ਰੀਤ ਚਮੜਾ ਵਾਲੀ ਰੱਖੀ ਆ ਲਾਡੀ ਨੇ। ਉਹ ਕੋਈ ਨਹੀਂ, ਹੁਣ ਮੈਂ ਤਾਂ ਹੀ ਤਾਂ ਕਹਿੰਦਾ ਨਾ, ਜੇ ਆਹ ਗੱਲ ਮੈਂ ਲਾਡੀ ਕੋਲ ਕਰਦਿਆਂ, ਉਹ ਮੈਂ ਕਹਿ ਦਿੰਦਾ ਚੱਲ ਕਾਹਦੇ ਲਈ ਭਾਈ, ਚੁੱਪ ਕਰ ਜੋ ਜਵਾਕ ਇਹੋ ਜਿਹੇ ਬੋਲਦੇ ਹੁੰਦੇ ਆ, ਨਾਲੇ ਫਿਰ ਆਪਾਂ ਅਬ ਦੋ ਦਿਨ ਆਏ ਆ ਮੁੜ ਕੇ ਵਗ ਜਾਂਗੇ। ਤੈਨੂੰ ਪਤਾ ਮੇਰੇ ਤਾਂ ਸੁਭਾਅ ਹੀ ਨਹੀਂ ਗੱਲ ਕਰਨ ਦਾ, ਤੈਨੂੰ ਪਤਾ ਤਾਂ ਹੈ ਨਾ। ਚੱਲ ਕੋਈ ਨਹੀਂ ਮੈਂ ਜਾਣਾ ਫਿਰ, ਕੀ ਲੈ ਕੇ ਦੇਵਾਂ ਹੁਣ, ਦੁੱਧ ਲਿਆਵਾਂ ਕਿ ਬੋਤਲ ਲਿਆਵਾਂ? ਬੋਤਲ ਵੀ ਦੁੱਧ ਵੀ ਤਾਂ ਚੱਲ ਦੋਨੇ ਕੁਛ ਲਿਆ, ਦੋਨੇ ਕੁਛ ਲਿਆ ਫਿਰ, ਹੋਰ ਕੀ ਲਿਆ ਦੂੰਗਾ ਚ ਲੈ ਆਈ, ਤੂੰ ਗੱਲ ਸਮਝ ਲੈਣਾ ਮੇਰੀ। ਚਲ ਮੰਮੀ ਮੈਂ ਛਟੀਆਂ ਲਿਆ ਮੈਂ ਚੱਕ। ਭਾਈ ਗੱਲ ਸੁਣ। ਹਾਂਜੀ ਮੰਮੀ। ਅੱਗ ਤਾਂ ਉਹ ਵੀ ਬਥੇਰੀ ਲੱਗੀ ਪਈ ਹੈ, ਤੈਨੂੰ ਛਟੀਆਂ ਲਿਆਉਣ ਦੀ ਲੋੜ ਹੀ ਨਹੀਂ। ਨਾਲੇ ਮੇਰੀ ਗੱਲ ਸੁਣ, ਆਹ ਜਿਹੜਾ ਫੋਕਾ ਜਿਹਾ ਡਰਾਮਾ ਕਰਕੇ ਤੁਸੀਂ ਅੱਜ ਮੈਨੂੰ ਦਿਖਾ ਰਹੀ ਹੋ ਨਾ, ਵੀ ਘਰ ਦੇ ਵਿੱਚ ਦੁੱਧ ਖੱਟਾ ਹੋ ਗਿਆ ਅਤੇ ਉਹ ਹੋ ਗਿਆ, ਮੈਂ ਤੁਹਾਡੀ ਸਾਰੀ ਗੱਲਬਾਤ ਨਾ ਉਹ ਖਿੜਕੀ 'ਚ ਕੰਨ ਲਾ ਕੇ ਸੁਣੀ। ਮੇਰੇ ਹੱਥ ਦੀ ਚਾਹ ਪੀ ਲੈ, ਮੈਂ ਤਾਂ ਕੋਈ ਨਹੀਂ ਬਣਾ ਕੇ ਦਿੰਦੀ। ਕਹੇਂਗੀ ਕੀ ਮਾਮੇ ਨੂੰ? ਮਾਮੇ ਨੂੰ ਐਂ ਕਹਿ ਦੇ ਦੁੱਧ ਖੱਟਾ ਹੋ ਗਿਆ। ਜਿਹੜੀ ਤੂੰ ਅਤੇ ਹਰਪ੍ਰੀਤ ਨੇ ਰਾਇ ਬਣਾਈ ਹੈ ਨਾ, ਵੀ ਅੱਜ ਮਾਮੇ ਨੂੰ ਚਾਹ ਕਰਕੇ ਦੇਣੀ ਨੇ, ਇਹ ਉਹੀ ਡਰਾਮਾ ਸੀ। ਹਾਂ ਚੱਲ ਲਿਆ ਛੱਡੀਆਂ ਹੁਣ, ਮਾਰਦੀਆਂ ਗੱਲਾਂ ਐਵੇਂ ਨਹੀਂ ਮੈਨੂੰ ਮਾਮਾ ਸ਼ਕੂਨ ਨਹੀਂ ਕਹਿੰਦੇ ਇਹਨਾਂ ਦੇ ਭਾਅ ਦੀ, ਮੈਨੂੰ ਪਤਾ ਹੀ ਨਹੀਂ ਲੱਗਦਾ ਕੁਛ, ਕੇਰਾਂ ਹੀ ਬਣਦੀਆਂ ਸੀ ਚਲਾਕ। ਮੇਰੇ ਮੂਹਰੇ ਤਾਂ ਵੱਡੇ ਵੱਡੇ ਪਾਣੀ ਭਰਦੇ ਆ, ਅਤੇ ਤੁਸੀਂ ਤਾਂ ਚੀਜ਼ ਹੀ ਕੀ ਹੋ, ਐਂ ਤੁਹਾਡੀਆਂ ਚਾਲਾਂ ਨਹੀਂ ਮੈਂ ਚੱਲਣ ਦਿੰਦਾ। ਚੱਲ ਵੀ ਵੀਡੀਓ ਲਾ, ਬੋਤਲ ਦਾ ਜਗਾੜ ਵੀ ਹੋ ਗਿਆ ਅਤੇ ਹੁਣ ਦੁੱਧ ਪੱਤੀ ਵੀ ਆਊਗੀ, ਇੱਥੇ ਪੈ ਜਾ ਬਈ। ਚੱਲ ਬਈ, ਹਾਂ ਚੈਨਲ ਵਾਲੇ ਵੀ ਵਧੀਆ ਬਣਾਉਂਦੇ ਆ। ਮੈਂ ਤੁਹਾਨੂੰ ਐਂ ਕਹਿੰਦੀ ਸੀ ਆਪਾਂ ਜੇ ਰਾਜਪਾਲ ਤੋਂ ਪੈਸੇ ਨਾ ਮੰਗਗੇ, ਤੁਸੀਂ ਕਿਤੋਂ ਹੋਰ ਫੜ ਲਓ ਨਾ ਪੈਸੇ। ਉਹ ਭਲਗੇ ਮਾਨਸੇ ਹੱਲ ਹੁੰਦਾ ਨਹੀਂ, ਵਾਢੀ ਵੇਲੇ ਹੱਲ ਹੋਊਗਾ। ਹੁਣ ਆਏ ਆ ਨਾ, ਉਹਦੇ ਲੈ ਕੇ ਤਾਂ ਆਇਆ ਸੀਗਾ ਪੈਸੇ, ਹੈ ਨਾ, ਆਪਾਂ ਉਹਨੂੰ ਮੋੜਤਾ, ਕਦੇ ਐਂ ਨਾ ਕਹਿ ਦੇਵੇ ਜਾਣ ਕੇ ਹੁਣ ਲਾਲਚ ਕਰਦੇ ਆ, ਵੀ ਮਨ 'ਚ ਕੋਈ ਪਾਪ ਆ ਗਿਆ ਇਹਨਾਂ ਦੇ। ਉਹ ਨਹੀਂ ਮੋੜਾਂਗੇ ਆਪਾਂ, ਕੀ ਰੱਖ ਕੇ ਕਰਨੇ, ਤੈਨੂੰ ਕਹੀ ਤਾਂ ਨਾ ਹੁਣ ਹੱਲ ਨਹੀਂ ਹੋਇਆ ਯਾਰ। ਮਨਿੰਦਰ ਮੈਂ ਬਹੁਤ ਥਾਈਆਂ ਥੱਡਿਆ, ਪਰ ਕੀ ਕਰਾਂ ਹੁਣ, ਮੈਂ ਹੀ ਮਜਬੂਰ ਹੋ ਗਿਆ, ਤਾਂ ਕਰਕੇ ਮੰਗਣੇ ਪੈ ਗਏ, ਨਹੀਂ ਰਿਸ਼ਤੇਦਾਰ ਤੋਂ ਆਪਾਂ ਤਾਂ ਮੰਗ ਕੇ ਨਹੀਂ ਰਾਜੀ ਸੀ। ਉਹੀ ਤਾਂ ਗੱਲ, ਵੀ ਆਪਾਂ ਉਦਾਂ ਮੋੜਤਾ ਅਤੇ ਅੱਜ ਫਿਰ ਫੋਨ ਲਾ ਕੇ ਪੈਸੇ ਮੰਗ ਲਾਂਗੇ ਉਹ ਤੋਂ ਨਾ। ਬਾਕੀ ਉਹਨੂੰ ਵੀ ਸੋਚਣਾ ਚਾਹੀਦਾ ਵੀ ਉਦੇ ਵੀ ਮੈਨੂੰ ਮੋੜ ਹੀ ਦਿੱਤਾ ਸੀ, ਜੇ ਲੋੜ ਹੋਊਗੀ ਬਾਹਲੀ ਵੀ ਤਾਂ ਹੀ ਮੰਗ ਰਹੇ ਆ ਨਾ। ਹਾਂ ਨਾਲ ਵੈਸੇ ਉਹਨੇ ਕਰਨਾ ਵੀ ਕੀ, ਉਹਦੇ ਕੋਲ ਪਏ ਹੋਣਗੇ, ਆਪਾਂ ਨੂੰ ਦੇ ਦਾਂਗੇ ਬਾਅਦ ਜਦੋਂ ਉਹਨੂੰ ਕਦੇ ਲੋੜ ਹੋਊਗੀ, ਹੈ ਨਾ। ਹਾਂ ਨਸ਼ਾ ਪਤਾ ਤਾਂ ਨਹੀਂ ਕਰਦਾ ਕੋਈ ਉਹ? ਲੈ ਨਸ਼ਾ ਪਤਾ ਜਮੀ ਨਹੀਂ ਕਰਦਾ। ਬਸ ਫਿਰ ਉਹਨੇ ਪੈਸੇ ਕਿੱਥੇ ਲਾਉਣੇ ਆ? ਲਾਇਓ ਫੋਨ ਮੈਂ ਗੱਲ ਕਰਦੀ ਹਾਂ। ਫੋਨ ਲਾ ਹੁਣ, ਤੇਰਾ ਫੋਨ ਕਿੱਥੇ ਆ? ਮੇਰੇ ਤਾਂ ਅੰਦਰ ਚਾਰਜ ਲੱਗਿਆ ਪਿਆ। ਚਲ ਮੈਂ ਲਾ ਦੇਣਾ ਕੋਈ ਨਹੀਂ। ਹਾਂ ਐਵੇਂ ਨਾ ਤੂੰ ਬਾਹਲਾ ਗਾਹਾਂ ਸੋਚਣ ਲੱਗ ਜਾਂਦੀ, ਐਡੀ ਗੱਲ ਨਹੀਂ ਹੁੰਦੀ ਹਰੇਕ, ਸੋਚਣਾ ਤਾਂ ਪੈਂਦਾ ਹੀ ਆ। ਆਪਾਂ ਕਿਹੜਾ ਉਦੋਂ ਫ੍ਰੀ ਮੰਗਦੇ ਆ, ਧਾਰੇ ਮੰਗਦੇ ਆ, ਆਪਣਾ ਹੱਕ ਆ ਜਿਹੜੀ ਚੀਜ਼ ਦਾ ਉਹੀ ਮੰਗਦੇ ਆ। ਤੁਸੀਂ ਕਰ ਲਿਓ ਪਹਿਲਾਂ ਗੱਲ, ਨਹੀਂ ਤੂੰ ਹੀ ਕਰ ਲਾ, ਮੁੜ ਕੇ ਫਿਰ ਸੱਸਰੀਆਂ ਗੱਲਾਂ 'ਤੇ ਲੱਗ ਜੂ ਕਿੰਨਾ ਟਾਈਮ। ਚੱਕਦਾ ਕਿਉਂ ਨਹੀਂ? ਚੱਕ ਲੂਗਾ, ਕਿਤੇ ਕੰਮ 'ਚ ਹੋਊਗਾ। ਸਾਰਾ ਦਿਨ ਕੰਮ ਕਰਨ ਨੂੰ ਇਕੱਲਾ ਤਾਂ ਹੁੰਦਾ, ਹੋਰ ਕੌਣ ਕੰਮ ਕਰਨਾ ਉਹਨਾਂ ਦੇ ਘਰੇ। ਚੱਕ ਲਿਆ। ਹੈਲੋ, ਸਤਿ ਸ਼੍ਰੀ ਅਕਾਲ ਵੀਰੇ। ਕਾਰਗਲ ਲੜਾਈ ਤੇ ਗਿਆ ਸੀ, ਮਜ਼ਾਕ ਕਰਦਾ ਸਾਲਿਆ। ਅੱਜ ਛੁੱਟੀ ਤੇ ਸੀ ਮੈਂ। ਹਾਂ ਹਾਂ ਵਧੀਆ। ਮੈਂ ਤਾਂ ਕੰਮ ਨੂੰ ਫੋਨ ਲਾਇਆ ਸੀ ਵੀਰੇ ਤੈਨੂੰ।
ਉਹ ਦੇ ਜਿਹੜੇ ਪੈਸੇ ਨਹੀਂ ਤੂੰ ਲੈ ਕੇ ਆਏ ਸੀ ਅਸੀਂ ਮੋੜ ਤੇ ਸੀਗੇ ਉਧਾਰ ਤੇ ਹੁਣ ਉਹ ਸਾਨੂੰ ਕਦੋਂ ਦੇ ਫੋਨ ਕਰੀ ਜਾਂਦੇ ਆ ਵਾਰੀ ਵਾਰੀ ਕਰਦੇ ਆ ਫੋਨ ਤਾਂ ਕਰਕੇ ਫਿਰ ਨਹੀਂ ਉਹ ਪੈਸੇ ਤਾਂ ਪਏ ਹੋਣਗੇ ਤੇਰੇ ਇੱਕ ਵਾਰੀ ਸਾਨੂੰ ਦੇ ਦੇ ਕੋਈ ਗੱਲ ਨਹੀਂ ਤੈਨੂੰ ਦੇ ਦਾਂਗੇ ਅਸੀਂ ਰੱਖਦੇ ਨਹੀਂ ਹੈਗੇ ਤੇਰੇ ਪੈਸੇ ਸਾਨੂੰ ਨਾ ਬਾਹਲੀ ਲੋੜ ਪੈ ਗਈ ਨਹੀਂ ਤਾਂ ਮੰਗਦੇ ਨਹੀਂ ਸੀ ਤੇਰੇ ਤੋਂ ਇੱਕ ਨਾ ਅਸੀਂ ਨਵਾਂ ਘਰ ਲੈ ਲਿਆ ਤੇ ਇਹਨਾਂ ਦੇ ਪੈਸੇ ਸਾਰੇ ਇੱਧਰ ਹੀ ਲੱਗ ਗਏ ਉਹ ਤਾਂ ਮੈਂ ਸਮਝਦਾ ਸਾਰੀ ਗੱਲ ਮਨਿੰਦਰ ਪਤਾ ਕੀ ਗੱਲ ਆ ਮੈਂ ਟਰੈਕਟਰ ਲੈ ਲਿਆ ਨਵਾਂ ਪੈਸੇ ਤਾਂ ਪਿਆ ਸੀਗਾ 7-8 ਲੱਖ ਰੁਪਇਆ ਕੋਲੇ ਅੱਛਾ ਹੁੰਦਾ ਨਹੀਂ ਕੋਈ ਹੱਲ ਸਰ ਬਾਕੀ ਮੈਂ ਘਰੇ ਜਾ ਕੇ ਵੇਦੇ ਨਾ ਕਰਦਾ ਰਿਹਾ ਜੇ ਕਿਸੇ ਪਾਸੋਂ ਹੋ ਗਿਆ ਹੱਲ ਫਿਰ ਤਾਂ ਕੁਝ ਕਰਕੇ ਦੇਵਾਂਗੇ ਜ਼ਰੂਰ ਚੱਲ ਦੇਖ ਲਾ ਜੇ ਹੁੰਦਾ ਤਾਂ ਹੱਲ ਕਰ ਦੇਂਗੇ ਤਾਂ ਬਾਲੀ ਵਧੀਆ ਗੱਲ ਰਾਜਪਾਲ ਹਾਂਜੀ ਹਾਂਜੀ ਬਾਈ ਮੇਰੀ ਗੱਲ ਸੁਣਾ ਸਾਨੂੰ ਨਾ ਲੋੜ ਬਾਲੀ ਪੈ ਗਈ ਭੱਠਿਆਂ ਤੋਂ ਜਾਂਦਾ ਵੀ ਹੋਰ ਫੜ ਲਾ 2 ਲੱਖ ਰੁਪਇਆ ਤੇ ਕਰਿੰਦਾ ਜਾਂ ਹੋਰ ਹਿਸਾਬ ਦਾ ਇਹ ਜਿੰਨਾ ਟਾਈਮ ਕਣਕ ਨਹੀਂ ਵੱਢੀ ਜਾਂਦੀ ਉਹਨਾਂ ਟਾਈਮ ਦਿੰਦਾ ਨਹੀਂ ਨਾ ਪਹਿਲਾਂ ਨੇ ਐਡਵਾਂਸ ਦੇ ਦਿੱਤੀ ਸੀ ਸਾਈ ਬਾਈ 2 ਲੱਖ ਰੁਪਇਆ ਉਹ ਤੇ ਮੈਂ ਲੈ ਕੇ ਆਇਆ ਸੀ ਤੁਹਾਡੇ ਕੋਲੇ ਉਹੀ ਉਹ ਫਿਰ ਤਾਂ ਉਹੀ ਤਾਂ ਗੱਲ ਤੈਨੂੰ ਦੱਸਦੇ ਆ ਜੇ ਸਾਨੂੰ ਕੋਈ ਲੋੜ ਹੁੰਦੀ ਉਦੋਂ ਤਾਂ ਅਸੀਂ ਉਹਦੀ ਫੜ ਲੈਂਦੇ ਸਾਡਾ ਹੁਣ ਖਾਧੀ ਹੁਣ ਪੱਟੀ ਗਈ ਮੇਰੇ ਸਾਹਿਬ ਦੀ ਕੀ ਕਰ ਗਏ ਯਾਰ ਮਜਬੂਰ ਆ ਅਸੀਂ ਵੀ ਕਰਕੇ ਦੇ ਹੱਲ ਕੋਈ ਨਾ ਕੋਈ ਨਹੀਂ ਮੈਂ ਮੰਗਦਾ ਨਹੀਂ ਤੈਨੂੰ ਪਤਾ ਬਾਹਲਾ ਨੀ ਮਹੀਨੇ ਕੁ ਦਾ ਹੀ ਕਰਾਰ ਕਰਨਾ ਬਸ ਆਪਾਂ ਵਿਆਹ ਦੇ ਦਾਂਗੇ ਕੋਈ ਨੀ ਦੋ ਦੀ ਥਾਂ 2.5 ਰੁਪਏ ਵੀ ਦੇ ਦਾਂਗੇ ਚੱਲ ਕਰਕੇ ਰਹਿ ਦੱਸ ਫਿਰ ਮੈਨੂੰ ਹੁਣੀ ਨਾਲ ਦੀ ਨਾਲ ਚੰਗਾ ਜਵਾਬ ਤਾਂ ਚੱਲ ਕਾਹਨੂੰ ਦੇਣਾ ਅਗਲਾ ਮਜਬੂਰ ਹੋ ਕੇ ਮੰਗਦਾ ਹੁੰਦਾ ਰਿਸ਼ਤੇਦਾਰ ਤੋਂ ਨੀ ਕਿਹਦਾ ਜੀ ਕਰਦਾ ਕਿਸੇ ਮੂਹਰੇ ਹੱਥ ਟੰਦਾ ਚੱਲ ਦੇਖ ਚੱਲ ਆ ਜਾ ਇੱਥੇ ਕੋ ਬੈਠੀਆਂ ਭਲਗੇ ਮਾਨਸੇ ਉੱਧਰ ਚੱਲਦੇ ਆ ਆ ਜੀ ਹੋਰ ਮੇਰੀ ਗੱਲ ਸੁਣੋ ਜੀ ਜੇ ਮਾਮਾ ਕੋਈ ਵੀ ਮੇਰੇ ਬਾਰੇ ਗੱਲ ਕਰੂਗਾ ਨਾ ਐਵੇਂ ਉਹਦੇ ਗੱਲਾਂ 'ਚ ਨਾ ਜਿਓ ਮਾਮੇ ਦੀ ਕਿਉਂ ਕੀ ਗੱਲ ਹੋ ਗਈ ਹੁਣ ਮੇਰੇ ਕੋਲ ਨਾ ਗਗਨ ਸੇਲੀ ਦਾ ਫੋਨ ਆ ਗਿਆ ਤੁਹਾਨੂੰ ਪਤਾ ਹੀ ਉਹ ਤਾਂ ਰੋਜ਼ ਫੋਨ ਕਰਦੀ ਆ ਹਾਂ ਹਾਂ ਮਾਮੇ ਨੇ ਮੈਨੂੰ ਬੁਲਾਇਆ ਹੋਊਗਾ ਮੈਂ ਗੱਲ ਕਰੀ ਜਾਂਦੀ ਸੀ ਮੈਨੂੰ ਨਹੀਂ ਸੁਣਿਆ ਤੇ ਜਦੋਂ ਮੈਂ ਗਈ ਕਹਿੰਦਾ ਹਾਂ ਪਿੱਛੋਂ ਤੁਸੀਂ ਫੋਨ 'ਤੇ ਲੱਗੇ ਰਹਿੰਦੇ ਹੋ ਪਤਾ ਨਹੀਂ ਕਿਹਦੇ ਨਾਲ ਗੱਲਾਂ ਕਰਦੀ ਹੋ ਇੰਨਾ ਕੁਛ ਸੁਣਾਇਆ ਸੁਣਾਉਣਾ ਹੀ ਸੀ ਉਹਨੇ ਤਾਂ ਤੈਨੂੰ ਮੈਂ ਦੱਸਿਆ ਸੀਗਾ ਉਹ ਹੈਗੇ ਲੜਾਈ ਦੀ ਜਿਹੜਾ ਗਾ ਪਤਾ ਕੀ ਗੱਲ ਹੈ ਕਿ ਜਦੋਂ ਵੀ ਘਰੇ ਆਉਣਾ ਨਾ ਆਪਣੇ ਇੱਥੇ ਲੜਾਈ ਪਵਾ ਕੇ ਜਾਂਦਾ ਗਾ ਤੂੰ ਹੀ ਉਹਦੇ ਜਿੱਦੇ ਆਇਆ ਸੀ ਮਾਮਾ ਮਾਮਾ ਮੈਂ ਚਾਹ ਲਿਆ ਮੈਂ ਪਾਣੀ ਲੈ ਕੇ ਆਵਾਂ ਤੈਨੂੰ ਉਦੋਂ ਮੈਂ ਸਮਝਾਇਆ ਸੀ ਕਿ ਨਹੀਂ ਮਾਮਾ ਇਹ ਲੱਗਦਾ ਨਹੀਂ ਮੈਨੂੰ ਪਤਾ ਨਾ ਉਹਦਾ ਹੁਣ ਮੈਨੂੰ ਕੀ ਪਤਾ ਸੀ ਜੀ ਮਾਮਾ ਇਹੋ ਜਿਹਾ ਹੁਣ ਤਾਂ ਮੈਨੂੰ ਪਤਾ ਲੱਗਾ ਮਾਮਾ ਤਾਂ ਪੂਰਾ ਜ਼ਹਿਰ ਕੋਲ ਹੀ ਫਿਰਦਾ ਫਿਰ ਜ਼ਹਿਰ ਕੋਲ ਹੀ ਫਿਰਦਾ ਕੋਈ ਗੱਲ ਨਹੀਂ ਮੈਂ ਨਹੀਂ ਕਰਦਾ ਗੌਰ ਮੈਨੂੰ ਤਾਂ ਸਾਰਾ ਉਹਦੇ ਬਾਰੇ ਪਹਿਲਾਂ ਹੀ ਪਤਾ
ਹੱਲ ਕਰਦਾ ਫਿਰਦਾ ਕੋਈ ਗੱਲ ਨੀ ਆ ਗਿਆ ਬਸ ਮੈਂ ਮੀਟ ਵਾਲੇ ਕੋਲ ਜਾਇਆ ਵਾ ਕੋਈ ਮਾਰ ਕੇ ਪੰਪ ਜਾ ਵੜਦਾ ਹੱਥ ਨੇ ਆਉਣਾ ਹੱਥ ਨੂੰ ਗਗਨ ਕਰ ਦਿੰਦਾ ਹੱਲ ਆਪੇ ਆਪਣੇ ਪੈਸੇ ਵੱਜ ਜਾਂਦੇ ਮਾਮੇ ਕੋਲ ਬੈਠਣ ਦੀ ਹੋਰ ਕੀ ਲੜਾਈ ਦੀ ਜੜ ਉਹ ਮੈਨੂੰ ਪਤਾ ਹੀ ਹੈ ਜਦੋਂ ਤੈਨੂੰ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਇਸ ਗੱਲ ਦੀ ਟੈਨਸ਼ਨ ਛੱਡ ਤੂੰ ਮੈਨੂੰ ਆਪਦੀ ਹੋਰ ਕੋਈ ਗੱਲ ਦੱਸ ਕੋਈ ਹੋਰ ਗੱਲ ਹੋਈ ਹੈ ਆਪਾਂ ਨੀ ਹੈਗੇ ਹੁਣ ਇਹਦੀ ਗੱਲ ਸੁਣਦੇ ਆਪਾਂ ਨੂੰ ਤਾਂ ਪਤਾ ਲੱਗਿਆ ਖੜਾ ਬੇਬੇ ਨੇ ਤਾਂ ਸਿਰ ਚੜਾਇਆ ਅਮਨਿੰਦਰ ਵੀ ਮਾਮੇ ਮੂਹਰੇ ਲਿਪ ਲਿਪ ਕਰਦੀ ਰਹਿੰਦੀ ਪਤਾ ਨੀ ਕੀ ਡਰ ਇਹਨੂੰ ਕੋਈ ਨਾ ਤੂੰ ਸਮਝਾਇਆ ਕਰ ਇਹਨੂੰ ਪਤਾ ਲੱਗ ਜੂਗਾ ਪਹਿਲਾਂ ਤਾਂ ਇਹ ਤਾਂ ਗੁੱਤ ਚ ਪਏ ਸੀਗੇ ਇਹਨੂੰ ਹਜੇ ਵੀ ਨੀ ਅਕਲ ਆਈ ਨਿੰਦਰ ਡਰਦੀ ਆ ਉਦੋਂ ਮਾਮੇ ਨੇ ਚਿੱਤਰ ਪਵਾਤੇ ਸੀ ਨਾ ਹੁਣ ਉਹਨੂੰ ਆਇਆ ਵੀ ਹੁਣ ਵੀ ਨਾ ਮਾਮਾ ਚਿੱਤਰ ਪਵਾ ਦੇ ਉਹਦੇ ਪਰ ਤੂੰ ਲੈਣਾ ਕੀ ਉਹਦਾ ਤੂੰ ਆਪੇ ਆਪਦਾ ਆਪ ਨਬੇੜੂਗੀ ਉਹ ਜਿਹੜੀ ਕੁਛ ਹੋਈ ਤੂੰ ਆਪਦਾ ਧਿਆਨ ਰੱਖਿਆ ਕਰ ਮੈਂ ਤਾਂ ਆਪਦਾ ਧਿਆਨ ਰੱਖਦੀ ਆ ਨਾਲੇ ਮੈਂ ਨਹੀਂ ਡਰਦੀ ਆ ਮਾਮੇ ਮੂਮੇ ਤੋਂ ਮਨਿੰਦਰ ਹੀ ਡਰਦੀ ਹੋ ਬਸ ਠੀਕ ਆ ਡਰਨ ਦੀ ਲੋੜ ਵੀ ਨਹੀਂ ਬੇਬੇ ਆ ਜੂਗੀ ਬੇਬੇ ਆਪਦੇ ਆਪ ਝੱਲੂਗੀ ਇਹਨੂੰ ਆਪਾਂ ਕਿਉਂ ਝੱਲਣਾ ਜੇ ਮਾਮਾ ਮੈਨੂੰ ਇੱਕ ਕਹੂਗਾ ਤਾਂ ਚਾਰ ਸੁਣਾਉਂਗੀ ਅੱਗੋਂ ਬਸ ਠੀਕ ਹੈ ਤੂੰ ਐਂ ਕਰ ਮੈਨੂੰ ਤਾਂ ਲੈ ਦੇ ਚਾਹ ਹੁਣ ਮੈਨੂੰ ਨਾ ਸੁਣਾਉਣ ਲੱਗ ਜੀ ਨਹੀਂ ਨਹੀਂ ਜੀ ਤੁਹਾਨੂੰ ਤਾਂ ਲਿਆ ਨੀਰਾ ਤਾਂ ਪਾਤਾ ਪਤਾ ਨਹੀਂ ਕਿੱਧਰ ਵੜਿਆ ਰਾਜਪਾਲ ਅੱਜ ਆਏ ਨਹੀਂ ਪਤਾ ਵੀ ਸੰਨੀਆਂ ਦਾ ਟਾਈਮ ਹੋ ਗਿਆ ਬੇਬੇ ਤਾਂ ਹੁੰਦਾ ਨਹੀਂ ਇੰਨਾ ਇੱਕ ਤਾਂ ਇਹ ਵੀ ਜਵਾਕ ਜਿਹਾ ਲਹੂ ਪੀਂਦਾ ਗਾ ਹੁਣ ਤੈਨੂੰ ਕਿੱਥੋਂ ਲੈ ਕੇ ਦੱਸ ਮੌਕੇ ਤੇ ਪੈਸੇ ਹੱਥਾਂ ਤੇ ਸਾਨੂੰ ਇਹ ਜਮਾਉਣ ਲੱਗ ਗਈ ਪਹਿਲਾਂ ਉਹਦੀ ਨਾ ਜਵਾਬ ਦੇਣ ਦੀ ਬੇ ਕਿੱਧਰ ਜਾ ਵੜਿਆ ਸੀ ਤੂੰ ਕਿਉਂ ਬੇਬੇ ਉਹ ਮੈਂ ਤਾਂ ਇੱਥੇ ਹੀ ਸੀਗਾ ਮਨਿੰਦਰ ਦਾ ਫੋਨ ਸੁਣਨ ਲੱਗ ਗਿਆ ਮੈਂ ਸਾਹਾ ਰਾਜਾ ਰਲਾਇਆ ਹੋਰ ਤੈਨੂੰ ਮੈਂ ਕਿਹਾ ਹੀ ਰਲਾ ਦੂੰ ਆ ਕੇ ਮੈਂ ਤੂੰ ਵੀ ਬੜੀ ਤੈਨੂੰ ਚੰਗਾ ਪਹਿਲਾਂ ਪਤਾ ਵੀ ਮੈਂ ਇੱਥੋਂ ਹੁੰਦਾ ਨਹੀਂ ਪਾਈ ਕੰਮ ਤੂੰ ਵੀ ਜਾਣ ਜਾਣ ਪਰਤਿਆ ਵੇ ਲੈਣਾ ਗਾ ਉਹ ਚੱਲ ਕੋਈ ਨੀ ਹੁਣ ਤਾਂ ਨਿਬੜ ਗਿਆ ਕੰਮ ਦੋ ਰਹਿ ਗਿਆ ਇਹਨਾਂ ਨੂੰ ਵੀ ਹੌਲੀ ਹੌਲੀ ਅਟਕਾ ਕੇ ਵੇਚ ਦਿਆਂਗੇ ਹਾਂ ਹੁਣ ਅਟਕਾ ਕੇ ਵੇਚ ਦਿਆਂਗੇ ਮੁੜ ਕੇ ਡੋਲੂ ਚੱਕ ਕੇ ਫਿਰਦੇ ਰਵਾਂਗੇ ਮੈਂ ਤਾਂ ਸਾਂਭਦੀ ਨਹੀਂ ਹੁਣ ਮੈਂ ਖੇਤ ਬੰਨੇ ਸਾਂਭਾਂਗੇ ਘਰ ਦਾ ਸਾਂਭਾਂ ਤੇਰੇ ਗੋਡੇ ਦੁਖਦੇ ਆ ਇੱਕ ਅੱਧਾ ਤਾਂ ਰੱਖਣਾ ਹੀ ਪਊ ਫਿਰ ਚਾਹ ਤਾਂ ਪੀਆ ਹੀ ਕਰਾਂਗੇ ਚਾਹ ਰੱਖ ਲਾਂਗੇ ਮੱਝ ਜੀ ਰੱਖ ਲਾਂਗੇ ਉਹ ਮਨਿੰਦਰ ਦਾ ਫੋਨ ਆਇਆ ਸੀ ਮੈਂ ਤਾਂ ਬਾਹਰ ਤਾਂ ਜਾ ਵੜਿਆ ਕੀ ਕਹਿੰਦੀ ਠੀਕ ਹੈ ਵਧੀਆ ਖੈਰ ਸੁੱਖ ਹਾਏ ਤਾਂ ਸਾਰੇ ਵਧੀਆ ਉਹਨੇ ਹੋਰ ਨਵਾਂ ਜੱਬ ਖੜਾ ਕਰਤਾ ਕਹਿੰਦੀ 2 ਲੱਖ ਰੁਪਇਆ ਚਾਹੀਦਾ ਹੁਣ ਮੌਕੇ ਤੇ ਦੇ ਲੈ ਕਿੱਥੋਂ ਦੇਗੇ ਉਹਨੇ ਕੀ ਕਰਨਾ ਉਹ ਪਤਾ ਨਹੀਂ ਕਿਹਨੂੰ ਆਹ ਮੋੜਨੇ ਮਾੜਨੇ ਕੀ ਕਰਨਾ ਫੜੀ ਬੈਠੇ ਸੀਗਾ ਤੂੰ ਕਿਸੇ ਤੋਂ ਫਿਰ ਹੁਣ ਆਪਾਂ ਉਹ ਤਾਂ ਪੁੱਛਿਆ ਸੀਗਾ ਹਨਾ ਉਹ ਤਾਂ ਉਹਨੇ ਜਵਾਬ ਦੇਤਾ ਉਦੋਂ ਤਾਂ ਮੈਂ ਕਿਹਾ ਮੈਂ ਤੈਨੂੰ ਉਦੋਂ ਮੈਂ ਘਰੇ ਫੜਾਉਣਾ ਸੀ ਪੈਸੇ ਉਦੋਂ ਤੂੰ ਬੜੀ ਵੱਡੀ ਉਹ ਬਣ ਗਈ ਸਾਹੂਕਾਰ ਵੀ ਮੇਰੇ ਕੋਲ ਤਾਂ ਸਾਨੂੰ ਤਾਂ ਲੋੜ ਨਹੀਂ ਬਾਈ ਹੁਣ ਤੂੰ ਮੌਕੇ ਦੇ ਕਿ ਨਹੀਂ ਆ ਪੈਸੇ ਦੇ ਮੈਂ ਰੁੱਤ ਕਿਹੜੀ ਆ ਹੁਣ ਉੱਤੋਂ ਮਹੀਨੇ ਹੱਲ ਨਹੀਂ ਹੁੰਦਾ ਕਹਿੰਦੀ ਜਿਵੇਂ ਮਰਜ਼ੀ ਕਰਕੇ ਦੇ ਬਾਈ ਕੀ ਪਤਾ ਜਾਣ ਕੇ ਪਰਤਿਆਵੇ ਲੈਂਦੀ ਹੋਵੇ ਵਗੇਰਾ ਦੇਖਾਂ ਤਾਂ ਸਹੀ ਉਹ ਤਾਂ ਬੇਬੇ ਹੁਣ ਉਹਨੂੰ ਪਤਾ ਹੋਊਗਾ ਵੀ ਮੇਰੇ ਦੁੱਖ ਦੇ ਸੁੱਖ ਦੇ ਕੋਈ ਮੌਕੇ ਤੇ ਕੋਈ ਖੜਨ ਵਾਲੇ ਹੈਗੇ ਆ ਕਿ ਨਹੀਂ ਹਾਂ ਕਿਸੇ ਦੇ ਮਨ ਦਾ ਕੀ ਪਤਾ ਹੁੰਦਾ ਕੀ ਪਤਾ ਦੇਂਦੀ ਹੋਵੇ ਔਖੇ ਸੌਖੇ ਖੜੂਗੇ ਨਾ ਟਾਈਮ 'ਚ ਤੂੰ ਵੀ ਰੱਖੇ ਨੂੰ ਤੂੰ ਜਾ ਕੇ ਡਾਇਰੈਕਟਰ ਦੇ ਥੱਪੇ ਆਇਆ ਜਿਹੜੇ ਸੀ ਤੇ ਹੋਰ ਮੈਂ ਤਾਂ ਜੇ ਐਂ ਪਤਾ ਹੁੰਦਾ ਫਿਰ ਤਾਂ ਨਾ ਹੀ ਪੰਗਾ ਲੈਂਦੇ ਆ ਜੇ ਹਾੜੀ ਤੱਕ ਸਿਆਣੇ ਕਹਿੰਦੇ ਹੁੰਦੇ ਪੈਸਾ ਕੋੜੇ ਰੱਖਣਾ ਚਾਹੀਦਾ ਕਿਸੇ ਵੇਲੇ ਮਰਜ਼ੀ ਲੋੜ ਪਾ ਜਾਂਦੀ ਆ ਪਰ ਸੋਨੂੰ ਤਾਂ ਮੰਡੀਰ ਨੂੰ ਬਸ ਆਪਦੀ ਸ਼ੋਸ਼ੇਬਾਜ਼ੀ ਦਾ ਗਾ 2 ਰੁਪਏ ਹੋਏ ਕੋਲੇ ਚੱਕ ਕੇ ਲਾ ਤੇ ਉਹ ਪੁਰਾਣਾ ਲੋਹਾ ਫਿਰ ਪੈਸੇ ਉੱਤੇ ਬਾਲੇ ਖਾਂਦਾ ਸੀ ਤਾਂ ਕਰਕੇ ਵੇਚਣਾ ਪਿਆ ਡੰਗ ਲਾਉਣਾ ਤਾਂ ਪੁੱਤ ਲੈ ਹੀ ਜਾਂਦਾ ਹੁੰਦਾ ਗੱਲ ਕਰ ਤੁਸੀਂ ਇੱਕ ਦੂਜੇ ਦੀ ਰੀਸ ਕਰਦੇ ਹੋ ਬਾਲੀ
ਉਹ ਚੱਲ ਫਿਰ ਐਂ ਕਰਦਾ ਹੁਣ ਪੁੱਛ ਲੈਣਾ ਕਿਸੇ ਨਾ ਕਿਸੇ ਤੋਂ ਵਿਆਜ ਤੇ ਹੋਰ ਕੀ ਆ ਜਾਂ ਨਹੀਂ ਮੰਨਦੀ ਕਿ ਜਵਾਬ ਦੇ ਕੇ ਖੜ ਜਾਵੀ ਹਾਂ ਜਵਾਬ ਕਾਹਨੂੰ ਦੇਣਾ ਕਰਕੇ ਦੇ ਦੇ ਕਿਸੇ ਤੋਂ ਪੁੱਛ ਲਾ ਚੱਲ ਆਪਾਂ ਮੂਹਰੇ ਕਣਕ ਕੁਣਕ ਵੇਲੇ ਮੋੜ ਦਿਆਂਗੇ ਪੁੱਛ ਨਹੀਂ ਪੈਣਗੇ ਅਗਲਾ ਮੂੰਹ ਬੜਾ ਟੜਦਾ ਵਿਆਜ ਵਾਲਾ ਮੰਗਦੇ ਆ ਵਿਆਜ ਤਾਂ ਫਿਰ ਹੁਣ ਪਾਉਣਾ ਹੀ ਪਊਗਾ ਵਿਆਜ ਤਾਂ ਪਊਗਾ ਜਿਹੜਾ ਪਊਗਾ ਫਿਰ ਉਧਰ ਜੇ ਜਵਾਬ ਦੇਤਾ ਫਿਰ ਤੈਨੂੰ ਪਤਾ ਜ਼ਮੀਨ ਤਿਲਕ ਜੇ ਇਹ ਵੀ ਗੱਲ ਆ ਹਾਂ ਲੱਖ ਦੋ ਲੱਖ ਰੁਪਏ ਪਿੱਛੇ ਸਾਰਾ ਕੁਝ ਹੱਥੋਂ ਜਾ ਹਾਂ ਨਾਲੇ ਹੁਣ ਜੇ ਮੰਨੀਏ ਤਾਂ ਪੈਸੇ ਤਾਂ ਉਹਦੇ ਹੀ ਸੀ ਆਪਾਂ ਕਿਹੜਾ ਕੋਲੋਂ ਦੇਣੇ ਆ ਹਾਂ ਮੈਂ ਕਿਹਾ ਮੈਂ ਤਾਂ ਉਦੋਂ ਹੀ ਰੱਖ ਲੈਂਦੀ ਕਹਿੰਦੀ ਉਦੋਂ ਬਈ ਸਾਨੂੰ ਕੀ ਪਤਾ ਸੀ ਵੀ ਐਂ ਲੋੜ ਪੈ ਜੂਗੀ ਮੌਕੇ ਤੇ ਹੁਣ ਉਹਦਾ ਵੀ ਸਾਨ ਆਪਾਂ ਜਵਾਬ ਵੀ ਦਿੰਦੇ ਹਨਾ ਤੇਰੇ ਵਾਲੀ ਗੱਲ ਸਹੀ ਆ ਸਿਆਣੇ ਸੋਹਣੇ ਲੱਗਦੇ ਸਹੀ ਗੱਲ ਹੈ ਵੀ ਆਖੂਗੀ ਵੀ ਮੈਂ ਤਾਂ ਵਰਤਾਂ ਨੂੰ ਦਿੱਤੇ ਸੀ ਅੱਜ ਮੈਨੂੰ ਲੋੜ ਸੀ ਅੱਜ ਮੈਨੂੰ ਜਵਾਬ ਦੇਤਾ ਤੇ ਹੋਰ ਵਿੱਚੇ ਕਾਕਣ ਵੀ ਬੋਲੀ ਜਾਂਦਾ ਹੈਗਾ ਹਾਂ ਆ ਫਿਰ ਲੋੜ ਹੀ ਹੋਊ ਉਹਨਾਂ ਨੂੰ ਕਰੇ ਦੋਨੇ ਇਕੱਠੇ ਬੈਠੇ ਨਹੀਂ ਫੋਨ ਲਾਇਆ ਸੀ ਕਹਿੰਦੀ ਬਾਈ ਵੀ ਤੇਰਾ ਕੋਲ ਹੀ ਬੈਠਾ ਮੈਂ ਚੱਲ ਕੋਈ ਨਹੀਂ ਕਰਦੇ ਹਾਂ ਫਿਰ ਹੁਣ ਮੈਂ ਜਵਾਬ ਦਿੰਦਾ ਵੀ ਸੋਹਣਾ ਹੀ ਲੱਗਦਾ ਹੈ ਚੱਲ ਤੂੰ ਭਾਈ ਪੁੱਛ ਪੜਤਾਲ ਕਰ ਲੈ ਫਿਰ ਪੜਾਇਆ ਹੀ ਚੱਲ ਮੈਂ ਪੁੱਛਦਾ ਜਰਨੈਲ ਨੂੰ ਪੁੱਛਦਾ ਉਹ ਤੋਂ ਲੈ ਲੈਣੇ ਕਿਰਾਂ ਹਾੜੀ ਤੱਕ ਮੁੜ ਕੇ ਉਹਨੂੰ ਵਿਆਜ ਸਮੇਤ ਮੋੜ ਦਾਂਗੇ ਹੋਰ ਕੀ ਆ ਹਾਂ ਉਹਨੂੰ ਕਹਦੇ ਬਸ ਵੀ ਫਸਲ ਆਈ ਪਈ ਆ ਭਾਈ ਕੋਈ ਨਹੀਂ ਦੇ ਦਾਂਗੇ ਮਹੀਨੇ 20 ਦਿਨ ਦਾ ਕਰ ਲੈ ਕਰਾਰ ਚੱਲ ਕਰ ਲੈਣਾ ਉਹਦੇ ਨਾਲ ਗੱਲ ਪਾ ਦੇ ਕੱਖ ਜੇ ਕੱਖ ਤਾਂ ਪਾ ਤੇ ਮੈਂ ਤੇ ਉਹ ਬੰਨ ਦੇ ਮੰਮੀ ਚਾਹ ਪੀ ਲਓ ਨਾਲੇ ਮੰਮੀ ਮੈਂ ਸਵੇਰ ਦੀ ਦੇਖੀ ਆਨੀ ਆ ਮਾਮਾ ਹੀ ਦੱਸਦਾ ਕਿਤੇ ਮੈਂ ਚਾਹ ਫੜਾਉਣੀ ਸੀ ਮਾਮੇ ਨੂੰ ਉਹ ਤਾਂ ਵਗ ਗਿਆ ਕੋਈ ਕੰਮ ਸੀ ਉਹਨੂੰ ਫੋਨ ਆ ਗਿਆ ਸੀ ਤਾਂ ਵਗ ਗਿਆ ਸੱਚੀ ਮੰਮੀ ਵਗ ਗਿਆ ਮਾਮਾ ਆਹੋ ਵਗ ਗਿਆ ਨਾ ਤੂੰ ਬੜੀ ਖੁਸ਼ ਹੋਈ ਜਾਂਦੀ ਆ ਕੀ ਗੱਲ ਹੈ ਨਹੀਂ ਨਹੀਂ ਮੰਮੀ ਖੁਸ਼ ਨਹੀਂ ਹੁੰਦੀ ਮੈਂ ਤਾਂ ਵੈਸੇ ਪੁੱਛਿਆ ਵੀ ਮਾਮਾ ਵਗ ਗਿਆ ਆਹੋ ਮੈਂ ਜਾਣਦੀ ਆ ਤੁਹਾਨੂੰ ਮੈਨੂੰ ਸਾਰਾ ਦੱਸ ਗਿਆ ਉਹ ਵੀ ਕੀ ਕਰਤੂਤਾਂ ਕੀਤੀਆਂ ਕੱਲ ਤੁਸੀਂ ਮੰਮੀ ਅਸੀਂ ਕੀ ਕੀਤਾ ਲੈ ਕੇ ਕੀ ਕੀਤਾ ਨਹੀਂ ਹਰਪ੍ਰੀਤ ਦੋਨੇ ਰਲੀਆਂ ਹੋਈਆਂ ਤੁਸੀਂ ਕੋਈ ਨਹੀਂ ਉਰੇ ਆਣੀ ਤੈਨੂੰ ਵੀ ਦੇਵਾਂ ਪਤਾ ਮੈਂ ਹਾਂਜੀ ਮੰਮੀ ਕੀ ਹੋ ਗਿਆ ਨਾ ਕੀ ਗੱਲ ਕੱਲ ਕੀ ਸਕੀਮ ਬਣਾਈ ਸੀ ਤੁਸੀਂ ਦੋਨਾਂ ਨੇ ਹੈ ਸਕੀਮ ਕਾਦੀ ਮੈਨੂੰ ਤਾਂ ਆਪ ਨਹੀਂ ਪਤਾ ਮੰਮੀ ਮੈਨੂੰ ਸਾਰਾ ਕੁਝ ਦੱਸਤਾ ਤੁਹਾਡੇ ਮਾਮੇ ਨੇ ਵੀ ਤੁਸੀਂ ਸਕੀਮ ਬਣਾਈ ਸੀ ਦੁੱਧ ਖੱਟਾ ਹੋ ਗਿਆ ਚਾਹ ਨਹੀਂ ਬਣਾ ਕੇ ਦਿੰਦਾ ਉਹਨੂੰ ਓਹੋ ਮੰਮੀ ਦੁੱਧ ਤਾਂ ਸੱਚੀ ਖੱਟਾ ਹੋ ਗਿਆ ਸੀ ਮਾਮੇ ਨੂੰ ਤਾਂ ਉਹੀ ਲੱਗਿਆ ਆਹੋ ਮਾਮੇ ਨੂੰ ਉਹੀ ਲੱਗਿਆ ਨਾ ਕੀ ਗੱਲ ਤੁਸੀਂ ਤਾਂ ਬਥੇਰੇ ਗਲਾਸ ਪਰ ਪੀਣੀਆਂ ਗਿਆ ਤੇ ਉਹਨੂੰ ਵਿਚਾਰੇ ਨੂੰ ਚਾਹ ਵੀ ਨਹੀਂ ਕਰਕੇ ਦੇ ਸਕਦੀਆਂ ਸੀ ਤੁਸੀਂ ਅਰੇ ਮੰਮੀ ਤੈਨੂੰ ਤਾਂ ਪਤਾ ਹੀ ਆ ਮਾਮੇ ਤਾਂ ਆਤੇ ਆ ਜਾਣ ਕੇ ਕਲੇਸ਼ ਪਾਉਣ ਦੀ ਹੋਰ ਮੰਮੀ ਸਹੀ ਕਹੀ ਜਾਂਦੀ ਦੀਦੀ ਆਹੋ ਦੀਦੀ ਸਹੀ ਕਹੀ ਜਾਂਦੀ ਹੈਗੀ ਤੂੰ ਵੀ ਇਹਦੀ ਹੁਣ ਚਮਚੀ ਬਣ ਕੇ ਰਹਿ ਓਹੋ ਮੰਮੀ ਇਹਦੇ ਚਮਚੇ ਵਾਲੀ ਕੀ ਗੱਲ ਹੈ ਜਿਹੜੀ ਗੱਲ ਹੈ ਮੈਂ ਤਾਂ ਉਹੀ ਗੱਲ ਕਹੀ ਆ ਬਾਇਆ ਨਹੀਂ ਬਾਇਆ ਚੁੱਪ ਕਰਕੇ ਜਾਣਦੀ ਆ ਤੈਨੂੰ ਵੀ ਮੈਂ ਗੱਲ ਸੁਣੋ ਮੇਰੀ ਦੋਨੇ ਜਣੀਆਂ ਜੇ ਅੱਜ ਤੋਂ ਬਾਅਦ ਇਹ ਗੱਲ ਹੋ ਗਈ ਨਾ ਤਾਂ ਹਿਸਾਬ ਲਾ ਲੈ ਤੁਹਾਡੇ ਬੈਗ ਜੇ ਚਕਾ ਕੇ ਨਾ ਪੇਕੇ ਤੋੜ ਦੂੰ ਮੈਂ ਮੰਮੀ ਮੈਂ ਤਾਂ ਕਿਹਾ ਸੀਗਾ ਦੀਦੀ ਨੂੰ ਵੀ ਚਾਹ ਬਣਾ ਦੇ ਇਹਨੇ ਨਹੀਂ ਬਣਾਈ ਅੱਛਾ ਚਾਹ ਤਾਂ ਮੰਮੀ ਨੇ ਤੈਨੂੰ ਕਿਹਾ ਸੀ ਬਣਾਉਣ ਨੂੰ ਫੋਨ ਤੇ ਅੰਦਰ ਤੂੰ ਲੱਗੀ ਪਈ ਸੀਗੀ ਨਾ ਫਿਰ ਤੂੰ ਬਣਾ ਦਿੰਦਾ ਕੀ ਹੋ ਜਾਂਦਾ ਮੈਨੂੰ ਮੰਮੀ ਨੇ ਕਿਹਾ ਹੀ ਨਹੀਂ ਬਸ ਕਰੋ ਹੁਣ ਮੇਰੇ ਸਿਰ ਤੇ ਨਾ ਲੱਗੋ ਇੱਥੇ ਕਿਵੇਂ ਲੱਗ ਗਿਆ ਕਿਰਕਿਰ ਕਰਨ ਇੱਥੇ ਜਾ ਬਾਈ ਦਾ ਕੰਮ ਕਰ ਲਓ ਉਹਦਾ ਗਾਲਾਂ ਪਵਾ ਕੇ ਰੱਖਦੀਆਂ ਪਵਾਤੀਆਂ ਗਾਲਾਂ ਨਾਲੇ ਹੋਰ ਮਨਿੰਦਰ ਪਿੱਛੇ ਲੱਗ ਕੇ ਤਾਂ ਮੈਂ ਵੀ ਮੰਮੀ ਤੋਂ ਗਾਲਾਂ ਖਾ ਲਈਆਂ ਕੀ ਚਾਹ ਦੀ ਗੱਲ ਸੀ ਇੱਕ ਕੱਪ ਮਾਮੇ ਨੂੰ ਬਣਾ ਕੇ ਦੇ ਦਿੰਦੀ ਚਾਹ ਐਡੀ ਗੱਲ ਵਧਣੀ ਨਹੀਂ ਸੀਗੀ ਮੈਨੂੰ ਤਾਂ ਹੁਣ ਆਏ ਹੋਇਆ ਪਿਆ ਜਿਵੇਂ ਹੁਣ ਮਨਿੰਦਰ ਨਾਲ ਮੰਮੀ ਕਰਦੀ ਆ ਕਦੇ ਮੇਰੇ ਨਾਲ ਨਾ ਕਰਨ ਲੱਗ ਜੇ ਮੈਨੂੰ ਤਾਂ ਵਧੀਆ ਮੰਮੀ ਦਾ ਸਾਥ ਹੀ ਆ ਜੇ ਮਨਿੰਦਰ ਨੂੰ ਪਤਾ ਲੱਗ ਗਿਆ ਵੀ ਮੰਮੀ ਮੇਰੇ ਨਾਲ ਵੀ ਐਂ ਕਰਨ ਲੱਗ ਗਈ ਮਨਿੰਦਰ ਤਾਂ ਮੇਰੇ 'ਤੇ ਹਾਵੀ ਹੋ ਜੂਗੀ ਇਹ ਤਾਂ ਪਹਿਲੀ ਬਥੇਰੀ ਚਲਾਕ ਆ ਕਦੇ ਮੈਨੂੰ ਨਾ ਘਰੋਂ ਕਢਵਾ ਦੇ ਪਰ ਮੈਂ ਇਹ ਨਹੀਂ ਹੋਣ ਦਿੰਦੀ ਮੈਂ ਤਾਂ ਮੰਮੀ ਨਾਲ ਡਿਸਾਈਡ ਕਰਕੇ ਹੀ ਰਹਿਣਾ ਕਿਵੇਂ ਮਰਜ਼ੀ ਕਰਨਾ ਪਵੇ ਮੈਨੂੰ ਲੈ ਵੇਖ ਲਾ ਸਾਰਾ ਦਿਨ ਅੰਦਰ ਪਿਆ ਰਹਿੰਦਾ ਦੇ ਮੁੰਡਿਆ ਉੱਠ ਖੜ ਕੋਈ ਕਿਤੇ ਨੂੰ ਹੱਥ ਪਾ ਲਾ ਇੰਨੀ ਕਿੰਨੀ ਕੁ ਨੀਂਦ ਆਉਂਦੀ ਆ ਤੈਨੂੰ ਕੀ ਹੋ ਗਿਆ ਬੇਬੇ ਜਿਹੜਾ ਕੰਮ ਕਰਨ ਵਾਲਾ ਉਹ ਕਰ ਲਾ ਮੈਂ ਤੈਨੂੰ ਐਂ ਕਹਿੰਦੀ ਹਾਂ ਜਿਹੜੇ ਪੈਸੇ ਦੇ ਕੇ ਆਉਣੇ ਆ ਨਾ ਮਨਿੰਦਰ ਨੂੰ ਫੜਾਇਆ ਇੱਧਰ ਕਿੱਧਰ ਬਹਿ ਗਈ ਤੂੰ ਇੱਧਰ ਬਹਿ ਜਾ ਮੰਜੇ ਤੇ ਚੱਲ ਮੈਂ ਤਾਂ ਇੱਧਰ ਬਹਿ ਗਈ ਸੀ ਚੱਲ ਕੋਈ ਨਹੀਂ ਇੱਧਰ ਚੱਲ ਹਾਈਨ ਹੋ ਜਾ ਫਿਰ ਮਹਾ ਮਨਿੰਦਰ ਨੂੰ ਪੈਸੇ ਜਿਹੜੇ ਦੇਣੇ ਆ ਦੇ ਆ ਉਹ ਪੁੱਛਿਆ ਜਿਹੜੇ ਬੰਦੇ ਤੋਂ ਕਹਿੰਦਾ 3 ਵਜੇ ਦਾ ਟਾਈਮ ਦਿੱਤਾ ਉਹਨਾਂ ਕਹਿੰਦਾ ਲੈ ਨਹੀਂ ਫੜ ਕੇ ਕੋਈ ਨਹੀਂ ਉਹਨਾਂ ਦੇ ਉਹਦੇ ਚਿੱਤ ਚ ਆਏ ਜਾਊਗਾ ਨਹੀਂ ਜਾਣ ਕੇ ਨਹੀਂ ਦਿੰਦੇ ਪੈਣ ਪੈਸੇ
ਉਹ ਜਦੋਂ ਉਹਨੂੰ ਕਹੀ ਦਿੱਤਾ ਕਰਾਂ ਵੀ ਭਾਈ ਕੋਈ ਨਹੀਂ ਲਿਆ ਦਾਂਗੇ ਹੁਣ ਐਂ ਮੌਕੇ ਤੇ ਥੋੜਾ ਮੁਕਰਾਂਗੇ ਆਪਾਂ ਚੱਲ ਐਂ ਕਰੀ ਤੂੰ ਜਦੋਂ ਪੈਸੇ ਫੜਾਉਣ ਗਿਆ ਨਾ ਤੇ ਮਨਿੰਦਰ ਨੂੰ ਕਹਿ ਦੇ ਵੀ ਚੱਲ ਵਾਰ ਚਾਰ ਦਿਨ ਲਾਇਆ ਸਾਡੇ ਕੋਲ ਉਹ ਛੱਡ ਪਰੇ ਵੇ ਲਿਆ ਕੇ ਇੱਥੇ ਕੀ ਕਰਨਾ ਉਹਨੇ ਆਪ ਤਾਂ ਸੋਚਿਆ ਨਹੀਂ ਪੂਰਾ ਵੀ ਹੁਣ ਮੈਂ ਇੱਕਦਮ ਭਾਜੜਾ ਪਾਈ ਜਾਂਦੀ ਇਹਨਾਂ ਨੂੰ ਜਿੱਦੇ ਪੈਸੇ ਦੇਣੇ ਆ ਉਹਦੇ ਤਾਂ ਫੜੇ ਨਹੀਂ ਸੋਚਣ ਨੂੰ ਕਿਹੜਾ ਆਪਾਂ ਕੋਲੋਂ ਦੇਣੇ ਆ ਉਹਦੇ ਪੈਸੇ ਸੀ ਚੱਲ ਅਗਲੇ ਨੇ ਚਾਰ ਦਿਨ ਠਹਿਰ ਕੇ ਮੰਗ ਲਏ ਫੇਰ ਕੀ ਆ ਉਹ ਸੀ ਤਾਂ ਉਹਦੇ ਪੈਸੇ ਉਦੋਂ ਆਪਾਂ ਮੌਕੇ 'ਤੇ ਟਰੈਕਟਰ 'ਤੇ ਲਾਤੇ ਹੁਣ ਕਿਸੇ ਦੂਜੇ ਹੱਥ ਮਕਾਨੇ ਪਾ ਕੇ ਲਿਆਤੇ ਫੜ ਕੇ ਹੁਣ 2.5 ਲੱਖ ਰੁਪਈਏ ਪਿੱਛੇ ਤੂੰ ਹੁਣ ਜ਼ਮੀਨ ਛੱਡ ਦੇਗਾ ਘਰ ਛੱਡ ਦੇਗਾ ਮੈਨੂੰ ਐਂ ਦੱਸ ਪਹਿਲਾਂ ਚਲ ਉਹ ਤਾਂ ਹੁਣ ਜਿਹੜਾ ਕੁਛ ਹੋਊਗਾ ਹੋਊਗਾ ਬੇਬੇ ਮੌਕੇ ਦੀ ਤੂੰ ਫਿਰ ਐਂ ਮਾਰਨੀ ਗੱਲ ਨਾ ਕਰਿਆ ਕਰ ਜਿਹੜੀ ਗੱਲ ਮੈਂ ਤੈਨੂੰ ਸਮਝਾਉਣੀ ਹੁੰਦੀ ਆ ਤੂੰ ਉਹ ਸਮਝ ਲਿਆ ਕਰ ਵੀ ਤੂੰ ਉਹਨੂੰ ਕਹਿ ਦੀ ਭੈਣੇ ਚੱਲ ਚਾਰ ਦਿਨ ਲਾਇਆ ਨਾਲੇ ਤਾਂ ਨਾਲੇ ਉਹ ਆਜੂ ਨਾਲੇ ਉਹਦਾ ਪਾਸਾ ਥੱਲਿਆ ਜਾਊਗਾ ਨਾਲੇ ਇੱਥੇ ਗੱਲਾਂ 'ਚ ਲੈ ਕੇ ਫੇਰ ਹੀ ਕੋਈ ਗਾਹਾਂ ਵਾਲਾ ਕੋਈ ਕਰਾਂਗੇ ਕਾਰ ਬਿਹਾਰ ਕੋਈ ਐਂ ਤਾਂ ਨਹੀਂ ਵੀ ਹੁਣ ਇਸੇ ਟੇਕੇ ਦੇ ਪੈਸੇ ਉੱਥੇ ਫੜਾਇਆ ਕਰਾਂਗੇ ਜੇ ਇੱਥੇ ਆਊਗੀ ਤਾਂ ਫੇਰ ਹੀ ਧੀਜੂਗੀ ਚੱਲ ਦੇਖ ਲੂੰਗਾ ਮੈਂ ਤਾਂ ਘਰੀ ਕਹਿ ਕੇ ਵੀ ਭਾਈ ਜੇ ਨਾਲ ਚੱਲਣਾ ਤਾਂ ਚੱਲ ਵੜ ਤੂੰ ਮੇਰੀ ਮੱਥਾ ਪਕਾਈ ਨਾ ਕਰਾਇਆ ਕਰ ਤੈਨੂੰ ਮੈਂ ਜਿੰਨੇ ਵਾਰੀ ਸਮਝਾਇਆ ਇਹੀ ਗੱਲ ਕਹੀ ਆ ਵੀ ਭਾਈ ਗੱਲਾਂ 'ਚ ਲੈ ਕੇ ਫਿਰ ਦੋੜੇ ਆਉਣਗੇ ਤੈਨੂੰ ਤੂੰ ਭਾਲਦਾ ਵੀ ਮੈਨੂੰ ਘਰੇ ਬੈਠੇ ਨੂੰ ਜ਼ਮੀਨ ਨਾ ਕਰਾ ਦੇ ਆਈ ਨੀ ਅਗਲਾ ਕਰਵਾਉਂਦਾ ਪਹਿਲਾਂ ਅਗਲਾ ਦੇਖਦਾ ਵੀ ਵਰਤਨ ਜੋਗਰਾ ਹੈਗਾ ਕਿ ਨਹੀਂ ਉਹ ਬੇਬੇ ਜਦੋਂ ਕੋਈ ਠੁੱਟ ਨਾ ਕਰਾਊਗੀ ਦੇਖੀ ਜਾਊਗੀ ਪਹਿਲੇ ਧੂਆਂ ਕੱਢਤਾ ਦੇਖ ਲਾ ਰੁੱਤ ਕਿਹੜੀ ਆ 10 ਬੰਦਿਆਂ ਤੋਂ ਪੁੱਛ ਲਿਆ ਕੋਈ ਨੀ ਆ ਕਰਦਾ ਚੱਲ ਤੂੰ ਬਾਹਲੀਆਂ ਗੱਲਾਂ ਜੀਆਂ ਨਾ ਮਾਰ ਚਾਹ ਦੀ ਘੁੱਟ ਪੀਣੀ ਤਾਂ ਕਰ ਦਿੰਦੀ ਆ ਤੇ ਨਹੀਂ ਲਿਆ ਕੇ ਪੈਸੇ ਕੁੜੀ ਨੂੰ ਫੜਾਇਆ ਤੇ ਨਾਲੇ 4 ਦਿਨ ਲੈ ਆਈ ਉਹਨੂੰ ਚੱਲ ਮੈਂ ਕਰਕੇ ਦੇਖ ਲੂੰਗਾ ਟਾਈਮ ਕੀ ਹੋ ਗਿਆ ਟਾਈਮ ਤਾਂ ਬਥੇਰਾ ਹੋਇਆ ਪਿਆ ਜੇ ਇੱਥੇ ਪਿਆ ਹੀ ਰਹੇਗਾ ਤਾਂ ਟਾਈਮ ਤਾਂ ਟੱਪੀ ਜਾਊਗਾ ਅੱਧਾ ਮਣਾ ਘੰਟਾ ਹੋਰ ਰਹਿ ਗਿਆ 3 ਵਜੇ ਦਾ ਟਾਈਮ ਦਿੱਤਾ ਕੋਈ ਨਹੀਂ ਫੜ ਕੇ ਉੱਧਰ ਹੀ ਲੰਘ ਜਾਊ ਫਿਰ ਚੱਲ ਚੰਗਾ ਨੀਰਾ ਚਾਰਾ ਪਾ ਜੀ ਫਿਰ ਜਾਣ ਤੋਂ ਪਹਿਲਾਂ ਚੱਲ ਇਹ ਪਾ ਦੇਣਾ ਆਗਰਾ ਸਿੱਟੇ ਆਹੋ ਨੀਰਾ ਪਾ ਦੇ ਫਿਰ ਮੈਂ ਇੱਥੋਂ ਪੈਣਾ ਚਾਹ ਬਣਾ ਲੈ ਫਿਰ ਘੁੱਟ ਆਹੋ ਚਾਹ ਮੈਂ ਕਰਦੀ ਆ ਘੁੱਟ ਚੱਲ ਬਣਾ ਚਾਹ ਆਹੋ ਗੱਲ ਇੱਕ ਤਾਂ ਤੇਰੇ ਵੀ ਦਿਮਾਗ 'ਚ ਮਸਾਂ ਪਾਉਣੀ ਪੈਂਦੀ ਆ ਭਾਈ ਬਾਲੀ ਪਕਾਈ ਕਰਾਉਣਾ ਗਾ ਤੂੰ ਵੀ ਵਧੀਆ ਹੋ ਗਿਆ ਮਾਮਾ ਵਗ ਗਿਆ ਕਿਹਨੇ ਤਾਂ ਬੜਾ ਸਿਰ ਤੋਂ ਟਲੀ ਮੈਨੂੰ ਤਾਂ ਇੰਨੀ ਜ਼ਿਆਦਾ ਟੈਨਸ਼ਨ ਸੀ ਨਾਲੇ ਜਿੰਨੇ ਦਿਨ ਵੀ ਮਾਮਾ ਇੱਥੇ ਰਹਿੰਦਾ ਨਾ ਪੱਕਾ ਕੋਈ ਨਾ ਕੋਈ ਕਲੇਸ਼ ਪਵਾ ਕੇ ਜਾਂਦਾ ਮੈਂ ਤਾਂ ਕਹਿੰਦੀ ਹੇ ਵਾਹਿਗੁਰੂ ਹੁਣ ਆਵੇ ਨਾ ਮਾਮਾ ਇੱਥੇ ਬਸ ਜਿਹੜਾ ਉਹਨੂੰ ਕੰਮ ਪੈ ਗਿਆ ਨਾ ਮੈਂ ਕਹਿੰਦਾ ਕੰਮ ਉਲਝ ਹੀ ਜਾਵੇ ਮੁੜ ਕੇ ਇੱਥੇ ਆਵੇ ਨਾਲੇ ਉਹ 2.5 ਲੱਖ ਵਾਲੀ ਗੱਲ ਆ ਉਹ ਵੀ ਠੱਪ ਹੀ ਹੋ ਜੇ ਕਿਉਂਕਿ ਜੇ ਕੁਲਦੀਪ ਨੂੰ ਪਤਾ ਲੱਗ ਗਿਆ ਨਾ ਵੀ ਮੈਂ ਝੂਠ ਮਾਰ ਕੇ ਪੈਸੇ ਲਏ ਆ ਨਾਲ ਤਾਂ ਸਾਡੇ 'ਚ ਲੜਾਈ ਪਊਗੀ ਨਾਲੇ ਐਵੇਂ ਬਿਨਾਂ ਗੱਲ ਤੋਂ ਗੱਲਾਂ ਬਣਨਗੀਆਂ ਪਰ ਮੇਰੇ ਤਾਂ ਕਈ ਦਲੈਂ ਕਰਦਾ ਵੀ ਕੁਲਦੀਪ ਨੂੰ ਸਾਰਾ ਕੁਛ ਦੱਸਦਾ ਬਸ ਮੈਂ ਇੱਥੇ ਇੱਕ ਕਲੇਸ਼ ਤੋਂ ਡਰਦੀ ਹਾਂ ਅਤੇ ਆਪਦੇ ਧੀ ਦੇ ਮੂੰਹ ਨੂੰ ਚੁੱਪ ਕਰ ਜਿੰਦੀ ਹਾਂ ਵੀ ਜੇ ਮਾਮੇ ਨੇ ਮੰਮੀ ਨੂੰ ਦੱਸਦਾ ਨਾ ਵੀ ਘਰ ਜਸਮੀਤ ਦੇ ਨਾਮ ਆ ਐਂ ਨਹੀਂ ਪਤਾ ਘਰ 'ਚ ਕੀ ਰੌਲਾ ਪਵੇ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਮੈਂ ਕੁਲਦੀਪ ਨੂੰ ਦੱਸਾਂ ਕਿ ਨਾ ਦੱਸਾਂ ਹੁਣ ਕਿਹਦੇ ਨਾਲ ਗੱਲ ਕਰਾਂ ਮੈਂ ਤਾਂ ਕਿਸੇ ਨਾਲ ਗੱਲ ਵੀ ਨਹੀਂ ਕਰ ਸਕਦੀ ਮੇਰੇ ਤਾਂ ਕੋਈ ਗੱਲ ਸੁਣਨ ਵਾਲਾ ਵੀ ਨਹੀਂ ਹੈਗਾ ਜੇ ਮਾਂ ਹੁੰਦੀ ਨਾ ਤਾਂ ਉਹਦੇ ਨਾਲ ਗੱਲ ਕਰ ਲੈਂਦੀ ਉਹਨੇ ਮੈਨੂੰ ਉਹਦੀ ਦੱਸ ਦੇਣਾ ਸੀ ਵੀ ਪੁੱਤ ਐਵੇਂ ਕਰ ਲਾ ਵੀ ਤੇਰੇ ਲਈ ਐਵੇਂ ਸਹੀ ਆ ਨਾ ਕੋਈ ਭੈਣ ਭਰਾ ਨਾ ਕੋਈ ਮਾਂ ਪਿਓ ਕਿਹਦੇ ਨਾਲ ਗੱਲ ਕਰਾਂ ਮੈਂ ਹੁਣ ਮੈਂ ਤਾਂ ਬਾਹਲੀ ਫਸੀ ਹੋਈ ਹਾਂ ਸਮਝ ਤੋਂ ਬਾਹਰ ਹੋਈ ਪਈ ਆ ਗੱਲ ਚੱਲ ਦੇਖਦੇ ਹਾਂ ਜਿਹਨੇ ਦਿਨ ਮਾਮਾ ਹੈ ਨਹੀਂ ਉਹਨੇ ਦਿਨ ਦਾ ਸੁੱਖ ਦਾ ਸਾਹ ਆਊਗਾ ਬਾਅਦ 'ਚ ਦੇਖਾਂਗੇ ਕੀ ਬਣਦਾ ਚਲੋ ਕੋਈ ਗੱਲ ਨੀ 2 ਦਿਨ ਮਿਲੇ ਹੋਗੇ ਕਿੱਡੀ ਗੱਲ ਆ ਬੇਬੇ ਕਹਿੰਦੀ ਲੈ ਕੇ ਆ ਮੇਰਾ ਜੀ ਨੀ ਲੱਗਦਾ ਕੋਈ ਨੀ ਫਿਰ ਮੰਮੀ ਵਗ ਜਾਣ ਦੇ ਹਰਪ੍ਰੀਤ ਕਰ ਤੂੰ ਵੀ ਕੰਮ ਕਿੱਡੀ ਗੱਲ ਆ ਇਹ ਲੈ ਹਰਪ੍ਰੀਤ ਤੋਂ ਕਿੱਥੇ ਲੋਟ ਆਉਂਦਾ ਭਾਈ ਚੱਲ ਕੋਈ ਨਾ ਮਨਿੰਦਰ ਹੋ ਜਾ ਤਿਆਰ ਬਾਈ ਜੋ ਕਹੀ ਜਾਂਦਾ ਫਿਰ ਕਿੱਡੀ ਗੱਲ ਆ ਆਹੋ ਕਹੀ ਜਾਂਦਾ ਹੁਣ ਉੱਤੋਂ ਦੀ ਹੋ ਜਾਓ ਤੁਸੀਂ ਮੇਰੇ ਉੱਤੋਂ ਦੀ ਹੋ ਜਾਓ ਮੰਮੀ ਤੂੰ ਹਰੇਕ ਗੱਲ ਚ ਟੁੱਟ ਡਾਉਣੀ ਆ ਉਹ ਹੈਗੀ ਆ ਭਾਬੀ ਕਰੀ ਜਾਊਗੀ ਕੰਮ ਬਸ ਸਾਰਾ
ਕਿਤੇ ਨੀ ਜਾਣਾ ਜੂਣਾ ਗਾ ਐਵੇਂ ਪਕਾਈ ਮਾਰੀ ਆ ਨਾ ਪਾਲਾ ਕੱਪੜੇ ਨਾਲ ਹੋ ਜਾ ਤਿਆਰ ਤੂੰ ਬਾਲੀ ਮੇਰ ਜੀ ਕਰੀ ਜਾਂਦਾ ਗਾ ਮੇਰ ਕਰਨੀ ਹੁਣ ਜਦੋਂ ਅਗਲਾ ਲੈਣ ਆ ਗਿਆ ਤੁਹਾਨੂੰ ਤਾਂ ਹੈ ਨੀ ਰਿਸ਼ਤਿਆਂ ਦੀ ਪਰਵਾਹ ਮੈਨੂੰ ਤਾਂ ਹੈਗੀ ਆ ਮਾੜੀ ਮੋਟੀ ਵੀ ਨਾ ਕਿਸੇ ਦੀ ਬੇਇੱਜ਼ਤੀ ਕਰੀ ਘਰੇ ਆਈ ਦੀ ਕੋਈ ਨੀ ਕਰ ਲਓ ਫਿਰ ਜੇ ਬਾਈ ਜਾ ਉੱਤੋਂ ਦੀ ਹੋ ਕੇ ਮੇਰੇ ਤੋਂ ਜਦ ਕਰ ਲਾ ਤੂੰ ਇਹ ਤਾਂ ਕਰੀ ਜਾਣਗੇ ਇਹਨਾਂ ਦਾ ਕਰੀ ਜਾਣਗੇ ਨਾ ਬੰਦਾ ਚੜਿਆ ਆਉਂਦਾ ਚੱਲ ਮਨਿੰਦਰ ਹੋ ਜਲਦੀ ਤਿਆਰ ਫਿਰ ਮਾੜੇ ਜਿਹੇ ਖਤਰੋਂ ਨਾਰਾਜ਼ ਕਰ ਦਿੰਦੀ ਆ ਜਿਹਦੇ ਆਪਦੇ ਆਉਣ ਤਾਂ ਆਪਾਂ ਫਿਰ ਵੀ ਕਹਿ ਦਈਏ ਉਹ ਅਗਲਾ ਤੀਜੇ ਥਾਂ ਆ ਗਿਆ ਸਮਝ ਹੀ ਨਹੀਂ ਹੁੰਦੀ ਆ ਗੱਲ ਉਹ ਮੁੜ ਕੇ ਦਿਲ ਤੇ ਲਾ ਲੈਂਦੀ ਆ ਗੱਲ ਜਦੋਂ ਭਾਈ ਤੁਸੀਂ ਮੇਰੀ ਮੰਨਣੀ ਨਹੀਂ ਨਾ ਮੈਨੂੰ ਕਹਿਣ ਦਾ ਕੋਈ ਫਾਇਦਾ ਨਹੀਂ ਫਿਰ ਬਾ ਫਾਇਦਾ ਹੈ ਨਹੀਂ ਤਾਂ ਠੀਕ ਆ ਬੈਠੀਆਂ ਰਹੋ ਫਿਰ ਮੈਂ ਦੱਸ ਦਿੰਦਾ ਆ ਜਾ ਭਾਈ ਅੰਦਰ ਆ ਮੜਾ ਤੈਨੂੰ ਲੈ ਗੱਲ ਦੱਸਦਾ ਇੱਕ ਯਾਰ ਚੰਗਾ ਆ ਜਾ ਕੀ ਗੱਲ ਕਰਨੀ ਆ ਇਹ ਜੀ ਉਹ ਮੈਂ ਤਾਂ ਆਏ ਸੀ ਮੈਂ ਬਾਹਰ ਜਰ ਮਾਸੀ ਬੈਠੇ ਆ ਮੈਂ ਬਾਹਰ ਚੜ੍ਹਾਂ ਗੱਲ ਬੜੀ ਦੂਰ ਜਾ ਬਣਦੀ ਆ ਮਨਿੰਦਰ ਨੇ ਫੋਨ ਨਹੀਂ ਸੀ ਕੀਤਾ ਤੂੰ ਨਾਲ ਹੀ ਸੀਗਾ ਬਾਈ ਉਹਨੇ ਹਾਂ ਹਾਂ ਪੈਸੇ ਕਿਹਾ ਸੀਗਾ ਪੈਸੇ ਚਾਹੀਦੇ ਆ ਉਹ
ਜਦੋਂ ਮੈਂ ਪਹਿਲਾਂ ਆਇਆ ਸੀ ਤੁਹਾਡੇ ਕੋਲੇ ਤੁਹਾਨੂੰ ਉਦੋਂ ਲੋੜ ਨਹੀਂ ਸੀ, ਚੱਲ ਕੋਈ ਨਾ ਮੌਕੇ ਤੇ ਪਤਾ ਨਹੀਂ ਨਾ ਲੱਗਦਾ ਕਿਹੜੇ ਉਹ ਸਰਦਾ ਸੀ ਹੱਥ ਪੈਂਦਾ ਸੀ ਫਿਰ ਹੁਣ ਇੱਕਦਮ ਪੈ ਗਈ ਨਾ ਲੋੜ, 2 ਲੱਖ ਹੈ ਨਹੀਂ ਹੁਣ ਕੋਲੇ। ਚੱਲ ਕੋਈ ਨਾ ਸਾਰੋ ਆਪਦੀ ਗੱਲ ਤੁਸੀਂ। ਹਾਂ ਬਾਕੀ ਕੋਈ ਨਾ ਅਸੀਂ ਮੋੜ ਦਾਂਗੇ ਯਾਰ, ਥੋੜੇ ਟਾਈਮ ਦੀ ਗੱਲ ਹੀ ਆ ਬਸ। ਚੱਲ ਕੋਈ ਨਾ ਉਹਦਾ ਜੇ ਹੱਥ ਪੈਂਦਾ ਹੋਇਆ ਤੁਹਾਡਾ ਤਾਂ ਮੋੜ ਦਿਓ, ਨਹੀਂ ਬਸ ਠੀਕ ਆ ਮੈਂ ਦੇ ਦੂੰਗਾ ਕੋਈ ਗੱਲ ਨਹੀਂ ਆਪੇ ਅਗਲੇ ਤੁਸੀਂ ਤੋਂ ਲੈ ਆ। ਉਹ ਨਹੀਂ ਨਹੀਂ ਮੋੜਾਂਗੇ ਤਾਂ ਹੈਗੇ ਬਈ, ਅਸੀਂ ਰੱਖ ਕੇ ਹੀ ਕਰਨੇ ਆ। ਹੁਣ ਆਪਦੀ ਭੈਣ ਤੋਂ ਪੈਸੇ ਮੰਗਦੇ ਸੋਹਣੇ ਲੱਗਦੇ ਬਈ ਯਾਰ, ਉਹੀ ਗੱਲਾਂ ਤੁਹਾਡੀਆਂ। ਉਹ ਮੰਗਣ ਦੀ ਲੋੜ, ਚੱਲ ਨਹੀਂ ਉੱਧਰ ਕਟਾ ਲਾਂਗੇ ਪੱਠੇ ਪੁੱਠੇ ਵਾਲਿਆਂ 'ਚ ਜਿਵੇਂ ਸਾਨੂੰ ਲੋਟ ਲੱਗਿਆ ਰੋਸ ਹਿਸਾਬ ਨਾਲ। ਹਾਂ ਚੱਲ ਉਹ ਕਰ ਲਾਂਗੇ ਉਹ ਜੇ ਮੌਕੇ 'ਤੇ। ਮਨਿੰਦਰ ਹੋ ਗਈ ਤਿਆਰ? ਬੜਾ ਟਾਈਮ ਲਾਈ ਜਾਂਦੀ ਆ ਯਾਰ, ਕੀ ਕਰਨ ਲੱਗ ਗਈ? ਜਵਾਕ ਕੱਪੜੇ ਪਾਈ ਜਾਂਦੀ। ਚੱਲ ਕੋਈ ਨੀ ਮਨਿੰਦਰ ਮੁੜ ਕੇ ਹਨੇਰਾ ਹੋਈ ਜਾਂਦਾ ਇੱਥੇ, ਮੌਸਮ ਖਰਾਬ ਆ। ਉਹ ਆ ਗਈ ਲੈ, ਕਿਹੜੇ ਵੇਲਿਆਂ ਦੀ ਦਿੱਕ ਜਾਂਦੀ ਆ। ਆਪ ਚਾਹ ਚੜ੍ਹ ਵਿਚਾਰੀ ਉੱਥੇ ਬੈਠੀ ਰਹਿੰਦੀ ਆਉਂਦੀ ਸੀ ਕਦੋਂ ਦੀ, ਬਾਹਲਾ ਕਵੇਲਾ ਕਰਿਆ। ਬਸ ਮੰਮੀ ਨੇ ਕਵੇਲਾ ਕਰਾ ਤਾ, ਕਹਿੰਦੀ ਮੈਂ ਨੀ ਭੇਜਦੀ, ਕਹਿੰਦੀ ਸਾਡੇ ਘਰੇ ਕੰਮ ਦਾ ਸਰਦਾ ਨੀ ਹੈਗਾ। ਫਿਰ ਇਹ ਵੀ ਵਾਵਾ ਜਿੱਜੀ ਕਰਨ ਲੱਗ ਗਿਆ, ਨਾਲੇ ਫਿਰ ਕਕਣੀ ਨੇ ਕਹਿ ਤਾ ਕਿ ਤੂੰ ਵਗ ਜਾ, ਕੁਛ ਨੀ ਹੁੰਦਾ। ਕੁਛ ਨੀ ਹੁੰਦਾ, 2 ਦਿਨ ਲਾ ਜਾ ਵੋ ਤੋ, ਕੰਮ ਤਾਂ ਚੱਲਦੇ ਹੀ ਰਹਿੰਦੇ ਆ। ਮੈਂ ਇਹਨੂੰ ਆਈ ਆਖਿਆ ਸੀ ਰਾਜਪਾਲ ਨੂੰ, ਮੈਂ ਕਿਹਾ ਚੱਲ ਤੂੰ ਨਾਲ ਲੈ ਆਈ। ਬਸ ਮੰਮੀ ਇੱਕ ਰਾਜ ਧਰਨਾ ਜਿਹਾ ਲੱਗਿਆ ਬਾਈ, ਤੈਨੂੰ ਪਤਾ ਰੇਲਾਂ ਜਿਹੀਆਂ ਰੁਕੀ ਬੈਠੇ ਸੀ ਉੱਥੇ, ਤਾਂ ਕਰਕੇ ਥੋੜਾ ਟਾਈਮ ਜ਼ਿਆਦਾ ਲੱਗਿਆ। ਹਾਂ ਟਾਈਮ ਤਾਂ ਫਿਰ ਲੱਗਦਾ ਹੀ ਹੈਗਾ। ਹੋਰ ਚੱਲ ਵਧੀਆ, ਅਸੀਂ ਵੀ ਆ ਗਏ, 2 ਦਿਨ ਲਾ ਜਾਾਂਗੇ ਤੁਹਾਡੇ ਕੋਲ। ਚੱਲ ਵਧੀਆ ਗੱਲ ਹੈ ਪੁੱਤ, ਮੇਰੇ ਤਾਂ ਬੁਲਾਈ ਜੀ ਕਰੀ ਜਾਂਦਾ ਸੀ, ਮੈਂ ਹਮਰਿੰਦਰ ਆਪੇ ਤਾਂ ਗੱਲਾਂ ਬਾਤਾਂ ਕਰੀਏ। ਦਿਲ ਤਾਂ ਮੇਰਾ ਬਥੇਰਾ ਕਰਦਾ ਸੀ ਆਉਣ ਨੂੰ, ਬਸ ਘਰੋਂ ਕੰਮਾਂ ਕਰਾਂ 'ਚ ਨਹੀਂ ਨਿਕਲਿਆ ਜਾਂਦਾ ਮੇਰੇ ਤੋਂ ਤਾਂ। ਇੱਕ ਮਾਸੀ ਬੜੀ ਰਿਹਾੜ ਜੀ ਕਰਦੀ ਸੀ, ਮਸਾਂ ਲੈ ਕੇ ਆਇਆ, ਉਹ ਤਾਂ ਕਹਿੰਦੀ ਭਾਈ ਠਹਿਰ ਕੇ ਭੇਜਾਂਗੇ, ਕੋਈ ਨਹੀਂ ਸਾਡਾ ਘਰੇ ਨਹੀਂ ਸਰਦਾ। ਵੇਖ ਲਾ
ਜਵਾਕ ਨੂੰ ਦੇਖ ਕੇ ਰੂਹ ਖੁਸ਼ ਹੋ ਗਈ ਹੈ ਤੇ ਆਪਦਾ ਤੇ ਕੁੜਿਆ ਹੁੰਦਾ ਫੇਰ ਵੀ ਦੋ ਤੇ ਦੋ ਤੀਆਂ ਲੋਕਾਂ ਦੇ ਆਉਂਦੇ ਆਏ ਸੀ ਵੀ ਚੱਲ ਸਾਡੇ ਜਵਾਕ ਵੀ ਆਉਣ ਚੱਲ ਮਾਸੀ ਜਦੋਂ ਇਹ ਵੱਡੀ ਹੋਊਗੀ ਚੱਲ ਇਹ ਵੀ ਆਪਦੇ ਨਾਨਕੇ ਆਉਣ ਲੱਗ ਜੂ ਹੈ ਸਹੀ ਗੱਲ ਹੈ ਜੇ ਹੁਣ ਤਾਂ ਬਹੁਤ ਪਿਆਰ ਪਊਗਾ ਤਾਂ ਪੁੱਤ ਫੇਰ ਹੀ ਹੈ ਫੇਰ ਹੀ ਜਵਾਕ ਨੂੰ ਸੂਹ ਆਉਂਦੀ ਹੈ ਨਹੀਂ ਜਵਾਕ ਇੱਕ ਵਾਰੀ ਆ ਕੇ ਤਾਂ ਜੀ ਵੀ ਨਹੀਂ ਲਾਉਂਦਾ ਹਨਾ ਮੈਂ ਜਦੋਂ ਪਿੰਡ 'ਚ ਵੜੀ ਨਾ ਮੇਰੇ ਘਰ ਨੂੰ ਤਾਂ ਜਿੰਦਾ ਹੀ ਲੱਗਿਆ ਪਿਆ ਮਾਸੀ ਮੇਰੇ ਤਾਂ ਨਾ ਦਿਲ ਦੁਖੀ ਹੋ ਗਿਆ ਕਿੱਥੇ ਮੈਂ ਇੰਨੇ ਚਾਂ ਲਾਡਾਂ ਨਾਲ ਆਉਂਦੀ ਸੀ ਆਪਦੇ ਪੇਕੇ ਲੈ ਵੇਖ ਲਾ ਤਾਂ ਹੀ ਤਾਂ ਤੈਨੂੰ ਲਿਆਂਦਾ ਪੁੱਤ ਵੀ ਤੇਰੇ ਗੱਲ ਨਾ ਕੋਈ ਦਿਲ 'ਤੇ ਆਵੇ ਅਤੇ ਵੀ ਚੱਲ ਚਾਰ ਦਿਨ ਲਾ ਲਈ ਅਸੀਂ ਕਿਹੜਾ ਬਗਾਨੇ ਹਾਂ ਪੁੱਤ ਉਹ ਤਾਂ ਰੱਬ ਦੀ ਗੱਲ ਜਿਹੜੀ ਕਰਤੀ ਉਹ ਤਾਂ ਆਪਾਂ ਮੋੜ ਨਹੀਂ ਸਕਦੇ ਮੋੜ ਤਾਂ ਨਹੀਂ ਸਕਦੇ ਮਾਸੀ ਪਰ ਦਿਲ ਤਾਂ ਦੁਖੀ ਹੁੰਦਾ ਆਪਦੇ ਘਰ ਨੂੰ ਜਿੰਦਾ ਦੇਖ ਕੇ ਲੈ ਦਿਲ ਕਮਲ ਕੇ ਸਾਡਾ ਕਿਹੜਾ ਦੁਖੀ ਹੁੰਦਾ ਨਹੀਂ ਬਰਾਬਰ ਦੇ ਸਰੀਕ ਸੀ ਵੱਸਦੇ ਸੀ ਕਹਿੰਦੇ ਹੁੰਦੇ ਨਾ ਕਿ ਸਰੀਕ ਤਾਂ ਵੱਸਦਾ ਹੀ ਚੰਗਾ ਹੁੰਦਾ ਅਤੇ ਸਾਨੂੰ ਬਥੇਰਾ ਦੁੱਖ ਹੈ ਪੁੱਤ ਤਾਂ ਹੀ ਤਾਂ ਤੇਰੇ ਢਿੱਡ ਮੱਚਦਾ ਤਾਂ ਹੀ ਤਾਂ ਤੈਨੂੰ ਮਿਲਣ ਜਾਂਦੇ ਹਾਂ ਅਤੇ ਲਿਆਉਂਦੇ ਹਾਂ ਚਾਰ ਦਿਨ ਹੈ ਆਹ ਵਿਆਹ ਤੋਂ ਬਾਅਦ 6 ਮਹੀਨੇ ਬਾਅਦ ਮੰਮੀ ਡੈਡੀ ਮੁੱਕ ਗਏ ਆਹ ਮੁੜ ਕੇ 2 ਸਾਲਾਂ ਬਾਅਦ ਹੁਣ ਆਈ ਹਾਂ ਮੈਂ ਤਾਂ ਪਿੰਡ ਮੇਰਾ ਵੀ ਇੰਨਾ ਦਿਲ ਕਰਦਾ ਸੀ ਪਿੰਡ ਜਾਵਾਂ ਘਰੇ ਜਾਵਾਂ ਬਸ ਮੁੜ ਕੇ ਤਾਂ ਉਹਨੂੰ ਜੀ ਨਹੀਂ ਕੀਤਾ ਕੋਈ ਨਾ ਤੂੰ ਮਨ ਹੌਲਾ ਨਾ ਕਰ ਆਪਾਂ ਕੱਲ੍ਹ ਨੂੰ ਚੱਲਾਂਗੇ ਸਾਰੇ ਝਾੜੂ ਝੂੜੂ ਲਾ ਕੇ ਸਾਰਾ ਸਾਫ਼ ਸਫਾਈ ਕਰ ਆਵਾਂਗੇ ਨਾਲੇ ਜਦੋਂ ਤੂੰ ਆਇਆ ਕਰੇਂਗੀ ਉਹਦੀ ਆਪਾਂ ਚਲਕਾ ਆਇਆ ਕਰਾਂਗੇ ਘਰ ਨੂੰ ਹਾਂ ਮਾਸੀ ਚੱਲ ਇੰਨੇ ਨਾਲ ਹਨਾ ਘਰ ਨੂੰ ਐਂ ਹੋਊਗਾ ਚੱਲ ਵੀ ਕੋਈ ਤਾਂ ਸਾਡਾ ਹੈਗਾ ਸਹੀ ਗੱਲ ਹੈ ਘਰ ਵੀ ਮਾਸੀ ਸੁੰਨ ਹੋ ਜਾਂਦੇ ਵਿਚਾਰੇ ਉਹ ਵੀ ਉਹਨਾਂ ਨੂੰ ਜੀਆਂ ਦੀ ਲੋੜ ਹੁੰਦੀ ਹੈ ਇੱਕ ਦਿਨ ਵਗ ਜਾਈਏ ਤਾਂ ਕਿਵੇਂ ਹੋ ਜਾਂਦਾ ਉਜੜਿਆ ਵਰਗਾ ਹੁਣ ਇਹ ਤਾਂ ਕਹਿ 2-3 ਸਾਲ ਹੋ ਗਏ ਉਹੀ ਗੱਲ ਬੰਦ ਕਰੇ ਪਏ ਨੂੰ ਹੁਣ ਤੂੰ ਕਿੰਨਾ ਕੁ ਆਈ ਆ ਕਦੇ ਆਈ ਆ ਆਥਣ ਨੂੰ ਮੁੜ ਗਈ ਫਿਰ ਵੀ ਉਸ ਘਰ 'ਚ ਮੇਰੀਆਂ ਯਾਦਾਂ ਨੇ ਮੇਰੇ ਮਾਂ ਪਿਓ ਦੀਆਂ ਯਾਦਾਂ ਨੇ ਮੇਰੀਆਂ ਯਾਦਾਂ ਨੇ ਉਹਨਾਂ ਨਾਲ ਪੁੱਤ ਇਹ ਕਿਹੜਾ ਕਹਿਣ ਵਾਲੀ ਗੱਲ ਹੈ ਕੋਈ ਦਿਲ ਤਾਂ ਬਾਹਲਾ ਦੁਖੀ ਹੁੰਦਾ ਮਾਸੀ ਵਿਚਾਲੇ ਅੱਧ ਵਿਚਾਲੇ ਛੱਡ ਕੇ ਵਗ ਗਏ ਮੈਨੂੰ ਕੀ ਕਰਨ ਪੁੱਤ ਫਿਰ ਉਹਨਾਂ ਦੇ ਕਿਹੜਾ ਸਾਰੇ ਦੀ ਗੱਲ ਸੀ ਹੈ ਉਹ ਤਾਂ ਰੱਬ ਦੀ ਮਾਰ ਪਈ ਹੈ ਅੱਗੇ ਆਪਾਂ ਨੂੰ ਸਹਿਣੀ ਪੈਂਦੀ ਹੈ ਕੀ ਕਰੀਏ ਫਿਰ ਹੁਣ ਉੱਤੋਂ ਉਹ ਅੱਗੇ ਉੱਤੋਂ ਮੇਰੀ ਸੱਸ ਨਹੀਂ ਚੱਜਦੀ ਸਾਰਾ ਦਿਨ ਮਿਹਨੇ ਦਿੰਦੀ ਰਹਿੰਦੀ ਹੈ ਜੇ ਉਹ ਮਾਵਾਂ ਵਾਂਗੂ ਰਹੇ ਤਾਂ ਮੈਨੂੰ ਕਿਉਂ ਯਾਦ ਆਵੇ ਆਪਦੇ ਮਾਂ ਪਿਓ ਦੀ ਨਹੀਂ ਇਹ ਤਾਂ ਪੁੱਤ ਬੁੜੀਆਂ ਦੀ ਕਰਤੂਤ ਹੀ ਇਹੋ ਜਿਹੀ ਹੁੰਦੀ ਹੈ ਜੇ ਸੱਸ ਮਾਂ ਬਣ ਜਾ ਕੇ ਪੇਕੇ ਲੈਣ ਕੀ ਜਾਏਗੇ ਇਹ ਤਾਂ ਉਹ ਗੱਲ ਸਿਆਣੇ ਨੇ ਬਣਾਈ ਹੈ ਕਿਸੇ ਨੇ ਹੈ ਇਹ ਪਖਾਣੇ ਜਿਹੜੇ ਪਾਇਆ ਨਾ ਇਹ ਸੱਚ ਨੇਗੇ ਇਹ ਲਾਲਚ ਹੀ ਸਾਰਾ ਕੁਝ ਕਰਾਉਂਦਾ ਮਾਸੀ ਲਾਲਚ ਕਰਾਉਂਦਾ ਸਹੀ ਗੱਲ ਹੈਗੀ ਇਹਨੂੰ ਆਏ ਸੀਗਾ ਜੇ ਆਹੀ ਮੇਰੇ ਮੁੰਡਾ ਹੋ ਜਾਂਦਾ ਆਹੀ ਮੈਨੂੰ ਪਲਕਾਂ ਤੇ ਬਿਠਾ ਕੇ ਰੱਖਦੀ ਕੁੜੀ ਹੋ ਗਈ ਬਸ ਉਸ ਗੱਲ ਤੇ ਮੱਚੀ ਹੋਈ ਆ ਇਹ ਤਾਂ ਰੱਬ ਦੀ ਦੇਣ ਆ ਮਾਸੀ ਨਾ ਕੁੜੀ ਹੋ ਗਈ ਕੁੜੀ ਕਿੰਨੀ ਪਿਆਰੀ ਹੈ ਐਵੇਂ ਮੱਚੀ ਜਾਂਦੀ ਆ ਉਹ ਤਾਂ ਦੇਖ ਲੈ ਮੇਰਾ ਮੋਹ ਆਉਂਦਾ ਹੈਗਾ ਜਦੋਂ ਦੀ ਹੋਈ ਹੈ ਨਾ ਕਦੇ ਨਹੀਂ ਮਾਂ ਨੇ ਪਿਆਰ ਨਾਲ ਚੱਕੀ ਕਦੇ ਹੱਸ ਕੇ ਚੱਕਲੀ ਹੋਵੇ ਕੁੜੀ ਸਾਰਾ ਦਿਨ ਮੈਂ ਚੱਕੀ ਰੱਖਦੀ ਆ ਕਦੇ ਨਹੀਂ ਚੱਕੀ ਕੋਈ ਨਹੀਂ ਇਹਦੇ ਕਰਮ ਬਥੇਰੇ ਤੇਜ਼ ਹੋਣਗੇ ਕਰਦੀ ਆ ਕਰੀ ਜਾਣਦੇ ਕੋਈ ਨਹੀਂ ਪੁੱਤ ਕਿਹੜਾ ਜ਼ਿਆਦੇ ਮੜੀਆਂ ਤੇ ਮਤਾਉਂਦੇ ਆ ਉਹੀ ਤਾਂ ਗੱਲ ਹੁਣ ਹਰਪ੍ਰੀਤ ਨਾਲ ਮਿੱਠੀ ਪਿਆਰੀ ਰਹਿੰਦੀ ਆ ਉਹਨੂੰ ਆਇਆ ਵੀ ਹਰਪ੍ਰੀਤ ਜਵਾਕ ਹੋਊਗਾ ਮੁੰਡਾ ਹੋਊਗਾ ਹੈ ਪਰ ਕੀ ਪਤਾ ਆਪਾਂ ਨੂੰ ਪਤਾ ਵੀ ਮੁੰਡਾ ਹੀ ਹੋਊਗਾ ਸਹੀ ਗੱਲ ਹੈ ਇਹ ਤਾਂ ਪਰਮਾਤਮਾ ਦੇ ਘਰ ਦਾ ਕੋਈ ਪਤਾ ਨਹੀਂ ਪੁੱਤ ਨਾਲੇ ਆਪ ਵੀ ਤਾਂ ਕਿਸੇ ਦੀ ਕੁੜੀ ਹੈ ਮੈਨੂੰ ਤਾਂ ਇਹ ਨਹੀਂ ਸਮਝਦੀ ਬੁੜੀਆਂ ਐਂ ਕਿਉਂ ਨਹੀਂ ਸਮਝਦੀਆਂ ਵੀ ਅਸੀਂ ਵੀ ਤਾਂ ਕਿਸੇ ਦੀਆਂ ਧੀ ਆ ਜੇ ਤੁਸੀਂ ਵੀ ਕੁੜੀਆਂ ਹੀ ਸੀ ਫੇਰ ਹੀ ਨੋਹਾਂ ਬਣੀਆਂ ਉਹਨਾਂ ਦੀਆਂ ਜਾਂਦੀਆਂ ਨੇ ਨੋਹਾਂ ਬਣੀਆਂ ਉਹੀ ਤਾਂ ਗੱਲ ਹਾਂ ਇਹ ਫਿਰ ਐਂ ਲੰਮੀ ਸੋਚ ਲੈ ਬੰਦਾ ਤੇ ਫਿਰ ਕੀ ਕਾਦੀਆਂ ਗੱਲਾਂ ਨੇ ਫਿਰ ਤਾਂ ਲੜਾਈਆਂ ਹੀ ਨਾ ਪੈਣ ਘਰਾਂ 'ਚ ਫਿਰ ਉਹੀ ਗੱਲ ਮੈਂ ਬੋਲਦੀ ਨਹੀਂ ਹੁਣ ਜੇ ਮੈਂ ਬੋਲੂੰਗੀ ਸਾਡੇ ਨਿੱਤ ਦੀ ਕਲੇਸ਼ ਆ ਘਰੇ ਕੀ ਲੈਣਾ ਪੁੱਤ ਆਪਦਾ ਕੰਮ ਕਰ ਛੱਡਿਆ ਤੇ ਜਵਾਕ ਨੂੰ ਸੰਭਾਲ ਲਿਆ ਐਵੇਂ ਲੋਕ ਸਾਉਣ ਦਾ ਕੋਈ ਫਾਇਦਾ ਨਹੀਂ ਹੁਣ ਨਾ ਕੋਈ ਕਿਸੇ ਕੰਮ ਨੂੰ ਦੋਨੇ ਜਾਣਗੇ ਹੱਥ ਲਾਉਣ ਇੱਕ ਤਾਂ ਕੁੜੀ ਬਿਮਾਰ ਰਹਿੰਦੀ ਮਾਸੀ ਮੇਰਾ ਸਾਰਾ ਧਿਆਨ ਉੱਧਰ ਰਹਿੰਦਾ ਉੱਤੋਂ ਸਾਰਾ ਕੰਮ ਮੇਰੇ ਤੇ ਹੁੰਦਾ ਹੁਣ ਜੇ ਮੈਂ ਕੁਛ ਬੋਲਦੀ ਹਾਂ ਉਹ ਕੁਲਦੀਪ ਵੀ ਐਂ ਕਹਿੰਦਾ ਚੱਲ ਕੋਈ ਨਾ ਆਪਾਂ ਨਹੀਂ ਕਿਸੇ ਨਾਲ ਬੋਲਣਾ ਆਪਾਂ ਨਹੀਂ ਲੜਾਈ ਪਾਉਣੀ ਫਿਰ ਮੈਨੂੰ ਐਂ ਹੋ ਜਾਂਦਾ ਜੇ ਬੋਲੂੰਗੀ ਤਾਂ ਕੁਲਦੀਪ ਆਖੂਗਾ ਵੀ ਬੋਲਦੀ ਹੈ ਸਹੀ ਗੱਲ ਹੈ ਪੁੱਤ ਫਿਰ ਕਹਿੰਦੇ ਹੁੰਦੇ ਨਾ ਕਿ ਬੁੜੀਆਂ ਦੀ ਲੜਾਈ ਬੰਦਿਆਂ 'ਚ ਫਰਕ ਪੈ ਜਾਂਦਾ ਕੀ ਫਾਇਦਾ ਫਿਰ ਇਹਨਾਂ ਗੱਲਾਂ ਦਾ ਜਿਵੇਂ ਆਪਦਾ ਚੱਲੀ ਜਾਂਦਾ ਚੱਲ ਚਲਾਈ ਚੱਲੋ ਕੁਛ ਨਹੀਂ ਹੁੰਦਾ ਹੁਣ ਤੂੰ ਐਂ ਅੱਜ ਵੀ ਮਸਾਂ ਹੀ ਉਹ ਵੀ ਕੱਕਣੇ ਨੇ ਕਹਿ ਤਾ ਵੀ ਭਾਈ ਇਹਨੂੰ ਜਾਣਾ ਹੀ ਪਊਗਾ ਵੀ ਤੁਸੀਂ ਭੇਜ ਦਿਓ ਨਹੀਂ ਤਾਂ ਆਉਣ ਨਹੀਂ ਦਿੰਦੀ ਸੀ ਮੇਰੀ ਸੱਸ
ਕੀ ਪਤਾ ਭਾਈ ਉਹਨੂੰ ਕੰਮ ਦਾ ਸੁੱਖ ਪੈ ਗਿਆ। ਉਹੀ ਤਾਂ ਗੱਲ, ਉਹਨੂੰ ਪਤਾ ਵੀ ਨਾ ਤੇ ਮੇਰੇ ਤੋਂ ਕੰਮ ਹੋਵੇ ਨਾ ਹਰਪ੍ਰੀਤ ਤੋਂ ਕੰਮ ਹੋਵੇ, ਫਿਰ ਸਾਨੂੰ ਦੋਨਾਂ ਨੂੰ ਕਰਨਾ ਪਊਗਾ। ਚਲ ਕੋਈ ਨਾ ਮਾਸੀ, ਚਲ ਮੈਨੂੰ ਤਾਂ ਐ 2 ਦਿਨ ਹੁਣ 4 ਦਿਨ ਵਧੀਆ ਲਾ ਜੂੰਗੀ ਸੁੱਖ ਦੇ ਇੱਥੇ। ਕੋਈ ਨਾ, ਆਪਦਾ ਆਰਾਮਦਾਰੀ ਕਰ ਜਿੰਨੇ ਦਿਨ ਰਹਿਣਾ ਰਹਿ, ਜਿੰਨੇ ਦਿਨ ਤੈਨੂੰ ਕੁਲਦੀਪ ਨੇ ਆਖਿਆ ਤੇ ਉਹਨੂੰ ਆਖਿਆ ਹੋਣਾ ਸੀ, ਕੁਲਦੀਪ ਨੂੰ ਵੀ ਆ ਕੇ ਲੈ ਜਾਂਦਾ ਤੈਨੂੰ। ਹਾਂ ਉਹ ਤਾਂ ਆਪ ਹੀ ਕਹਿੰਦੇ ਸੀ ਮੈਂ ਆਪ ਹੀ ਲਿਆਉਂਗਾ ਜਾ ਕੇ। ਹਾਂ ਚੱਲ ਨਾਲੇ ਉਹ ਬਾਹਨੇ ਨਾਲ ਮਿਲ ਜੂ, ਨਾਲੇ ਜਮਾਈ ਭਾਈ ਦੀ ਉਹੀ ਇੱਜ਼ਤ ਹੋ ਜਾਂਦੀ ਹੈ ਇੰਨੇ। ਹੋਰ ਵਿਚਾਰਾ ਉਹਨੂੰ ਵੀ ਤਾਂ ਹੁੰਦਾ ਹੀ ਹੋਊਗਾ ਵੀ ਮੈਂ ਵੀ ਆਪਦੇ ਸਹੁਰੇ ਜਾਵਾਂ, ਹੈ ਖਾਤਰਦਾਰੀ ਕਰਾਵਾਂ, ਹੁੰਦਾ ਹੀ ਆ ਵਿਚਾਰਾ, ਉਹ ਵੀ ਕਦੇ ਆਇਆ ਨਹੀਂ। ਹਾਂ ਕੋਈ ਨਾ, ਚੱਲ ਆ ਧਰ ਦੇ ਬੈਗ ਜਾਂ ਅੰਦਰ, ਮੈਂ ਚਾਹ ਦੀ ਘੁੱਟ ਕਰਦੀ ਹਾਂ। ਠੀਕ ਹੈ ਮਾਸੀ। ਉਹ ਤਾਂ ਗਏ ਮਾਮਾ ਭਾਣਜਾ ਬਾਹਰ, ਹੁਣ ਉਹਨੂੰ ਦੁਕਾਨਾਂ ਦਕੂਨਾਂ ਤੇ ਘੁਮਾ ਕੇ ਲਿਆਊਗਾ, ਬਸ ਇਹਨੂੰ ਚੀਜ਼ੀਆਂ ਦਾ ਭੁੱਸ ਪੈ ਜੂਗਾ ਹੁਣ ਖਾਣ ਦਾ। ਕੀ ਮਨਿੰਦਰ ਬਾਗੀ, ਸਾਰਾ ਸਿਆਪਾ ਮੈਨੂੰ ਕਰਨਾ ਪੈਂਦਾ ਇੱਥੇ, ਹਜੇ ਸਾਰਾ ਕੰਮ ਉੱਤੇ ਆ ਜੱਬ ਖਾਨਾ। ਹਰਪ੍ਰੀਤ ਕੀ ਆ, ਕੀ ਹੋ ਗਿਆ, ਆਇਆ ਕੀ ਫਿਰਦੀ ਆ? ਨਾ ਸਾਰਾ ਕੰਮ ਪਿਆ, ਕਿਵੇਂ ਸੀਗਾ? ਕਿਵੇਂ ਸੀਗਾ ਕੀ, ਟਾਈਮ ਦੇਖ ਲਾ 10 ਵਜ ਗਿਆ ਰਸੋਈ 'ਚ ਜਾ ਕੇ ਆਇਆ, ਹੁਣ ਮੈਂ ਕੁਛ ਖਾਣ ਨੂੰ ਹੈਗਾ, ਰੋਟੀ ਤਾਂ ਬਣਾ ਲੈਂਦੀ। ਟਾਈਮ ਤਾਂ ਮੈਨੂੰ ਵੀ ਦਿੰਦਾ, ਕੰਮ ਮੁੱਕਣ ਫੇਰ ਹੀ ਬਣਾਵਾਂ ਰੋਟੀ। ਕਿਉਂ ਕੰਮ ਨੂੰ ਕਿੰਨਾ ਕੁ ਕੰਮ ਹੈ, ਪਹਿਲਾਂ ਮਨਿੰਦਰ ਕੱਲੀ ਕਰਦੀ ਹੁੰਦੀ ਸੀਗੀ, ਹੁਣ ਤੂੰ ਤੈਨੂੰ ਕੰਮ ਕਰਨਾ ਪਿਆ, ਫਿਰ ਕਿਹਦੀ ਗੱਲ? ਹਾਂ ਜੇ ਤੁਸੀਂ ਕਰਨਾ ਹੋਵੇ ਤੁਹਾਨੂੰ ਪਤਾ ਲੱਗੇ ਕੰਮ ਕਿੰਨਾ ਕਹਿ, ਤੁਸੀਂ ਤਾਂ ਕਹਿਤਾ ਤੁਸੀਂ ਕੁਛ ਕਰਨਾ ਤਾਂ ਹੈ ਨਹੀਂ। ਜਿਹੜਾ ਸਾਡੇ ਕਰਨ ਵਾਲਾ ਕੰਮ ਆ ਉਹ ਕਰੀ ਜਾਂਦੇ ਆ, ਰੋਟੀ ਵੀ ਨਹੀਂ ਬਣਦੀ ਉੱਥੋਂ, ਉਧਰੋਂ ਬੇਬੇ ਸਿਰ ਬੰਨੀ ਪਈ, ਉਧਰੋਂ ਤੂੰ ਸਿਰ ਬੰਨੀ ਖੜੀ ਆ। ਯਾਰ ਹਜੇ ਤੇਰੇ ਸਾਹਮਣੇ ਸਾਰਾ ਕੰਮ ਪਿਆ, ਝਾੜੂ ਪਿਆ, ਮੇਰਾ ਪੋਚਾ ਪਿਆ, ਹਜੇ ਭਾਂਡੇ ਪਏ, ਰਸੋਈ ਚ ਰੋਟੀ ਬਣਾਉਣਾ ਪਈ ਆ, ਸਬਜ਼ੀ। ਰੋਟੀ ਬਣਾਲਾ ਪਹਿਲਾਂ ਜਿਹੜਾ ਕੰਮ ਉਹ ਕਰੀਦਾ ਹੁੰਦਾ ਕਿ ਆਹ ਕੰਮ ਆ, ਇੱਥੇ ਕਿਹਨੇ ਆ ਕੇ ਦੇਖਣਾ ਹੈਗਾ ਜੇ, ਪਹਿਲਾਂ ਰੋਟੀ ਬਣਾ ਘਰ ਦੇ ਜੀ ਤਾਂ ਭੁੱਖੇ ਬੈਠੇ ਆ। ਆਹੋ ਕੋਈ ਨਾ, ਰੋਟੀ ਮੈਂ ਬਣਾ ਦੂੰ, ਪਹਿਲਾਂ ਆਹ ਕੰਮ ਨਿਬੇੜਦਾ, ਜੇ ਕੋਈ ਬਾਹਰੋਂ ਆ ਗਿਆ ਅਗਲੇ ਆਖਣਗਾ ਦੇਖ ਲੈ ਸਫਾਈ ਕੀਤੀ ਨੇ ਇਹਨਾਂ ਨੇ। ਤੇ ਜਿਹੜੇ ਘਰ ਦੇ ਬੰਦੇ ਆਖੇ ਆਂਦੇ ਵੀ ਭੁੱਖ ਲੱਗੀ ਪਈ ਆ, ਉਹ ਬਾਹਰਲਾਂ ਦੀ ਵਾਲੀ ਫਿਕਰ ਹੋਗੀ ਨਾ? ਐਂ ਦੱਸ, ਬੇਬੇ ਮੰਜੇ ਤੇ ਚੜ ਕੇ ਬੈਠੇ ਰੋਟੀ ਨਹੀਂ ਬਣਾ ਸਕਦੀ? ਤੇ ਤੂੰ ਕਹਿ ਦੇ ਜਾ ਕੇ ਬੇਬੇ ਨੂੰ ਨਾਲ ਲੱਗ ਜਾ, ਦੋਨਿਆਂ ਨੇ ਕਰ ਲਓ ਕੰਮ ਇਕੱਠੇ। ਬੇਬੇ ਨੂੰ ਹੁਣ ਮੈਂ ਕੀ ਕਹਾਂ, ਬੇਬੇ ਨੂੰ ਆਪ ਤੇ ਆਉਣਾ ਚਾਹੀਦਾ। ਕਿਉਂ ਕੁੜਾਂ ਨੂੰ ਲੜੀਆਂ ਨੇ ਉਹ? ਓਏ ਲੜਨ ਵਾਲੀ ਗੱਲ ਨਹੀਂ ਬਾਈ ਯਾਰ, ਹੈਂ ਟਾਈਮ ਦੇਖ ਲੈ ਕਿਹੜਾ ਵੇਲਾ ਹੋਇਆ ਪਿਆ, ਰੋਟੀ ਦਾ ਕਿਹਾ ਮੈਂ ਕਿਹਾ ਵੀ ਰੋਟੀ ਬਣਾ ਦੇ, ਰੋਟੀ ਨਹੀਂ ਬਣੀ ਯਾਰ, ਮਨਿੰਦਰ ਕਿਵੇਂ ਸਾਰਾ ਕੁਝ ਟਾਈਮ ਤੇ ਕਰ ਦਿੰਦੀ ਸੀ? ਉਹ ਬਾਈ ਉਹਦਾ ਕੰਮ ਕੀਤਾ ਹੋਇਆ, ਉਹ ਲਚਕਰੇਚੀਆਂ ਨਹੀਂ ਕਰਦੀ, ਜੇ ਆਪਾਂ ਧਿਆਨ ਨਾਲ ਕੰਮ ਕਰਾਂਗੇ ਤਾਂ ਟਾਈਮ ਨਾ ਹੋ ਜਾਂਦਾ, ਜਿਹੜੇ ਬੰਦੇ ਨੂੰ ਲਿਆਗਤੀ ਹੀ ਨਹੀਂ ਕੰਮ ਕਰਨ ਦੇ ਤਾਂ ਭੁੱਖਾ ਮਰੂ ਤੇ ਮਰ। ਨਾ ਬਾਈ ਤੇਰਾ ਕੀ ਮਤਲਬ, ਮੈਨੂੰ ਐਂ ਬੋਲਣ ਦਾ? ਨਾ ਤੇਰੇ ਵਾਲੀ ਤਾਂ ਬਾਗੀ, ਸਾਰਾ ਸਿਆਪਾ ਮੈਨੂੰ ਕਰਨਾ ਪੈ ਗਿਆ, ਆਹ ਦੇਖ ਲਾ। ਕੀ ਦੇਖ ਲਾ, ਕੁਛ ਕਰਿਆ ਦੇਖਦਾ ਤਾਂ ਹੈ ਨਹੀਂ ਘਰੇ। ਕੋਈ ਨਾ ਕਰ ਲੂੰਗੀ ਬਾਈ, ਮੇਰੇ ਨਾਲ ਬਾਲਾ ਨਾ ਬੋਲ, ਮੇਰੇ ਤਾਂ ਪਹਿਲੇ ਸਿਰ ਦੁਖੀ ਜਾਂਦਾ। ਸਿਰ ਦੁਖੀ ਜਾਂਦਾ ਫਿਰ ਕੋਈ ਦਵਾਈ ਲੈ ਲਾ, ਮੈਨੂੰ ਦੱਸ ਦੇ ਕੋਈ ਦਵਾਈ ਲਿਆ ਕਿਦਾਂ ਦਾ, ਰੋਟੀ ਦਾ ਗਾਲ ਦੋ ਟਾਈਮ ਨਾਲ, ਬੰਦੇ ਨੇ 100 ਕੋਈ ਕੰਮ ਧੰਦੇ ਜਾਣਾ ਹੁੰਦਾ। ਰੋਟੀ ਮੇਰੇ ਤੋਂ ਹਜੇ ਨਹੀਂ ਬਣਦੀ, ਪਹਿਲਾਂ ਕੰਮ ਕਰੂੰਗੀ ਫਿਰ ਬਣਾਉਂਗੀ ਰੋਟੀ। ਐ ਕਰਾਂ ਢਾਬੇ ਤੋਂ ਮੰਗਾ ਲਾ ਫਿਰ, ਜਿਦਾਂ ਜਾਂ ਜ਼ੋਮੈਟੋ ਕਰਦੇ। ਫਿਰ ਹੋਰ ਕੀ ਹੱਲ ਹੈ ਯਾਰ, ਮੰਗਾ ਲਾ ਪਊਗਾ 400 ਦਾ ਖਾਣਾ ਮੰਗਾ ਲਾ ਇੱਕਦਮ। ਫਿਰ ਹੱਲ ਹੈਗਾ ਕੋਈ, ਹੈ ਰੁਪਈਆਂ ਨੂੰ ਥਾਂ ਹੋ ਗਿਆ, ਤੁਹਾਨੂੰ ਕਾਹਦੇ ਵਾਸਤੇ ਲਿਆਂਦਾ ਵਿਆਹ ਕੇ ਇੱਥੇ? ਤੁਹਾਨੂੰ ਪਤਾ ਨਾ ਮੇਰੇ ਤੇ ਇੰਨਾ ਕੰਮ ਕਿੱਥੇ ਹੁੰਦਾ, ਕੰਮ ਹੋਰ ਕੌਣ ਕਰੂਗਾ ਯਾਰ, ਤੂੰ ਨਹੀਂ ਕਰ ਸਕਦੀ ਤਾਂ, ਜੇ ਮੰਨ ਲਾ ਕੱਲ ਹੁਣ ਤਾਂ ਅਸੀਂ ਇਕੱਠੇ ਆ, ਕੱਲ ਨੂੰ ਅੱਡ ਹੋ ਗਏ ਫਿਰ ਵੀ ਤੈਨੂੰ ਕਰਨਾ ਹੀ ਪਊਗਾ। ਯਾਰ ਕਰੀ ਤੇ ਜਾਂਦੀ ਹੈ, ਹੁਣ ਤੁਸੀਂ ਆਂ ਦੱਸੋ ਕਿ ਮੈਂ ਨਾ ਕੀਤੀ, ਮੈਂ ਕੰਮ ਨਹੀਂ ਕਰਦੀ ਜੇ ਰੋਟੀ ਨਹੀਂ ਬਣਾ ਕੇ ਦਿੰਦੀ? ਬਣਾ ਕੇ ਦਿੰਦੀ, ਇੱਕ ਦਿਨ ਹੋਇਆ ਹਜੇ ਉਹਨੂੰ ਗਈ ਨੂੰ, ਇੱਕ ਦਿਨ ਚ ਭੁੱਖੇ ਮਾਰਤਾ ਯਾਰ। ਲੈ ਐਂ ਕਰਦੇ ਆ ਫਿਰ, ਹਾਂ ਬਾਸ਼ ਪਾ ਲੈਨੇ ਆ ਘਰਾਂ ਚ, ਕਹਿ ਦਿੰਦੇ ਆ ਵੀ ਤੁਸੀਂ ਬਣਾ ਲਿਆ ਕਰੋ, ਇੱਕ ਦਿਨ ਤੁਸੀਂ ਬਣਾ ਲਿਆ ਕਰੋ ਜਿਹਨੇ। ਹਾਂ ਜਿਹੜੇ ਸਾਹ ਆਪਾਂ ਵਿਹੜੇ 'ਚ ਬਹਿ ਕੇ ਰੌਲਾ ਪਾਈ ਜਾਂਦੇ ਆ, ਹੈਂ ਚਾਨ ਗਵਾਂਢ ਦੇਖੋ ਵੀ ਦਾ ਬਾਈ, ਤੈਨੂੰ ਤਾਂ ਗੱਲਾਂ ਹੀ ਬਾਲੀਆਂ ਆਉਂਦੀਆਂ ਨੇ। ਗੱਲਾਂ ਉਹ ਗੱਲਾਂ ਤੂੰ ਕਰਾਉਣੀਆਂ ਤਾਂ ਹੀ ਆਉਂਦੀਆਂ, ਰੋਟੀ ਟਾਈਮ ਸਿਰ ਬਣੀ ਹੋਵੇ, 5 ਵਜੇ ਉੱਠ ਖੜੀ ਇੱਥੇ 9 ਵਜੇ ਉੱਠੀ ਆ। ਆਹੋ ਤੁਸੀਂ ਵੀ ਇਹਦੇ ਪਿੱਛੇ ਲੱਗ ਜਾਓ। ਉਹ ਦੇਖਿਆ ਹੀ ਆ ਮੈਂ ਤੈਨੂੰ, ਜੋ ਮੈਂ ਤੈਨੂੰ ਕਹੀ ਜਾਣਾ ਉੱਥੇ 5 ਵਜੇ ਉੱਠ ਕਰਦੀ, ਸਾਰਾ ਕੰਮ ਨਿਬੜਿਆ, ਝਾੜੂ ਕਰਦੀ, ਪੋਚਾ ਕਰਦੀ, ਉਦੋਂ ਬਾਅਦ ਰੋਟੀ ਬਣ ਜਾਂਦੀ 9 ਵਜੇ। ਸਾਰਾ ਕੰਮ ਮੈਂ ਹੀ ਕਰਨਾ ਨਾ, ਮੈਂ ਹੌਲੀ ਹੌਲੀ ਆਪ ਹੀ ਕਰ ਲੂੰਗੀ, ਕਿਉਂ ਜੀਦੀ ਇਹਨੇ ਤੁਸੀਂ ਕਰ ਲੈ ਫਿਰ, ਰਾਤ ਨੂੰ ਸ਼ਾਮ ਨੂੰ 4 ਵਜੇ ਰੋਟੀਆਂ ਬਣਾ ਕੇ ਰੱਖ ਦਿਓ, ਕਿਹੜਾ ਖਾਊਗਾ ਇੱਥੇ, ਮੈਂ ਬਾਹਰ ਜਾਣਾ ਉੱਥੋਂ ਖਾ ਲੂੰਗਾ ਕੁਛ ਨਾ ਕੁਛ, ਕਰਦੀ ਕੀ ਆ ਇਹ। ਤੇਰੇ ਕਰਕੇ ਤਾਂ ਵੀਰੇ ਲੜਾਈ ਪਈ ਆ, ਮੈਂ ਵੇਖ ਲਾ ਇਹ ਵੀ ਚਾਰ ਸੁਣਾ ਗਿਆ ਮੈਨੂੰ ਬੇਬੇ। ਹਾਂ ਪੈ ਗਈ ਰੋਟੀ, ਵੱਧ ਖਾ ਲਈ, ਬਣਾ ਲੱਸੀ ਪੀ ਲਈ ਨਾ, ਕਿਉਂ ਪਾ ਕੇ ਬੇ ਆਹੋ ਪੀ ਲਈ ਲੱਸੀ ਨਾ, ਨਹੀਂ ਹੂ ਤੈਨੂੰ ਸ਼ਰਾਬ ਪਾ ਗਈ ਹੂ ਵੀ, ਕਿਹਨਾਂ ਨੂੰ ਦਹੀਂ ਦੁਹੀਂ ਖਾ ਕੇ ਪਰੌਂਠੇ ਖਾ ਕੇ ਆਲੂ ਵਾਲੇ, ਤੈਨੂੰ ਵੀ ਨਾ ਮਜ਼ਾਕ ਸੁਝਦੇ ਆਗੇ,
ਲੱਗਿਆਗਾ ਇੱਥੇ ਬੋਲਣ। ਐਸ ਕੋਲ ਤਾਂ ਮਨਿੰਦਰ ਸੀਗੀ, ਫੋਰਾ ਲਾਉਂਦੀ ਸੀ ਰੋਟੀ ਟੁੱਕ ਬਣਾਉਣ ਲੱਗੀ ਦਾ। ਤਾਂ ਹੀ ਤੈਨੂੰ ਆਏ ਸੀ ਵੀ ਸਾਨੂੰ ਅੰਨ ਥੱਪ ਥੱਪ ਦੇਈ ਜਾਵੇ ਤੇ ਇੱਥੇ ਰਹੇ ਹੋ ਨਾ, ਵੀ ਲਾ ਲਾਂਗੇ ਚੰਮ ਉਹਦਾ। ਬੇ ਚੰਮ ਲਾਉਣ ਵਾਲੀ ਕੀ ਗੱਲ, ਨੂੰਹਾਂ ਦੀਆਂ ਕੰਮ ਕਰਦੀਆਂ ਹੁੰਦੀਆਂ ਨੇ, ਫੇਰ ਕੀ ਹੋ ਗਿਆ? ਉਹ ਦੂਜੀ ਤਾਂ ਕਰਦੀ ਨੀ ਕੰਮ, ਉਹ ਕਦੋਂ ਕਿਸੇ ਵੀ ਉਹਨੇ ਇੰਨਾ ਕੰਮ ਨਹੀਂ ਕੀਤਾ ਕਦੇ। ਤਾਂ ਹੀ ਤਾਂ ਮੈਂ ਕਹਿੰਦੀ ਸੀਗੀ ਵੀ ਚੱਲ ਮਨਿੰਦਰ ਇੱਥੇ ਹੈਗੀ ਹੈਗੀ ਨਾ। ਮੈਨੂੰ ਤੂੰ ਐਂ ਦੱਸ, ਜੇ ਉਹਨੇ ਕੀਤਾ ਨੀ ਤਾਂ ਸਿੱਖੂਗੀ ਕਦੋਂ ਉਹ? ਬੁੜੀ ਤਾਂ ਹੁੰਦੀ ਜਾਂਦੀ ਆ। ਫੇਰ ਭਰਾਵਾ ਪਤਾ ਨੀ ਕਦੋਂ ਸਿੱਖੂਗੀ, ਮੈਂ ਤਾਂ ਇੰਨਾ ਵੇਲਾ ਹੋ ਗਿਆ ਹਜੇ ਤੱਕ ਭੁੱਖੀ ਮਰੀ ਜਾਂਦੀ ਹੈਗੀ। ਤੂੰ ਆਪ ਬਣਾ ਕੇ ਖਾਲਾ। ਮੈਂ ਇੱਥੋਂ ਬੰਦਗਾਂ ਨੇ, ਮੈਂ ਤਾਂ ਖੜਿਆ ਨੀ ਜਾਂਦਾ ਰਸੋਈ ਦੇ ਵਿੱਚ। ਤੂੰ ਔਖੀ ਹੋਏਗੀ, ਤੂੰ ਜਿਹੜੀ ਚੱਕਦੀ ਆ ਉਹਨੂੰ ਵੀ ਉਹਨੇ ਕੰਮ ਨੀ ਕਰਿਆ, ਜੋ ਨੀ ਕਰਿਆ, ਬਹੁ ਨੀ ਕਰਿਆ, ਤਾਂ ਸੌਖੀ ਆਈ ਆ। ਇਹ ਤੇਰੇ ਧੌਲੇ ਝਾਟੇ 'ਚ ਖੇਪ ਪਾਊਗੀ, ਉਹ ਦੇਖਣੀ ਤੂੰ। ਵੀ ਕੀ ਕਰਾਂ, ਮੈਨੂੰ ਤਾਂ ਆਪ ਨੀ ਪਤਾ ਲੱਗਦਾ ਹੁਣ ਮੈਂ ਕਹਾਂ ਕੀ ਇਹਨੂੰ। ਜੇ ਕਹਿੰਦੀ ਤਾਂ ਫਿਰ ਕਹਿੰਦੇ ਆ ਮੰਮੀ ਮੈਂ ਆਹ ਕੰਮ ਕਰਕੇ ਫੇਰ ਰੋਟੀ ਲਾਹੂੰਗੀ, ਮੈਂ ਆਹ ਨਿਬੇੜ ਲੈ ਫੇਰ ਰੋਟੀ ਲਾਹੂੰਗੀ, ਉਹ ਝਾੜੂ ਜਿਹਾ ਲੈ ਕੇ ਉਹ ਫਿਰਦੀ ਹੈ ਕਾਉਣ ਦੀ। ਇਹਨੂੰ ਆਹੀ ਨਹੀਂ ਪਤਾ ਵੀ ਲਾਡੀ ਰੋਟੀ ਬਿਨਾਂ ਸਾਰਦਾ ਨਹੀਂ, ਅਤੇ ਉਹ ਦੇਖ ਲਾ ਉਹ ਰੌਲਾ ਭਾਈ ਦਾ ਰੋਟੀ ਪਿੱਛੇ ਉੱਥੇ ਲੜੀ ਜਾਂਦੇ, ਅਲਾਪੜੋ ਲਪੜੀ ਹੁੰਦੇ ਰਹਿ ਗਏ, ਮਾੜੀ ਜਿਹੀ ਗੱਚ ਹੋ ਗਏਗੀ। ਲੜਨਾ ਹੀ ਆ ਭਾਈ ਫਿਰ, ਹੁਣ ਹੋਰ ਕੀ ਹੋਊਗਾ, ਹੁਣ ਲੜਾਈ ਹੋਣੀ ਹੈਗੀ ਜਦੋਂ ਕੁਛ ਕਰਨਾ ਨਹੀਂ ਟਾਈਮ ਸਿਰ। ਕਰਨਾ ਨਹੀਂ ਬਈ, ਸਿਖਾ ਉਹਨੂੰ ਤੂੰ, ਉਹਦਾ ਤੂੰ ਪੱਖ ਲੈਣ ਲੱਗ ਜਾਂਦੀ ਆ। ਮੈਂ ਉਹਨੂੰ ਕੀ ਸਿਖਾਉਣਾ, ਤੂੰ ਮਨਿੰਦਰ ਨੂੰ ਕਹਿ ਦੀ ਆ ਜੂਗੀ ਦੋ ਚਾਰ ਦਿਨ ਲਾ ਕੇ ਮੁੰਡਾ। ਉਹਨੂੰ ਨਾ ਲਾਉਣ ਦਾ ਪਾਸਾ ਇੱਕ ਥਾਂ ਕਿਤੇ, ਇੱਧਰ ਦੱਬ ਦਿਓ ਉਹਨੂੰ, ਇੱਧਰ ਦੱਬ ਦਿਓ। ਲੈ ਫਿਰ ਘਰੇ ਤਾਂ ਉਹਨੂੰ ਆਉਣਾ ਹੀ ਪਊਗਾ। ਆ ਜੂਗੀ ਦੋ ਚਾਰ ਦਿਨਾਂ ਨੂੰ, ਕੋਈ ਨਹੀਂ ਦੇਖੀ ਜਾਊਗੀ। ਹਜੇ ਹੁਣ ਤਾਂ ਗਈ ਆ ਉਹ, ਕਿ ਬਰੇ ਹੋ ਗਏ ਉਹਨੂੰ ਗਈ ਨੂੰ। ਆਹੋ ਬਰੇ ਹੋ ਗਏ, ਤੈਨੂੰ ਤਾਂ ਐਂ ਲੱਗਦਾ ਗਾ ਘਰ ਤਾਂ ਵੇਖ ਲੈ ਕਿਵੇਂ ਹੋਇਆ ਪਿਆਗਾ, ਨਾ ਤਾਂ ਇਹਦਾ ਝਾੜੂ ਪੋਚਾ ਸਮਾਰ ਕੇ ਲੱਗਿਆ ਗਾ, ਨਾ ਇਹਨੇ ਰੋਟੀ ਪਕਾਈ ਆ ਹਜੇ ਤੱਕ, ਕੱਪੜੇ ਤਾਂ ਹੋ ਪਏ ਨੇ ਧੋਣ ਵਾਲੇ, ਉਹ ਵੀ ਨਹੀਂ ਧੋਤੇ ਗੇ। ਫਿਰ ਐਂ ਕਰਦੇ ਹਾਂ, ਉਹਨਾਂ ਨੂੰ ਵੀ ਮੈਂ ਕਹਿ ਕੇ ਆਇਆ ਵੀ ਆਪਾਂ ਸਾਰੇ ਘਰਾਂ 'ਚ ਅਨਾਉਂਸਮੈਂਟ ਕਰਾ ਦਿੰਦੇ ਹਾਂ ਵੀ ਇੱਕ ਜਣਾ ਸਾਡੀ ਰੋਟੀ ਪਕਾ ਦਿਆ ਕਰੋ, ਇੱਕ ਜਣਾ ਆ ਕੇ ਕੱਪੜੇ ਧੋਦਿਆ ਕਰੋ, ਇੱਕ ਜਣਾ ਝਾੜੂ ਪੋਚਾ ਮਾਰਦਿਆ ਕਰੋ, ਸਾਡੇ ਮਹਾਰਾਣੀ ਇੱਕ ਬਹੂ। ਤੂੰ ਤਾਂ ਨਾ ਮਜ਼ਾਕ ਕਰਦਾ ਇਸ ਗੱਲ, ਲੋਕਾਂ ਦੀਆਂ ਬਹੂਆਂ ਮੰਗਾਉਂਦੇ ਹਾਂ, ਸਾਡੇ ਤਾਂ ਬਹਾ ਆਇਆ ਹੋਇਆ। ਚੰਗਾ ਕਰ ਦਿੰਦੇ ਹਾਂ ਜੀ, ਆਪਾਂ ਪਕਾ ਦੂਗੀ, ਕੋਈ ਮਿੰਟ ਝੱਟ ਤੱਕ ਖਾ ਲਿਓ। ਚਾਹ ਡੁੱਲ ਗਈ, ਮੇਰਾ ਧਿਆਨ ਗੱਲਾਂ 'ਚ ਹੋ ਗਿਆ, ਚਾਹ ਕਣੀ ਹੱਥ ਵੱਜਿਆ ਮੇਰਾ ਤਾਂ। ਨਹੀਂ ਹਰਪ੍ਰੀਤ, ਹਾਂ ਮੰਮੀ, ਆ ਫੋਨ ਦਾ ਖਿਹੜਾ ਛੱਡ ਦੇ, ਕੋਈ ਕੰਮ ਧੰਦਾ ਵੀ ਕਰ ਲੈ। ਮੰਮੀ ਕਰੀ ਤੇ ਜਾਂਦੀ ਆ। ਕੀ ਕਰੀ ਜਾਂਦੀ ਹੈਗੀ, ਆ ਸਾਰਾ ਕੰਮ ਪਿਆ ਕਰਨ ਵਾਲਾ। ਮੰਮੀ ਜਿੰਨਾ ਕੁ ਹੋਈ ਜਾਂਦਾ ਉਨਾ ਕੁ ਕਰੀ ਜਾਂਦੀ ਆ, ਹੌਲੀ ਹੌਲੀ ਤੁਸੀਂ ਐਂ ਕਦੋਂ ਬੋਲੀ ਜਾਂਦੇ ਹੋ। ਜਿੰਨੇ ਕੁ ਨਾ ਸਰ ਜੂਗਾ ਵੀ ਜਿੰਨਾ ਕੁ ਹੈਗਾ ਤਾਂ ਉਨਾ ਕੁ ਕਰ ਲਿਆ ਬਸ, ਠੀਕ ਆ, ਬਾਕੀ ਕੰਮ ਕੌਣ ਕਰੂਗਾ? ਮੰਮੀ ਮੈਂ ਹੀ ਕਰੂੰਗੀ, ਪਹਿਲਾਂ ਮੈਂ ਅੱਜ ਰਸੋਈ ਦਾ ਤਾਂ ਨਿਬੇੜਦਾ। ਰਸੋਈ ਦਾ ਆ ਚਾਹ ਤਾਂ ਥੋਪ ਬਲ ਗਈ ਹੈਗੀ, ਇਹ ਤਾਂ ਤੈਥੋਂ ਦੇਖੀ ਸਾਰੀ ਦਿਨ ਫੋਨ ਤੇ ਲੱਗੀ ਰਿਹਾ ਕਰ। ਨਹੀਂ ਮੰਮੀ, ਇਹ ਤਾਂ ਗਗਨ ਦਾ ਫੋਨ ਆ ਗਿਆ ਸੀ, ਮੈਂ ਉਹਨਾਂ ਨਾਲ ਗੱਲ ਕਰਨ ਲੱਗ ਗਈ ਸੀਗੀ। ਗੱਲ ਕਰਨ ਲੱਗ ਗਈ ਸੀਗੀ, ਨਾਲੇ ਹੋਰ ਤੇਰੇ ਨਾਲ ਤਾਂ ਚੰਗੀ ਮਨਿੰਦਰ ਹੀ ਸੀਗੀ ਜਿਹੜੀ ਸਾਰਾ ਕੰਮ ਕਰਤਾ ਦਿੰਦੀ ਸੀਗੀ, ਨਾਲੇ ਰੋਟੀ ਟਾਈਮ ਸਿਰ ਦਿੰਦੀ ਸਾਨੂੰ। ਕੋਈ ਨਾ ਮੰਮੀ, ਮੈਂ ਵੀ ਕਰ ਲੈਂਦੀ ਹਾਂ ਕੰਮ, ਕਰੀ ਤੁਸੀਂ ਐਂ ਕਿਤੋਂ ਬੋਲੀ ਜਾਂਦੇ ਹੋ। ਆਹੋ ਮੈਂ ਪਾਗਲ ਜਿਹੜੀ ਬੋਲੀ ਜਾਂਦੀ ਹੈਗੀ, ਉਹ ਪਏ ਸਾਰੇ ਕੱਪੜੇ ਧੋਣ ਵਾਲੇ ਪਏ ਆਗੇ, ਝਾੜੂ ਪੋਚਾ ਉਹ ਪਿਆ ਕਰਨ ਵਾਲਾ। ਧੋਦਾ ਨਹੀਂ, ਕਿੰਨੇ ਦਿਨ ਹੋ ਗਏ ਮੈਨੂੰ ਤੇਰੇ ਮੂੰਹ ਕਦੇ ਦੇਖੀ ਜਾਂਦੀ ਨੂੰ। ਕੋਈ ਨਾ, ਕੱਪੜੇ ਮੈਂ ਧੋਦਾ ਨਹੀਂ ਮੰਮੀ। ਧੋ ਦਿੰਦੀ ਆ, ਕਰ ਲੈ ਕੰਮ, ਆ ਰੱਖ ਦੇ ਫੋਨ ਨੂੰ, ਇਹਨੇ ਨਹੀਂ ਕੁਛ ਦੇਣਾ। ਚੰਗਾ ਰੱਖ ਦਿੰਦੀ ਆ। ਲੈ ਮੰਮੀ ਤਾਂ ਮੈਨੂੰ ਬੋਲਣ ਲੱਗ ਗਈ, ਮਨਿੰਦਰ ਕੀ ਬਾਗੀ, ਕੀ ਕਰਾਂ ਹੁਣ ਮੈਂ। ਕੁੜੇ ਮਨਿੰਦਰਾ, ਨਹੀਂ ਫੇਰ ਕਰ ਲਾਂਗੇ ਜਿਹੜਾ ਰਹਿ ਗਿਆ, ਸੱਚੀ ਤੂੰ ਤਾਂ ਕੱਲ ਦੀ ਲੱਗੀ ਪਈ ਆ ਜੀ। ਚੱਲ ਕੋਈ ਨਾ, ਮੈਂ ਕਿਹਾ ਚਾਚੀ ਤੈਨੂੰ ਵੀ ਸਹਾਰਾ ਹੋ ਜੂਗਾ ਮੇਰੇ ਆਈ ਦਾ। ਨਹੀਂ ਸਹਾਰਾ ਤਾਂ ਹੋ ਜੂ, ਕੁੜੀਆਂ ਤਾਂ ਦੋ ਦਿਨ ਪੇਕੀ ਦਮ ਲੈਣ ਆਉਂਦੀਆਂ ਹੁੰਦੀਆਂ, ਤੇ ਤੂੰ ਜਿਉਂ ਲੱਗੀਆਂ ਜੱਬੜ ਰਜਾਈਆਂ ਤੋਂ ਹੋਰ ਸਮਾਰਾ ਸਮਾਰੀ ਕਰ ਰਸੋਈ ਦੀ, ਇਹ ਤਾਂ ਸਾਰਾ ਦਿਨ ਹੀ ਨਹੀਂ ਨਿਬੜਦਾ ਪੁੱਤ। ਮੈਂ ਤਾਂ ਬੈਠਿਆ ਨਹੀਂ ਆਉਂਦਾ ਚਾਚੀ, ਨਾਲੇ ਮੈਨੂੰ ਐਂ ਲੱਗਿਆ ਵੀ ਹੁਣ ਤੇਰੇ ਤੋਂ ਵੀ ਕਿੱਥੇ ਹੁੰਦਾ ਕੰਮ, ਚੱਲ ਮੈਂ ਦੋ ਦਿਨ ਆਈਆਂ ਕਰ ਜੂੰਗੀ, ਨਾਲ ਤੈਨੂੰ ਸਹਾਰਾ ਹੋ ਜੂਗਾ। ਉਹ ਤਾਂ ਚੱਲ ਠੀਕ ਹੈ ਪੁੱਤ, ਫਿਰ ਤੇਰਾ ਕੋਈ ਲਾਹਾਗਾ। ਤੂੰ ਵੀ ਦੋ ਦਿਨ ਦਮ ਲੈਣ ਆਈ ਆ, ਜੇ ਮੈਂ ਹੁਣ ਇੱਥੇ ਆਈ ਨੂੰ ਤੈਨੂੰ ਕਹੀ ਜਾਊਂ ਉਹ ਕਰ ਲਾ ਆ ਕਰ ਲਾ, ਤੇ ਫਿਰ ਤੇਰੀ ਸੱਸ ਤੇ ਮੇਰੇ ਚ ਕੀ ਫਰਕ ਹੋਇਆ? ਚੱਲ ਕੋਈ ਨਾ, ਤੂੰ ਤਾਂ ਮੇਰੀ ਮਾਮਾ ਵਰਗੀ, ਨਾਲੇ ਮੇਰਾ ਆਪਦਾ ਹੀ ਘਰ ਆ, ਜੇ ਤੁਸੀਂ ਮੈਨੂੰ ਆਪਦੀ ਬਣਾਈ ਲਿਆ ਤੇ ਮੈਂ ਵੀ ਤੁਹਾਨੂੰ ਆਪਦੇ ਸਮਝ ਕੇ ਕਰੂੰਗੀ ਕੰਮ। ਨਹੀਂ ਪੁੱਤ, ਇਹ ਤਾਂ ਕੀ ਗੱਲ ਕਹਿਣ ਵਾਲੀ ਆ, ਹਜੇ ਤਾਂ ਤੂੰ ਸਾਡੀ ਆਪਦੀ, ਪਰ ਫਿਰ ਵੀ ਲਾਲਚ ਮਾੜਾ ਹੁੰਦਾ, ਨਾਲੇ ਮੈਂ ਹੌਲੀ ਹੌਲੀ ਲੱਗੀ ਰਹਿੰਦੀ ਹਾਂ ਠੋਰਾ ਠੋਰੀ ਕਰਨ, ਤੇ ਬਸ ਚੱਲੀ ਜਾਂਦਾ ਕੰਮ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਇਕੱਲੀ ਕਿਉਂ ਲੱਗੀ ਰਹਿੰਦੀ ਹੈ ਸਾਰਾ ਦਿਨ ਨੇ ਕੰਮ 'ਚ, ਇੰਨੇ ਪਸ਼ੂ ਰੱਖ ਛੱਡਿਆ ਵੀ ਤੁਸੀਂ ਇੱਕ ਅੱਧਾ ਪਸ਼ੂ ਰੱਖ ਲਓ, ਦੋ ਤਾਂ ਜਾਣੇ ਹੋ ਤੁਸੀਂ। ਕੁੜੇ ਮੈਂ ਆਖਿਆ ਸੀ ਰਾਜਪਾਲ ਨੂੰ
ਮੈਂ ਕਿਹਾ ਇੱਕੋ ਹੀ ਰੱਖਦੇ ਹਾਂ ਦੁੱਧ ਵਾਲਾ ਪਸ਼ੂ, ਉਹ ਬੰਨ ਛੱਡੀਆਂ ਲਾਈਨ ਬਣਾ ਛੱਡੀ ਆ, ਜਦੋਂ ਕਿਤੇ ਵਗ ਜਾਂਦਾ ਵੇਲੇ ਇੱਕ ਵੇਲੇ ਨੀਰਾ ਮੈਨੂੰ ਪਾਉਣਾ ਪੈਂਦਾ, ਫਿਰ ਮੈਨੂੰ ਪਤਾ ਭਾਈ ਕਿਵੇਂ ਨੀਰਾ ਚਾਰਾ ਪਾਉਣੀ ਆ, ਢੂਈ ਦੀ ਅੱਜ ਹੀ ਆ ਮੈਂ ਹੰਭ ਕੇ ਡਿੱਗਦੀ ਆ ਸੱਚੀ। ਔਖਾ ਮਾ ਚਾਚੀ ਤੇਰਾ ਤਾਂ ਨਾ, ਤੂੰ ਰਾਜਪਾਲ ਦਾ ਵਿਆਹ ਵੀ ਕਿਉਂ ਨੀ ਕਰਦੀ ਕੋਈ? ਲੈ ਆਖੇ ਵੀ ਲੱਗੇ ਫੇਰ ਹੀ ਕਰਾਂ? ਲੈ ਹੁਣ ਬੁੱਢਾ ਹੋ ਕੇ ਕਰਵਾਊਗਾ, ਹੁਣ ਤਾਂ ਸਗੋਂ ਉਹਦੀ ਉਮਰ ਹੈਗੀ ਆ ਵਿਆਹ ਕਰਾਉਣ ਦੀ। ਜਦੋਂ ਦੋ ਪੈਸੇ ਕੋਲੇ ਹੁੰਦੇ ਆ ਉਦੋਂ ਨਵੀਂ ਛਿੰਜੜੀ ਛੇੜ ਲੈਂਦਾ, ਆਹ ਹੁਣ ਚੰਗਾ ਆਪਣਾ ਟਰੈਕਟਰ ਸੀ, ਹੁਣ ਟਰੈਕਟਰ ਲਿਆ ਨਵਾਂ, ਇਹੀ ਪੈਸੇ ਕੋਈ ਰੰਗ ਰੋਗਣ ਕਰਕੇ ਘਰ ਨੂੰ ਆਪਦਾ ਵਿਆਹ ਕਰਾ ਲੈਂਦਾ, ਨਾਲੇ ਮੈਂ ਸੌਖੀ ਹੋ ਜਾਂਦੀ। ਤਾਂ ਹੈ ਚਾਚੀ, ਨਾਲੇ ਚਾਚੀ ਮੈਂ ਨਾ ਤੇਰੇ ਨਾਲ ਇੱਕ ਗੱਲ ਕਰਨੀ ਸੀ, ਦੇਖ ਲਾ ਤੂੰ ਵੀ ਮੇਰੀ ਮਾਵਾਂ ਵਰਗੀ ਆ ਨਾ, ਤੇਰੇ ਕੋਲ ਤਾਂ ਗੱਲ ਕਰ ਹੀ ਸਕਦੀ ਆ, ਤੂੰ ਕਿਹੜਾ ਕਿਸੇ ਕੋਲ ਕਰਨੀ ਆ, ਮੈਂ ਤਾਂ ਨਾ ਬਾਹਲੇ ਫਿਕਰਾਂ 'ਚ ਪਈ ਹੋਈ ਹਾਂ। ਨਾ ਤੂੰ ਕੀ ਫਿਕਰਾਂ 'ਚ ਪਈ ਆ ਪੁੱਤ, ਦੱਸਗਾ ਮੈਨੂੰ, ਮੈਂ ਤੇਰੀ ਮਾਂ ਹੀ ਹੈ, ਤੂੰ ਦੁੱਖ ਸੁੱਖ ਮੇਰੇ ਨਾਲ ਕਰ ਸਕਦੀ ਆ ਪੁੱਤ, ਨਾਲੇ ਜਿਹੜਾ ਦੁੱਖ ਸੁੱਖ ਕਰੇਂਗੀ ਮੈਂ ਕੰਮਣੀ ਆ ਜਿਹੜੀ ਲੋਕਾਂ ਕੋਲੇ ਕਰੂੰਗੀ ਤੇਰੀਆਂ ਗੱਲਾਂ। ਹਾਂ ਚਾਚੀ, ਤੂੰ ਤਾਂ ਕਿਹਦੇ ਕੋਲ ਕਰਨੀ ਆ, ਉਹ ਜਿਹੜਾ 2.5 ਲੱਖ ਰੁਪਇਆ ਨਹੀਂ ਅਸੀਂ ਰਾਜਪਾਲ ਨੂੰ ਦਿੱਤਾ ਸੀ, ਚੱਲ ਤੂੰ ਰੱਖ ਲਾ ਹਨਾ, ਤੇ ਬਾਅਦ 'ਚ ਉਹ ਤੋਂ ਮੰਗ ਲਿਆ ਸੀ, ਪਹਿਲਾਂ ਤਾਂ ਮੈਂ ਮਾਫ਼ੀ ਮੰਗਦੀ ਹਾਂ ਚਾਚੀ ਵੀ ਮੈਂ ਨਾ ਤੂੰ ਮੰਗ ਲਏ ਪੈਸੇ, ਹਨਾ ਵਿਚਾਰਾ ਜਵਾਕ ਵੀ ਗੁੱਸੇ ਹੁੰਦਾ ਹੋਊਗਾ। ਲੈ ਅੱਗੇ ਮਾਫ਼ੀ ਮੰਗਦੀ ਹਾਂ, ਉਹ ਤੇਰੇ ਪੈਸੇ ਸੀ ਪੁੱਤ, ਤਾਂ ਹੀ ਤਾਂ ਮੈਂ ਰਾਜਪਾਲ ਨੂੰ ਭੇਜਿਆ ਸੀ ਉਹ ਤੈਨੂੰ ਦੇਣ ਵਾਸਤੇ, ਤੂੰ ਮਨਾ ਕਰਤਾ ਤਾਂ ਕਰਕੇ ਇਹਨੇ ਫਿਰ ਖਰਚ ਲਏ ਉਹ ਪੈਸੇ। ਚੱਲ ਕੋਈ ਨਾ ਚਾਚੀ, ਗੱਲ ਇਹ ਸੀ ਪੈਸੇ ਨਾ ਤਾਂ ਚਾਹੀਦੇ ਸੀ, ਮੇਰਾ ਮਾਮਾ ਸਹੁਰਾ ਨੀ ਹੈਗਾ ਜਿਹੜਾ, ਉਹ ਸਾਡੇ ਕੋਲ 2 ਦਿਨ ਇੱਥੇ ਆਇਆ ਹੋਇਆ ਸੀਗਾ, ਤੇ ਨਾਲੇ ਸਚਾਂ ਜਿਹੜਾ ਘਰ ਆ ਉਹ ਹਨਾ ਜਿਹੜਾ ਅਸੀਂ ਹੁਣ ਬਾਹਰ ਲਿਆ ਹੈਗਾ, ਉਹ ਨਾ ਜਸਮੀਤ ਦੇ ਡੈਡੀ ਨੇ ਉਹਦੇ ਨਾਮ ਤੇ ਕਰਵਾਇਆ। ਜਸਮੀਤ ਦੇ? ਹਾਂ। ਅੱਛਾ, ਤੇ ਇਹ ਗੱਲ ਮੰਮੀ ਨੂੰ ਪਤਾ ਨੀ ਹੈਗੀ, ਮੰਮੀ ਸਾਡੇ ਤੇ ਲੱਗਦੀ ਆ, ਜੇ ਮੰਮੀ ਨੂੰ ਪਤਾ ਲੱਗ ਗਿਆ ਤਾਂ ਮੰਮੀ ਘਰੇ ਕਰੂਗੀ ਕਲੇਸ਼ ਵੀ ਕੁੜੀ ਦੇ ਨਾਮ ਕਿਉਂ ਘਰ ਕਰਾਇਆ ਹਨਾ। ਲੈ ਅਗਰ ਕਿਉਂ ਕਰਵਾਇਆ ਤੁਸੀਂ, ਕਿਹੜਾ ਸਾਂਝੇ ਪੈਸਿਆਂ ਚੋਂ ਕਰਵਾਇਆ, ਤੁਹਾਡੇ ਆਪਦੇ ਪੈਸੇ ਆ ਉਹਨਾਂ ਨਾਲ ਕਰਵਾਇਆ ਤੁਸੀਂ? ਕਰਵਾਇਆ ਤਾਂ ਹੈ ਪਰ ਸਾਡੇ ਕਲੇਸ਼ ਨਾਲ ਨਿੱਕੀ ਜਿਹੀ ਗੱਲ ਦਾ ਹੀ ਬਣ ਜਾਂਦਾ ਚਾਚੀ, ਤਾਂ ਕਿ ਪਤਾ ਨਹੀਂ ਕਿਤੋਂ ਮਾਮੇ ਨੂੰ ਪਤਾ ਲੱਗ ਗਿਆ ਜਿਹੜਾ ਘਰ ਆ ਜਸਮੀਤ ਦੇ ਨਾਂ ਆ, ਮੈਨੂੰ ਕਹਿੰਦਾ ਵੀ ਐਂ ਕਰ 2.5 ਲੱਖ ਰੁਪਇਆ ਮੈਨੂੰ ਦੇ, ਜੇ ਨਹੀਂ ਦੇਂਗੀ ਤਾਂ ਮੈਂ ਤੇਰੇ ਘਰੇ ਤੇਰੀ ਸੱਸ ਨੂੰ ਦੱਸੂਗਾ ਵੀ ਜਿਹੜਾ ਘਰ ਆ ਜਸਮੀਤ ਦੇ ਨਾਂ ਆ, ਤੇ ਘਰੇ ਕਲੇਸ਼ ਪਵਾਉਂਗਾ ਵੱਡਾ। ਨਾ ਉਹਨੂੰ ਕਾਹਦੇ ਨਾਂ ਦਾ 2.5 ਲੱਖ ਰੁਪਇਆ, ਪੈਸੇ ਤੇਰੇ ਆ, ਜ਼ਮੀਨ ਦਾ ਤੇਰਾ ਹਿੱਸਾ ਠੇਕਾ, ਉਹ ਕੀ ਲੱਗਦਾ ਪੈਸਿਆਂ ਦਾ? ਬਾਲਾ ਭੈੜਾ ਚਾਚੀ, ਜਦੋਂ ਵੀ ਆਉਂਦਾ ਨਾ ਕਲੇਸ਼ ਪਵਾ ਕੇ ਜਾਂਦਾ, ਪਿਛਲੀ ਵਾਰ ਆਇਆ ਸੀ ਉਦੋਂ ਵੀ ਸਾਡੇ ਦੋਵਾਂ ਜੀਆਂ 'ਚ ਕਲੇਸ਼ ਪਵਾ ਕੇ ਗਿਆ ਬਿਨਾਂ ਕਿਸੇ ਗੱਲ ਤੋਂ, ਬਸ ਐਸੇ ਗੱਲ ਤੋਂ ਮੈਂ ਡਰਦੀ ਹਾਂ, ਤਾਂ ਹੀ ਮੈਂ ਕਿਹਾ ਚੱਲ 2.5 ਲੱਖ ਰੁਪਇਆ ਦੇ ਕਿਹੜੇ ਮੱਥੇ ਮਾਰਾਂ ਹਨਾ, ਕਿਉਂ ਘਰੇ ਕਲੇਸ਼ ਪਵਾਉਣਾ। ਨਾ ਤੂੰ ਕਮਲੀ ਹੋਈ ਹੈ, ਅੱਜ ਤਾਂ ਉਹ 2.5 ਲੱਖ ਰੁਪਇਆ ਮੰਗਦਾ, ਕੱਲ੍ਹ ਨੂੰ 5 ਮੰਗੂਗਾ, ਤੂੰ ਕੁਲਦੀਪ ਕੋਲੇ ਨਹੀਂ ਗੱਲ ਕਰੀ? ਉਹੀ ਤਾਂ ਡਰ ਆ ਮਾਸੀ, ਕੁਲਦੀਪ ਕੋਲ ਗੱਲ ਕੀਤੀ ਨਹੀਂ ਹੈਗੀ ਮੈਂ, ਮੈਨੂੰ ਕਹਿੰਦਾ ਕੁਲਦੀਪ ਕੋਲ ਵੀ ਨਹੀਂ ਗੱਲ ਕਰਨੀ, ਕਿਸੇ ਹੋਰ ਕੋਲ ਵੀ ਨਹੀਂ ਗੱਲ ਕਰਨੀ, ਕਹਿੰਦਾ ਇਹ ਗੱਲ ਆਪਣੇ 'ਚ ਹੀ ਰਹੀ ਮੈਨੂੰ। ਅੱਛਾ, ਫਿਰ ਤਾਂ ਭਾਈ ਉਹਨੂੰ ਲਾਲਚ ਹੈ, ਫਿਰ ਇਹ 2.5 ਲੱਖ ਨਾਲ ਨਹੀਂ ਸਰਦਾ ਉਹਦਾ, ਉਹ ਤਾਂ ਤੈਨੂੰ ਹੋਰ ਪੈਸੇ ਮੰਗੂਗਾ। ਫਿਰ ਹੁਣ ਕੀ ਕਰਾਂ ਚਾਚੀ, ਤੂੰ ਹੀ ਦੱਸ ਦੇ ਮੈਨੂੰ। ਮੈਂ ਤਾਂ ਤੈਨੂੰ ਐਂ ਕਹਿੰਦੀ ਹਾਂ ਪੁੱਤ, ਤੂੰ ਸਾਰੀ ਗੱਲ ਕੁਲਦੀਪ ਨੂੰ ਦੱਸ, ਨਾਲੇ ਆਪਦੇ ਬੰਦੇ ਤੋਂ ਕੋਈ ਗੱਲ ਲੁਕਾਉਂਦੇ ਨਹੀਂ ਹੁੰਦੇ, ਬੇਸ਼ੱਕ ਤੇਰੇ ਪੈਸੇ ਆ, ਬੇਸ਼ੱਕ ਤੇਰੇ ਸਹੁਰਿਆਂ ਦੇ ਆ। ਹਾਂ ਚਾਚੀ, ਇਹੀ ਤਾਂ ਮੈਂ ਸੋਚ ਰਹੀ ਸੀ, ਮੈਂ ਸੋਚ ਰਹੀ ਸੀ ਇਹਨਾਂ ਨੂੰ ਦੱਸ ਹੀ ਦਿੰਦੀ ਹਾਂ, ਦੇਖੀ ਜਾਊਗੀ ਜਿਹੜਾ ਕੁਛ ਹੋਊਗਾ, ਕਲੇਸ਼ ਤਾਂ ਉਹ ਵੀ ਰੋਜ਼ ਪੈਂਦਾ ਹੀ ਆ ਸਾਡੇ ਘਰੇ, ਜੇ ਇੱਕ ਵਾਰੀ ਹੋਰ ਪੈ ਜਾਊਗਾ ਤਾਂ ਕੀ ਗੱਲ ਆ। ਨਾ ਮੈਨੂੰ ਐਂ ਦੱਸ, ਅੱਛਾ 2.5 ਲੱਖ ਰੁਪਇਆ ਤਾਂ ਇੱਥੋਂ ਲੈ ਕੇ ਖਾ ਜਾਊਗਾ, ਤੇਰੀ ਸੱਸ ਨੂੰ ਕੀ ਪਤਾ ਗਾ? ਉਹੀ ਤਾਂ ਸਵੇਰ ਨੂੰ ਕੋਈ ਗੱਲ ਹੋ ਗਈ, ਉਹ ਆਖ ਮੈਨੂੰ ਨਹੀਂ ਦੱਸਿਆ ਤੂੰ, ਤੇ ਤੂੰ ਭਾਈ ਨਾਲੇ ਕਿਉਂ ਦੇਵੇਂ, ਤੇਰੇ ਪੈਸੇ ਸੀ ਤੂੰ ਘਰ ਲੈ ਲਿਆ, ਉਹ ਕੌਣ ਆ ਤੈਨੂੰ ਕਹਿਣ ਵਾਲਾ ਵੀ ਕਿਹਦੇ ਨਾਲ ਕਰਾਉਣਾ ਕਿਹਦੇ ਨਾਲ ਨਹੀਂ ਕਰਾਉਣਾ? ਚਲਾਕ ਬੰਦਾ ਨਾ, ਉਹਨੂੰ ਆਇਆ ਵੀ ਇਹਨਾਂ ਦੇ ਘਰੇ ਕਲੇਸ਼ ਪਵੇ, ਵੀ ਮੈਨੂੰ ਡਰਾ ਕੇ, ਇਹਨੂੰ ਪਤਾ ਵੀ ਡਰ ਜਾਂਦੀ ਆ, ਵੀ ਇਹਨੂੰ ਮੈਂ ਡਰਾ ਕੇ ਤੂੰ ਪੈਸੇ ਲੈ ਲਾ। ਆਹੋ ਖਾਣ ਦਾ ਕੁੱਤਾ ਨੂੰ ਆਇਆ ਮੇਰਾ ਖਾਣ ਬਣਿਆ ਰਹੂਗਾ। ਹੋਰ ਚਾਚੀ ਵੇਖ ਲਾ ਕਿੱਡੇ ਬੇਈਮਾਨ ਆ ਲੋਕ, ਉਹਨੂੰ ਆਏ ਨੀ ਸ਼ਰਮ ਆਉਂਦੀ ਮੇਰੇ ਭਾਣਜੇ ਦਾ ਘਰ ਹੈ। ਐਂ ਉਹ ਨਹੀਂ ਉਹ ਸੋਚਦਾ, ਉਹ ਤਾਂ ਪੈਸਿਆਂ ਦੀ ਭੁੱਖ ਆ, ਉਹਨੂੰ ਤਾਂ ਜਦੋਂ ਵੀ ਆਉਂਦਾ ਨਾ ਮੰਮੀ ਤੋਂ ਕਿੰਨੇ ਕਿੰਨੇ ਪੈਸੇ ਲੈ ਕੇ ਜਾ ਵੜਦਾ, ਮੰਮੀ ਵੀ ਨਹੀਂ ਘਰੇ ਹਿਸਾਬ ਦਿੰਦੀ, ਲੁਕੋਲ ਕੋ ਦਿੰਦੀ। ਮੈਂ ਤਾਂ ਤੈਨੂੰ ਇਹੀ ਰਹਿ ਦਿੰਦੀ ਹਾਂ ਪੁੱਤ, ਤੂੰ ਕੁਲਦੀਪ ਨਾਲ ਗੱਲ ਕਰਕੇ ਨਾ, ਤੇ ਉਹਨੂੰ ਝਿੜਕੋ ਤੇ ਝਿੜਕ ਕੇ ਦਬਲੋ ਇੱਥੋਂ, ਤੁਸੀਂ ਕੀ ਕਰਾਉਣਾ ਮਾਮਿਆਂ ਤੋਂ ਜਿਹੜਾ ਖਾਣ ਦਾ ਪਿਆਰਾ ਹੋਵੇ। ਇੱਕ ਵਾਰ ਤਾਂ ਗਿਆ ਹੋਇਆ ਕਹਿੰਦਾ ਕੰਮ ਗਿਆ ਹੋਇਆ ਹਨਾ, ਮੈਨੂੰ ਫੋਨ ਕਰਕੇ ਕਹਿੰਦਾ ਇਹ ਨਾ ਸਮਝੀ ਵੀ ਜੇ ਮੈਂ ਕੰਮ ਗਿਆ ਹੋਇਆ ਤਾਂ ਮੈਂ ਪੈਸੇ ਭੁੱਲ ਗਿਆ, ਕਹਿੰਦਾ ਪੈਸੇ ਤਾਂ ਮੈਂ ਲਊਂਗਾ, ਮੈਂ ਆਊਂਗਾ 2-4 ਦਿਨਾਂ ਤੱਕ। ਵੇਖ ਲਾ ਫਿਰ ਨਹੀਂ ਭਾਈ ਉਹ ਖਹਿੜਾ ਛੱਡਦਾ, ਫਿਰ ਤਾਂ ਤੈਨੂੰ ਗੱਲ ਕਰਨੀ ਪਊਗੀ। ਫਿਰ ਮੈਂ ਐਂ ਕਰੂੰਗੀ ਜਦੋਂ ਕੁਲਦੀਪ ਹੁਣ ਆਊਗਾ ਨਾ ਉਹਦੇ ਨਾਲ ਗੱਲ ਕਰੂੰਗੀ, ਫਿਰ ਮੈਂ ਦੱਸਣਾ ਤਾਂ ਪਊਗਾ ਹੀ ਚਾਚੀ ਹਨਾ।
ਆਏ ਅੱਜ ਕੱਲ ਆਏ ਹਰੇਕ ਨੂੰ ਆਇਆ ਵੀ ਇਹਦੇ ਕੋਲ 2 ਰੁਪਏ ਇਹਨੂੰ ਖਾ ਲਈਏ ਹਨਾ ਤੇ ਹੋਰ ਚਾਚੀ ਕੀ ਕਰੀਏ ਬਸ ਨਾ ਤੇ ਭਾਈ ਫਿਰ ਆਪਦੇ ਜਵਾਕ ਵਾਸਤੇ ਤਾਂ ਚੀਜ਼ ਬਣਾਉਣੀ ਆ ਕਿ ਤੈਨੂੰ ਕੀ ਦੁੱਖ ਹੈ ਇਸ ਗੱਲ ਦਾ ਫਿਰ ਉਹਨੂੰ ਆਏ ਨਾ ਮੰਮੀ ਲੱਗਦੀ ਹੈ ਕੁੜੀ ਤੇ ਵੀ ਕੁੜੀ ਦੇ ਨਾਮ ਤੇ ਘਰ ਕਿਉਂ ਕਰਵਾਇਆ ਜੇ ਮੰਮੀ ਨੂੰ ਪਤਾ ਲੱਗ ਗਿਆ ਤਾਂ ਪਰ ਆਏ ਆ ਮਸੀਂ ਅੱਜ ਨਹੀਂ ਤਾਂ ਕੱਲ ਪਤਾ ਤਾਂ ਲੱਗ ਹੀ ਜਾਣਾ ਚੱਲ ਲੱਗ ਜੂ ਤਾਂ ਲੱਗ ਜੇ ਤੁਸੀਂ ਕਿਹੜਾ ਫਿਰ ਸਾਂਝੇ ਘਰੋਂ ਕਰਵਾਇਆ ਉਹ ਤਾਂ ਹੁੰਦਾ ਭਾਈ ਸਾਂਝੇ ਘਰੋਂ ਆਪਦੀ ਚੀਜ਼ ਬਣਾ ਗਏ ਇਹ ਐਂ ਕੋਈ ਸਮਝਦਾ ਨਹੀਂ ਨਾ ਮਸਾਂ ਹਾਂ ਉਹ ਤਾਂ ਤੇਰੇ ਪੈਸੇ ਆ ਤੂੰ ਜਿੱਥੇ ਮਰਜ਼ੀ ਵਰਤੇ ਚੱਲ ਫਿਰ ਦੇਖਦੀ ਹਾਂ ਗੱਲ ਕਰ ਹੀ ਲਊਂਗੀ ਇਸ ਵਾਰ ਆਹੋ ਗੱਲ ਕਰ ਲਈ ਕੋਈ ਨਹੀਂ ਤੂੰ ਫਿਕਰ ਨਾ ਕਰ ਕੋਈ ਵੀ ਗੱਲਬਾਤ ਹੋਈ ਮੈਨੂੰ ਸਾਧਣੀ ਰਾਜਪਾਲ ਨੂੰ ਸਾਧਣੀ ਅਸੀਂ ਤੇਰੇ ਨਾਲ ਆ ਠੀਕ ਹੈ ਨਾ ਹਾਂ ਆਏ ਨਾ ਉਹ ਸਮਝੇ ਵੀ ਇਹਦਾ ਕਿਹੜਾ ਮਾਪਾ ਪੇਕਾ ਹੈਗਾ ਕੋਈ ਪੂਰਾ ਸਾਥ ਦੇਵਾਂਗੇ ਤੇਰਾ ਠੀਕ ਹੈ ਚਾਚੀ ਬਸ ਕੁਛ ਕੁ ਤਾਂ ਇਹਨਾਂ ਨੂੰ ਆਈ ਹੈ ਨਾ ਵੀ ਇਹਦੇ ਪਿੱਛੇ ਖੜਨ ਵਾਲਾ ਹੈ ਨਹੀਂਗਾ ਕੋਈ ਆਹੋ ਅਗਲਾ ਫਾਇਦਾ ਚੱਕਦਾ ਪੁੱਤ ਆਈ ਹੁੰਦਾਗਾ ਤਾਂ ਹੀ ਤਾਂ ਅਗਲਾ ਕਹਿੰਦਾ ਵੀ ਬਣ 'ਚ ਤਾਂ ਇਕੱਲੀ ਲੱਕੜੀ ਨਾ ਹੋਵੇ ਹੈਂ ਉਹ ਗੱਲ ਹੈਗੀ ਹੁਣ ਉਹਨੂੰ ਆਏ ਆ ਵੀ 2.5 ਲੱਖ ਰੁਪਇਆ ਤੋਂ ਲੈ ਲੂੰਗਾ ਇਹਨੇ ਕਿਹੜਾ ਕਿਸੇ ਨੂੰ ਗਾਂ ਦੱਸਣਾ ਹੈਂ ਵੀ ਡਰਦੀ ਹੈ ਇਹ ਚੱਲ ਕੋਈ ਨਾ ਚਾਚੀ ਮੈਂ ਦੱਸ ਹੀ ਦੇਊਂਗੀ ਕੁਲਦੀਪ ਨੂੰ ਕੁਛ ਮਰਜ਼ੀ ਹੋਵੇ ਹਾਂ ਇੱਕ ਵਾਰ ਦੱਸ ਕੇ ਤੂੰ ਆਪਦਾ ਦਿਮਾਗ ਤੇ ਬੋਝ ਲਾ ਦੇ ਮੈਂ ਤੈਨੂੰ ਦੱਸਾਂ ਮੈਨੂੰ ਚਾਹ ਤਰੀ ਹੋਈ ਸੀ ਤੇ ਉਹ ਪਤਾ ਨਹੀਂ ਕਿੱਧਰ ਲੈ ਗਿਆ ਰਾਜਪਾਲ ਹਨਾ ਜਸਮੀਤ ਨੂੰ ਕਹਿੰਦਾ ਸੀ ਬਾਹਰ ਚੀਜ਼ ਦਵਾ ਕੇ ਲਿਆਉਣਾ ਸੌਣਾ ਗਈ ਹੋਵੇ ਕਿਤੇ ਹਾਂ ਦੁਕਾਨ ਤੇ ਗਜਾ ਦੂਗਾ ਫਿਰ ਤੈਨੂੰ ਉੱਥੇ ਤੰਗ ਕਰੀ ਜਾਊਗੀ ਮੈਂ ਕੁਲਦੀਪ ਉਹ ਕੀ ਹੋ ਗਿਆ ਬੇਬੇ ਗੱਲ ਸੁਣ ਮੇਰੀ ਖੜਾ ਹੋ ਕੇ ਆ ਫੋਨ ਦਾ ਖੜਾ ਛੱਡ ਦਿਆ ਕਰ ਤੂੰ ਵੀ ਫੋਨ ਤੇ ਲੱਗਿਆ ਪਿਆਗਾ ਉਹ ਮਸਾਂ ਦਾ ਚਲਾਇਆ ਫੋਨ ਘੰਟਾ ਦਾ ਟਾਈਮ ਮਿਲੇਗਾ ਗੱਲ ਸੁਣ ਲੈ ਮੇਰੀ ਮਨਿੰਦਰ ਨੂੰ ਫੋਨ ਕਰ ਜਾ ਉਹਨੂੰ ਭਈ ਲੈ ਕੇ ਆ ਕਿਉਂ ਕੀ ਹੋ ਗਿਆ ਹੁਣ ਆ ਵੀ ਆ ਘਰ ਦਾ ਸਾਰਾ ਕੰਮ ਪਿਆਗਾ ਕੌਣ ਕਰੂਗਾ ਕੰਮ ਕਰਦੀ ਨਹੀਂ ਹਰਪ੍ਰੀਤ ਹਣਾ ਉਹਨੇ ਕਿਹੜੇ ਕੰਮ ਕਰਨੇ ਹੈਗੇ ਉਹ ਪਿਆ ਉਵੇਂ ਜ਼ਿਕਰ ਚਾਹ ਵਾਲ ਨੂੰ ਕਿਹਾ ਸੀ ਕਰਨ ਨੂੰ ਤੇ ਵਾਲ ਕੇ ਸਾਰੀ ਬਾਹਰ ਕੱਢਤੀ ਹੈਗੀ ਓਹੋ ਇਹਦਾ ਫਿਰ ਕੁਝ ਵੀ ਨਹੀਂ ਆਉਂਦਾ ਐ ਕਿਵੇਂ ਲੋਟ ਆਊ ਜ਼ਿੰਦਗੀ ਕਿਵੇਂ ਨੰਗੂ ਇਹਦੀ ਫੋਨ ਤੇ ਹੀ ਲੱਗੀ ਰਹਿੰਦੀ ਐ ਸਾਰੀ ਦਿਹਾੜੀ ਫੋਨ ਤੇ ਪਤਾ ਨਹੀਂ ਕੀ ਕਰਦੀ ਹੈਗੀ ਪੇਕੀ ਲਈ ਬੈਠੀ ਹੋਗਾ ਦੇ ਕੀ ਪਤਾ ਕਿਹਨੂੰ ਲਾਇਆ ਸੀਗਾ ਤੂੰ ਜਾ ਕੇ ਨਾ ਉਹਨੂੰ ਮਨਿੰਦਰ ਨੂੰ ਲਿਆ ਸਾਰਾ ਕੰਮ ਪਿਆਗਾ ਪੁੱਤ ਕੌਣ ਕਰੂਗਾ ਕੱਪੜੇ ਧੋਣ ਵਾਲੇ ਉਹ ਪਿਆ ਢੇਰ ਲੱਗਿਆ ਮੈਂ ਇੱਥੋਂ ਕੁਛ ਹੁੰਦਾ ਨਹੀਂ ਅਗਲਾ ਅਗਲਾ ਨਹੀਂ ਮੈਂ ਆਪ ਕਰ ਲਾ ਕੰਮ ਵਾਲੀ ਰੱਖ ਲੈਣਾ 2 ਦਿਨ ਹੈ ਉਹਨੂੰ ਆਉਣਾ ਤਾਂ ਪਊਗਾ ਨਾ ਫਿਰ ਚੱਲ ਦੇਖ ਲੈਣਾ ਫਿਰ ਲੈ ਆਉਣਾ ਜੇ ਬਾਲੀ ਖਿੱਚਾ ਤਾਂ ਜਾ ਕੇ ਪਤਵੰਤ ਨੂੰ ਫੋਨ ਕਰ ਦੇ ਤਿਆਰ ਹੋ ਜੂਗੀ ਤੇ ਤੂੰ ਵਗ ਜਾ ਲੈ ਆ ਜਾ ਤਾਂ ਦਿੰਦੀ ਉਹਨੂੰ ਤੂੰ ਬਥੇਰਾ ਕਿਆ ਹੋਰ ਕਿੰਨਾ ਕਹਾ ਮੇਰਾ ਤਾਂ ਸਿਰ ਦੁਖਣ ਲੱਗ ਜਾਂਦਾ ਬੋਲ ਬੋਲ ਕੇ ਇਹਦੇ ਨਾਲ ਅੱਡੀ ਨਾ ਹੋਣਾ ਪਜੇ ਕਿਤੇ ਇਹਨਾਂ ਨੂੰ ਜਿਹੜੇ ਸਾਨੂੰ ਲੱਛਣ ਜੇ ਇਹਨਾਂ ਦੇ ਮੈਨੂੰ ਤਾਂ ਕੀ ਪਤਾ ਕੀ ਹੋਊਗਾ ਜਾਂ ਤੂੰ ਪਤਵੰਤ ਨੂੰ ਫੋਨ ਕਰ ਦੇ ਤਿਆਰ ਹੋ ਜੂ ਤੇਰ ਜਾਂਦੇ ਨੂੰ ਲੈ ਆ ਜਾ ਕੇ ਬਥੇਰੇ ਦਿਨ ਲਾ ਲੇ ਹੁਣ ਕਦੇ ਫੇਰ ਵਗ ਜੂਗੀ ਮੈਂ ਬਣਾ ਲੈਣਾ ਚਾਹ ਜੇ ਨਹੀਂ ਤਾਂ ਕੋਈ ਨਹੀਂ ਚਾਹ ਤਾਂ ਬਣਾ ਲੈਣੀ ਹੈਗੀ ਆ ਫੇਰ ਜਾ ਆਊ ਕਦੇ ਕਰ ਦੇਣਾ ਫਿਰ ਕੋਈ ਨਹੀਂ ਤਾਂ ਸਿਆਪਾ ਹੀ ਲੈ ਲਿਆ ਮਨਿੰਦਰ ਕੀ ਬਾਗੀ ਮੰਮੀ ਤਾਂ ਮੈਨੂੰ ਹੀ ਬੋਲਣ ਲੱਗ ਗਈ ਪਹਿਲਾਂ ਮਾਮੇ ਦੀ ਗੱਲ ਪਿੱਛੇ ਗੁੱਸੇ ਹੋ ਗਏ ਹੁਣ ਆ ਕੰਮ ਪਿੱਛੇ ਕੀ ਕਰਾਂ ਇਹੋ ਜਿਹਾ ਮੈਂ ਤਾਂ ਜੇ ਮਨਿੰਦਰ ਨਾ ਜਾਂਦੀ ਵਧੀਆ ਮੰਮੀ ਨੂੰ ਪਤਾ ਹੀ ਨਹੀਂ ਲੱਗਣਾ ਸੀ ਮਨਿੰਦਰ ਨੂੰ ਬੋਲੀ ਜਾਂਦੀ ਮੈਨੂੰ ਕੀ ਕਹਿਣਾ ਸੀ ਮੰਮੀ ਨੇ ਹਾਂ ਕੀ ਕਰਾਂ ਇਹੋ ਜਿਹਾ ਮੈਨੂੰ ਤਾਂ ਹੀ ਡਰ ਲੱਗੀ ਜਾਂਦਾ ਜੇ ਮੰਮੀ ਮਨਿੰਦਰ ਵੱਲ ਹੋ ਗਈ ਮੇਰਾ ਕੀ ਬਣੂਗਾ ਮੈਂ ਕਿੱਧਰ ਜਾਊਂਗੀ ਕੀ ਕਰਾਂ ਕੀ ਕਰਾਂ ਆਈਡੀਆ ਮੈਂ ਤਾਂ ਗੱਲ ਭੁੱਲ ਹੀ ਗਈ ਸੀ ਵਿਆਹ ਘਰ ਜਸਮੀਤ ਦੇ ਨਾਮ ਆ ਤੇ ਮੰਮੀ ਨੂੰ ਮੈਂ ਦੱਸਿਆ ਨਹੀਂ ਬੇਬੇ ਮਨਿੰਦਰ ਨਹੀਂ ਦੀਦੀ ਕਿੱਧਰ ਗਈ ਮਨਿੰਦਰ ਭਾਈ ਮਿਲਣ ਗਈ ਆ ਇੱਥੇ ਘਰਾਂ 'ਚ ਕਹਿੰਦੀ ਚੱਲ ਮਿਲੇ ਆਵਾਂ ਜਿੱਦੇ ਆਈ ਆ ਮਿਲ ਕੇ ਤਾਂ ਆਈ ਆ ਹੁਣ ਇੰਨੀ ਜਿਹਦੀ ਬਾਹਾਂ ਅਕੜੀਆਂ ਸੀ ਚੱਲ ਕੋਈ ਨਹੀਂ ਕੁੜੀਆਂ ਕਤਰੀਆਂ ਨੂੰ ਹੁੰਦਾ ਹੀ ਹੈਗਾ ਤੁਸੀਂ ਨਹੀਂ ਆਪਦੇ ਯਾਰਾਂ ਦੋਸਤਾਂ ਨੂੰ ਮਿਲਦੇ ਚੱਲ ਐਂ ਤਾਂ ਹੁੰਦਾ ਖਰਾ ਹਾਂ ਤੇ ਮੈਂ ਤੈਨੂੰ ਆਇਆ ਦੀ ਸੀ ਵੀ 3-4 ਹਜ਼ਾਰ ਰੁਪਇਆ ਦੇ ਮੈਂ ਲੀੜੇ ਕੱਪੜੇ ਦਵਾ ਲਿਆਵਾਂ ਮਨਿੰਦਰ ਨੂੰ ਲੈ ਦੱਸ ਪਰ ਉੱਤ ਕਿਹੜੀ ਆ ਬੇਬੇ 3-4 ਹਜ਼ਾਰ ਰੁਪਇਆ ਹੁਣ ਤਾਂ 2 ਲੱਖ ਰੁਪਇਆ ਦੇ ਕੇ ਆਇਆ ਲੋਕਾਂ ਤੋਂ ਫੜ ਕੇ ਤੂੰ ਵੀ ਨਾ ਸਮਾਂ ਸੋਚਦੀ ਨਹੀਂ ਗੱਲ ਇੱਕਦਮ ਹੀ ਕੱਢ ਦਿੰਦੀ ਆ 2 ਲੱਖ ਰੁਪਇਆ ਤਾਂ ਹੁਣ ਜਿਹੜਾ ਦੇਣਾ ਸੀ ਚੱਲ ਉਹ ਆਪਾਂ ਦੇਤਾ ਹੁਣ ਉਹ ਆਈ ਆ 4 ਦਿਨ ਮਿਲਣ ਖਾਲੀ ਥੋੜੀ ਤੋਰਾਂਗੇ ਨਾਲੇ ਜਵਾਕ ਨੂੰ ਦੇਵਾਂਗੇ ਨਾਲੇ ਉਹਨੂੰ ਦੇ ਕੇ ਤੋਰਾਂਗੇ ਲੀੜੇ ਹੁਣ ਬੇਬੇ ਤੱਤੇਗਾ ਹੁਣ ਮੌਕੇ ਤੇ ਕਿੱਥੋਂ ਹੱਲ ਹੋਊਗਾ 2-4 ਹਜ਼ਾਰ ਦਾ ਹੁਣ ਜਾਣਾ ਵੀ ਹੋਊਗਾ ਜਾ ਕੋਈ ਨਾ ਦੂਜੀ ਤੋਂ ਫੜ ਲਾ ਫਿਰ ਕੱਟ ਵੱਟ ਕਰ ਲਾਂਗੇ ਉਹਦੇ ਨਾਲ ਆਉਂਦੇ ਮਹੀਨੇ 'ਚ ਨਹੀਂ ਜਿਹੜਾ 2 ਲੱਖ ਰੁਪਇਆ ਦਿੱਤਾ ਸੀ ਉਹ ਕਿੱਧਰ ਉੱਤ ਘੁੱਤ ਕਰਤਾ ਨਾ ਬਈ ਜਿਹੜਾ 2 ਲੱਖ ਰੁਪਇਆ ਦਿੱਤਾ ਸੀ ਉਹ ਮੈਨੂੰ ਮਨਿੰਦਰ ਦੱਸਦੀ ਸੀ ਕੱਲ੍ਹ ਕਹਿੰਦੀ ਨਾ ਮੇਰਾ ਮਾਮਾ ਸਹੁਰਾ ਤੇ ਕਹਿੰਦੀ ਉਹ ਮੇਰੇ ਪੈਰ ਪੈ ਰਿਹਾ ਹੈਗਾ ਤੇ ਕਹਿੰਦੀ ਉਹਨੂੰ ਪਤਾ ਲੱਗ ਗਿਆ ਵੀ ਜਿਹੜਾ ਘਰ ਨਹੀਂ ਲੈਤਾ ਇਹਨਾਂ ਨੇ ਨਵਾਂ ਹੁਣ
ਤੇ ਵੀ ਉਹ ਇਹਦੇ ਜਸਮੀਤ ਨੇ ਨਾ ਕਰਵਾਇਆ ਇਹਨੇ, ਸਰਦੀਪ ਨੇ ਤੇ ਮਨਿੰਦਰ ਨੇ, ਉਹ ਜਿਹੜਾ ਇਹਦਾ ਹਿੱਸਾ ਠੇਕਾ ਇੱਥੋਂ ਜਾਂਦਾ ਸੀ ਇਹ ਪੈਸੇ ਜੋੜੀ ਗਈ ਤੇ ਇਹਨੇ ਘਰ ਲੈ ਕੇ ਕੁੜੀ ਦਾ ਨਾਂ ਕਰਵਾ ਲਿਆ ਤੇ ਵਗ ਗਿਆ ਸਾਰਾ ਟੱਬਰ ਉੱਥੇ ਵੀ ਚੱਲ ਇਕੱਠੇ ਰਹਿੰਦੇ ਆ ਜੁਆਇੰਟ ਫੈਮਿਲੀ। ਹਾਂ ਵੀ ਚੱਲ ਮਨਿੰਦਰ ਦੇ ਢਿੱਡ 'ਚ ਤਾਂ ਇਹੋ ਜਿਹਾ ਕੁਛ ਹੈ ਨੀਗਾ, ਪਰ ਉਹਦਾ ਮਾਮਾ ਵੈਰ ਪੈ ਗਿਆ ਹੁਣ। ਕਿਉਂ ਮਾਮਾ ਕਿਹੜੀ ਗੱਲ 'ਤੇ ਵੈਰ ਪੈ ਗਿਆ? ਉਹ ਮਾਮੇ ਨੂੰ ਕਿਤੇ ਭੈਣ ਖਿਲਾ ਗਈ ਮਾੜੀ ਮੋਟੀ ਵੀ ਕੁੜੀ ਦੇ ਨਾਂ ਘਰ ਕਰਾਇਆ ਮਨਿੰਦਰ ਨੇ ਤੇ ਪਹਿਲਾਂ ਤਾਂ ਉਹਨੂੰ ਸਾਰਿਆਂ ਨੂੰ ਆਈ ਸੀਗਾ। ਮਨਿੰਦਰ ਦਾ ਘਰ ਆ ਕਿਸੇ ਦਾ ਨਾ ਮਰਜ਼ੀ ਕਰਾਉਣ, ਉਹ ਮਾਮੇ ਨੇ ਕਿਹਾ ਉਹ ਰੌਲਾ ਆਇਆ ਨਾ ਪੁੱਤ, ਸਾਂਝਾ ਨਹੀਂ ਹੈਗਾ, ਉਹ ਸਾਂਝੇ ਪੈਸਿਆਂ ਚੋਂ ਨਹੀਂ ਬਣਿਆ, ਤੈਨੂੰ ਦੱਸੀ ਤਾਂ ਜਾਨੀ ਆ ਵੀ ਇਹਨੇ ਪੈਸੇ ਜੋੜ ਕੇ ਮਨਿੰਦਰ ਨੇ ਲੈਤਾ। ਹਾਂ ਬਸ ਫਿਰ ਫਿਰ ਇਹਨੇ ਆਪਦੇ ਜਵਾਕ ਦੇ ਨਾਂ ਕਰਾਤਾ। ਉਹ ਮਾਮਾ ਕਹਿੰਦਾ ਹੁਣ ਨਹੀਂ ਤਾਂ ਦੱਸੂ, ਕਹਿੰਦਾ ਘਰੇ ਮੇਰੀ ਭੈਣ ਨੂੰ ਇਹਦੀ ਸੱਸ ਨੂੰ ਮਨਿੰਦਰ ਦੀ ਨੂੰ ਬਲੈਕਮੇਲ ਕਰਨ ਲੱਗਾ ਤੇ ਨਹੀਂ ਕਹਿੰਦਾ ਤੂੰ ਮੈਨੂੰ 2 ਲੱਖ ਰੁਪਇਆ ਦੇ ਤੇ ਮੈਂ ਹੁਣ ਇਹਨੇ ਮੇਰੇ ਕੋਲ ਗੱਲ ਕਰਦੀ ਸੀ, ਮੈਂ ਇਹਨੂੰ ਹੁਣ ਆਏ ਆਖਿਆ ਸੀ ਮੈਂ ਤੂੰ ਨਾ ਕੁਲਦੀਪ ਕੋਲੇ ਗੱਲ ਕਰ। ਹਾਂ ਫਿਰ ਉਹਦੇ ਨਾਲ ਗੱਲ ਕਰਿਆ ਉਹਦੇ ਬੰਦੇ ਨਾਲ ਵੀ ਤੂੰ ਇਧਰੋਂ ਲੈ ਕੇ 2 ਲੱਖ ਰੁਪਇਆ ਦੇ ਦੇਗੀ, ਅੱਜ ਤੂੰ 2 ਦੇ ਦੇਗੀ ਸਵੇਰੇ ਹੋਰ ਮੰਗੂਗਾ ਹਨਾ। ਹਾਂ ਜਦੋਂ ਮੂੰਹ ਪੈ ਗਿਆ ਬੰਦੇ ਨੂੰ ਪਤਾ ਲੱਗ ਗਿਆ ਵੀ ਇੱਥੇ ਮਾਂ ਮਰ ਜਾ। ਹਾਂ ਵੀ ਤੂੰ ਉਹਨੂੰ ਦੱਸ ਦੱਸ ਕੇ ਭਾਈ ਤੂੰ ਗੱਲ ਕਰ। ਤਾਂ ਕਰ ਸਹੀ ਆ ਫਿਰ ਗੱਲ ਇਹ ਤੂੰ ਕਹਿ ਸੁਝਾ ਦੇ ਮਨਿੰਦਰ ਨੂੰ। ਮੈਂ ਕਿਹਾ ਤੂੰ ਵੀ ਮਾੜਾ ਜਾਂ ਕਹੀਂ ਮਨਿੰਦਰ ਨੂੰ। ਚਲ ਮੈਂ ਤਾਂ ਕਹਿ ਦੂੰਗਾ ਉਹਨਾਂ ਦੇ ਕਿੱਥੇ ਗਈ ਵੀ ਆ ਕਿੱਥੇ। ਹੋਰ ਨਾਲੇ ਆਏ ਆ ਜੇ ਹੁਣ ਉਧਰ ਮਾੜਾ ਮੋਟਾ ਫਰਕ ਪਾਊਗੀ ਉਹਨਾਂ ਦੇ ਰਿਸ਼ਤੇਦਾਰਾਂ ਨਾਲ ਫੇਰ ਹੀ ਆਪਣੇ ਨਾਲ ਵਧੂ ਮੋਹ ਪਿਆਰ ਦਾ। ਕੁਲਦੀਪ ਨਾ ਕਰ ਲੂੰਗਾ ਗੱਲ ਮਨਿੰਦਰ ਨੂੰ ਪੈਸੇ ਪੂਸੇ ਲਿਆ ਫਿਰ ਮੈਂ ਪੁੱਛ ਲਾ ਆ ਗਿਆ ਹੋਊਗਾ ਉਹ 10 ਵਜ ਕੇ ਦੁੱਧ ਪਾ ਕੇ ਨਵਾਂ ਹੀ ਕੰਮ ਹੋ ਜਾਂਦਾ ਹੁਣ ਰੁਪਈਏ ਰੁੱਤ ਕਿਹੜੀ ਚੱਲ ਕੋਈ ਨਾ ਤੂੰ ਨਾ ਹੁਣ ਕਰਿਆ ਕਰ 1000 2000 ਪਿੱਛੇ ਕਰੇ ਕੁਰੇ ਪਿਆ ਹੋ ਪੁਰਾਣਾ ਧਰਾਣਾ ਕਿੰਨੇ ਦਾ ਪਿਆ ਹੋ ਦੇਖ ਲੈ ਗੱਲਾਂ ਕਰਦਾ ਪੁਰਾਣਾ ਧਰਾਣਾ ਚੱਲ ਲਿਆਉਣਾ ਤੂੰ ਪੁੱਛ ਕੇ ਪੁਰਾਣੇ ਧਰਾਣੇ ਤੂੰ ਨਹੀਂ ਪਾਉਂਦਾ ਬੇਬੇ। ਹਾਂ ਲੈ ਮੈਨੂੰ 1000 ਰੁਪਈਆ ਦੇ ਦੇ ਮਨਿੰਦਰ ਨੂੰ ਜਾਂਦਾ ਸੀ ਮੈਂ ਲੈਣ। ਚੱਲ ਚੰਗਾ ਭਾਈ ਲਿਆ ਪੈਸੇ ਤਾਂ ਉੱਥੇ ਪਏ ਸੀ ਲੈ ਲੈਂਦਾ ਤੂੰ ਅੰਦਰੋਂ ਕਿੱਥੇ ਪਿਆ ਅੰਦਰ ਪਏ ਨੇ ਟਰੰਕ 'ਚ ਮੇਰੇ ਜਾਂ ਛੇਤੀ ਜਾ ਕੇ ਲਿਆ ਆ ਸਾਰਾ ਕੰਮ ਕਰਨ ਵਾਲਾ ਪਿਆ ਹਜੇ ਕੁਛ ਨਹੀਂ ਕੀਤਾ ਉਹਨੇ ਕਿਉਂ ਭੂਤ ਨਹੀਂ ਭੁੱਲੀ ਪਈ ਹੁਣ ਉਹਦੇ ਬਿਨਾ ਵੀ ਭੂਤ ਨਹੀਂ ਕਾਹਦੀ ਭੁੱਲੀ ਪਈ ਹੈਗੀ ਉਹਨੇ ਤਾਂ ਕੋਈ ਕੰਮ ਨੂੰ ਹੱਥ ਲਾਉਣਾ ਨਹੀਂ ਉਹ ਬੈਠੀ ਆ ਫੋਨ ਲੈ ਕੇ ਵੀ ਤੂੰ ਉੱਠ ਕੇ ਕੰਮ ਕਰ ਲੈ ਨਾ ਹਜੇ ਕੋਈ ਰੋਟੀ ਟੁੱਕ ਤਿਆਰ ਕੀਤਾ ਦੁਪਹਿਰਾਂ ਦੇਖ ਲੈ ਕਿੱਦਾਂ ਹੋਇਆ ਪਿਆ ਤੂੰ ਤਾਂ ਤੂੰ ਵੀ ਸੱਸ ਵਾਲੇ ਕਰੈਕਟਰ 'ਚ ਹੀ ਰਹਿੰਦੀ ਸੀ ਸਾਰਾ ਦਿਨ ਤੇ ਹੁਣ ਮੈਂ ਮੈਨੂੰ ਕਿਹੜਾ ਪਤਾ ਸੀਗਾ ਵੀ ਇਹ ਕੁਛ ਕਰਨ ਜੋਗੀ ਹੈ ਨਹੀਂ ਗੀ ਮੈਂ ਤਾਂ ਹੀ ਤਾਂ ਉਹਨੂੰ ਭੇਜਦੀ ਨਹੀਂ ਸੀਗੀ ਵੀ ਚੱਲ ਘਰੇ ਸਰੀ ਜਾਂਦਾ ਸੀ ਉਹਦੇ ਨਾਲ ਕੀ ਗੱਲ ਬਈ ਕਿਵੇਂ ਤਿਆਰੀ ਉਹ ਯਾਰ ਮੈਂ ਤਾਂ ਮਨਿੰਦਰ ਨੂੰ ਲੈਣ ਜਾਂਦਾ ਸੀ ਬੇਬੇ ਨਾਲ ਗੱਲ ਕਰਦਾ ਸੀ ਮੈਂ ਕਿਹਾ ਮਾੜਾ ਜਿਹਾ ਉਹਨੂੰ ਹਰਪ੍ਰੀਤ ਨੂੰ ਵੀ ਕਿਹਾ ਕਰ ਵੀ ਕੰਮ ਕਾਰ ਕਰੇ ਉਹ ਦੇਖ ਲੈ ਕਿਵੇਂ ਮੇਰੇ ਸਾਹ ਦਾ ਹਗਾਰ ਕਵਾਇਆ ਪਿਆ ਇੱਥੇ ਗੰਦ ਪਿਆ ਪਿਆ ਯਾਰ ਕਦੇ ਤੂੰ ਵੀ ਕਿਹਾ ਕਰਨਾ ਯਾਰ ਜਮਾਂ ਹੀ ਤੂੰ ਤਾਂ ਨੀਵਾਂ ਹੀ ਹੁੰਦਾ ਇਹਨਾਂ ਦਿਨੋਂ ਦਿਨ ਮੈਂ ਹੁਣ ਦੱਸ ਕੀ ਕਰਾਂ ਬਈ ਯਾਰ ਤੇਰੇ ਸਾਹਮਣੇ ਕਿਹਾ ਤਾਂ ਸੀਗਾ ਉਹਨੂੰ ਰੋਟੀ ਨੂੰ ਕਹਿੰਦੀ ਬਾਹਰੋਂ ਖਾਇਆ ਬੇਬੇ ਨੂੰ ਪੁੱਛ ਲੈ ਬੇਬੇ ਕਹਿੰਦੀ ਆ ਮੈਂ ਕੀ ਕਰਾਂ ਤੈਨੂੰ ਪੁੱਛ ਲੈ ਤੂੰ ਕਹਿ ਨਾ ਮੈਂ ਕੀ ਕਰਾਂ ਫਿਰ ਕਰੂ ਕੌਣ ਚੱਲ ਵਧੀਆ ਮੈਂ ਤੈਨੂੰ ਐਂ ਕਹਿੰਦਾ ਵੀ ਲਿਆ ਮਨਿੰਦਰ ਨੂੰ ਜਾ ਕੇ ਘਰ ਤਾਂ ਸੁਧਰੂਗਾ ਹੈਂ ਸਾਫ਼ ਸੁਥਰਾ ਤਾਂ ਹੋ ਜਾਊਗਾ ਦੇਖ ਲੈ ਕਿਵੇਂ ਗੰਦ ਪਿਆ ਨਾ ਝਾੜੂ ਮਾਰਦੀ ਆ ਨਾ ਰੋਟੀ ਬਣਾਉਂਦੀ ਆ ਕਰਦੀ ਪਤਾ ਨਹੀਂ ਕੀ ਰਹਿੰਦੀ ਅਜੇ ਕਹਿੰਦੇ ਆ ਮੂੰਹ ਮੋਟਾ ਪੇਕੀ ਭੇਜ ਦੇ ਫਿਰ 4 ਦਿਨ ਲਾਏਗੀ ਉੱਥੇ ਅਕਲ ਆਜੂ ਫਿਰ ਕਹਿ ਦਿੰਦੇ ਮੈਂ ਤਾਂ ਫੋਨ ਕਰ ਦਿੰਦਾ ਹੈ ਮੀ ਬਈ ਜਿਵੇਂ ਮਰਜ਼ੀ ਕਰੋ ਬਸ ਤੂੰ ਮਨਿੰਦਰ ਨੂੰ ਲਿਆ ਉਹਦੇ ਬਿਨਾਂ ਆਪਣਾ ਘਰ ਨਹੀਂ ਚੱਲਣਾ ਭਾਈ ਹੋਰ ਨਹੀਂ ਗੱਲ ਹੈਗੀ ਯਾਰ ਕਾਲੇ ਇਹਨੇ ਨਹੀਂ ਕੁਝ ਕਰਨਾਗਾ ਕਾਲੇ ਦਾ ਸੁਭਾਅ ਠੀਕ ਆ ਉਹਦੇ ਮਾਰਾ ਮੈਂ ਕਹਿ ਦਿੰਦਾ ਵੀ ਕਾਹਨੂੰ ਬੋਲਣਾ ਬੋਲਣਾ ਯਾਰ ਹੈਨਾ ਇਹ ਪਤਾ ਨਹੀਂ ਚਾਂਬੜੀ ਕਾਹਦੇ ਸਿਰ ਤੇ ਫਿਰਦੀ ਆ ਨਹੀਂ ਹੁਣ ਤਾਂ ਬੇਬੇ ਤੈਨੂੰ ਘਰ ਦੀਦਾ ਵੀ ਖਰਾਬ ਹੁੰਦਾ ਤੇ ਉਹ ਮੈਂ ਤੈਨੂੰ ਪਹਿਲਾਂ ਪਿੱਟਦਾ ਹੁੰਦਾ ਸੀ ਵੀ ਨਾ ਤੂੰ ਬਾਹਲਾ ਸੱਸ ਵਾਲੇ ਉਹ 'ਚ ਰਹਿ ਸਿਸਟਮ 'ਚ ਨਾ ਰਹਿ ਉਦੋਂ ਮੈਂ ਤੂੰ ਤਾਂ ਕਹਿੰਦਾ ਹੁੰਦਾ ਹੁਣ ਮੈਨੂੰ ਕੀ ਪਤਾ ਵੀ ਇਹਨੇ ਜਮੀ ਨਹੀਂ ਕੁਛ ਕਰਨਾਗਾ ਮੈਨੂੰ ਕਿਹੜਾ ਪਤਾ ਸੀ ਇਸ ਗੱਲ ਦਾ ਚੱਲ ਕੋਈ ਨਾ ਮਨਿੰਦਰ ਨੂੰ ਆਉਣ ਤੋਂ ਜਦੋਂ ਮਨਿੰਦਰ ਆ ਗਈ ਨਾ ਉਹਨੇ ਸਾਰਾ ਕੰਮ ਕਰਤਾ ਫਿਰ ਇਹਨੂੰ ਬਿਠਾ ਕੇ ਬੇਸ਼ਰਮੀ ਦੇਵਾਂਗੇ
ਉਹ ਤਾਂ ਉਹੀ ਆ, ਸਾਰਾ ਦਿਨ ਲੱਗੀ ਰਹਿੰਦੀ ਹੈ ਕਰਨ, ਕਦੇ ਝਾੜੂ ਪੋਚਾ ਕਰ ਲਿਆ, ਕਦੇ ਰੋਟੀਆਂ ਪਕਾ ਲਿਆ, ਕੱਪੜੇ ਧੋ ਲਏ, ਉਹ ਵੇਖ ਕੱਪੜਿਆਂ ਦਾ ਵੀ ਢੇਰ ਲੱਗਿਆ ਪਿਆ, ਨਾ ਉਹਨੇ ਕੱਪੜੇ ਧੋਤੇ ਗਏ, ਆ ਵਿਹੜਾ ਵੇਖ ਲਾ ਕੀ ਹਾਲ ਹੋਇਆ ਪਿਆ ਆਪਣਾ। ਦਸ ਵਾਰੀ ਕਹਿਤਾ, ਬਾਜਾ ਮਾਰ ਮਾਰ ਮੈਂ ਥੱਕ ਗਈ, ਵੀ ਭਾਈ ਰੋਟੀ ਪਕਾ, ਰੋਟੀ ਦਾ ਟਾਈਮ ਹੋਇਆ ਪਿਆ। ਹਜੇ ਬਣਾਈ ਨੀ ਰੋਟੀ, ਕਿੱਥੋਂ ਬਣਾਈ ਹੈ ਰੋਟੀ? ਚਾਹ ਕਰਦੇ ਕੁੱਟ, ਚੱਲ ਮੈਂ ਪੁੱਛਦਾ ਜਾ ਕੇ, ਕੋਈ ਗੱਲ ਨੀ ਉਹਨੂੰ ਹੈ ਬਣਵਾਉਣਾ ਰੋਟੀ ਦਾ, ਉਤੋਂ ਤੂੰ ਲਿਆ ਬਈ ਬਣ ਕੇ ਮਨਿੰਦਰ ਨੂੰ ਜਾ ਕੇ, ਮੜਾ ਖਿੱਚ ਕੇ ਰੱਖ ਜਾ ਉਹਨੂੰ। ਕੋਈ ਨੀ ਮੈਂ ਪੁੱਛਦਾ ਉਹਨੂੰ, ਵਿਕਾ ਤੂੰ ਨੀ ਬਣਾਈ ਰੋਟੀ ਦਾ, ਬਣਾ ਲੈ ਬੰਦਾ ਕੰਮ ਕਰੇਗੇ। ਐਂ ਗੁੜ ਦੇ ਕੇ ਤਾਂ ਨੀ ਜਾਣ ਲਈ ਉਹਨੇ, ਐਂ ਕੋ ਕਰਦੀ ਹੈ ਤੂੰ, ਕਣ ਕੰਡਾ ਤੇਰੇ 'ਚ ਵੀ ਨਹੀਂ, ਉੱਥੇ ਤਾਂ ਤੂੰ ਵੀ ਰੋਹ ਮਾਰੀ ਜਾਂਦੀ ਰਹਿੰਦੀ ਆ। ਫਿਰ ਰੋਹ ਮਾਰਨ ਹੁਣ ਮੈਂ ਉਹਨਾਂ ਨੂੰ ਕੀ ਕਰਾਂ, ਕੁੱਟਣ ਦਾ ਨੂੰ ਮੈਂ ਲੱਗੀ ਨਹੀਂ, ਜਦੋਂ ਬੰਦਾ ਆਖੇ ਤੋਂ ਨਹੀਂ ਸਮਝਦਾ ਗਾ, ਇੱਕ ਵਾਰੀ ਕਿਹਾ ਵੀ ਉਹੀ ਉਹੀ ਗੱਲ ਤੇ 100 ਵਾਰੀ ਕਿਹਾ ਵੀ ਉਹੀ ਗੱਲ ਆ। ਉਹ ਬੇਬੇ ਉਹਦੀ ਮਾਂ ਨੂੰ ਸੱਦ ਕੇ ਵਿੱਚ ਭਾ ਨੂੰ ਉੱਥੇ ਕਰ ਉਹਦੀ ਖੇ, ਫਿਰ ਸ਼ਰਮ ਆਊਗੀ ਉਹਨੂੰ, ਐਂ ਨਹੀਂ ਲੋਟਾਉਂਦਾ ਸਿਸਟਮ ਆਪਣਾ। ਕੋਈ ਨਹੀਂ ਕਰੂੰਗੀ ਉਹਦੀ ਮਾਂ ਨਾਲ ਗੱਲ ਮੈਂ, ਮੈਂ ਤਾਂ ਐਂ ਡਰਦੀ ਹਾਂ ਵੀ ਜੇ ਉਹੀ ਗੱਲ ਉਹਦੇ ਮਾਂ ਪਿਓ ਨੂੰ ਦੱਸਦਾ ਕੋਈ ਵੱਡਾ ਕਲੇਸ਼ ਨਾ ਵੱਜੇ ਘਰ 'ਚ, ਤਾਂ ਚੁੱਪਾਂਗੀ। ਉਹ ਫਾਇਦਾ ਚੱਕੀ ਜਾਂਦੀ ਆਪਣੀ ਚੁੱਪ ਦਾ ਬੇਬੇ, ਐਂ ਨਹੀਂ ਲੋਟਾਉਂਦਾ ਸਿਸਟਮ, ਐਂ ਤਾਂ ਭੁੱਖੇ ਮਾਰ ਦੂ ਆਪਾਂ ਨੂੰ। ਤੇ ਭੁੱਖੇ ਮਰੀ ਜਾਂਦੇ ਹੁਣ, ਹੋਰ ਕੀ ਹੈਗਾ, 12 ਵੱਜਣ ਨੂੰ ਹੋ ਗਏ ਨੇ, ਹਜੇ ਤੱਕ ਰੋਟੀ ਨਹੀਂ ਬਣਾਈ ਗਈ, ਇੱਕ ਵਾਰੀ ਚਾਹ ਬਣਾ ਕੇ ਬਸ ਮੱਥਾ ਡੰਮਤਾ, ਮੁੜ ਕੇ ਚਾਹ ਦਾ ਨਾਂ ਨਹੀਂ ਲਿੱਤਾ ਗਾ। ਮੇਰੀ ਗੱਲ ਸੁਣ, ਕੱਲ ਨੂੰ ਉੱਥੇ ਕੀ ਉਹਨਾਂ ਦੇ ਲੋੜ ਪੈ ਗਈ, ਦੁੱਖ ਦੇ ਸੁੱਖ ਦੇ ਕੋਈ ਮਰਗ ਹੋ ਗਈ, ਫਿਰ ਵੀ ਉਹ ਜਾਊਗੀ 8-10 ਦਿਨ, ਉਦੋਂ ਆਪਾਂ ਕੀ ਕਰਾਂਗੇ, ਕਿ ਹੋਟਲ ਤੋਂ ਲਿਆ ਕਰਾਂਗੇ ਰੋਟੀਆਂ? ਆਹੀ ਤਾਂ ਹੁਣ ਮੈਨੂੰ ਚਿੰਤਾ ਲੱਗੀ ਪਈ ਆ ਵੀ ਇਹ ਤਾਂ ਡੱਕਾ ਨਹੀਂ ਤੋੜਦੀ, ਨਾ ਉਹ ਮੁੰਡਾ ਉਹਨੂੰ ਕੁਛ ਕਹਿੰਦਾ ਗਾ, ਉਹ ਕੁਛ ਕਹਿ ਦੇ, ਉਹ ਵੀ ਆਪ ਕਲੇਸ਼ ਤੋਂ ਡਰਦਾ, ਹੁਣ ਹੋਰ ਕੀ ਕਰੇ, ਉਹ ਮੂਹਰੋਂ ਚਾਰੇ ਚੱਕ ਕੇ ਉਹਨੂੰ ਪੈਂਦੀ ਆ, ਉਹਨੂੰ ਤਾਂ ਸਮਝਦੀ ਕੁਛ ਨਹੀਂ, ਉਹ ਹਜੇ ਮੈਸੇ ਤਾਂ ਚੱਲਦੀ ਆ ਥੋੜ੍ਹਾ ਜਿਹਾ। ਮੈਂ ਕੀ ਕਲੇਸ਼, ਕਲੇਸ਼ ਤੋਂ ਡਰਦੀ ਮਾਰੀ ਮੈਂ ਚੱਪਾਂਗੀ। ਨਾਲੇ ਚੱਲ ਹੁਣ ਮੈਂ ਜਾਣਾ ਤਾਂ ਹੈਗਾ ਉਹਨੂੰ ਲੈਣ, ਮੇਰੀ ਗੱਲ ਧਿਆਨ ਨਾਲ ਸੁਣੀ, ਤੂੰ ਬੜਾ ਪੱਖਪਾਤ ਜਾਣਾ ਕਰੀ ਹੁਣ ਉਹਦਾ, ਜਦੋਂ ਮਨਿੰਦਰ ਆ ਗਈ ਉਹਦੇ ਨਾਲ ਫਰਕ ਜਿਹਾ ਕਰੀ ਜਾਂਦੀ ਹੁੰਦੀ ਆ, ਮੁੜ ਕੇ ਉਹਦਾ ਹੀ ਮਨ ਖਰਾਬ ਹੁੰਦਾ, ਦੋਨੇ ਪਾਸੇ ਇੱਕੋ ਜਿਹੀ ਰਿਹਾ ਕਰ, ਤੈਨੂੰ ਤਾਂ ਦੋਨੇ ਬਰਾਬਰ ਆ। ਮੈਂ ਤਾਂ ਉਹਨੂੰ ਕੀ ਕਹਿਣਾ ਗਾ, ਮੈਂ ਤਾਂ ਕਿਸੇ ਨੂੰ ਕੁਛ ਨਹੀਂ ਕਹਿੰਦੀ ਗੀ, ਮੇਰਾ ਤਾਂ ਰੋਟੀ ਪਾਣੀ ਮੈਨੂੰ ਦੇ ਦਿਆ ਕਰੋ ਬਸ, ਠੀਕ ਹੈ। ਉਹ ਤਾਂ ਮੈਨੂੰ ਦਿਸ ਹੀ ਜਾਂਦਾ ਜਿਹੜੇ ਹਿਸਾਬ ਨਾਲ ਤੇਰੀ ਹਾਲਤ ਹੋ ਗਈ 2-4 ਦਿਨਾਂ 'ਚ ਹੀ, ਕਹਿਣ ਜੋਗੀ ਰਹੀ ਨਹੀਂ ਹੁਣ ਤੂੰ, ਚੱਲ ਜਾ ਲੈ ਜਾ ਉੱਥੋਂ ਟਰੰਕ 'ਚ ਪਏ ਨੇ। ਤਾਂ ਤੇਰੇ ਤਾਂ ਹੋਣੀ ਚਾਹੀਦੀ ਸੀ, ਇੰਨੀ ਕਹਿੰਦਾ ਲੋਟ ਫੇਰ ਹੀ ਆਉਣੀ ਹੈ ਤੂੰ। ਆਹੋ ਹੁਣ ਤੂੰ ਲੱਗ ਜਾ ਬੋਲਣ ਮੈਨੂੰ। ਚੱਲ ਕੋਈ ਨਹੀਂ ਪੈ ਜਾ। ਹਾਂਜੀ, ਰੋਟੀ ਕਿਉਂ ਨਹੀਂ ਬਣਾਈ ਹੈ ਤੂੰ? ਓਹੋ ਜੀ ਰਸੋਈ 'ਚ ਨਾ ਬਾਹਲੀ ਗਰਮੀ ਸੀ, ਮੈਨੂੰ ਤਾਂ ਚੱਕਰ ਜਿਹੇ ਆਈ ਗਏ, ਫਿਰ ਮੈਂ ਅੰਦਰ ਆ ਕੇ ਬਹਿ ਗਈ। ਤੇ ਫੋਨ ਚਲਾਉਣ ਵੇਲੇ ਨਹੀਂ ਚੱਕਰ ਆਉਂਦੇ? ਹੁਣ ਤਾਂ ਵਿੱਚ ਬੜੀ ਬੈਠੀ ਸੀ ਫੋਨ ਦੇ। ਉਹ ਫੋਨ ਮੈਂ ਤਾਂ ਹੁਣ ਚੱਕਿਆ ਸੀ 2 ਮਿੰਟ। ਕੀ 2 ਮਿੰਟ ਯਾਰ, ਉਹ ਦੇਖ ਨਾ ਝਾੜੂ ਨਾ ਪੋਚਾ ਕੁਛ ਵੀ ਨਹੀਂ, ਕਿੰਨਾ ਗੰਦ ਪਿਆ ਪਿਆ ਘਰੇ, ਉਹ ਘਰ ਤਾਂ ਤੇਰੇ ਹੀ ਆ, ਮਾੜਾ ਮੋਟਾ ਤਾਂ ਸਾਂਭ ਕੇ ਰੱਖ ਇਹਨੂੰ। ਘਰ ਤਾਂ ਮੇਰੇ ਹੁਣ, ਘਰੀ ਤਾਂ ਇੰਨੀ ਯਾਰ ਜਿੰਨਾ ਕੁ ਹੁੰਦਾ, ਮੇਰਾ ਤਾਂ ਸਿਰ ਬਾਹਲਾ ਦੁਖੀ ਜਾਂਦਾ ਸੀ, ਕੀ ਕਰਾਂ, ਗੋਲੀ ਲਈ ਆ ਹੁਣ। ਤੈਨੂੰ ਪਤਾ ਤੇਰੇ ਪਿੱਛੇ ਮੈਨੂੰ ਕਿੰਨੀਆਂ ਗੱਲਾਂ ਸੁਣਨੀਆਂ ਪੈਂਦੀਆਂ, 100-100 ਕੁਲਦੀਪ ਬੋਲਦਾ, 100-100 ਮਾਂ ਬੋਲਦੀ ਆ, ਵੀ ਮਨਿੰਦਰ ਨੂੰ 2 ਦਿਨ ਹੋਇਆ ਜੇ ਗਈ ਨੂੰ, ਤੇ ਘਰ ਦੀ ਆਹ ਹਾਲਤ ਹੋ ਗਈ ਦੇਖ ਲੈ। ਮਾਂ ਦੀ ਤਾਂ ਆਦਤ ਹੀ ਆ, ਬੋਲਦੀ ਕਦੋਂ ਨਹੀਂ ਦੱਸੀ, ਕਿੰਨੇ ਦਿਨ ਹੋ ਗਏ ਬੋਲਦੀ ਨੂੰ। ਉਹ ਪਰਸੋਂ ਤੂੰ ਨੇ ਰੋਟੀਆਂ ਲਾ ਕੇ ਦਿੱਤੀਆਂ, ਦੇਖ ਲੈ ਯਾਰ ਬਾਹਰੋਂ ਖਾ ਕੇ ਆਇਆ, ਅੱਜ ਫਿਰ ਉਹੀ ਹਾਲ ਹੋਇਆ, ਇੱਕ ਦਿਨ ਕੰਮ ਕਰਕੇ ਤੈਨੂੰ ਮੌਤ ਪੈ ਗਈ, ਦੂਜੇ ਦਿਨ ਫਿਰ ਕੀ ਹੋ ਗਿਆ, ਜੇ ਪਰਸੋਂ ਰੋਟੀ ਖਾਇਆ ਬਾਹਰੋਂ, ਅੱਜ ਵੀ ਬਾਹਰੋਂ ਲਿਆ ਰੋਟੀ, ਮੇਰੇ ਤੋਂ ਬਾਹਰੋਂ ਰੋਟੀ ਲਿਆ ਯਾਰ, ਬੇਬੇ ਲੜਦੀ ਹੈਗੀ, ਪੈਸੇ ਹੁਣ ਕੀ ਰੁੱਖਾਂ ਤੇ ਲੱਗਦੇ ਆ। ਬੇਬੇ ਨੂੰ ਕਿਹੜਾ ਪਤਾ ਲੱਗਣਾ, ਬੇਬੇ ਨੂੰ ਦੱਸੀ ਨਾ। ਆਹੋ ਪਤਾ ਨਹੀਂ ਲੱਗਦਾ ਹੈ, ਬਾਹਰ ਦੀ ਰੋਟੀ ਤੇ ਘਰ ਦੀ ਰੋਟੀ ਦਾ ਫਰਕ ਨਹੀਂ ਹੁੰਦਾ। ਅੜਿਆ ਐਂ ਕੀ ਪਤਾ ਲੱਗਦਾ ਬੇਬੇ ਨੂੰ, ਮੇਰੇ ਤੋਂ ਨਹੀਂ ਬਣਦੀ ਲਾਡੀ ਰੋਟੀ। ਤੇਰਾ ਜੇ ਸਿਰ ਦੁਖਦਾ ਹੁੰਦਾ ਨਾ, ਤਾਂ ਤੇਰਾ ਇਹੋ ਜਿਹਾ ਮੂੰਹ ਨਹੀਂ ਹੋਣਾ ਸੀ, ਠੀਕ ਹੈ ਨਾ, ਚੁੰਨੀ ਚਾਨੀ ਬੰਨੀ ਹੁੰਦੀ ਤੇਰੇ ਸਿਰ ਤੇ, ਢੰਗ ਕਰਦੀਆਂ ਸਾਰੇ, ਚੁੱਪ ਚਾਪ ਨਾ ਰੋਟੀ ਲਾ ਲਾ ਜਾ ਕੇ। ਆਹੋ ਤੁਹਾਨੂੰ ਤਾਂ ਲੱਗਣੀ ਹੈ ਢੰਗ, ਦੁਖਦਾ ਮੇਰਾ, ਮੈਨੂੰ ਪਤਾ ਨਾ ਸਿਰ। ਫਿਰ ਦਵਾਈ ਲਿਆਉਣੇ ਕੋਈ ਜਾ ਕੇ, ਅਜਾ ਡਾਕਟਰ ਕੋਲੇ ਚੱਲੇ ਆਉਣੇ। ਦਵਾਈ ਤਾਂ ਮੈਂ ਲੈ ਲਈ ਸੀ ਆਪਣੇ ਘਰੇ ਨੀ, ਗੋਲੀਆਂ ਜਿਹੀਆਂ ਪਈਆਂ ਸੀ ਉਹ ਲੈ ਲਈਆਂ ਮੈਂ। ਮੇਰੀ ਗੱਲ ਸੁਣਦਾ ਯਾਰ, ਕੰਮ ਕਰ ਲਿਆ ਕਰ, ਮੈਨੂੰ ਨਾ ਬੇਸ਼ਰਮੀ ਆਉਂਦੀ ਆ ਜਦੋਂ ਬਾਰ ਬਾਰ ਕਹਿੰਦੇ ਆ ਵੀ ਤੇਰੀ ਘਰਵਾਲੀ ਕੁਛ ਵੀ ਨਹੀਂ ਕਰਦੀ। ਯਾਰ ਕਰਦੀ ਤਾਂ ਜਿੰਨਾ ਕੁ ਹੁੰਦਾ, ਹੁਣ ਤੈਨੂੰ ਵੀ ਪਤਾ ਪਹਿਲੇ ਦਿਨ ਹੀ ਮੈਂ ਕੰਮ ਘੱਟ ਕੀਤਾ। ਘੱਟ ਕੀਤਾ ਤਾਂ ਫਿਰ ਕੀ ਕਰੀਏ, ਹੁਣ ਤਾਂ ਕਰਨਾ ਪਊਗਾ, ਜਦੋਂ ਉਹ ਹੈ ਨਹੀਂ ਤੈਨੂੰ ਪਤਾ, ਉਹਦੀ ਉੱਥੇ ਰੈਪੂਟੇਸ਼ਨ ਅਪ ਹੁੰਦੀ ਹੈ ਅਤੇ ਤੇਰੀ ਡਾਊਨ ਹੁੰਦੀ ਹੈ। ਹੁਣ ਯਾਰ ਮੈਂ ਕੀ ਕਰਾਂ? ਕਰਨਾ ਕੀ ਹੈ, ਕੰਮ ਕਰ, ਜਿਹੜੇ ਕਰਨ ਵਾਲੇ ਆਏ ਕੱਪੜੇ ਧੋ ਦੇ ਜਾ ਕੇ, ਉਹ ਝਾੜੂ ਪੋਚਾ ਦੇਖੀ ਇਧਰਲੇ ਪਾਸੇ, ਕਿੰਨੀਆਂ ਬੋਤਲਾਂ ਕੂੜਾ ਸਾਰਾ ਇੱਕ ਪਾਸੇ ਇਕੱਠਾ ਕਰਿਆ ਪਿਆ ਦਿਖਦਾ ਤੈਨੂੰ ਮਾੜਾ ਮੋਟਾ? ਮੈਨੂੰ ਪਤਾ, ਮੈਂ ਹੀ ਕੀਤਾ ਉਹ। ਜੇ ਕੋਈ ਆ ਗਿਆ ਫਿਰ ਕੀ ਕਹੂਗਾ? ਦੋ ਨੂੰ ਹਾਂ ਇਸ ਘਰ ਦੀਆਂ,
ਤੇ ਦੋਹਾਂ ਦੇ ਗਾਲਾਂ ਪੈਣਗੀਆਂ। ਉਹਦੇ ਪਿੰਡ 'ਚ ਗੱਲਾਂ ਹੋਣਗੀਆਂ। ਉਹ ਤਾਂ ਜਾ ਕੇ ਬਹਿ ਗਈ ਉੱਥੇ, ਮੈਨੂੰ ਗਾਲਾਂ ਪੈ, ਕਦੋਂ ਆਊਗੀ ਉਹ? ਉਹ ਤਾਂ ਗਈ ਹੋਣਾ, ਕੋਈ ਨਹੀਂ ਜਦੋਂ ਮਰਜ਼ੀ ਆ ਜਾਏ ਗਿਆ ਕੁਲਦੀਪ ਲੈਣ ਵਾਸਤੇ ਨੂੰ। ਹੈਂ ਚੱਲ ਸ਼ੁਕਰ ਆ, ਸਾਰਾ ਕੰਮ ਤਾਂ ਕਰ ਲੂਗੀ, ਮੈਨੂੰ ਨਹੀਂ ਗਾਲਾਂ ਪੈਣਗੀਆਂ। ਆਹੋ ਉਹਨੇ ਕੰਮ ਨਵੇੜ ਦੇਣੇ ਸਾਰੇ, ਬੇਬੇ ਜਾਣੀ ਗਾ ਫਿਰ ਉਹ ਚੰਗੀ ਬਣ ਜੂਗੀ। ਬਸ ਫਿਰ ਤੂੰ ਝਾਕੀ ਨਹੀਂ ਬੈਠੀ ਇੱਥੇ। ਕੋਈ ਨਾ ਬੇਬੇ ਨੂੰ ਤਾਂ ਮੈਂ ਆਪੇ ਆਪਦੇ ਵੱਲ ਕਰ ਲੂੰਗੀ। ਚੱਲ ਪਾਣੀ ਤਾਂ ਲਿਆ ਦੇ ਹੁਣ। ਲਿਆਦਾ ਨਹੀਂ ਪਾਣੀ, ਆਏ ਜਿਹੜਾ ਮੂੰਹ ਕਰਿਆ ਕਰੋ ਨਾਲੇ ਤੁਸੀਂ ਵੀ, ਬੇਬੇ ਪਿੱਛੇ ਲੱਗ ਕੇ ਮੈਨੂੰ ਬੋਲਣ ਲੱਗ ਜਾਂਦੇ। ਕਿਸੇ ਕੀ ਲੱਗ ਗਿਆ, ਸਾਰਾ ਕੁਝ ਦੇਖਦਾ ਹੀ ਮੈਨੂੰ, ਕੰਮ ਕਰਕੇ ਆਇਆ ਖੇਤ ਜਾ ਕੇ ਆਇਆ, ਪਰ ਘਰੇ ਭੁੱਖਾ ਹੁਣ ਰੋਟੀ ਬਣੀ ਨਹੀਂ, ਕਿਉਂ ਝਾਕੀ ਚੱਲਾਂ ਮੂੰਹ ਨਹੀਂ। ਨਾ ਤੁਸੀਂ ਮੈਨੂੰ ਐਂ ਦੱਸਿਓ, ਕੁਲਦੀਪ ਬੋਲਦਾ ਕਦੋਂ ਨਹੀਂ, ਵਿੱਚ ਦੀ ਗੱਲਾਂ ਉਹਦੀ ਕੱਢਦਾ ਤਾਂ ਤੁਸੀਂ ਜਮਾਂ ਨਹੀਂ ਕਹਿੰਦੇ, ਉਹ ਤਾਂ ਪਿੱਛੇ ਲੱਗ ਕੇ ਬੋਲਣ ਲੱਗ ਜਾਂਦੇ। ਮੌਕਾ ਦਿੰਦੀ ਆ ਫੇਰ ਹੀ ਕੱਢਦਾ ਅਗਲਾ ਗੱਲਾਂ, ਜੇ ਨਾ ਮੌਕਾ ਦਵੇ ਕੰਮ ਨਵੇੜੇ ਹੁਣ 6-7 ਵਜੇ ਨੂੰ, ਅਗਲਾ ਕੁਛ ਨਾ ਕਹੇ, ਭਾਵੇਂ ਬੈਠੀ ਫੋਨ ਚਲਾਈ ਚੱਲ। ਨਾ ਮੈਂ ਤਾਂ ਮੌਕਾ ਦਿੰਦੀ, ਤੁਸੀਂ ਕਹਿ ਨਹੀਂ ਸਕਦੇ ਵੀ ਤੇਰਾ ਕੀ ਮਤਲਬ ਆ ਬੋਲਣ ਦਾ। ਆਹੋ ਮੈਂ ਉਹੀ ਲੜੀ ਜਾਵਾਂ ਉਹਦੇ ਨਾਲ ਹਨਾ। ਆਹੋ ਮੈਂ ਸੁਣੀ ਜਾਵਾਂ ਫਿਰ ਤੁਹਾਡੇ ਸਾਰਿਆਂ ਦੀਆਂ। ਫਿਰ ਚੰਗੀ ਗੱਲ ਹੀ ਕਹਿੰਦੇ ਆ ਤੈਨੂੰ, ਕੰਮ ਕਰ ਲਾ, ਮੱਝ ਤੇਰੇ ਮਾਂ ਪਿਓ ਤੱਕ ਜਾਣਗੇ ਵੀ ਉਹਨਾਂ ਨੇ ਆਹ ਕੁਛ ਸਿਖਾਇਆ, ਫਿਰ ਚੰਗੀ ਰਹੇਗੀ। ਕਿਉਂ ਮੈਂ ਕਿਹੜਾ ਇੱਥੇ ਕੰਮ ਕਰਨ ਆਈ ਆ, ਮੇਰੇ ਤੋਂ ਨਹੀਂ ਕੰਮ ਹੁੰਦਾ ਜਿੰਨਾ ਕੁ ਹੁੰਦਾ ਕਰੀ। ਮੈਂ ਵੇਖ ਲਾ ਉਹ ਛੋਟੀ ਪਿੱਛੇ, ਹੁਣ ਇੰਨਾ ਇੰਨਾ ਕੁਛ ਮੈਨੂੰ ਇਹ ਤੋਂ ਸੁਣਨਾ ਪੈ ਗਿਆ ਕੁਲਦੀਪ ਤੋਂ, ਜੇ ਉਹ ਚੱਜਦੀ ਹੁੰਦੀ ਤਾਂ ਕਾਹਨੂੰ ਗੱਲਾਂ ਮੈਨੂੰ ਕਹਿੰਦਾ, ਸਮਾਂ ਦੀ ਇਹਨੂੰ ਮੌਕਾ ਮਿਲ ਗਿਆ ਕਹਿਣ ਦਾ। ਹੁਣ ਮੈਨੂੰ 2, 4, 6, 8, 10, 12, 14, 16, 17, 16 ਚੱਲ ਬਹੁਤ ਆ। ਨਾਲੇ ਬੇਬੇ ਇੱਕ ਗੱਲ ਹੋਰ ਆ, ਜੇ ਬਾਹਲੀ ਸੱਚ ਜੀ ਬਣੀ ਹੁਣ ਮਨਿੰਦਰ ਨੂੰ ਮੈਂ ਫੇਰ ਛੱਡਾਂਗਾ ਉੱਥੇ, ਮੁੜ ਕੇ ਝਾਕੀ ਜਾਈ ਇੱਥੇ ਬੈਠੀ। ਬਸ ਕਰ ਹੁਣ ਤੂੰ, ਜਾਂ ਲੈ ਆ ਜਾ ਕੇ, ਨਹੀਂ ਕੁਛ ਕਹਿੰਦੀ ਮੈਂ ਉਹਨੂੰ ਹੁਣ। ਦੇਖ ਲਾ ਪੱਕੀ ਰਹੀ ਆ ਉਹਦੀ ਜਵਾਨ ਤੇ ਹੁਣ, ਵੇ ਪੱਕੀ ਆ ਗਈ ਹੁਣ। ਚੱਲ ਚੰਗਾ, ਚਾਬੀ ਕਿੱਥੇ ਆ ਗੱਡੀ ਦੀ? ਚਾਬੀ ਤੁਹਾਡੇ ਕੋਲੇ ਹੋਣੀ, ਮੈਂ ਤਾਂ ਗੱਡੀ ਚਲਾਉਂਦੀ। ਉਹ ਭਈਆ ਟੰਗੀ ਚੱਲ ਚੱਕਦਾ ਉੱਥੋਂ। ਸਾਲੇ ਪੁੱਤ ਹਰਪ੍ਰੀਤ ਨੂੰ ਫੋਨ ਨਹੀਂ ਕਰਿਆ? ਉਹ ਬੇਬੇ ਮੈਂ ਤਾਂ ਲਾਇਆ ਸੀ, ਇੱਕ ਦੋ ਵਾਰੀ ਚੱਕਿਆ ਨਹੀਂ ਉਹਨੇ। ਪੁੱਛ ਲੈਂਦਾ ਪੁੱਤ ਫੋਨ ਕਰਕੇ ਵੀ ਕਿਵੇਂ ਆ ਕਿਵੇਂ ਨਾ। ਉਹ ਬੇਬੇ ਕੀ ਪੁੱਛੀ ਅੱਗੇ ਰੋਜ਼, ਉਦੋਂ ਮੈਂ ਤੈਨੂੰ ਦੱਸਿਆ ਤਾਂ ਸੀ ਆ ਕੇ ਵੀ ਕਲੇਸ਼ ਪੈਂਦਾ ਉਹਨਾਂ ਦੇ ਘਰੇ, ਬਾਕੀ ਹੁਣ ਮੈਂ ਤਾਂ ਆਹੀ ਗੱਲ ਜੀ ਠੰਡੀ ਪਾਤੀ ਸੀ, ਮੈਂ ਕਿਹਾ ਚੱਲ ਗੇਰਾਂ 10-20 ਦਿਨ ਟੱਪਣ ਦੇ, ਫਿਰ ਦੇਖਦੇ ਆ ਵੀ ਮੂੰਹ ਸੁੰਘ ਲਾਂਗੇ ਕੀ ਕਹਿੰਦੇ ਆ। ਪੁੱਤ ਮੈਨੂੰ ਵੀ ਆਈ ਹੋਇਆ ਪਿਆ, ਉਹ ਤਾਂ ਕਾਹਦਾ ਆਪਾਂ ਮਨਿੰਦਰ ਨੂੰ ਐਂ ਕਹਿਤਾ ਵੀ ਆ ਜਾ ਕਰ, ਉਦਣ ਦੀ ਉਹੀ ਮੱਛੀ ਸੜੀ ਰਹਿੰਦੀ, ਆਪਣੇ ਨਾਲ ਵੀ ਨਹੀਂ ਗੱਲ ਕਰਦੀ ਚੱਜ ਨਾਲ। ਲੈ ਹੋਰ ਕੀ ਆ ਬੇਬੇ, ਅੱਗੇ ਤਾਂ ਨਾ ਤੜਕੇ ਜਾਂ ਹੱਥ ਨੇ ਫੋਨ ਲਾ ਲੈਂਦੀ ਸੀ, ਹੁਣ ਤਾਂ ਕਈ ਦਿਨ ਹੋ ਗਏ ਨਾ ਚੱਕਦੀ ਆ ਨਾ ਉਹਨੇ ਲਾਇਆ ਫੋਨ। ਲੈ ਪਹਿਲਾਂ ਤਾਂ ਮੈਨੂੰ ਕਹਿੰਦੇ ਮੰਮੀ ਜਿੰਨਾ ਚਿਰ ਮੈਂ ਤੇਰੇ ਨਾਲ ਗੱਲ ਨਾ ਕਰਾਂ ਮੇਰਾ ਜੀ ਨਹੀਂ ਕਰਦਾ ਕੰਮ ਕਰਨ ਨੂੰ ਵੀ, ਤੇ ਹੁਣ ਲੈ ਜਮੀ ਨਹੀਂ ਮੋਹ ਆਉਂਦਾ ਉਹਨੂੰ, ਮਾਂ ਦਾ ਵੀ ਨਹੀਂ ਆਉਂਦਾ। ਉਹ ਬਸ ਬੇਬੇ ਤੈਨੂੰ ਪਤਾ ਹਰਖੀ ਆਉਂਦਾ ਇੱਕ ਦਾ ਸੁਭਾਅ ਦੀ, ਹੈ ਇੱਕ ਵਾਰ ਨਿੱਕੀ ਨਿੱਕੀ ਗੱਲ ਦਾ ਤੋ ਸਰੀਕਾ ਹੋ ਜੇ ਘਰਾਂ 'ਚ, ਉਹ ਦੁਬਾਰਾ ਫਿਰ ਕਿੱਥੇ ਚੱਲਦੇ ਹੁੰਦੇ ਆ ਕੰਮ। ਉਹ ਤਾਂ ਐਂ ਆ, ਹਰਖੀ ਤਾਂ ਹੈਗੀ, ਆਪਾਂ ਕਿਹੜਾ ਉਹਨੂੰ ਕੋਈ ਮਾੜੀ ਗੱਲ ਕਹੀ ਆ, ਵੀ ਭਾਈ ਰਲ ਕੇ ਰਿਹਾ ਕਰੋ ਦੋਨੇ ਜਣੇ, ਆਪਾਂ ਚੰਗੀ ਗੱਲ ਹੀ ਕਹੀ ਹੈ। ਉਹ ਬੇਬੇ ਉਹਨੂੰ ਤਾਂ ਮਾੜੀ ਲੱਗਦੀ ਆ, ਆਪਾਂ ਤਾਂ ਚੰਗੀ ਕਹੀ ਆ, ਉਹਨੂੰ ਤਾਂ ਐਂ ਲੱਗਦਾ ਵੀ ਪਤਾ ਨਹੀਂ ਉਹਦਾ ਪੱਖ ਕਰਦੇ ਆ ਮਨਿੰਦਰ ਦਾ। ਵੀ ਪੁੱਤ ਐਵੇਂ ਇਹ ਸੋਚਣੀ ਗਲਤ ਹੈ ਉਹਦੀ, ਪੱਖ ਕਰਨ ਵਾਲੀ ਕਿਹੜੀ ਗੱਲ ਹੋਈ ਇਹ, ਪੁੱਤ ਉਹਨੂੰ ਆਪ ਨੂੰ ਵੀ ਆਉਣੀ ਚਾਹੀਦੀ ਹੈ, ਨਿਆਣੀ ਤਾਂ ਹੈ ਨਹੀਂ ਉਹ। ਉਹ ਬੇਬੇ ਨਿਆਣੀ ਹੋਈ ਆ, ਜਿਹੜਾ ਇੰਨਾ ਸੋਚਦੀ ਨਹੀਂ, ਜੇ ਸਮਝਦਾਰ ਹੁੰਦੀ ਤਾਂ ਢਾਕੀ ਪੋਚ ਲੈਂਦੀ ਉਹ। ਇਹ ਜੀ ਉਹਦੀ ਸੱਸ ਹੈ, ਉਹਦੀ ਸੱਸ ਕਿਹੜਾ ਘੱਟ ਹੈ, ਉਹ ਵੀ ਨਹੀਂ ਕੁਛ ਕਹਿੰਦੀ ਵੀ ਭਾਈ ਕੋਈ ਗੱਲ ਨਹੀਂ ਤੁਸੀਂ ਰਲ ਕੇ ਰਿਹਾ ਕਰੋ, ਉਹ ਵੀ ਹਰਪ੍ਰੀਤ ਨੂੰ ਉਂਗਲਾਂ ਲਾਉਂਦੀ ਹੈ, ਤੈਨੂੰ ਕਿਵੇਂ ਲੱਗਦੀ ਹੈ? ਪੱਟੀਆਂ ਤਾਂ ਬੇਬੇ ਹੋਣੀ ਪੜਾਂਗਾ ਬੰਗਾ ਸਾਰੀਆਂ, ਹੈ ਉਹਨੂੰ ਐਂ ਤਾਂ ਅਕਲ ਨਹੀਂ ਆਉਂਦੀ ਵੀ ਜੇ ਘਰ ਖਰਾਬ ਹੋਊਗਾ ਤਾਂ ਮੇਰੇ ਪੁੱਤਾਂ ਦਾ ਹੀ ਹੋਊਗਾ। ਉਹ ਤਾਂ ਜਮੀ ਨਹੀਂ ਸੋਚਦੀ, ਆਪਦਾ ਘਰ ਆਪ ਹੀ ਖਰਾਬ ਕਰੀ ਜਾਂਦੇ ਆ, ਲੈ ਇਹ ਜੀ ਕਿਹੜੀ ਤੀਵੀਂ ਹੁੰਦੀ ਆ ਵੀ ਆਪਦਾ ਘਰ ਆਪ ਖਰਾਬ ਕਰੂਗੀ। ਉਹ ਅਕਲੀ ਹੀ ਨਹੀਂ ਗਾ ਬੇਬੇ, ਹੈ ਬੰਦੇ ਦਾ ਡਰ ਹੈ ਨਹੀਂ ਗਾ, ਚਾ ਉਧਰ ਆਪਦੇ ਹੱਥ ਆ, ਜਵਾਕ ਨਰਮਾਂਗੇ ਦੋਨੇ। ਬਸ ਇਹੀ ਗੱਲ ਹੈ, ਉਧਰੋਂ ਪੁੱਤਾਂ ਨੂੰ ਸਿਖਾਤਾ, ਉਧਰੋਂ ਨੂੰਹਾਂ ਨੂੰ ਸਿਖਾਈ ਜਾਂਦੀ ਹੈ ਵੀ ਕਿੱਥੇ ਤਾਂ ਲੋਕਾਂ ਕੋਲੇ ਆਏ ਕਹੇ ਵੀ ਭਾਈ ਮੇਰੀਆਂ ਨੂੰਹਾਂ ਤਾਂ ਰਲ ਕੇ ਰਹਿੰਦੀਆਂ, ਮੇਰੇ ਪੁੱਤ ਰਲ ਕੇ ਰਹਿੰਦੇ ਆ, ਵਧੀਆ ਸਾਡਾ ਤਾਂ ਘਰ ਚੱਲਦਾ। ਉਹ ਕਿਸੇ ਦਾ ਕੀ ਲੈ ਜੂਗੀ, ਆਪ ਹੀ ਰੋਟੀ ਤੋਂ ਜਾਊਗੀ, ਨੱਕੋ ਬੁੱਲੋ ਲਏਗੀ ਜਦੋਂ, ਫਿਰ ਸਿਆਣਨਾ ਵੀ ਨਹੀਂ ਕਿਸੇ ਨੇ। ਗੱਲ ਤਾਂ ਉਹੀ ਹੈ, ਮੈਂ ਚੌਧਰ ਚਲਾਉਣ ਕੀ ਹੈ, ਮੈਂ ਤੈਨੂੰ ਐਂ ਕਹਿੰਦਾ ਸੀ ਹੈ, ਮੈਂ ਕਿਹਾ ਫੋਨਾਂ 'ਤੇ ਤਾਂ ਅੱਧੀ ਗੱਲ ਹੁੰਦੀ ਆ, ਅਤੇ ਜੇ ਆਪਾਂ ਜਾ ਆਏ ਗੇੜਾ ਮਾਰਿਆ ਆਉਂਦੇ ਹਾਂ ਨਾਲੇ ਪਤਾ ਲੱਗ ਜੂ, ਕਿਤੇ ਊਣਾ ਲੜ ਲੜ ਮਰੀ ਜਾਂਦੀਆਂ ਹੁਣ। ਚੱਲ ਇਹ ਵੀ ਠੀਕ ਹੈ ਗੱਲ ਤੇਰੀ,
ਮੈਂ ਤੈਨੂੰ ਐਂ ਕਹਿੰਦੀ ਫੋਨ ਕਰਕੇ ਹੁਣ ਪੁੱਛ ਲੈਂਦਾ। ਉਹ ਬੇਬੇ ਫੋਨ ਮੇਰਾ ਤਾਂ ਚੱਕਿਆ ਨਹੀਂ ਦੋ ਤਿੰਨ ਵਾਰੀ, ਤੂੰ ਦੇਖ ਲਾ ਜੇ ਲਾ ਲੇਗੀ ਤਾਂ ਲਾ ਲਾ ਜੇ ਚੱਕਦੀ ਆ ਤੇਰਾ ਫੋਨ। ਚੱਲ ਫੋਨ ਵੀ ਲਾ ਲੈਂਦੇ ਹਾਂ, ਚੱਲ ਤੂੰ ਆ ਸਰੋਂ ਸਰੋਂ ਦਾ ਨਿਮੇੜ ਲੈ ਖੇਤ ਬੰਨੇ ਦਾ ਤੇ ਫਿਰ ਆਪਾਂ ਚੱਲੇ ਆਵਾਂਗੇ। ਆਹੋ ਲੱਗੂਗਾ ਹੜੰਬਾ, ਮੈਂ ਲਾਤਾ ਕੱਲ ਨੂੰ ਕਹਿੰਦਾ ਸੀ ਦਰਸ਼ੀ। ਅੱਛਾ ਕੱਲ ਨੂੰ ਲਾਤਾ ਹੜੰਬਾ ਤਾਂ ਫਿਰ ਤੂੰ ਚੱਕ ਦਿਆਂਗੇ ਤੂੜੀ ਤਾੜੀ ਜੀ ਇਹਦੀ ਸਰੋਂ ਦੀ ਤੇ ਮੁੜ ਕੇ ਵਿਹਲੇ ਹੀ ਆ। ਹੋਰ ਫਿਰ ਜਾ ਆਵਾਂਗੇ, ਐਂ ਕਹਿ ਦੂਗੀ ਵੀ ਚੱਲ ਮੈਂ ਤਾਂ ਨਹੀਂ ਫੋਨ ਕਰਿਆ ਤੇ ਆਪ ਵੀ ਨਹੀਂ ਆਏ। ਉਹ ਐਂ ਤਾਂ ਉਹਦੇ ਸੌ ਮਨ ਚ ਆਉਂਦੀਆਂ ਸੌ ਜਾਂਦੀਆਂ, ਐਂ ਤਾਂ ਪੁੱਠਾ ਸਿੱਧਾ ਸੋਚੀ ਜਾਂਦੀ ਰਹਿੰਦੀ ਆ, ਹਜੇ ਕਣਕਾਂ ਆਉਂਦੀਆਂ ਨਹੀਂ 10-15 ਦਿਨ, ਉਦੋਂ ਪਹਿਲਾਂ ਗੇੜਾ ਮਾਰ ਆਵਾਂਗੇ। ਹਾਂ ਚੱਲ ਪੁੱਤ ਜਾ ਆਵਾਂਗੇ, ਫਿਰ ਵੀ ਅੱਗੇ ਉਹੀ ਗੱਲ ਮਾਮਾ ਦਾ ਤਾਂ ਢਿੱਡ ਮੱਚਦਾ ਹੁੰਦਾ ਕੀ ਪੁੱਤ ਚਾਹੇ ਕਿਹੋ ਜਿਹਾ ਹੀ ਹੋਵੇ। ਨਾਲੇ ਲੀੜਾ ਕੱਪੜਾ ਦੇ ਆਵਾਂਗੇ, ਕੋਈ ਜਾ ਛੂਟ ਦੇ ਆਵਾਂਗੇ ਦੋਨਾਂ ਨੂੰ, ਬਾਡੀ ਦੇ ਆਵਾਂਗੇ। ਹਾਂ ਦੋਨਾਂ ਦੇ ਇੱਕੋ ਜਿਹੇ ਲੈ ਕੇ ਚੱਲਾਂਗੇ ਐਤਕੀ। ਤੇ ਹੋਰ ਹੋਰ ਐਵੀਂ ਫਿਰ ਐਂ ਤਾਂ ਨਾ ਕਹੂਗੀ ਇਹਨੂੰ ਵਧੀਆ ਲਿਆ ਤਾਂ ਮੈਨੂੰ ਘਟੀਆ ਲਿਆ ਤਾ। ਉਹ ਬੇਬੇ ਮਨਿੰਦਰ ਨਹੀਂ ਕਰਦੀ, ਉਹਦਾ ਸਰੀਕਾ ਜਮਾਂ ਵੀ ਆਪਣੀ ਆਪਦੀ ਮਾੜੀ ਆ ਬਈ। ਜੇ ਉਹ ਕੁਛ ਬੋਲਦੀ ਨਹੀਂ ਤਾਂ ਹੀ ਤਾਂ ਮੇਰਾ ਢਿੱਡ ਮੱਚਦਾ ਮਨਿੰਦਰ ਤੇ, ਵੀ ਇੰਨੀ ਸਿਆਣੀ ਆ ਵਿਚਾਰੀ। ਚੱਲ ਜੇ ਇਹਦਾ ਕੋਈ ਨਹੀਂ, ਚੱਲ ਆਪਾਂ ਹੀ ਬਣ ਜਾਈਏ ਇਹਦੇ ਤਾਂ। ਉਹੀ ਤਾਂ ਗੱਲ ਆ, ਹੈ ਬਾਕੀ ਐਂ ਹੁੰਦਾ ਨਾ ਬੇਬੇ ਜੇ ਤਾਂ ਚੱਲ ਐਂ ਹੋਵੇ ਉਹਦਾ ਕੋਈ ਮਾਪਾ ਪੇਕਾ ਹੋਵੇ ਹੈ ਨਾ, ਵੀ ਭਾਈ ਉਹ ਉਹਨੂੰ ਪੁੱਠੀਆਂ ਸਿੱਧੀਆਂ ਉਂਗਲਾਂ ਲਾਉਂਦੇ ਆ ਜਾਂ ਭਰਦੇ ਆ ਕਿਸੇ ਗੱਲ ਤੇ ਵੀ ਫੇਰ ਸਰੀਕਾ ਕਰੇ, ਫਿਰ ਤਾਂ ਹੈਗਾ ਜਦੋਂ ਹੁਣ ਆਪਾਂ ਹੀ ਉਹਦੇ ਨਾਲ ਵਿਚਾਰੀ ਦਾ। ਉਹੀ ਤਾਂ ਐਂ ਨਹੀਂ, ਇਹ ਨਹੀਂ ਨਾ ਸੋਚਦੀ ਨਾ ਇਹਦੀ ਸੱਸ ਸੋਚੇ ਵੀ ਚੱਲ ਕੋਈ ਨਾ ਭਾਈ। ਚੱਲ ਕੋਈ ਨੀ ਬੇਬੇ ਤੂੰ ਲਾ ਲਾ ਫੋਨ ਜੇ ਚੱਕਦੀ ਆ ਤੇਰਾ। ਚੱਲ ਮੈਂ ਲਾ ਲੈਂਦੀ, ਠੀਕ ਹੈ ਮੈਂ ਕਰਦੀ ਆ, ਉੱਥੇ ਪਿਆ ਫੋਨ ਪਤਾ ਨਹੀਂ। ਚੱਲ ਮੈਂ ਟਰਾਲੀ ਪੁੱਛਦਾ ਕਿਸੇ ਦੀ ਤੇ ਪੁੱਛਿਆ ਤੂੰ ਸਰੋਂ ਦਾ ਛੇਤੀ ਨਹੀਂ ਮੇੜਦੇ। ਆਹੋ ਫੇ ਤੜਕੇ ਤਰ ਪੁੱਛ ਲਗੇ ਟਰਾਲੀ, ਨਾਲੇ ਮੈਨੂੰ ਤਾਂ ਬੱਦਲ ਬੋਲੇ ਜੇ ਤੋਂ ਡਰ ਲੱਗਣ ਲੱਗ ਜਾਂਦਾ ਕਿਹੜੇ ਵੇਲੇ ਆ ਜੇ। ਚੱਲ ਮੈਂ ਫੋਨ ਲਾ ਲਾ, ਫੋਨ ਲਿਆ ਮੈਂ ਚੱਕ ਕੇ। ਮੈਂ ਚਾਚੀ ਤੂੰ ਕਿੱਧਰ ਗਈ ਸੀ, ਕੰਦ ਦੀ ਡਿੱਕੀ ਆਨੀ ਤੈਨੂੰ। ਚੱਲ ਚਾਚੀ ਦਾ ਜਿੱਧਰ ਮਰਜ਼ੀ ਗਈ ਹੋਵੇ ਤੇਰੀਆਂ ਹੋਊਗਾ ਮਿਲਣੀਆਂ ਤਾਂ। ਤੇ ਹੋਰ ਆਣੇ ਪਰਮ ਆਈ ਸੀ, ਮੈਂ ਕਿਹਾ ਚੱਲ ਮਿਲਿਆ ਵਾਂ ਇਹਨੂੰ, ਕਿੰਨੇ ਟਾਈਮ ਬਾਅਦ ਅਸੀਂ ਮਿਲਣਾ। ਆਹ ਦੇਖ ਤੈਨੂੰ ਕੱਪੜੇ ਲਿਆ ਕੇ ਦਿੱਤੇ ਆ ਨਾਲੇ ਜਸਮੀਤ ਦੇ, ਮੈਂ ਤਾਂ ਕੱਪੜੇ ਲੈਣ ਗਈ ਸੀ। ਮਾਸੀ ਕੱਪੜੇ ਤਾਂ ਸੋਹਣੇ ਆ ਪਰ ਇੰਨਾ ਖਰਚਾ ਕਰਨ ਦੀ ਕੀ ਲੋੜ ਸੀ। ਲੈ ਖਰਚੇ ਦੀ ਹੁਣ ਤੈਨੂੰ ਖਾਲੀ ਹੱਥ ਭੇਜ ਦਈਏ, ਇੰਨਾ ਤਾਂ ਕਿਹੜਾ ਖਰਚਾ ਹੋ ਗਿਆ, ਨਾਲੇ ਦੋ ਤਾਂ ਛੂਟ ਹੈ। ਭੜੇ ਲੱਗਦੇ ਆ ਤੈਨੂੰ ਖਾਲੀ ਹੱਥ। ਹੋਰ ਆਹ ਵੇਖ ਜਸਮੀਤ ਤੇ ਆਹ ਤੇਰੇ ਮਨਿੰਦਰ ਦਾ ਕੀ ਹਾਲ ਹੈ? ਠੀਕ ਹੈ ਮਨਿੰਦਰ ਨੂੰ ਕੀ ਹੋਣਾ, ਗਈ ਹੋਈ ਆਪਦੇ ਪੇਕੇ। ਅੱਛਾ ਪੇਕੇ ਜਦੋਂ ਮਾਂ ਨੀ ਕੋਈ ਭਰਾ ਨੀ ਹੈਗਾ, ਉਹ ਪਤਾ ਨੀ ਕੀ ਲੱਗਦੀ ਸੀ ਮਾਸੀ ਪਤਾ ਨੀ ਚਾਚੀ, ਉੱਥੇ ਗਈ ਹੋਈ ਆ ਕੰਮ ਤੋਂ ਟਲਣ ਦੀ ਮਗਰ। ਚੱਲ ਕੋਈ ਨਾ ਪੁੱਤ, ਕੰਮ ਤੋਂ ਕਾਹਨੂੰ ਟਲਦੀ, ਐ ਨੀ ਕਹਿੰਦਾ ਹੁੰਦਾ। ਚੱਲ ਜੇ ਚਾਚੀ ਨੇ ਕੋਈ ਮੇਰੇ ਨਾਲ ਬੁਲਾ ਲਿਆ ਫਿਰ ਕੀ ਹੋ ਗਿਆ? ਬਸ ਮੰਮੀ ਮੈਨੂੰ ਪਤਾ ਹੀ ਆ, ਤੈਨੂੰ ਨੀ ਪਤਾ, ਕੰਮ ਤੋਂ ਟਲਣ ਦੀ ਮਾਰੀ ਗਈ ਆ, ਇੱਥੇ ਸਾਰਾ ਕੰਮ ਕਰਨਾ ਪੈਂਦਾ ਸੀ ਤਾਂ ਭੱਜ ਗਈ। ਕੋਈ ਨਾ ਪੁੱਤ, ਕਿੱਥੋਂ ਟਲਦੀ ਆ, ਮੈਂ ਤਾਂ ਕਦੇ ਦੇਖਿਆ ਨੀ ਉਹਨੂੰ ਟਲਦੀ, ਬਰਾਬਰ ਤੇਰੇ ਕੰਮ ਕਰਾਉਂਦੀ ਸੀ, ਐਂ ਨੀ ਕਹਿੰਦਾ ਹੁੰਦਾ। ਓਹੋ ਕਮਲੀਏ ਤੂੰ ਐਂ ਕਿਉਂ ਕਰਦੀ ਹੁੰਦੀ ਆ, ਤੈਨੂੰ ਮੇਰ ਆਉਣੀ ਆ, ਲੈ ਜਿਹੋ ਜੀ ਤੂੰ ਆ ਉਹੋ ਜੀ ਉਹ ਆ ਸਾਨੂੰ ਤਾਂ। ਬਸ ਮੰਮੀ ਜੇ ਇੰਨਾ ਹੀ ਉਹ ਮੇਰਾ ਸੋਚਦੇ ਨੀ ਜਾਂਦੀ ਨਾ ਸਰ, ਨਾਲੇ ਉਹਨੂੰ ਪਤਾ ਹੈ ਵੀ ਮੈਂ ਇੰਨਾ ਕੰਮ ਨਹੀਂ ਕਰਦੀ, ਇੰਨਾ ਮੇਰੇ ਤੋਂ ਕੰਮ ਕਿੱਥੇ ਹੁੰਦਾ, ਫਿਰ ਵੀ ਬਾਗੀ ਮੈਨੂੰ ਛੱਡ ਕੇ ਆ ਸਾਰਾ ਕੰਮ ਮੈਨੂੰ ਕਰਨਾ ਪੈਂਦਾ, ਐਡਾ ਵਿਹੜਾ ਹੈ ਮਸਾਂ ਝਾੜੂ ਕਰਦੀ ਆ, ਜੇ ਕਰਦੀ ਆ ਮਾੜਾ ਮੋਟਾ ਤਾਂ ਇਹ ਬੋਲਣ ਲੱਗ ਜਾਂਦੇ ਆ। ਚੱਲ ਕੋਈ ਨਾ ਪੁੱਤ, ਰੋਟੀ ਟਾਈਮ ਹੋ ਜਾਂਦਾ ਐਂ ਹੋ ਜਾਂਦਾ, ਇੰਨਾ ਛੱਤੀ ਸੌ ਕੁਛ ਸੁਣਾ ਜਾਂਦੇ ਮੈਨੂੰ ਤਾਂ ਸਾਰੇ ਜਣੇ। ਨੀ ਚੱਲ ਕੋਈ ਨਾ, ਹੌਲੀ ਹੌਲੀ ਕਰੀ ਜਾਇਆ ਕਰ, ਐਂ ਨੀ ਕਰੀਦਾ ਹੁੰਦਾ, ਤੇਰੀ ਸੱਸ ਨੂੰ ਕਹਿ ਦਿਆ ਕਰ ਮਾੜਾ ਮੋਟਾ ਤੇਰੇ ਨਾਲ ਹੱਥ ਵਟਾ ਦਿਆ ਕਰੂਗੀ। ਮੰਮੀ ਦੇ ਪੈਰ ਤੋਂ ਕਿੱਥੇ ਕੰਮ ਹੋਦਾ, ਮੰਮੀ ਉਹ ਤਾਂ ਆਪ ਬਿਮਾਰ ਰਹਿੰਦੇ ਨੇ, ਹੁਣ ਉਹਨਾਂ ਨੂੰ ਕਿੱਥੇ ਕਹਾਂ, ਵੈਸੇ ਮੰਮੀ ਨੂੰ ਆਪ ਨੂੰ ਸੋਚਣਾ ਚਾਹੀਦਾ, ਹੁਣ ਮੈਂ ਉਹਨੂੰ ਕੀ ਕਹਾਂ,
ਚੱਲ ਮਾੜਾ ਮੋਟਾ ਚੱਲ ਬਾਹਰ ਅੰਦਰ ਦਾ ਤਾਂ ਮੈਂ ਕਰ ਦਿੰਦੀ, ਕੱਲੀ ਰਸੋਈ ਤੇ ਰੋਟੀ ਤਾਂ ਬਣਾਈ ਸਕਦੀ ਆ, ਉਹ ਵੀ ਨਹੀਂ ਬਣਾਉਂਦੀ, ਮੈਨੂੰ ਬਣਾਉਣੀ ਪੈਂਦੀ ਆ। ਨਾ ਤੂੰ ਕਹਿਦਾ ਕਰ ਫਿਰ ਤੇਰੀ ਸੱਸ ਨੂੰ ਮਾੜਾ ਮੋਟਾ ਵੀ ਚੱਲ ਕੋਈ ਨਾ ਮਨਿੰਦਰ ਗਈ ਹੋਈ ਆ, ਮੰਮੀ ਤੂੰ ਮੇਰੇ ਨਾਲ ਕੰਮ ਕਰਾਇਆ ਕਰ। ਮੈਂ ਤਾਂ ਕਹਿੰਦੀ ਨੀ, ਮੈਂ ਤਾਂ ਆਪ ਹੀ ਕਰਦੀ ਫਿਰਦੀ ਰਹਿੰਦੀ ਆ, ਜੇ ਕੰਮ ਕਰਦਾ ਇਹਨਾਂ ਨੇ ਤਾਂ ਵੀ ਐਂ ਕਹਿਣਾ ਕੰਮ ਨੀ ਕਰਦੀ, ਮਨਿੰਦਰ ਹੀ ਕਰਦੀ ਸੀ, ਆਏ ਕਰਦੀ ਸੀ। ਮਨਿੰਦਰ ਤੈਨੂੰ ਤੇਰੇ ਮਾਂ ਪਿਓ ਨਾਲ ਆਏ ਕਹਿੰਦੀ ਹੈ, ਉਹ ਆਏ ਕਰਦੇ ਆ, ਉਹ ਆਏ ਕਰਦੇ ਆ। ਮੰਮੀ ਮੇਰੀ ਗੱਲ ਸੁਣ, ਮੇਰੀ ਸੱਸ ਨੂੰ ਬੋਲਣ ਦੀ ਕੋਈ ਲੋੜ ਨੀ, ਠੀਕ ਹੈ ਨਾ, ਉਹਨੇ ਮੈਨੂੰ ਕੁਛ ਨੀ ਸੁਣਾਇਆ ਜਾਂ ਸਿਖਾਇਆ। ਕਿਉਂ ਕੁੜੇ ਇੰਨੀ ਮੇਰ ਆਉਂਦੀ ਤੇਰੀ ਸੱਸ ਦੀ, ਮੈਂ ਕਿਹੜਾ ਮਾੜਾ ਚੰਗਾ ਬੋਲੀ ਆ ਤੇਰੀ ਸੱਸ ਨੂੰ, ਮੈਂ ਤਾਂ ਆਈ ਕਹਿੰਦੀ ਵੀ ਚੱਲ ਰਲ ਕੇ ਰਿਹਾ ਕਰੋ ਦੋਵੇਂ ਭੈਣਾਂ। ਹਾਂ ਅਸੀਂ ਰਲ ਕੇ ਰਹਿੰਦੇ ਆ ਮੰਮੀ, ਜੁੰਡ ਮਜੁੰਡੀ ਕਿੱਦਣ ਹੋਏ ਆ ਅਸੀਂ। ਨਹੀਂ ਚੱਲ ਪੁੱਤ ਕਾਹਨੂੰ ਹੋ, ਜੁੰਡ ਮਜੁੰਡੀ ਸੋਹਣੀਆਂ ਨਹੀਂ ਲੱਗਦੀਆਂ, ਪਤਾ ਕੀ ਇਹ ਪਿੰਡਾਂ 'ਚ ਅਗਲੇ ਲੋਕ ਗੱਲਾਂ ਕਰਦੇ ਆ ਵੀ ਹਾਂ ਭਾਈ ਫਲਾਣੇ ਦੀਆਂ ਨੂੰਹਾਂ ਬਾਹਲੀਆਂ ਸਿਆਣੀਆਂ ਰਲ ਕੇ ਰਹਿੰਦੀਆਂ, ਜੇ ਕਲੇਸ਼ ਕਰੋਗੇ ਉਹੀ ਲੋਕ ਤੁਹਾਡੀਆਂ ਚੁਗਲੀਆਂ ਕਰਨਗੇ। ਮਨਿੰਦਰ ਨੂੰ ਵੀ ਸੋਚਣਾ ਚਾਹੀਦਾ ਮੰਮੀ, ਕੱਲਾ ਮੈਂ ਹੀ ਸੋਚੀ ਜਾਵਾਂ ਵੀ ਕਲੇਸ਼ ਨੀ ਕਰਨਾ, ਆਏ ਨੀ ਕਰਨਾ, ਉਹ ਬਾਗੀ ਚੱਕ ਕੇ ਝੋਲਾ ਹੈ ਤੇ ਆਉਣ ਦਾ ਹੱਕ ਨੀ ਉੱਥੇ, ਚੱਲ ਇੱਕ ਦਿਨ ਬਾਗੀ ਠੀਕ ਹੈ ਅਗਲੇ ਦਿਨ ਆ ਜਾਂਦੀ, ਆਈ ਨੀ ਜਾਣ ਕੇ, ਮੈਨੂੰ ਪਤਾ ਹੀ ਆ ਕੰਮ ਕਰਨਾ ਪੈਂਦਾ ਤਾਂ ਨੀ ਆਈ। ਨੀ ਚੱਲ ਕੋਈ ਨਾ ਰੱਖ ਲਈ ਹੋਣੀ, ਉਹਦੀ ਚਾਚੀ ਨੇ ਕੰਮ ਹੋ ਗਿਆ ਹੋਊਗਾ 4 ਦਿਨ, ਫਿਰ ਕੀ ਹੋ ਗਿਆ, ਉਹ ਕਿਹੜਾ ਵਿਚਾਰੀ ਰੋਜ਼ ਰੋਜ਼ ਜਾਂਦੀ ਹੈ, ਨਾਲੇ ਉਹਨੂੰ ਕਿੱਥੇ ਕੋਈ ਸਾਦਾ। ਅੱਛਾ ਚਾਚੀ ਹੁਣ ਬਾਹਲਾ ਨੀ ਹੇਜ ਆਉਣ ਲੱਗਿਆ, ਉਦੋਂ ਕਿੱਥੇ ਗਈ ਸੀ, ਆ ਕੇ ਵੀ ਨੀ ਖੜਾ ਕੋਈ। ਨੀ ਚੱਲ ਕੋਈ ਨਾ ਚੰਗਾ ਹੀ ਆ, ਤੂੰ ਤਾਂ ਸ਼ੁਕਰ ਮਨਾ ਵੀ ਇਹਦੇ ਨਾਲ ਬਰਤਨ ਲੱਗ ਜਾਣ ਵਧੀਆ। ਚੱਲ ਕੋਈ ਨਾ, ਇਹ ਤਾਂ ਪੁੱਤ ਮੈਨੂੰ ਪਤਾ ਹੀ ਹੈ। ਚੱਲ ਕੋਈ ਨਾ, ਚਾਚੇ ਤਾਏ ਤਾਂ ਕਿਹਦੇ ਹੁੰਦੇ ਆ, ਤਾਂ ਮੈਨੂੰ ਪਤਾ ਹੀ ਹੈ। ਚੱਲ ਕੋਈ ਨਾ, ਤੂੰ ਨਾ ਪੁੱਠਾ ਸਿੱਧਾ ਬੋਲਿਆ ਕਰ। ਚੱਲ ਮੈਂ ਤੈਨੂੰ ਐਂ ਕਹਿਣੀ ਹੈ ਵੀ ਕਾਲਾ ਕਹਿੰਦਾ ਸੀ ਆ ਸਰੋਂ ਜੀ ਕੱਢ ਲਈਏ, ਫਿਰ ਅਸੀਂ ਆਵਾਂਗੇ ਤੇਰੇ ਕੋਲੇ। ਮੰਮੀ ਗੇੜਾ ਮਾਰ ਦਿਓ ਮੇਰੇ ਕੋਲ, ਮੈਂ ਕਰੋ ਕਿ ਤੁਹਾਨੂੰ। ਹਾਂ ਚੱਲ ਮਾਰ ਕੇ ਜਾਵਾਂਗੇ ਪੁੱਤ, ਤੇ ਨਾਲੇ ਤੂੰ ਫੋਨ ਫੋਨ ਕਰ ਲਿਆ ਕਰ, ਹੁਣ ਫੋਨ ਹੀ ਨਹੀਂ ਕਰਿਆ, ਕਿੰਨੇ ਦਿਨ ਹੋ ਗਏ। ਮੰਮੀ ਤੁਹਾਨੂੰ ਤਾਂ ਸੀਤੇ ਜਾਂਦੀ ਆ, ਕਿੱਥੇ ਟਾਈਮ ਲੱਗਦਾ ਫੋਨ ਕਰਨ ਦਾ, ਮਨਿੰਦਰ ਗਈ ਹੋਈ ਆ ਤੇ ਸਾਰਾ ਕੰਮ ਮੇਰੇ ਸਿਰ ਤੇ ਆਇਆ, ਪਰ ਤੁਹਾਨੂੰ ਪਤਾ ਹੌਲੀ ਹੌਲੀ ਕਰਦੀ ਆ ਨਾ ਮੈਂ ਕੰਮ, ਫਿਰ ਸਾਰਾ ਮੈਂ ਹੀ ਕਰਨਾ ਹੁੰਦਾ। ਚੱਲ ਕੋਈ ਨਾ ਪੁੱਤ, ਟਾਈਮ ਵੀ ਨਹੀਂ ਲੱਗਿਆ। ਕਹਿੰਦੇ ਹੁੰਦੇ ਆ ਨਾ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਆ, ਕੰਮ ਪਿੱਛੇ ਨਹੀਂ ਰੋਈਦਾ ਹੁੰਦਾ, ਜਿਹੜੀ ਬੁੜੀ ਕੰਮ ਪਿੱਛੇ ਰੋਈ ਗਈ ਉੱਥੇ ਵਾਧਾ ਬਰਕਤ ਕਿੱਥੇ ਹੁੰਦਾ। ਚੱਲ ਚੰਗਾ ਪੁੱਤ ਕੋਈ ਨਾ, ਫਿਰ ਹੁਣ ਮੈਂ ਕੰਮ ਕਰ ਲਾਂ, ਫਿਰ ਲਾਉਂਗੀ ਆਖਣੇ ਤੈਨੂੰ ਫੋਨ। ਹਾਂ ਤੁਸੀਂ ਵੀ ਆਓਗੇ? ਹਾਂ ਅਸੀਂ ਦੋਨੇ ਆਵਾਂਗੇ। ਅੱਛਾ ਹਾਂ ਠੀਕ ਹੈ, ਚੱਲ ਚੰਗਾ ਪੁੱਤ। ਚੱਲ ਜੇ ਤੁਹਾਡੇ ਆਉਣ ਤੋਂ ਪਹਿਲਾਂ ਮਨਿੰਦਰ ਆ ਗਈ ਨਾ, ਐਵੇਂ ਨਾ ਮਨਿੰਦਰ ਮਨਿੰਦਰ ਚ ਕਰੀ ਜਾਈਓ। ਲੈ ਕਮਲੀ ਹੋਈ ਪਈਆਂ, ਤੇਰੇ ਦਿਮਾਗ 'ਚ ਹੋਇਆ ਕੀ ਪਿਆ ਤੈਨੂੰ? ਚੱਲ ਚੰਗਾ ਕੋਈ ਨਾ, ਨਹੀਂ ਕਰਦੇ ਮਨਿੰਦਰ ਅਸੀਂ, ਤੂੰ ਤਾਂ ਪੁੱਠੀ ਹੈ। ਆਹੋ ਕੋਈ ਨਾ, ਉਹ ਵਿਚਾਰੀ ਤੈਨੂੰ ਕੀ ਕਹਿੰਦੀ ਹੈ। ਚੱਲ ਚੰਗਾ ਫਿਰ, ਚੰਗਾ ਵਿਚਾਰੀ ਵਿਚਾਰੀ ਕਰੀ ਜਾਂਦੇ, ਠੀਕ ਹੈ ਮਾਰ ਲਿਓ ਗੇੜਾ। ਚੱਲ ਮਾਰਾਂਗੇ ਗੇੜਾ, ਚੰਗਾ ਠੀਕ ਹੈ। ਦਾਦੀ ਮੈਨੂੰ ਮਾਮੇ ਨਾਲ ਕੀ ਰੌਲਾ ਹੋ ਗਿਆ? ਰੌਲਾ ਕੀ ਹੋਣਾ ਵੀਰੇ, ਪੈਸੇ ਮੰਗਦਾ ਮੇਰੇ ਤੋਂ 2 ਲੱਖ ਰੁਪਇਆ ਜਿਹੜਾ ਮੈਂ ਤੇਰੇ ਤੋਂ ਲਿਆ, ਉਹਨੂੰ ਦਿੱਤਾ ਮਾਮੇ ਨੂੰ। ਨਾ ਨਾਲੇ ਤੂੰ ਕਹਿੰਦੀ ਸੀ ਕਿ ਸਾਨੂੰ ਚਾਹੀਦੇ ਆ ਪੈਸੇ, ਉਦੋਂ ਤਾਂ ਮੌਕੇ ਦੇ ਹੱਥਾਂ ਤੇ ਸਰੋਂ ਜਮਾਤੀ ਹੈ। ਵੀਰੇ ਮੈਂ ਕੀ ਕਰਾਂ, ਮੈਂ ਵੀ ਫਸੀ ਹੋਈ ਸੀ, ਜਦੋਂ ਮਾਮਾ ਮੈਨੂੰ ਕਰੀ ਗਿਆ ਮੈਨੂੰ 2 ਲੱਖ ਰੁਪਇਆ ਚਾਹੀਦਾ, ਮੈਨੂੰ ਧਮਕਾਉਂਦਾ ਸੀਗਾ ਕਹਿੰਦਾ ਜੇ ਤੂੰ ਨਾ ਦਿੱਤੇ ਨਾ 2 ਲੱਖ ਰੁਪਇਆ ਤਾਂ ਘਰੇ ਥੋੜੇ ਕਲੇਸ਼ ਪਵਾ ਕੇ ਜਾਊਂਗਾ। ਉਹ ਫਿਰ ਕੁਲਦੀਪ ਨੂੰ ਦੱਸ ਦਿੰਦੀ ਤੂੰ, ਤੈਨੂੰ ਬਾਰੇ ਬਾਰੇ ਪੈਸੇ ਦੇਣ ਦੀ ਕੀ ਲੋੜ ਸੀ, ਐਂ ਗਾਹਾਂ 100 ਗਲਤ ਸੋਚਦਾ ਬੰਦਾ ਗੱਲਾਂ। ਵੀਰੇ ਮੈਂ ਤਾਂ ਡਰਦੀ ਮਾਰੀ ਨਹੀਂ ਦੱਸਿਆ, ਮੈਂ ਮਾਮੇ ਨੂੰ ਕਿਹਾ ਮੈਂ ਚੱਲ ਕੁਲਦੀਪ ਨਾਲ ਬਹਿ ਕੇ ਗੱਲ ਕਰ ਲੈਂਦੀ ਹਾਂ ਵੀ ਜਿਵੇਂ ਉਹ ਕਹੂਗਾ, ਕਹਿੰਦਾ ਜੇ ਉਹਨੂੰ ਦੱਸਿਆ ਤਾਂ ਆਪਦਾ ਹਿਸਾਬ ਲਾ ਲਈ, ਤੇਰੀ ਸੱਸ ਨੂੰ ਕਹਿੰਦਾ ਮੈਂ ਚੁਗਲੀਆਂ ਲਾਊਂਗਾ। ਵੇਖ ਲਾ ਮਾਮਾ ਹੀ ਕਿਚਰ ਬਣ ਗਿਆ ਹੈ ਤੇ ਹੋਰ।
ਪਰ ਹੁਣ ਮਾਸੀ ਕਹਿੰਦੀ ਸੀ ਤੂੰ ਦੱਸ ਦੀ ਕੁਲਦੀਪ ਨੂੰ, ਮੈਂ ਵੀ ਸੋਚੀ ਜਾਂਦੀ ਹਾਂ ਵੀ ਦੱਸ ਹੀ ਦਿਓ ਨਾ ਜਦੋਂ ਬਾਈ ਲੈਣ ਆਊਗਾ। ਹਾਂ ਉਹਨੇ ਆ ਤਾਂ ਫੋਨ ਕਰਿਆ ਸੀ ਹੋਰ, ਉਹਨੇ ਉਹ ਤਾਂ ਹੁਣ ਵਾਲਾ ਹੀ ਹੈ, ਉਹਦੇ ਨਾਲ ਕਰਦਾ ਉਹਦੇ ਬਾਈ ਨਾਲ ਗੱਲ ਮੈਂ ਹੋਰ, ਮੈਂ ਤਾਂ ਆਪਾਂ ਆਪ ਹੀ ਰੰਡ ਪ੍ਰਧਾਨ ਬਣ ਜਾਂਦੀਆਂ ਮੂਰੇ, ਮਾੜੀ ਮੋਟੀ ਗੱਲ ਕਰੀਦੀ ਹੁੰਦੀ ਆਪਦੇ ਭੈਣ ਭਰਾ ਕੋਲੇ। ਕੱਲ ਮੰਮੀ ਨੂੰ ਮੈਂ ਗੱਲ ਦੱਸਣ ਲੱਗੀ, ਮੰਮੀ ਨੇ ਤਾਂ ਮੇਰੀ ਗੱਲ ਹੀ ਨਹੀਂ ਸੁਣੀ, ਅੱਜ ਮਨਿੰਦਰ ਤੇ ਵੀਰਾ ਆਉਣ ਵਾਲੇ ਆ, ਉਹਨਾਂ ਤੇ ਆਉਣ ਤੋਂ ਪਹਿਲਾਂ ਪਹਿਲਾਂ ਮੰਮੀ ਨੂੰ ਮੈਂ ਸਾਰੀ ਗੱਲ ਦੱਸਦਾ, ਤਾਂ ਕਿ ਜਦੋਂ ਆਵੇ ਮਨਿੰਦਰ ਮੰਮੀ ਉਹਦੀ ਕੋਈ ਗੱਲ ਨਾ ਸੁਣੇ ਤੇ ਉਹਦੇ ਗੱਲ ਹੀ ਪੈ ਜਾਏ ਉਹ ਅਨੁਸਾਰ। ਮਾਸੀ ਤੈਨੂੰ ਪਤਾ ਇੰਨੇ ਸਾਲਾਂ ਦੀ ਆਪ ਹੀ ਕਰਦੇ ਆ ਸਾਰਾ। ਰਾਜਪਾਲ ਕੀ ਹਾਲ ਆ? ਹੋਰ ਬਾਈ ਵਧੀਆ ਵਧੀਆ, ਕਹਿਵਾਂ ਲਿਆਉਣਾ ਕੁਰਸੀ ਖੜਜਾ ਇੱਕ ਮਿੰਟ ਆ ਗਿਆ ਬਾਈ ਜੀ, ਬਾਈ ਆਨੇ ਕੁਰਸੀ ਨੂੰ ਗਿਆ ਕੋਈ। ਹੋਰ ਠੀਕ ਸੀ ਭਾਈ ਸਾਰੇ? ਵਧੀਆ ਜੀ ਵਧੀਆ, ਤੁਸੀਂ ਦੱਸੋ ਤਕੜੀਆਂ ਸੀਤਾ? ਹਾਂ ਠੀਕ ਹੈ ਵਧੀਆ, ਤੇਰੀ ਮੰਮੀ ਵਰਗੇ ਕੁਰਸੀ ਨੂੰ ਵੀ ਲੋਟ ਆਉਂਦੀ ਵਧੀਆ। ਚੱਲ ਭਾਈ ਲੋਟ ਚਾਹੀਦੇ। ਆ ਕਿਵੇਂ ਕੱਪੜੇ ਦੇਖ ਲਾਰੀ ਬੈਠੇ ਹੋ ਮੇਰੇ ਤਾਂ? ਇਹ ਤਾਂ ਮਨਿੰਦਰ ਨੂੰ ਲਿਆ ਕੇ ਦਿੱਤੇ ਆ ਭਾਈ ਅਸੀਂ। ਉਹ ਕੀ ਕੱਪੜਾ ਸੀਗਾ ਜੀ? ਲੈ ਫੇਰ ਕੀ ਹੋ ਗਿਆ? ਨਾਲ ਆਈ ਹੈ ਵਿਚਾਰੀ, ਹੁਣ ਆਈ ਘਰੇ ਰੁਲੀ ਜਾਂਦੇ ਆ, ਬਸ ਤੂੰ ਉਹਦਾ ਪਾਉਂਦੇ ਨਹੀਂ। ਪਾਮਾ ਕਿੰਨੇ ਹੀ ਐ ਦੇ ਕੋਲੇ, ਪਰ ਅਸੀਂ ਤਾਂ ਨਹੀਂ ਖਾਲੀ ਹੱਥ ਭੇਜ ਸਕਦੇ ਨਾ, ਬਾਹਰ ਹੀ ਬੈਠੇ ਹੋ ਵਿਹੜੇ 'ਚ। ਲੇਟ ਵਾਲਾ ਹੋ ਗਿਆ ਤੁਰਿਆ ਬਾਈ, ਬਾਰੇ ਟਾਈਮ ਦਾ ਸੀ ਅੱਜ ਧਰਨਾ ਲੱਗਾ ਬਾਈ, ਉੱਥੇ ਲੇਟ ਹੋ ਗਿਆ, ਇੱਕ ਫਾਟਕ ਜੇ ਪੈਂਦਿਆ ਤੋਂ। ਇਹਦਾ ਹੈ ਹੋ ਠੀਕ ਆ? ਹਾਂਜੀ ਹਾਂਜੀ ਵਧੀਆ, ਤੁਸੀਂ ਦੱਸੋ ਕਿਵੇਂ ਫਸਲ ਬਾੜੀ? ਬਸ ਠੀਕ ਆ, ਪੰਜ ਚਾਰ ਦਿਨਾਂ ਨੂੰ ਵੱਢਦਾ ਐ, ਕਣਕ ਤਾਂ ਹੀ ਖੜੀ ਆ। ਹਾਂ ਬਸ ਆਈਆਂ ਖੜੀਆਂ ਝੋਨੇ ਵਾਲੀਆਂ ਤਾਂ, ਜਿਹੜੀਆਂ ਪਛੇਤੀਆਂ ਪਛੂਤੀਆਂ ਸੀ ਉਹ ਪੰਜ ਸੱਤ ਦਿਨ ਸਾਰੀਆਂ ਆ ਜਾਂਦੀਆਂ, ਬਸ ਸਾਰ ਤਾਂ ਰੁੱਤੀ ਕਾਹਨੂੰ ਹਰਦੀ ਹੁੰਦੀ ਆ। ਇਹ ਤਾਂ ਹੈ। ਹੋਰ ਵਧੀਆ ਜੀ ਵਧੀਆ, ਤੁਸੀਂ ਦੱਸੋ ਮਾਤਾ ਜੀ? ਠੀਕ ਆ ਪੁੱਤ ਵਧੀਆ, ਬਸ ਉਹਨੂੰ ਦੇਖ ਕੇ। ਹਾਂ ਇਹ ਤਾਂ ਹੈ, ਹਾਂ ਤੁਸੀਂ ਖੁਸ਼ ਹੋ ਤਾਂ ਭਾਈ ਮਾਤਾ ਵੀ ਖੁਸ਼ ਹੈ, ਹੈ ਨਾ? ਹਾਂਜੀ ਇਹ ਤਾਂ ਹੈ। ਇੱਕ ਬਾਈ ਮੈਂ ਗੱਲ ਕਰਨੀ ਇਧਰੇ ਨਾ। ਹਾਂ ਹਾਂ ਦੱਸੋ। ਮਨਿੰਦਰ ਕਹਿੰਦੀ ਮਾਮਾ 2 ਲੱਖ ਰੁਪਇਆ ਲੈ ਗਿਆ ਮੈਥੋਂ, ਜਿਹੜਾ ਮੈਂ ਫੜਾ ਕੇ ਆਇਆ ਸੀ ਤੈਨੂੰ। ਨਹੀਂ ਉਹ ਤਾਂ ਮਨਿੰਦਰ ਨੇ ਦਿੱਤਾ, ਪਤਾ ਨਹੀਂ ਕਿਹਨੂੰ, ਆਪਦੀ ਮਾਸੀ ਦੀ ਕੁੜੀ ਨੂੰ, ਪਤਾ ਨਹੀਂ ਕਿਵੇਂ ਕਹਿੰਦੀਆਂ। ਇਹ ਕਹਿੰਦੀ 2 ਲੱਖ ਰੁਪਇਆ ਮੈਥੋਂ ਮਾਮਾ ਲੈ ਗਿਆ। ਉਹ ਮਾਮੇ ਨੇ ਕੀ ਕਰਨੇ ਬਾਈ ਪੈਸੇ ਯਾਰ? ਪਤਾ ਨਹੀਂ ਇਹ ਗੱਲ ਦੀ ਬਾਈ, ਪੜਤਾਲ ਕਰਨੀ ਪੁੱਤ ਨੂੰ ਆ ਗਈ ਕੋਲੇ ਤੋਂ ਪੁੱਛ ਲੈ, ਬਾਕੀ ਜਿਹੜੀ ਗੱਲ ਆ ਬਹਿ ਜਾ ਪੁੱਤ ਆ ਜਾ। 2 ਲੱਖ ਰੁਪਇਆ ਲੈ ਗਿਆ, ਕੱਲ ਨੂੰ ਸਾਰੇ ਘਰ ਨੂੰ ਤੰਗਲੀ ਲਾ ਲੂ ਐ ਲੋੜ ਤਾਂ। ਨਹੀਂ ਨਹੀਂ ਬਾਈ ਯਾਰ ਤੂੰ ਦੇਖਤਾ ਸੀ ਕੀ ਬੋਲੀ ਨਾ? ਨਹੀਂ ਬੋਲਣਾ ਕੀ ਆ, ਮੈਂ ਔਖਾ ਹੋ ਕੇ ਯਾਰ ਫੜ ਕੇ ਦਿੱਤਾ, ਦੁੱਖ ਨਹੀਂ ਹੁੰਦਾ ਇਹ ਗੱਲ ਦਾ ਦੇਖ ਯਾਰ ਤੂੰ, ਤੇ ਮੈਨੂੰ ਵੀ ਨਹੀਂ ਦੱਸੀ ਨਾ ਇਹ ਗੱਲ ਵੀ ਮਾਮੇ ਨੇ ਮੰਗਿਆ ਪੈਸੇ। ਐ ਮਨਿੰਦਰ ਰਾਜਪਾਲ ਕਿਹੜੇ ਪੈਸੇ ਦੀ ਗੱਲ ਕਰਦਾ? ਹਾਂਜੀ ਜਿਹੜੇ ਪੈਸੇ ਆਪਾਂ ਤਾਂ ਫੜੇ ਹੀ ਨਹੀਂ ਸੀ, ਮੈਂ ਤੁਹਾਨੂੰ ਕਿਹਾ ਸੀ ਮਾਸੀ ਦੀ ਕੁੜੀ ਨੂੰ ਚਾਹੀਦੇ ਆ ਨਾ। ਹਾਂਜੀ ਮੈਂ ਤੁਹਾਨੂੰ ਝੂਠ ਮਾਰਿਆ ਸੀਗਾ, ਪੈਸੇ ਨਾ ਮਾਮਾ ਮੰਗਦਾ ਸੀਗਾ ਮੇਰੇ ਤੋਂ। ਮਾਮੇ ਨੇ ਕੀ ਕਰਨੇ ਆ, ਕੋਈ ਲੋੜ ਹੋਊ ਉਹਨੂੰ ਫਿਰ ਤੂੰ ਮੈਨੂੰ ਦੱਸ ਦਿੰਦੀ ਜਾਂ, ਉਹਨੇ ਮੈਨੂੰ ਕਿਉਂ ਨਹੀਂ ਦੱਸਿਆ ਫਿਰ? ਮਾੜੀ ਮੋਟੀ ਤਾਂ ਬਾਈ ਪੜਤਾਲ ਕਰਿਆ ਕਰੋ ਯਾਰ ਗੱਲ ਦੀ, ਬੁੜੀਆਂ ਹੱਥ ਮੁਖ ਤਿਆਰੀ ਦੇ ਕੇ ਐਂ ਲੋਟ ਕੇ ਮੈਂ ਉਹ ਗੱਲ। ਚਲੋ ਕੋਈ ਗੱਲ, ਉਹਨੇ ਮੰਗ ਹੀ ਲਏ ਪੈਸੇ ਯਾਰ, ਇਹ ਮਸਿਆਰੀ ਵਾਲੀ ਕੀ ਗੱਲ ਆ ਬਾਈ? ਪੈਸੇ ਉਹਨੇ ਆਪਦੇ, ਉਹ ਤੈਨੂੰ ਤਾਂ ਦੱਸਣਾ, ਤੈਨੂੰ ਪਤਾ ਨਹੀਂ ਗੱਲ ਦਾ ਯਾਰ? ਐਂ ਤਾਂ ਹੁਣ ਉਹਨੇ ਮੈਨੂੰ ਝੂਠ ਮਾਰਤਾ, ਮੈਨੂੰ ਤਾਂ ਉਹਦੇ ਯਕੀਨ ਹੀ ਆ, ਫਿਰ ਮੈਂ ਕੀ ਕਰਾਂ ਇਹ ਗੱਲ ਦੇ ਵਿੱਚ? ਇੱਕ ਮਿੰਟ ਮੈਂ ਵੀ ਗੱਲ ਕਰਦੀ ਆ। ਹੁਣ ਇਹਨੇ ਪੈਸੇ ਆਪਦੀ ਲੋੜ ਨੂੰ ਨਹੀਂ ਮੰਗੇ ਮਾਮੇ ਨੇ, ਮਾਮੇ ਨੂੰ ਕਿਤੇ ਪਤਾ ਲੱਗ ਗਿਆ ਜਿਹੜਾ ਘਰ ਨਹੀਂ ਆਪਾਂ ਲਿਆ ਵੀ ਜਸਮੀਤ ਦੇ ਨਾਂ ਆ। ਅੱਛਾ ਤੇ ਮਾਮਾ ਮੈਨੂੰ ਕਹਿੰਦਾ ਨਾ ਵੀ ਜੇ ਤੂੰ ਮੈਨੂੰ ਪੈਸੇ ਨਾ ਦਿੱਤੇ 2 ਲੱਖ ਰੁਪਇਆ, ਤਾਂ ਮੈਂ ਕਹਿੰਦਾ ਤੇਰੀ ਸੱਸ ਨੂੰ ਦੱਸੂਗਾ, ਮੰਮੀ ਨੂੰ ਦੱਸੂਗਾ ਵੀ ਜਿਹੜਾ ਘਰ ਜਸਮੀਤ ਆ ਉਹ ਘਰੇ ਕਲੇਸ਼ ਪਵਾਊਗਾ। ਪਿਛਲੀ ਵਾਰ ਵੀ ਪਵਾ ਕੇ ਗਿਆ ਸੀਗਾ, ਮੈਂ ਡਰ ਗਈ, ਮੈਂ ਕਿਹਾ ਇਸ ਵਾਰ ਫੇਰ ਕਲੇਸ਼ ਪਊਗਾ, ਐਵੇਂ ਕਿਉਂ ਵੀ ਆ, ਪਹਿਲਾਂ ਵੀ ਕਿੰਨੇ ਆਪਾਂ ਦੇਖ ਕਿਸੇ ਤੱਕ ਵੱਧ ਗਏ ਸੀਗੇ। ਅੱਛਾ ਤੂੰ ਪ੍ਰਧਾਨ ਬਣ ਗਈ, ਅੱਛਾ ਹੁਣ ਕਲੇਸ਼ ਹਟ ਜੂਗਾ? ਨਾ ਇਹ ਤਾਂ ਤੇਰੇ ਕੋਲ ਗੱਲ ਨਹੀਂ ਸੀ ਕਰਦੀ ਭਾਈ, ਇਹ ਤਾਂ ਮੈਂ ਇਹਨੂੰ ਆਖਿਆ ਭਾਈ ਕੁਲਦੀਪ ਨੂੰ ਪਤਾ ਲੱਗਣਾ ਚਾਹੀਦਾ ਵੀ ਸਵੇਰ ਨੂੰ ਹੋਰ ਕਹੂਗਾ ਫਿਰ ਤੂੰ ਕਿੱਥੋਂ ਦੇਵੇਂਗੀ ਲੈ ਕੇ। ਉਹੀ ਤਾਂ ਗੱਲ ਆ ਬੇਬੇ, ਨਾਲੇ ਬਾਈ ਲੋਕ ਕੱਲ ਨੂੰ ਕੀ ਪਤਾ ਕੀ ਗੱਲਾਂ ਬਣਾਉਣਗੇ ਯਾਰ, ਵੀ ਮਾਮਾ ਪਤਾ ਨਹੀਂ ਕਿਵੇਂ ਬਲੈਕਮੇਲ ਕਰਕੇ ਪੈਸੇ ਲਈ ਆਉਂਦਾ ਘਰੇ, ਬੰਦੇ ਨੂੰ ਪਤਾ ਨਹੀਂ। ਉਹ ਤਾਂ ਫਿਰ ਇਹ ਤੁਹਾਡੀ ਕੁੜੀ ਨੇ ਦੇਖਣਾ ਸੀ ਨਾ ਇਹ ਗੱਲ 'ਚ ਮੈਂ ਕੀ ਕਰੂੰਗਾ। ਉਹ ਨਹੀਂ ਤੈਨੂੰ ਉਹੀ ਤਾਂ ਤੈਨੂੰ ਕਹੀ ਜਾਂਦਾ ਵੀ ਉਹਦੇ ਨਾਲ ਗੱਲ ਕਰਨਾ, ਖਿੱਚ ਕੇ ਰੱਖੀਦਾ ਹੁੰਦਾ ਮਾੜਾ ਜਿਹਾ, ਤੈਨੂੰ ਤਾਂ ਹੀ ਦੱਸਿਆ ਪੁੱਤ ਵੀ ਇਹਨੂੰ ਵੀ ਅਸੀਂ ਆਹੀ ਸਮਝਾਇਆ ਵੀ ਤੂੰ ਕੁਲਦੀਪ ਨਾਲ ਗੱਲ ਕਰ। ਨਹੀਂ ਇਹੋ ਜਿਹੀ ਗੱਲ ਕੀ ਕਹਿੰਦਾ ਉਹ ਯਾਰ, ਮੈਨੂੰ ਸਮਝ ਨਹੀਂ ਆਈ ਪ੍ਰੋਪਰ ਤੇਰੀ ਗੱਲ। ਆ ਮਾਰੇ ਹੋਈ ਫਿਰਦੀ ਆ ਯਾਰ, ਉਹ ਘਰ ਕੋਰਦਾ ਹੀ ਭਾਈ ਤੁਹਾਡੇ ਕਹਿੰਦਾ ਹੈਗਾ
ਦੋ ਲੱਖ ਨਿਬੜਦਾ ਫਿਰ ਤੂੰ ਕੱਲ ਨੂੰ 5 ਲੱਖ ਦੀ ਡਿਮਾਂਡ ਕਰੂਗਾ ਉਹ ਦੇ ਕੱਲ ਨੂੰ ਹੋਰ ਬੰਦਾ ਆਪਾਂ ਨੂੰ ਘਰੇ ਆ ਕੇ ਡਰਾ ਦੂ ਮੈਂ ਤੁਹਾਨੂੰ ਮਾਰ ਦੂੰ ਘਰ ਨਾਲ ਲਵਾ ਦਿਓ ਮੇਰੇ ਆਪਾਂ ਲਵਾ ਦਾਂਗੇ ਫਿਰ ਨਾਲੇ ਇਹ ਤੋਂ ਨਾ ਪੁੱਤ ਤੂੰ ਕੋਈ ਗੱਲ ਲਕੋਇਆ ਕਰ ਕੁਛ ਵੀ ਹੋਵੇ ਭਾਵੇਂ ਹਰੇਕ ਗੱਲ ਦੱਸਿਆ ਕਰ ਬੇਬੇ ਨਾਲ ਹੀ ਕਰਦਾ ਗੱਲ ਹੁਣ ਉਹਨੂੰ ਪੁੱਛਦਾ ਵੀ ਕੀ ਵੱਡਾ ਹੈ ਤੇਰੇ ਭਰਾ ਨੇ ਮੈਂ ਤਾਂ ਪਹਿਲਾਂ ਹੀ ਰਾਜੀ ਨਹੀਂ ਸੀ ਉਹਦੇ ਹੁਣ ਤੇ ਮੈਨੂੰ ਪਤਾ ਸੀ ਕੁਛ ਨਾ ਕੁਛ ਬਹਿਬਤ ਕਰਨੀ ਆਇਆ ਉਹ ਬਥੇਰਾ ਸਮਝਾਇਆ ਪੁੱਤ ਆ ਦੇਖ ਲਾਮਾ ਆ ਗਏ ਤੜਕੇ ਦੇ ਗਏ ਆ ਅੱਥਣ ਕਰਤੀ ਇਹਨਾਂ ਨੇ ਕੋਈ ਨੀ ਆ ਜਾਂਦੇ ਨਾਲੇ ਮੈਂ ਤੈਨੂੰ ਐ ਕਹਿੰਦੀ ਸਾਰੀ ਗੱਲ ਕਰ ਲਈ ਹੁਣ ਇਹਨਾਂ ਨਾਲ ਆਉਣ ਦੇ ਤਾਂ ਸਹੀ ਕੋਈ ਨੀ ਪੁੱਛਦੀ ਆ ਮੈਂ ਕਿਵੇਂ ਆਈ ਜਾਂਦੀ ਆ ਤੂੰ ਘੱਟ ਕੁਛ ਕਰਦਾ ਫਿਰਦਾ ਗਾ ਨਾ ਮੈਨੂੰ ਐ ਦੱਸ ਆਹ ਘਰ ਕਿਹਦੇ ਨਾਂ ਤੇ ਹੈਗਾ ਘਰ ਕਿਸੇ ਦੇ ਨਾਂ ਤੇ ਹੋਵੇ ਮੇਰੇ ਨਾਂ ਤੇ ਆ ਇਹ ਕਿਉਂ ਤੇਰੇ ਨਾਂ ਤੇ ਆ ਆਹ ਕੁੜੀ ਦੇ ਨਾਂ ਤੇ ਹੈ ਤੇ ਫਿਰ ਕੁੜੀ ਵੀ ਮੇਰੀ ਆ ਇਹ ਕਿਹੜਾ ਮੈਂ ਚੱਕ ਕੇ ਲਿਆਂਗੇ ਤੂੰ ਨਾ ਕੁੜੀਆਂ ਦੇ ਨਾਂ ਤੇ ਘਰ ਹੁੰਦੇ ਨੇ ਕਾਹ ਮੇਰੀ ਤਾਂ ਕੁੜੀ ਆ ਸਾਰਾ ਕੁਛ ਹਾਂ ਕੁੜੀ ਆ ਸਾਰਾ ਕੁਛ ਕੁੜੀ ਸੋਚ ਘਟਿਆ ਮੈਂ ਕੀ ਕਰਾਂ ਆਹੋ ਮੇਰੀ ਸੋਚ ਘਟਿਆ ਹੋ ਗਈ ਤੁਸੀਂ ਬਾਹਲੇ ਬਾ ਗਏ ਵੱਡੇ ਕੰਮ ਕਰਨ ਵਾਲੇ ਇੱਥੇ ਨਹੀਂ ਗੱਲ ਕੀ ਹੋ ਗਈ ਤੈਨੂੰ ਨਾਲ ਦੱਸਿਆ ਕਿ ਨਹੀਂ ਆ ਵੀ ਕੁੜੀ ਦੇ ਨਾਂ ਘਰ ਆ ਕਿਹਨੇ ਮਰਜ਼ੀ ਦੱਸਿਆ ਹੋਵੇ ਤੂੰ ਦੱਸ ਕੀ ਲੈਣਾ ਗਾ ਤੂੰ ਤਾਂ ਨਹੀਂ ਦੱਸਿਆ ਤੂੰ ਤਾਂ ਲੁਕੋ ਰੱਖਿਆ ਨਾ ਨਾ ਤੇਰਾ ਮੈਨੂੰ ਬੋਲਣ ਦਾ ਕੀ ਹੱਕ ਹੈ ਮੈਨੂੰ ਨਾ ਬੋਲ ਵੱਡਾ ਹੋਏਗਾ ਆਪਦੀ ਥਾਂ ਤੇ ਹੋਏਗਾ ਫਿਰ ਹੱਕ ਤੇਰਾ ਵੀ ਨਹੀਂ ਹੈਗਾ ਬੋਲਣ ਦਾ ਇਹਨਾਂ ਨੂੰ ਤੂੰ ਕੌਣ ਹੁੰਦੀ ਹੈ ਮਾਂ ਪੁੱਤਾਂ ਵਿੱਚ ਬੋਲਣ ਵਾਲੀ ਸਾਰੀ ਦੀ ਪਵਾੜੀ ਦੀ ਜੜ ਤਾਂ ਤੂੰ ਹੀ ਆ ਮੈਨੂੰ ਫਾਲਤੂ ਬੋਲਣ ਦੀ ਲੋੜ ਨਹੀਂ ਮਨਿੰਦਰ ਫਿਰ ਫਾਲਤੂ ਤੂੰ ਵੀ ਨਾ ਬੋਲ ਇਹਨਾਂ ਵਿੱਚ ਬੋਲਾਂਗੀ ਤੈਨੂੰ ਹੁਣ ਜੇ ਤੂੰ ਉਂਗਲਾਂ ਦਿੱਤੀਆਂ ਗਈਆਂ ਬੇਬੇ ਨੂੰ ਇਹਨੇ ਦੇਖ ਲਾ ਮਾਂ ਨਾ ਇਹਨੇ ਮੈਨੂੰ ਕਿ ਉਂਗਲਾਂ ਲਾਈਆਂ ਤੈਨੂੰ ਇਹਨੇ ਘੱਟ ਲਾਈਆਂ ਗਈਆਂ ਜਿਹੜਾ ਆਉਂਦਾ ਸਰ ਬੋਲਣ ਲੱਗ ਗਿਆ ਮੈਨੂੰ ਤੂੰ ਪਹਿਲੇ ਨੀ ਉਹਨੂੰ ਚਾਹ ਪਾਣੀ ਫੜਾ ਕੇ ਰਾਜੀ ਸੀ ਇੱਥੇ ਕਿੱਥੇ ਆਇਆ ਮਾਮਾ ਕਿੱਥੇ ਹੁਣ ਉਹ ਤਾਂ ਆਪਦੇ ਪਿੰਡ ਗਿਆ ਹੁਣ ਪੈਸੇ ਮੰਗੇ ਸੀ ਫਿਰ ਤੂੰ ਉਹਦੀ ਦੱਸਦੀ ਮੰਮੀ ਨੂੰ ਹੁਣ ਕੀ ਹੋ ਗਿਆ ਹੁਣ ਕਲੇਸ਼ ਨੀ ਪਿਆ
ਤੁਹਾਨੂੰ ਸ਼ਰਮ ਨੀ ਆਉਂਦੀ? ਤੂੰ ਚੱਕ ਕੇ ਘਰ ਕੁੜੀ ਦੇ ਨਾਂ ਕਰਾ, ਆਪਦੇ ਨਾਲ ਕਰਾ ਲੈਂਦਾ। ਮੈਂ ਮਰ ਗਈ ਸੀ, ਮੇਰੇ ਨਾਲ ਕਰਾ ਲੈਂਦਾ। ਉਹ ਬੇਬੇ, ਉਹ ਮੇਰੀ ਪੂੰਜੀ ਆ, ਚੱਲ ਮੈਂ ਕਰਾਤਾ ਦੇ ਨਾ। ਮੈਂ ਕਿਹੜਾ ਸਾਂਝੇ ਖਾਤੇ ਚੋਂ ਲੈ ਕੇ ਕਰਾਇਆ ਗਾ, ਮੇਰੇ ਕੋਲ ਪੈਸੇ ਜਮਾਂ ਸੀਗੇ, ਉਹ ਮੈਂ ਕਰਾ ਲਿਆ। ਆਹੋ ਕਰਾ ਲਿਆ ਹੈਗੇ, ਜਦਾਂ ਇਹੋ ਮੈਂ ਇਹਨਾਂ ਦਾ ਗੱਲ ਵੱਟ ਕੇ ਆ ਵੀ ਚੱਕ ਕੇ ਘਰ ਉਹਦੇ ਨਾਲ ਕਰਾ ਲਿਆ। ਅੱਛਾ ਇਹ ਹਿੱਸਾ ਫਿਰ ਤੂੰ ਉਹ ਘਰ ਚੋਂ ਭਾ ਲਏਗਾ ਦੂਜੇ ਚੋਂ? ਓਏ ਉਹ ਤਾਂ ਮੈਂ ਇਹਨਾਂ ਨੂੰ ਛੱਡ ਦੂੰ, ਨਹੀਂ ਰੱਖਦਾ, ਛੱਡ ਦੂੰਗਾ ਇਹਦੇ ਚੋਂ। ਆਹੋ ਕੁੱਤੀ ਜੀ ਸਾਨੂੰ ਦੇਤੀ, ਜਾਣ ਕੇ ਮੰਮੀ ਮੋਰੇ ਹੁਣ ਮਿੱਠੀਆਂ ਮਾਰਦਾ। ਉਹ ਕੁੱਤੀ ਜੀ ਕਾਹਦੀ ਆ, ਵਧੀਆ ਸਰਦਾ ਵਰਦਾ ਘਰ ਆ ਉਹ, ਤੂੰ ਤਾਂ ਕਹਿਣਾ ਵੀ ਮਹਿਲ ਦੇ ਦੇ ਸਾਨੂੰ ਇਹ। ਨਾ ਤੁਹਾਨੂੰ ਵੀ ਕਾਹਦਾ ਮਚੇਵਾ, ਯਾਰ ਉਹ ਮੇਰੇ ਪੇਕਿਆਂ ਦੇ ਪੈਸੇ ਆ, ਉਹਨਾਂ ਨੂੰ ਅਸੀਂ ਘਰ ਲਿਆ, ਤੁਸੀਂ ਕਾਹਦੋਂ ਮੱਚਦੇ ਇਸ ਗੱਲ ਤੇ? ਨਾ ਅਸੀਂ ਕਿਉਂ ਮੱਚਣਾ, ਫਿਰ ਤੂੰ ਬੇਬੇ ਨੂੰ ਦੱਸ ਦੀ ਜੇ ਜਸਮੀਤ ਦੇ ਘਰ ਨਾਮ ਲਾਇਆ ਸੀ। ਉਹ ਲਾਇਆ ਤਾਂ ਸੀਗਾ, ਕਲੇਸ਼ ਪੈਂਦਾ ਸੀ ਇੱਥੇ, ਗੱਲ ਵੀ ਸਮਝ ਲੈ ਭਾਬੀ ਤੂੰ। ਨਾ ਕਲੇਸ਼ ਪਾਉਣ ਦੀ ਕਿਹੜੀ ਗੱਲ ਸੀ, ਜੇ ਮੈਨੂੰ ਦੱਸ ਕੇ ਕਰਾ ਦਿੰਦੇ ਫਿਰ ਕਿੱਡੀ ਗੱਲ ਸੀਗੀ, ਫਿਰ ਤੁਹਾਡਾ ਕੁਝ ਘੱਟ ਘੱਟ ਜਾਂਦਾ। ਓਏ ਆਹ ਜਿਹੜਾ ਤੁਹਾਨੂੰ ਦੱਸੇ ਤੋਂ ਹੁਣ ਹੋ ਗਿਆ ਸੀ, ਪਹਿਲਾਂ ਹੋਣਾ ਸੀ, ਹੁਣ ਆ ਗਿਆ ਪਹਿਲਾਂ ਨਾਲੇ ਹੋਰ ਜਾਂਦਾ। ਮੈਂ ਕਹਿ ਕੇ ਤਾਂ ਗਿਆ ਵੀ ਆਉਂਦੀ ਹੋਈ ਤੂੰ, ਇਹ ਤਾਂ ਬਾਈ ਪਾ ਲੈ ਤਾਂ ਲੈ ਸੋਦੇ ਚੱਕੀ ਫਿਰਦੇ ਹੋ, ਤੁਸੀਂ ਚੱਕੀ ਫਿਰਦੇ ਹੋ ਮਾਜਣਾ, ਜਾਂ ਇਹ ਲਈ ਫਿਰਦੀ ਹੈਗੀ ਆ ਗਈ ਵੱਧ ਡੁੱਤੀਆਂ ਲਾਉਣ ਵਾਲੀ। ਮੈਂ ਛੱਡਿਆ ਉਹਨਾਂ ਨੂੰ, ਮੈਂ ਤੈਨੂੰ ਕਿਹਾ ਸੀ ਉਦੋਂ ਮੈਂ ਛੱਡਿਆ ਹੁੰਦਾ, ਨਾਲੇ ਫਿਰ ਲੋਟ ਨਹੀਂ ਆਉਂਦਾ ਇੱਥੇ ਤੁਹਾਡੇ ਤੋਂ। ਛੱਡਿਆ ਕਰ ਲੂੰਗੀ ਲੋਟ, ਮੈਂ ਆਪੇ ਜਿੰਨਾ ਮੇਰੇ ਤੋਂ ਹੋਇਆ ਮੈਂ ਕਰ ਲੂੰਗੀ, ਛੱਡ ਦੇ ਜਿੱਥੇ ਛੱਡੀ ਤੈਨੂੰ। ਤੂੰ ਐਂ ਕਰ, ਤੂੰ ਮਾਮੇ ਨੂੰ ਰੱਖ ਲੈ ਇੱਥੇ, ਅਸੀਂ ਵਗ ਜਾਂਦੇ ਆ ਫਿਰ, ਨਿਕਲ ਜਾਂਦੇ ਆ, ਐਂ ਕਰ ਲੈ ਜਾਂਦਾ ਫਿਰ। ਕੋਈ ਨੀ ਰੱਖ ਲੂੰਗੀ ਮਾਮੇ ਨੂੰ, ਕਿ ਉਹ ਕੀ ਤੁਹਾਨੂੰ ਕੋਈ ਦੁੱਖ ਦਿੰਦਾ ਗਾ? ਉਹ ਦੁੱਖ ਹੀ ਦਿੰਦਾ, ਠੱਗੀਆਂ ਮਾਰੀ ਨਾ ਇਹਨੂੰ, ਡਰਾਈ ਗਿਆ ਕਹਿ ਦੇਣਾ। ਮੈਂ ਇਹ ਭਾਲ ਦਿੱਤਾ ਹੀ ਹੈ ਵੀ ਅੱਡ ਹੋ ਜੀ, ਅਸੀਂ ਇਕੱਲੇ ਰਹੀਏ। ਅੱਡ ਹੋ ਜੀਏ, ਮੈਂ ਤਾਂ ਤੁਹਾਨੂੰ ਆਪ ਇੱਥੇ ਨਾ, ਨਹੀਂ ਕਹਿ ਤਾਂ ਦਿੱਤਾ ਵੀ ਅਸੀਂ ਵਗ ਜਾਂਦੇ ਆ, ਅਸੀਂ ਵਗ ਜਾਂਦੇ ਆ ਫਿਰ, ਤੁਸੀਂ ਤਾਂ ਰਹੋ ਇੱਥੇ। ਨਾ ਨਾ, ਅੱਡ ਹੋਣਾ ਤਾਂ ਗੱਲ ਕਿਸੇ ਨੇ ਵੀ ਨਹੀਂ ਕੀਤੀ, ਤੂੰ ਆਪ ਹੀ ਕਹੀ ਜਾਂਦੀ ਆ। ਸਾਫ਼ ਤਾਂ ਤੁਸੀਂ ਕਹਿ ਨਹੀਂ ਸਕਦੇ, ਬਹਾਨੇ ਸਿਰ ਗੱਲਾਂ ਲੈ ਆਈ ਜਾਂਦੇ ਹੋ। ਮੈਂ ਸਾਨੂੰ ਕੀ ਚਾਹੀਦਾ? ਨਾ ਜੇ ਕੋਈ ਗੱਲ ਸੀਗੀ ਤੂੰ ਘਰੇ ਆ ਕੇ ਗੱਲ ਕਰ ਲੈਂਦੀ, ਮੇਰੇ ਕੋਲ ਗੱਲ ਕਰ ਰਹੀ, ਇਹਨੂੰ ਉਂਗਲ ਲਾਉਣਾ ਜ਼ਰੂਰੀ ਸੀ ਤੈਨੂੰ? ਮੰਮੀ ਮੈਂ ਗੱਲ ਦੱਸੀ, ਕੋਈ ਉਂਗਲ ਨਹੀਂ ਲਾਈ ਹੈਗੀ। ਹਾਂ ਉਂਗਲ ਨਹੀਂ ਲਾਈ ਹੈਗੀ, ਚਲੋ ਹੋਰ ਕੀ ਹੈਗਾ ਮੰਮੀ? ਦੇਖ ਲਾ ਦੱਸਿਆ ਵੀ ਕਿੱਥੇ ਜਾ ਕੇ ਆਪਦੇ ਪੇਕੇ, ਉੱਥੋਂ ਨਾ ਮੂਹਰੇ ਵੀ ਜਲੂਸ ਕੱਢਿਆ ਹੀ। ਹੱਥ ਕਿਉਂ ਬਾਦੀ ਤੇ ਅੱਗ ਪਾਈ ਜਾਂਦੀ ਆ? ਆਹੋ ਅੱਗ ਮੈਂ ਤਾਂ ਪਈ ਹੋਈ ਹੈਗੀ, ਤੂੰ ਨਹੀਂ ਕੁਛ ਕੀਤਾਗਾ, ਤੂੰ ਜਾ ਕੇ ਉੱਥੇ 100-100 ਗੱਲਾਂ ਹੋਰ ਕਰਕੇ ਆਈ ਹੋਏਂਗੀ। ਮੈਂ ਤਾਂ ਪਰਦੇ ਨਾਲ ਦੱਸਿਆ ਮੈਨੂੰ ਪਾਸੇ ਕਰਕੇ ਗੱਲ ਆ, ਇਹ ਰੁਪਈਏ ਮੰਗੇ ਸੀ ਰਾਜਪਾਲ ਤੋਂ, ਉਹਦੇ ਜਿੱਤੇ ਆਇਆ ਉਹ ਪੈਸੇ ਦੇ ਕੇ ਗਿਆ ਸੀ 2 ਲੱਖ, ਉਹ ਮਾਮਾ ਸੜਾ ਕੇ ਗਿਆ 2 ਲੱਖ ਰੁਪਈਆ, ਹੁਣ ਕੀ ਕਰਾਂਗੇ ਦੱਸ? ਨਾ ਉਹਨੇ ਮੋੜਨੇ ਆਉਣਾ। ਬਸ ਕਰ ਵੇ, ਐਵੇਂ ਝੂਠ ਨਾ ਬੋਲ, ਜਾਣਦੀ ਆ ਮੈਂ ਇਹਨੂੰ ਵੀ। ਮੰਮੀ ਝੂਠ ਨਹੀਂ ਬੋਲਦੇ, ਤੂੰ ਮਾਮੇ ਨੂੰ ਫੋਨ ਲਾ ਕੇ ਪੁੱਛ ਲੈ, ਪਾਣੀ ਦਾ ਪਾਣੀ ਇੱਥੇ ਕਰ ਦੂੰਗਾ ਥੋੜੇ ਦਿਨਾਂ ਤੱਕ, ਤੂੰ ਦੇਖੀ ਜਾਈ। ਕੋਈ ਨੀ ਕਰਦੀ ਫਿਰ, ਜਿਹੜਾ ਤੇਰੇ ਕੋਲ ਹੋਇਆ ਤੂੰ ਕਰਦੇ, ਜਿਹੜਾ ਮੇਰੇ ਤੋਂ ਮੈਂ ਕਰ ਲੂੰਗੀ, ਹੁਣ ਦੇਖੀ ਜਾਓ ਫਿਰ। ਕਾਹਦੇ ਖਾਤੇ ਰਿਸ਼ਤੇਦਾਰੀ ਚ ਫਰਕ ਪੈਂਦਾ? ਪੈਂਦਾ ਫਰਕ, ਹੋਰ ਹੁਣ ਇਹ ਦੋ ਅੱਗੇ ਫਰਕ ਹੋਰ ਕੀ ਪੈਜੂਗਾ? ਉਹ ਬੇਬੇ ਸੱਚੀ ਆ ਗੱਲ, ਝੂਠ ਨਹੀਂ ਹੈਗੀ ਇਹ, ਮੰਨ ਗੱਲ ਨੂੰ ਤੂੰ। ਬਸ ਕਰ, ਤੂੰ ਇਹਦੀ ਗੱਲ ਮੰਨੀ ਆ ਨਾ, ਇਹਦੇ ਮਗਰ ਲੱਗ ਕੇ ਰਹਿ, ਤੂੰ ਵੀ ਇਹਦੇ ਕੋਈ ਗੱਲ ਥੱਲੇ ਲੱਗ ਕੇ ਬੈਠਾਂਗਾ ਇਹਦੇ। ਥੱਲੇ ਕੋਈ ਨੀ ਲੱਗ ਕੇ ਬੈਠਾ, ਮੈਂ ਤਾਂ ਥੱਲੇ ਤਾਂ ਇਹ ਲਾਈ ਬੈਠੀ ਆ ਲਾਡੀ ਨੂੰ ਚੂ ਨੀ ਕਰਨ ਦੀ। ਨਾ ਤੂੰ ਮੈਨੂੰ ਕਿਉਂ ਬੋਲਦਾ ਬਾਰ ਬਾਰ? ਪਰ ਇਹਨਾਂ ਨੇ ਕਦੇ ਮੈਨੂੰ ਝੂਠ ਵੀ ਨੀ ਬੋਲਿਆ। ਮੰਮੀ ਝੂਠ ਸੱਚ ਕਿਹੜਾ ਬੋਲਦੇ ਇਹ? ਵੀ ਇਹਨਾਂ ਨੇ ਝੂਠ ਬੋਲਿਆ ਕੋਈ? ਅਸੀਂ ਤੁਹਾਡੇ ਵਾਂਗੂ ਝੂਠ ਬੋਲ ਬੋਲ ਕੇ ਨਹੀਂ ਉਹ ਕਰਦੇ ਗੱਲਾਂ। ਜਦੋਂ ਇਹ ਗਈ ਸੀ ਉਹ ਤਾਂ ਵੀ ਬਣ ਕੇ ਚਲੇ, ਵਾਲੀ ਮਾੜੀ ਹੋਈ ਪਈ ਸੀ, ਹੁਣ 10 ਮਿੰਟ ਇਹ ਚੰਗੀ ਵੀ ਹੋ ਗਈ ਬੇਬੇ, ਤੂੰ ਵੀ ਇੱਕ ਗੱਲ ਤੇ ਖੜ ਜਾ ਕਰ। ਮੈਂ ਖੜੀ ਆ, ਮੈਂ ਤਾਂ ਖੜ ਜਾ ਕਰਨ ਵਾਲੇ, ਹੋਰ ਐਡੇ ਦੇ ਲੁਕਲ ਭੇਡ ਰੱਖਦੇ ਆ ਤੁਸੀਂ, ਹੁਣ ਮੈਂ ਤੁਹਾਡੇ ਤੇ ਕੀ ਯਕੀਨ ਕਰਾਂ? ਬਸ ਕਰਨੀ, ਲੈ ਬਸ ਕਰ, ਗੱਲ ਸੁਣ ਲੈ ਬੇਬੇ, ਮਾਮਾ ਇੱਥੇ ਆਵੇ ਨਾ, ਜਾਂ ਤਾਂ ਇੱਥੇ ਕੋਈ ਬੰਦਾ ਮਰ ਜੂ 100 ਉਹ ਤਾਂ ਆਊਗਾ ਭਾਈ ਗੰਡਾ, ਤੇ ਮਾਮਾ ਵੜ ਗਿਆ ਨਾ, ਮੈਂ ਉਹਦੇ ਗੋਡੇ ਕੱਢ ਦੂੰ, ਫੇਰ ਨਾ ਕਹੀਂ ਵੀ ਇੱਥੇ ਨੁਕਸਾਨ ਹੋ ਗਿਆ ਬੇਬੇ। ਨਾ ਐਂ ਕਿਵੇਂ ਤੂੰ ਕਰ ਦੇਂਗਾ ਕੁਛ, ਜਿੰਨਾ ਚਿਰ ਮੈਂ ਬੈਠੀ ਆ ਹੱਥ ਵੀ ਲਾ ਕੇ ਦਿਖਾਈ ਨਾ ਉਹ। ਹੁਣ ਮੈਂ ਮਰਦਾ ਤੱਕ ਚੱਬੂਗਾ ਹੀ, ਕੁਛ ਨਾ ਕੁਛ ਕਰੂੰਗਾ ਹੀ, ਤਾਂ ਮੇਰਾ ਘਰ ਪੱਟਿਆ ਜਾਂਦਾ ਗਾ, ਇਹਨੂੰ ਡਰਾਈ ਜਾਂਦਾ ਵਿਚਾਰੀ ਨੂੰ ਉਹ, ਕੱਲ ਨੂੰ ਹੋਰ ਕੁਛ ਕਹੂਗਾ। ਨਾ ਇਹਨੂੰ ਕੀ ਡਰਾਉਣਾ ਸੀ, ਤੂੰ ਮੇਰੇ ਬਾਰੇ ਕਿੰਨਾ ਕੁ ਸੋਚਿਆ, ਆਪਦੇ ਨਾ ਕਰਾ ਲੈਂਦਾ ਘਰ, ਮੇਰੇ ਨਾ ਕਰਾ ਲੈ, ਚੱਕ ਕੇ ਕਹਾਂ ਇਹਦੇ ਨਾ ਕਰਾ ਦਾ ਕੁੜੀ ਦੇ, ਜਵਾਈ ਕਦੇ ਬਣਿਆ ਕਿਸੇ ਦੇ? ਉਹ ਕਦੋਂ ਬੇਬੇ ਜਵਾਈ ਬਣਿਆ, ਕਦੋਂ ਕੀ ਹੋਇਆ, ਕਿੱਥੇ ਫਿਰਦੀ ਆ ਤੂੰ? ਤੂੰ ਉਦੋਂ ਰਹੇਂਗੀ ਕਿ ਨਾ ਰਹੇਂਗੀ, ਨਹੀਂ ਪਤਾ ਮੈਂ ਰਹਾ ਨਾ ਰਹਾ, ਦੱਸ ਗੱਲ ਸੁਣ ਲਾ ਮੇਰੀ, ਜਾਂਦਾ ਘਰ ਆਉਂਦੇ ਨਾ ਤੇ ਨਹੀਂ ਮੇਰੇ ਨਾਂ ਤੇ ਕਰਾ ਦੇ, ਤੇ ਇਹ ਵੇਖ ਲਾ ਮੈਂ ਇਹਦੇ ਨਾਲ ਤਾਂ ਰਹਿਣ ਨੀ ਦੇਣਾ ਕੁੜੀ ਦੇ।
ਮੈਂ ਨਹੀਂ ਕਰਾਉਂਦਾ ਕਰਾਉਂਦਾ ਕਿਸੇ ਦੇ ਇਹਦੇ ਪੇਕਿਆਂ ਤੋਂ ਪੈਸੇ ਆਇਆ ਇਹਨੂੰ ਪੁੱਛ ਲਓ ਜੇ ਕਰਾਉਂਦੀ ਹੈ ਤਾਂ ਮੇਰੇ ਨੂੰ ਤੂੰ ਕਰਾ ਲਾ ਭਾਵੇਂ ਇਹ ਕਰਾ ਲੈਣ ਮੈਨੂੰ ਨਹੀਂ ਲੋੜ ਹੈਗੀ ਨਾ ਸਾਨੂੰ ਕੀ ਲੋੜ ਹੈ ਤੁਹਾਡੇ ਘਰ ਦੀ ਮਾਂ ਦੇ ਨਾਮ ਕਰਾ ਦੋ ਉਹੀ ਬਹੁਤ ਆ ਸਾਨੂੰ ਤਾਂ ਚਲੋ ਕੋਈ ਗੱਲ ਨਹੀਂ ਚਲੋ ਆਪਾਂ ਫੇਰ ਗੱਲ ਕਰਾਂਗੇ ਆ ਜਾਓ ਬਾ ਮਾਮਾ ਜਿਹਾ ਨਹੀਂ ਇੱਥੇ ਦਿਸਣਾ ਚਾਹੀਦਾ ਮੈਨੂੰ ਉਹ ਤਾਂ ਆਊਗਾ ਤੁਸੀਂ ਕਰ ਲਿਆ ਜਿਹੜਾ ਕੁਛ ਹੁੰਦਾਗਾ ਤੇ ਫਿਰ ਮੈਂ ਨਸਾਲ ਕੇ ਵੀ ਦਿਖਾਉਂਗਾ ਕੋਈ ਨਹੀਂ ਕਰ ਲਈ ਜਿਹੜਾ ਕੁਛ ਹੁੰਦਾ ਦੇਖ ਲੈ ਮੰਮੀ ਕਿਵੇਂ ਪਿੱਛੇ ਲਾ ਰੱਖਿਆ ਉਹੀ ਤਾਂ ਗੱਲ ਵੇਖ ਲੈ ਕਿਵੇਂ ਬੋਲਦਾਗਾ ਆ ਕੇ ਗੱਲ ਹੀ ਨਹੀਂ ਸੁਣਦਾ ਆਪਣੀ ਤਾਂ ਹੁਣ ਕੀ ਹੋਊਗਾ ਬੇਬੇ ਆਲੋ ਜੀ ਪਾਣੀ ਪੀ ਲਓ ਕੀ ਪਾਣੀ ਪੀ ਲਓ ਯਾਰ ਬਸ ਐਵੇਂ ਮੇਰੀ ਗੱਲ ਸੁਣੋ ਤੁਸੀਂ ਵੀ ਜ਼ਿਆਦਾ ਹੀ ਬੋਲਤਾ ਮੰਮੀ ਨੂੰ ਤੁਸੀਂ ਬਹਿ ਕੇ ਆਰਾਮ ਨਾਲ ਗੱਲ ਕਰ ਲੈਂਦੇ ਕੀ ਲੋੜ ਸੀ ਇੰਨੀ ਲੜਾਈ ਪਾਉਣ ਦੀ ਉਹ ਲੜਾਈ ਸਟਾਰਟ ਤਾਂ ਉਹਨਾਂ ਨੇ ਕਰੀ ਆ ਯਾਰ ਉਹਨਾਂ ਦਾ ਸਟਾਰਟ ਕਰਨੀ ਹਰਪ੍ਰੀਤ ਨੇ ਪਹਿਲਾਂ ਹੀ ਦੱਸਤਾ ਨਾ ਮਾਂ ਨੂੰ ਪਤਾ ਨਹੀਂ ਹਰਪ੍ਰੀਤ ਐਂ ਕਿਉਂ ਕਰਨ ਲੱਗ ਗਈ ਘਰੇ ਕਲੇਸ਼ ਤਾਂ ਉਹੀ ਪਵਾਉਂਦੀ ਆ ਉਹ ਯਾਰ ਇਹਨਾਂ ਨੇ ਬਸ ਆਪਣੇ ਤੋਂ ਅੱਡੋ ਵੱਡੀ ਹੋਣਾ ਇਹ ਨਹੀਂ ਕੱਟਣ ਵਾਲੇ ਬੰਦੇ ਹੈਗੇ ਆਪਣੇ ਨਹੀਂ ਆਪਾਂ ਅੱਡ ਤਾਂ ਕਾਹਤੋਂ ਹੋਣਾ ਕਿਉਂ ਪਿੰਡ 'ਚ ਐਵੇਂ ਜਲੂਸ ਕਢਾਉਣਾ ਨਿੱਕੀ ਜਿਹੀ ਗੱਲ ਪਿੱਛੇ ਹੈ ਇੰਨੇ ਟਾਈਮ ਦੇ ਆਪਾਂ ਨਾਲ ਰਹੀ ਜਾਂਦੇ ਹੁਣ ਅੱਡ ਹੋਵਾਂਗੇ ਤਾਂ ਦੱਸਾਂ ਹੋਰ ਹੁਣ ਕੀ ਕਰਾਂਗੇ ਫਿਰ ਜਦੋਂ ਇੱਕ ਹੀ ਲੀਹ 'ਤੇ ਚੱਲਦੇ ਆ ਇਹ ਉਹਨੂੰ ਉਂਗਲਾਂ ਲਾ ਜਾਂਦੀ ਆ ਮਾਂ ਬੋਲੀ ਜਾਂਦੀ ਆ ਐਵੇਂ ਮੁੜ ਕੇ ਮੈਥੋਂ ਮਾਂ ਨੂੰ ਬੋਲਿਆ ਜਾਂਦਾ ਰਾਹ ਦਾ ਮਨ ਖਰਾਬ ਹੁੰਦਾ ਮੁੜ ਕੇ ਉਹੀ ਤਾਂ ਗੱਲ ਨਾ ਤੁਸੀਂ ਨਹੀਂ ਬੋਲਣਾ ਸੀਗਾ ਮਾਂ ਨੂੰ ਆਪਾਂ ਬਾਅਦ 'ਚ ਗੱਲ ਕਰ ਲੈਂਦੇ ਟਲ ਕੇ ਆ ਜਾਂਦੇ ਇੱਕ ਵਾਰ ਤੁਸੀਂ ਉਹ ਜਦੋਂ ਉਹ ਮਾਮੇ ਦੀ ਸਾਈਡ ਲਈ ਜਾਂਦੀ ਸੀ ਫਿਰ ਹੁਣ ਬੋਲੂੰਗਾ ਤਾਂ ਸਹੀ ਉਹ ਗੱਲ 'ਤੇ ਤਾਂ ਆਉਂਦੀ ਨਹੀਂ ਜਿਹੜੀ 'ਤੇ ਮੈਂ ਲਿਆ ਉਹਨੂੰ ਫਿਰਦਾ ਉਹਨੂੰ ਮਾਂ ਤਾਂ ਹਜੇ ਵੀ ਨਹੀਂ ਮੰਨੀ ਉਹ ਨਹੀਂ ਮੰਨਦੀ ਬਾਈ ਯਕੀਨ ਹੀ ਨਹੀਂ ਕੀਤਾ ਚੱਲ ਕੋਈ ਨਾ ਜਦੋਂ ਮੰਮੀ ਦਾ ਮਾੜਾ ਜਿਹਾ ਗੁੱਸਾ ਢਹਿਲਾ ਜਿਹਾ ਹੋ ਗਿਆ ਨਾ ਆਪਾਂ ਉਦੋਂ ਗੱਲ ਕਰਾਂਗੇ ਮੰਮੀ ਨਾਲ ਉਹ 2 ਲੱਖ ਰੁਪਇਆ ਥੋੜ੍ਹਾ ਹੁੰਦਾ ਯਾਰ 2 ਲੱਖ ਠੀਕਰੀ ਨਹੀਂ ਇਕੱਠੀ ਹੁੰਦੀ ਸਹੀ ਗੱਲ ਹੈ ਜੀ ਤੁਹਾਡੀ 2 ਲੱਖ ਕਿਹੜਾ ਸੌਖਾ ਇਕੱਠਾ ਕਰਨਾ ਆਪਾਂ ਵਿਚਾਰੇ ਰਾਜਪਾਲ ਤੋਂ ਫੜੇ ਹੈ ਉਹਨੂੰ ਪਹਿਲਾਂ ਆਪਾਂ ਦੇਤੇ ਬਾਅਦ 'ਚ ਉਹਤੋਂ ਲੈ ਲਏ ਕਿਹਦੇ ਪਿੱਛੇ ਆ ਮਾਮੇ ਪਿੱਛੇ ਨਾ ਤੂੰ ਅੱਡੋ ਤੋਂ ਮੈਨੂੰ ਗੱਪ ਮਾਰਤਾ ਯਾਰ ਮੈਨੂੰ ਤੇਰੇ ਤੋਂ ਉਮੀਦ ਨਹੀਂ ਸੀ ਤੂੰ ਮੈਨੂੰ ਝੂਠ ਬੋਲੇਂਗੀ ਗੱਲ ਝੂਠ ਦੀ ਨਹੀਂ ਹੈਗੀ ਮਾਮੇ ਨੇ ਮੈਨੂੰ ਐਂ ਕਹਿ ਦਿੱਤਾ ਸੀ ਜੇ ਤੂੰ ਕੱਕੜੇ ਨਹੀਂ ਦੱਸਿਆ ਮੈਂ ਤਾਂ ਵੀ ਤੁਹਾਡੇ ਘਰੇ ਕਲੇਸ਼ ਪਵਾ ਕੇ ਜਾਊਂਗਾ ਪਿਛਲੀ ਵਾਰ ਵੀ ਕਿੰਨਾ ਕਲੇਸ਼ ਪਵਾ ਕੇ ਗਿਆ ਆਪਣੇ ਘਰੇ ਮੈਂ ਤਾਂ ਡਰ ਗਈ ਸੀ ਮੈਨੂੰ ਐਂ ਸੀਗਾ ਕਿਉਂ ਲੜਾਈ ਪਾਉਣੀ ਚੱਲ ਜੇ 2 ਲੱਖ ਨਾ ਵਿਰਦਾ ਤਾਂ ਮੈਂ ਦੇ ਦੇਣੀ ਆ 2 ਲੱਖ ਰੁਪਇਆ ਉਹ ਗੱਲ ਤਾਂ ਸੁਣ ਲਾ ਕੱਲ ਨੂੰ ਤੈਨੂੰ ਹੋਰ ਕੁਛ ਕਹੂਗਾ ਉਹ ਵੀ ਜਾਂ ਖੂਹ 'ਚ ਛਾਲ ਮਾਰ ਮੈਂ ਕਹਿ ਕੇ ਇਹਨੂੰ ਦੱਸਦਾ ਤੁਹਾਡੇ ਘਰੇ ਕਲੇਸ਼ ਪੈਜੂ ਫਿਰ ਤੂੰ ਖੂਹ 'ਚ ਮਾਰੇਂਗੀ ਛਾਲ ਦੇ ਮਗਰ ਲੱਗ ਕੇ ਗਲਤੀ ਹੋ ਗਈ ਜੀ ਹੁਣ ਤਾਂ ਮੈਨੂੰ ਵੀ ਸਮਝ ਆ ਗਈ ਕੋਈ ਗੱਲ ਨਹੀਂ ਇੱਦੂ ਮੁੜ ਕੇ ਨਹੀਂ ਇਹੋ ਜਿਹੀ ਗਲਤੀ ਕਰਦੀ ਤੁਹਾਡੇ ਤੋਂ ਕੋਈ ਨਹੀਂ ਗੱਲ ਲੁਕਾਉਂਦੀ ਮੈਂ ਉਹ ਗੱਲ ਤਾਂ ਨਹੀਂ ਲੁਕਾਉਂਦੀ ਚੱਲ ਠੀਕ ਆ ਤੂੰ ਮਜਬੂਰ ਹੋ ਗਈ ਪਰ ਗੱਲ ਦੱਸ ਦੇਈਦੀ ਹੁੰਦੀ ਹੈ ਇਹ ਬਾਅਦ 'ਚ ਬਾਹਲਾ ਵੱਡਾ ਬਵੰਡਰ ਬਣ ਜਾਂਦਾ ਹੁੰਦਾ ਗੱਲ ਦਾ ਪਹਿਲਾਂ ਮੈਂ ਦੱਸਣੀ ਲੱਗੀ ਸੀ ਫਿਰ ਮਾਮੇ ਨੇ ਮੈਨੂੰ ਡਰਾਤਾ ਕਹਿੰਦਾ ਜੇ ਦੱਸੇ ਮੈਂ ਕਿਹਾ ਸੀ ਮੈਂ ਹੁਣ ਤੈਨੂੰ ਕਕੜੀ ਨਾਲ ਗੱਲ ਕਰਦੀ ਹਾਂ ਕਹਿੰਦਾ ਕਿਸੇ ਨੂੰ ਨਹੀਂ ਦੱਸਣਾ ਘਰੇ ਕਹਿੰਦਾ ਜੇ ਦੱਸਿਆ ਤਾਂ ਹਿਸਾਬ ਲਾ ਲਈ ਤੇਰੇ ਨਾਲ ਬਣਦੀ ਕੀ ਆ ਤੇ ਹੁਣ ਤੈਨੂੰ ਡਰਾ ਕੇ 2 ਲੱਖ ਲੈ ਗਿਆ ਉਹ ਤਾਂ ਚੱਕ ਆ ਜੂਗਾ ਹੁਣ ਕੀ ਕਰਾਂਗੇ ਦੱਸ ਚੱਲ ਕੋਈ ਨਾ ਆਪਾਂ ਗੱਲ ਕਰ ਲਾਂਗੇ ਮੰਮੀ ਨਾਲ ਵੀ ਸਾਨੂੰ ਦਵਾ ਸਾਡਾ 2 ਲੱਖ ਰੁਪਏ ਮੰਮੀ ਕਿਹਨਾਂ ਚੱਕ ਲਾ ਦੂਗੀ ਯਾਰ ਲੈ ਕੇ ਤੋਂ ਉਹਦੇ ਕੋਲੇ ਕੀ ਹੈਗਾ ਮਾਮੇ ਕੋਲੇ ਚਲੋ ਕੋਈ ਨਾ ਜੇ ਐਂ ਸਮਝ ਲਾਂਗੇ ਦਾਨ ਕਰਤੇ ਹੋਰ ਕੀ ਆ ਦਾਨ ਕਰਤੇ ਪਹਿਲਾਂ ਤੂੰ ਮੈਨੂੰ ਗੱਪ ਮਾਰਿਆ ਫਿਰ ਰਾਜਪਾਲ ਨੂੰ ਮਾਰਿਆ ਜੇ ਮੈਨੂੰ ਮਾਫ ਕਰ ਦੋ ਸੌਰੀ ਗਲਤੀ ਹੋ ਗਈ ਇੱਦੂ ਮੁੜ ਕੇ ਨਹੀਂ ਐਵੇਂ ਚ ਗਲਤੀ ਕਰਦੀ ਚੱਲ ਕੋਈ ਨਹੀਂ ਯਾਰ ਜਿਹੜਾ ਕੁਛ ਹੋ ਹੀ ਗਿਆ ਉਹਦਾ ਰੱਬ ਦਾ ਭਾਣਾ ਮੰਨ ਕੇ ਮੰਨ ਲਾਂਗੇ ਚੱਲ ਹੋਰ ਕੀ ਆ ਫਿਰ ਹਾਂਜੀ ਇਹ ਤਾਂ ਹੈ ਨਾਲ ਇੱਕ ਗੱਲ ਹੋਰ ਆ ਆ ਬੇਬੇ ਹੁਣ ਦੇਖ ਲੈ 10 ਮਿੰਟਾਂ 'ਚ ਹੀ ਬਦਲ ਗਈ ਜਦੋਂ ਮੈਂ ਤੈਨੂੰ ਲੈਣ ਗਿਆ ਨਾ ਮਿੰਨਤਾਂ ਕਰੀ ਜਾਂਦੀ ਸੀ ਮੇਰੇ ਨਾਲ ਮਨਿੰਦਰ ਨੂੰ ਲਿਆ ਮਨਿੰਦਰ ਨੂੰ ਲਿਆ ਕੰਮ ਨਹੀਂ ਹੁੰਦਾ ਇੱਥੇ ਆਏ ਆ ਐਡਾ ਐਡਾ ਰੇਤਾ ਚੜ ਗਿਆ ਸੀ ਵਿਹੜੇ 'ਚ ਉਹਨੇ ਬੌਂਕਰ ਵੀ ਨਹੀਂ ਮਾਰੀ ਤੇ ਉਹ ਤਾਂ ਦਿਸੀ ਜਾਂਦਾ ਭੁੱਖੀ ਬੈਠੀ ਰਹਿੰਦੀ ਸੀ 11-11 ਵਜੇ 12-12 ਵਜੇ ਰੋਟੀ ਬਣਦੀ ਸੀ ਤੜਕੇ ਕਿਉਂ ਬਣਾਉਂਦੀ ਨਹੀਂ ਸੀ ਅੰਦਰ ਫੋਨ ਲੈ ਕੇ ਪਈ ਰਹਿੰਦੀ ਕਦੇ ਮਾਂ ਦਾ ਆ ਗਿਆ ਕਦੇ ਭੈਣ ਦਾ ਆ ਗਿਆ ਕਦੇ ਕਿਹਦਾ ਆ ਗਿਆ ਫੋਨ ਹੀ ਲੋਟ ਆਉਂਦੇ ਸੀ ਕਦੇ ਨਾਲ ਵਾਲੀਆਂ ਪੜ੍ਹਨ ਵਾਲੀਆਂ ਦਾ ਆ ਗਿਆ ਇਹਨੇ ਕੰਮ ਨਹੀਂ ਕੀਤਾ ਨਾ ਪਿੱਛੋਂ ਹੀ ਪਹਿਲਾਂ ਹੀ ਨਹੀਂ ਕੀਤਾ ਕੰਮ ਉਹ ਕੰਮ ਤਾਂ ਫਿਰ ਮਾਂ ਪਿਓ ਨੂੰ ਸਿਖਾਉਣਾ ਚਾਹੀਦਾ ਹੁੰਦਾ ਨਾ ਹਾਂਜੀ ਇਹ ਤਾਂ ਉਤੋਂ ਦੀ ਉਹਨਾਂ ਦੇ ਹੋਈ ਫਿਰਦੀ ਆ ਉਹ ਤਾਂ ਚੰਗੇ ਆ ਬੰਦੇ ਇਹ ਪਤਾ ਨਹੀਂ ਕਿਉਂ ਜਾਂਦਾ ਪੈਰ ਛੱਡ ਗਏ ਇੱਥੇ ਹੈਗੇ ਪਤਾ ਹੀ ਨਹੀਂ ਕੀ ਗੱਲ ਕਲਾਡੀ ਵੀ ਨਹੀਂ ਕੁਛ ਕਹਿੰਦਾ ਨਾ ਮਾੜਾ ਮੋਟਾ ਜੇ ਉਹਨੂੰ ਮਾੜਾ ਘੂਰੇ ਫੇਰ ਆ ਨਾ ਉਹ ਹੁਣ ਇਹਨੂੰ ਕੀ ਕਹੇ ਯਾਰ ਅਗਲੇ ਦਾ ਘਰ ਪੱਟਿਆ ਜਾਂਦਾ ਲੋਕ ਤਮਾਸਾ ਇਹਦੇ ਨਾਲ ਜਿੰਨਾ ਲੜੀ ਚੱਲ ਉਨਾ ਥੋੜ੍ਹਾ ਮੈਂ ਤੂੰ ਇੱਕ ਕੰਮ ਕਰ ਹੁਣ ਤੂੰ ਬੇਬੇ ਨੂੰ ਮਾੜਾ ਅਹਿਸਾਸ ਕਰਾ ਵੀ ਮੇਰੀ ਕਿੰਨੀ ਲੋੜ ਆ ਇੱਥੇ ਕਿੰਨੀ ਵੈਲਿਊ ਆ ਘਰੇ ਜੋ ਤੈਨੂੰ ਕੰਮ ਕਹਿੰਦੇ ਹੁੰਦੇ ਤੂੰ ਆਖੇ ਨਾਲ ਲੱਗ ਕੇ ਨਾ 8-10 ਦਿਨ ਕੰਮ ਕਰੂ ਕੌਣ ਕੰਮ ਆਪੇ ਕਰਨਗੇ ਫਿਰ ਜਦੋਂ ਭੂਤਨੀ ਭੁੱਲ ਗਈ ਫਿਰ ਪਤਾ ਲੱਗੂ ਇਹਨਾਂ ਨੂੰ ਹੁਣ ਤੈਨੂੰ ਐਂ ਹੀ ਆ ਫਾਲਤੂ ਆ ਦੋਨੇ ਜਾਣੇ ਵੀ ਫਿਰਦੇ ਆ ਦੰਦ ਪਿੜਦੇ
ਚੱਲ ਦੇਖ ਲਓ ਜਿਵੇਂ ਤੁਸੀਂ ਕਹਿੰਦੇ ਮੈਂ ਤਾਂ ਉਵੇਂ ਕਰਕੇ ਦੇਖ ਲੈਂਦੀ ਹਾਂ ਪਰ ਐਵੇਂ ਇਹ ਨਾ ਹੋਵੇ ਨਾ ਇਸ ਗੱਲ ਦਾ ਵੀ ਇਸ਼ੂ ਬਣ ਜੇ ਘਰੇ ਉਹ ਯਾਰ ਇਸ਼ੂ ਕਿਹਦੇ ਨਾਲ ਬਣੂ ਆਪਣੇ ਨਾਲ ਹੀ ਬਣੂ ਆਪਾਂ ਉਦੋਂ ਟਲ ਜਿਆ ਕਰਾਂਗੇ ਕਿਹੜਾ ਜਦੋਂ ਆਖੇ ਕਰ ਲਓ ਕਹਿੰਦੀ ਹੁੰਦੀ ਕੰਮ ਕਰ ਆਖੇ ਨਾ ਲੱਗਿਆ ਕਰ ਆਸੇ ਪਾਸੇ ਟਲ ਜਿਆ ਕਰ 5-10 ਮਿੰਟ ਠੀਕ ਰੋਟੀ ਪਾਣੀ ਲੇਟ ਕਰਦਿਆ ਕਰ ਦੇਖਦੇ ਹਾਂ ਫਿਰ ਕੀ ਬਣਦਾ ਠੀਕ ਹੈ ਜੀ ਇੱਕ ਵਾਰੀ ਦੇਖ ਤਾਂ ਅਸੀਂ ਭਜਾ ਕੇ ਕਿੱਥੋਂ ਤੱਕ ਭਾਈਦੇ ਆ ਇਹ ਪੋਲੇ ਤਾਂ ਕਰ ਇਹਨਾਂ ਨੂੰ ਗੱਲ ਤਾਂ ਤੁਹਾਡੀ ਸਹੀ ਹੈ ਇਹਨਾਂ ਨੂੰ ਵੀ ਤਾਂ ਪਤਾ ਲੱਗੇ ਹੈ ਵੀ ਸਾਧਨ ਮੰਮੀ ਮੈਨੂੰ ਬੋਲਦੀ ਰਹਿੰਦੀ ਆ ਉਹ ਮਿੰਟਾਂ 'ਚ ਉਹਦੇ ਵੱਲ ਦੀ ਹੋ ਜਾਂਦੀ ਆ ਹੈ ਉਹਦੀ ਹਰ ਇੱਕ ਗੱਲ ਮੰਨਦੀ ਆ ਮੇਰੀ ਕੋਈ ਗੱਲ ਵੀ ਨਹੀਂ ਸੁਣਦੀ ਉਹ ਨਾਲੇ ਉਹ ਪਹਿਲਾਂ ਨੂੰ ਜਦੋਂ ਤੂੰ ਇਹ ਨਹੀਂ ਸੀ ਗਾਲਾਂ ਦੇਈ ਜਾਂਦੀ ਸੀ ਹਰਪ੍ਰੀਤ ਆਏ ਹਰਪ੍ਰੀਤ ਆਏ ਉਹਨੇ ਜਦੋਂ ਇੱਕ ਉਂਗਲ ਲਾਤੀ ਉਹਦੇ ਵੱਲ ਦੀ ਹੋ ਕੇ ਖੜ ਗਈ ਹੁਣ ਹਰਪ੍ਰੀਤ ਨੇ ਵੀ ਤਾਂ ਹੀ ਲਾਈ ਹੋਊਗੀ ਨਾ ਵੀ ਹੁਣ ਮੰਮੀ ਮੇਰੇ ਨਾਲ ਲੜਨ ਲੱਗ ਗਈ ਵੀ ਹੁਣ ਮਨਿੰਦਰ ਆਊਗੀ ਵੀ ਮੈਂ ਕੰਮ ਨਹੀਂ ਕਰਿਆ ਵੀ ਹੁਣ ਉਹਦੀ ਵਾਹ ਵਾਹ ਹੋਊਗੀ ਤਾਂ ਕਰਕੇ ਹੁਣ ਤੈਨੂੰ ਉੱਤੇ ਹੁੰਦੀ ਨਹੀਂ ਦੇਖ ਸਕਦੀ ਉਹ ਮੈਂ ਦੇਖਿਆ ਹੋਇਆ ਪਤਾ ਹੀ ਨਹੀਂ ਆਪਣੇ ਘਰੇ ਤਾਂ ਕੀ ਹੋਈ ਜਾਂਦਾ ਕੀ ਨਹੀਂ ਹੋਈ ਜਾਂਦਾ ਕਦੇ ਨਾ ਸੁੱਖ ਦਾ ਸਾਹ ਹੈ ਆਪਣੇ ਤਾਂ ਨਿੱਤ ਦਾ ਕਲੇਸ਼ ਆ ਪਰ ਮੰਮੀ ਵੀ ਨਹੀਂ ਸਮਝਦੀ ਕਿੰਨੇ ਵਾਰੀ ਸਮਝਾ ਕੇ ਦੇਖ ਲਿਆ ਜੇ ਮੰਮੀ ਨੂੰ ਮਾੜੀ ਮੋਟੀ ਮੱਤ ਆ ਜਾਏ ਨਾ ਤੇ ਆਪਣੇ ਘਰੇ ਲੜਾਈ ਪਵੇ ਨਾ ਤੇ ਨਾ ਕਿਸੇ 'ਚ ਐਂ ਹੋਵੇ ਵੀ ਹਾਂ ਈਰਖਾ ਆਵੇ ਕਿਸੇ 'ਚ ਉਹ ਯਾਰ ਉਹ ਤਾਂ ਬੁੜਾ ਸਰੀਰ ਆ ਉਹ ਤਾਂ ਬੁੜਾ ਸਰੀਰ ਤਾਂ ਜਵਾਕਾਂ ਵਰਗਾ ਹੋ ਜਾਂਦਾ ਹੁੰਦਾ ਮੈਂ ਤੈਨੂੰ ਐਂ ਕਹਿਣਾ ਬਸ ਜਿਹੜਾ ਮੈਂ ਤੈਨੂੰ ਪਲਾਨ ਦੱਸਿਆ ਤੂੰ ਉਹਦੇ ਹਿਸਾਬ ਨਾਲ ਚੱਲੀ ਫਿਰ ਦੇਖੀ ਤੈਨੂੰ 10 ਦਿਨਾਂ 'ਚ ਪੋਲੇ ਹੁੰਦੇ ਦਿਖਾ ਦੂੰਗਾ ਇਹ ਮੈਂ ਠੀਕ ਹੈ ਜੀ ਆਪਾਂ ਕਿਹੜਾ ਨਾਲ ਵੱਖ ਹੋਣਾ ਹੈ ਨਹੀਂ ਆਪਾਂ ਤਾਂ ਨਹੀਂ ਹੁੰਦੇ ਆਪਾਂ ਅੱਡ ਤਾਂ ਹੁੰਦੇ ਨਹੀਂ ਆਪਾਂ ਨਾਲ ਹੀ ਰਵਾਂਗੇ ਬਾਕੀ ਆ ਕੇ ਲਾ ਜੂ ਇਹਨਾਂ ਨੂੰ ਹਾਂਜੀ ਉਹ ਮੈਨੂੰ ਤਾਂ ਪਤਾ ਤੈਨੂੰ ਐਂ ਵੀ ਅੱਡ ਹੋ ਕੇ ਕੀ ਕਰਾਂਗੇ ਯਾਰ ਹਨਾ ਦੋ ਭੈਣ ਭਰਾ ਕੇ ਅੱਡੋ ਅੱਡ ਹੋ ਕੇ ਬੈਠੇ ਰਹਾਂਗੇ ਕੀ ਕਰਾਂਗੇ ਉਹ ਹੀ ਤਾਂ ਗੱਲ ਹੈ ਸੱਪ ਦੇਖ ਲਾ ਸਾਰੀ ਉਮਰ ਤੁਸੀਂ ਇਕੱਠੇ ਰਹੇ ਹੋ ਹਨਾ ਹੁਣ ਨਿੱਕੀਆਂ ਜਿਹੀਆਂ ਗੱਲਾਂ ਪਿੱਛੇ ਅੱਡ ਹੋਵਾਂਗੇ ਤੇ ਨਾਲ ਲੋਕ ਤਮਾਸ਼ਾ ਲੋਕ ਹੱਸਣਗੇ ਆਪਣੇ ਤੇ ਹੈ ਨਾਲੇ ਸਾਨੂੰ ਮਾੜਾ ਕਹਿਣਗੇ ਵੀ ਇਹਨਾਂ ਨੇ ਤੀਵੀਆਂ ਨੇ ਅੱਡ ਕਰਾਤੇ ਹੈ ਉਹ ਯਾਰ ਉਹੀ ਤਾਂ ਗੱਲ ਆ ਬਸ ਗੱਲ ਤੈਨੂੰ ਇੱਕ ਹੋਰ ਦੱਸਦਾ ਜਿਹੜਾ ਪੁਆਇੰਟ ਆ ਵਿੱਚੋਂ ਮੈਂ ਦੇਖਿਆ ਕਹੀਏ ਨੀ ਨੋਟ ਕਰਕੇ ਅੱਡ 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 ਤਾਂ ਲਾਈ ਹੈ ਨਾ ਉਹਨੇ ਵੀ ਮੈਂ ਲਾਡੀ ਨੂੰ ਅੱਡ ਲੈ ਕੇ ਬਹਿ ਜੂੰਗੀ ਤਾਂ ਬੇਬੇ ਦਾ ਸੌ ਵੀ ਮੈਂ ਲੈ ਜੂੰਗੀ ਤੇ ਉੱਧਰਲਾ ਘਰ ਵੀ ਲੈ ਜੂੰਗੀ ਇਹ ਘਰ ਦਾ ਰੌਲਾ ਤਾਂ ਪਾਉਂਦੀ ਆ ਉਹ ਕਿ ਇਹ ਚੋਂ ਵੀ ਸਾਮਣ ਵਾਲਾ ਨੂੰ ਬੇਬੇ ਦੇ ਨਾਂ ਕਰਾ ਕੇ ਜਦੋਂ ਆਈ ਆਈ ਸੀ ਨਾ ਦੇਖ ਲਾ ਮੂੰਹ ਚ ਬੋਲ ਨੀ ਹੈਗਾ ਸੀ ਨਾਲੇ ਇੰਨਾ ਮੇਰਾ ਕਰਦੀ ਸੀ ਪਤਾ ਹੀ ਨੀ ਮੁੜ ਕੇ ਕੀ ਹੋ ਗਿਆ ਪਰ ਗਲਤੀ ਤਾਂ ਬੇਬੇ ਦੀ ਆ ਬੇਬੇ ਨੇ ਐਂ ਕਰ ਕਰਕੇ ਨਾ ਉਹਦੇ ਮੂਹਰੇ ਮੈਨੂੰ ਬੋਲ ਕੇ ਜਸਮੀਤ ਨੂੰ ਬੋਲ ਕੇ ਉਹਨੂੰ ਐਂ ਕਰਤਾ ਚਮਲਾਤੀ ਉਹ ਚਮਲਾਤੀ ਜਮਾ ਇਹ ਬੇਬੇ ਹੁਣ ਔਖੀ ਹੋਊਗੀ ਗਾਂ ਜਾ ਕੇ ਤੂੰ ਦੇਖ ਲੈ ਬੇਬੇ ਤਾਂ ਔਖੀ ਹੋਊਗੀ ਬੇਬੇ ਤਾਂ ਹੁਣ ਨਹੀਂ ਸੁਣਦੇ ਉਹਨੂੰ ਪਤਾ ਇਹਦੀ ਮੈਂ ਬੁੜੀ ਦੀ ਸੁਣਨੀ ਨਹੀਂ ਲਾਡੀ ਮੇਰੇ ਮੂਹਰੇ ਬੋਲ ਦਾਣੀ ਮੇਰੀ ਚਾ ਉਧਰ ਚੱਲੂ ਜਦੋਂ ਜੀ ਕੀਤਾ ਮੈਂ ਚੱਕ ਕੇ ਝੋਲਾ ਪੇਕਿਆਂ ਨੂੰ ਜਦੋਂ ਜੀ ਕੀਤਾ ਮੇਰਾ ਬਾਹਰ ਨੂੰ ਚਲੋ ਕੋਈ ਨਾ ਆਪਾਂ ਦੇਖਦੇ ਹਾਂ 10 ਦਿਨ ਕੀ ਬਣਦਾ ਮੈਨੂੰ ਫਿਰ ਬਹਿ ਕੇ ਗੱਲ ਕਰਾਂਗੇ ਸਾਰਿਆਂ ਨੇ ਐਂ ਤਾਂ ਨਹੀਂ ਚੱਲਣਾ ਨਹੀਂ ਤਾਂ ਕਲੇਸ਼ ਤਾਂ ਨਹੀਂ ਲੋਟ ਆਉਂਦਾ ਆ ਕਲੇਸ਼ ਤਾਂ ਆ ਹੀ ਕਲੇਸ਼ ਤੋਂ ਡਰਦੇ ਮਾਰੇ ਆਪਾਂ ਇੱਥੇ ਆਏ ਸੀ ਉਹ ਘਰ ਛੱਡ ਕੇ ਹੈ ਇਹਦਾ ਹੈ ਵੀ ਲੋਕ ਉਂਗਲਾਂ ਲਾਉਂਦੇ ਸੀਗੇ ਤੇ ਉਹੀ ਸਾਰਾ ਕੁਝ ਇੱਥੇ ਹੋਈ ਜਾਂਦਾ ਫਿਰ ਫਾਇਦਾ ਕੀ ਇੱਥੇ ਆ ਜਾਂਦਾ ਪਹਿਲਾਂ ਲੋਕ ਲਾਉਂਦੇ ਸੀ ਹੁਣ ਆਪਦੇ ਘਰ ਦੇ ਲਾਉਣ ਲੱਗ ਗਏ ਘਰ ਦੇ ਲਾਉਣ ਲੱਗ ਗਏ ਚਲੋ ਕੋਈ ਨਾ ਮੈਂ ਚਾਹ ਬਣਾ ਕੇ ਲਿਆਉਣੀ ਤੁਹਾਡੇ ਵਾਸਤੇ ਨਾ ਤੁਸੀਂ ਇੱਥੇ ਪਏ ਹੋ ਤੁਹਾਨੂੰ ਪਤਾ ਤੁਸੀਂ ਘਰੋਂ ਬਾਹਰ ਰਹਿੰਦੇ ਤੇ ਕੀ ਕੁਝ ਹੋਇਆ ਤੁਹਾਡੇ ਪਿੱਛੋਂ ਹਾਂ ਇੰਨਾ ਕਲੇਸ਼ ਹੋਇਆ ਕੀ ਹੋ ਗਿਆ ਕਕਨਾ ਆਪਦੇ ਉੱਥੇ ਨਹੀਂ ਗਿਆ ਸੀਗਾ ਪੇਕੇ ਮਨਿੰਦਰ ਨੂੰ ਲੈਣ ਉਹ ਕਿੱਥੇ ਗਿਆ ਸੀ ਤਾਈ ਕੀ ਲੱਗਦੇ ਕਿ ਮਾਏ ਮਾਸੀ ਲੱਗਦੇ ਮੈਨੂੰ ਤਾਂ ਪਤਾ ਨਹੀਂ ਗਾ ਮਨਿੰਦਰ ਕਿੱਥੇ ਗਈ ਸੀਗੀ ਆਹੋ ਹਾਂ ਤੇ ਉੱਥੋਂ ਗਿਆ ਆ ਕੇ ਪਤਾ ਨਹੀਂ ਉਹਨਾਂ ਨੇ ਕੀ ਪੱਟੀ ਪੜਾਈ ਹੈ ਤੇ ਆਨਸਰ ਮੰਮੀ ਨੂੰ ਬੋਲਣ ਲੱਗ ਗਿਆ ਕਹਿੰਦਾ ਇੱਥੇ ਮਾਮਾ ਨਹੀਂ ਵੜਨਾ ਚਾਹੁੰਦਾ ਮਾਮੇ ਦੇ ਲੱਤਾਂ ਤੋੜ ਦੂੰਗਾ ਕਿਉਂ ਮਾਮੇ ਨੇ ਕੀ ਮਾੜਾ ਕਰਤਾ ਉਹਦਾ ਹੁਣ ਮੈਨੂੰ ਕੀ ਪਤਾ ਜੀ ਕੀ ਕਰਤਾ ਉਹਨੂੰ ਪਤਾ ਆਨਸਰ ਬੋਲਣ ਲੱਗ ਗਿਆ ਕੀ ਕੋਈ ਗੱਲ ਤਾਂ ਹੋਈ ਹੋਣੀ ਆ ਉੱਥੇ ਮਾਮੇ ਬਾਰੇ ਫੇਰ ਹੀ ਗੱਲ ਚੱਕੀ ਹੋਣੀ ਉਹਨੇ ਹੁਣ ਉੱਥੇ ਕੋਈ ਗੱਲ ਹੋਊਗੀ ਮਨਿੰਦਰ ਨੇ ਕੋਈ ਪੱਟੀ ਪੜਾਈ ਹੋਊਗੀ ਹੋਰ ਕੀ ਗੱਲ ਹੋਣੀ ਆ ਉਹ ਨਹੀਂ ਫਿਰ ਵੀ ਕੁਛ ਨਾ ਕੁਛ ਤਾਂ ਪਤਾ ਲੱਗੇ ਵੀ ਉਹਨੇ ਕਾਹਦੋਂ ਗਿਆ ਮਾਮੇ ਨੂੰ ਆ ਕੇ ਯਾਰ ਮੈਨੂੰ ਨਹੀਂ ਪਤਾ ਉਹ ਤਾਂ ਉਤਰਨ ਸਾਰ ਗੱਡੀ 'ਚੋਂ ਆਨਸਰ ਮੰਮੀ ਨੂੰ ਬੋਲਣ ਲੱਗ ਜੇ ਮਾਮਾ ਇੱਥੇ ਵੜ ਗਿਆ ਫਿਰ ਹਿਸਾਬ ਲਾ ਲਈ ਲਾਡੀ ਨੂੰ ਕਹਿ ਦਿਓ ਤਾਂ ਬੋਰੇ ਬਿਸਤਰਾ ਫੜਾਇਆ ਵੇ ਜੇ ਬੋ ਮੈਂ ਤਾਂ ਉਹਦੇ ਲੱਤਾਂ ਤੋੜ ਦੂੰ ਐਂ ਕਰ ਦੂੰਗਾ ਇੰਨਾ ਕੁਛ ਬੋਲਿਆ ਚੱਲ ਕੋਈ ਨਾ ਤੇ ਚੱਲ ਜੀ ਮੰਮੀ ਨੇ ਐਂ ਕਹਿਤਾ ਵੀ ਚੱਲ ਕੋਈ ਨਾ ਵੀ ਐਵੇਂ ਬਹਿ ਕੇ ਗੱਲ ਕਰ ਲਾਂਗੇ ਆਪਾਂ ਵੀ ਇਹੋ ਜਿਹੀ ਕੀ ਗੱਲ ਹੋ ਗਈ ਕਹਿੰਦਾ ਤੂੰ ਵੀ ਨਾ ਬੋਲ ਵਿੱਚ ਮੰਮੀ ਨੂੰ ਬੋਲਣ ਲੱਗ ਗਿਆ ਤੇ ਮੈਂ ਕਿਹਾ ਵੀ ਬਾਈ ਐਵੇਂ ਰੋਲਾ ਨਾ ਆਪਾਂ ਕੋਈ ਨਾ ਮੈਨੂੰ ਵੀ ਕਹਿੰਦਾ ਤੇਰਾ ਤਾਂ ਹੱਕ ਹੀ ਨਹੀਂ ਸਾਡੇ ਵਿੱਚ ਬੋਲਣ ਦਾ ਤੂੰ ਵੀ ਸਾਡੇ ਸਿਰ ਤੇ ਪਾਲ ਦਿਓ ਐਂ ਕਰ ਦਿਆ ਲੈ ਵੇਖ ਲਾ ਨਾ ਇਹੋ ਜਿਹਾ ਕੀ ਖਾ ਗਿਆ ਗਿਆ ਉੱਥੋਂ ਉਹ ਪਤਾ ਹੀ ਨਹੀਂ ਕਹਿੰਦਾ ਤੁਹਾਡੇ ਕੋਲ ਕੀ ਆ ਸਾਡਾ ਘਰ ਸਾਡੇ ਨਾਮ ਹੈ ਐਂ ਹੈ ਜੇ ਉਹ ਆ ਤੁਸੀਂ ਸਾਡੇ ਤੇ ਪਾਲਦੇ ਅਸੀਂ ਤੁਹਾਨੂੰ ਦਿੰਦੇ ਹਾਂ ਖਾਨਦਾਨ ਨੂੰ ਲਾਡੀ ਕੀ ਕਰਦਾ ਵਿਹਲਾ ਰਹਿੰਦਾ ਸਾਰਾ ਦਿਨ ਗਲੀਆਂ 'ਚ ਗੇੜੇ ਕੱਢਦਾ ਰਹਿੰਦਾ ਲੈ ਵਿਹਲਾ ਕਿੱਥੋਂ ਮੈਂ ਜੇ ਹੁਣ ਤਾਂ ਖੇਤੋਂ ਜਾ ਕੇ ਆਇਆ ਗਾ 10 ਮਿੰਟ ਆਰਾਮ ਕਰਦਾ ਸੀ ਕੀ ਵਿਹਲਾ ਕੀ ਹੁਣੇ ਕਰਤਾ
ਤੜਕੇ ਦਾ ਚਿੱਟੇ ਪੱਗ ਨਿਕਲਿਆ ਗਾ ਉਹ। ਉਹੀ ਤਾਂ ਗੱਲ ਹੈ ਜੀ, ਉਹ ਤਾਂ ਮੰਨਦੇ ਨੀ ਤੇ ਮੰਮੀ ਨੇ ਕਹਿਤਾ ਵੀ ਜਸਮੀਤ ਦੇ ਘਰ ਨਾਮ ਨੀ ਹੈਗਾ ਵੀ ਐਵੇਂ ਗਾਹ ਅੱਗੇ ਵਿਆਹੀ ਜਾਊਗੀ ਜਮਾਈ ਭਾਈ ਦਾ ਨਾਮ ਹੋ ਜਾਊਗਾ ਘਰ ਹਨਾ, ਤੇ ਮੰਮੀ ਕਹਿੰਦੇ ਤੂੰ ਆਪਦੇ ਨਾਮ ਕਰਾ ਲਾ ਘਰ ਤੇ ਮੇਰੀ ਕੁੜੀ ਆ, ਅਸੀਂ ਆਪਦਾ ਉਹ ਕਰਦੇ ਆ, ਤੁਹਾਡਾ ਕੀ ਮਤਲਬ ਆ, ਬੋਲਣ ਦਾ ਆਏ ਆ ਅਸੀਂ ਅੱਡ ਹੋ ਜਾਂਦੇ ਆ। ਲੈ ਵੇਖ ਲਓ ਜੀ, ਸਾਰਿਆਂ ਨੂੰ ਬੋਲਣ ਲੱਗ ਗਿਆ, ਤੈਨੂੰ ਵੀ ਬੋਲਿਆ, ਬੇਬੇ ਨੂੰ ਵੀ ਬੋਲਿਆ, ਮਾਮੇ ਨੂੰ ਵੀ ਬੋਲਿਆ, ਮੈਨੂੰ ਵੀ ਬੋਲ ਗਿਆ ਹੈ। ਕਮਾਲ ਆ ਯਾਰ ਉਹਦੀ ਹੈ ਨਾ, ਇਹਦੇ ਵਿੱਚ ਅੱਡ ਹੋਣ ਵਾਲੀ ਕੀ ਗੱਲ, ਮੰਮੀ ਨੇ ਆਈ ਕਿਸੇ ਆਪਦੇ ਘਰ ਨਾਮ ਕਰਾ ਲਾ। ਅੱਡ ਹੋਣ ਵਾਲੀ ਗੱਲ ਨਹੀਂ ਕਰ ਸਕਦਾ ਯਾਰ ਉਹ, ਐ ਸਾਡੇ ਭਰਾਵਾਂ 'ਚ ਦੋਵਾਂ 'ਚ ਇੰਨੀ ਬਣਦੀ ਆ, ਜੇ ਉਹਦੇ ਮਨ ਦੇ ਵਿੱਚ ਇਹੀ ਗੱਲ ਹੁੰਦੀ ਤਾਂ ਆਪਾਂ ਨੂੰ ਇੱਥੇ ਕਿਉਂ ਲੈ ਕੇ ਆਉਂਦਾ ਉਹ। ਚੰਗਾ ਜੀ, ਤੁਹਾਨੂੰ ਨਹੀਂ ਮੇਰੇ 'ਤੇ ਯਕੀਨ, ਮੰਮੀ ਨੂੰ ਪੁੱਛ ਲਿਓ ਕੀ ਗੱਲ ਹੋਈ ਸੀਗੀ। ਪੁੱਛ ਲੂੰਗਾ ਮੰਮੀ ਨੂੰ, ਤਾਂ ਕਰਦਾ ਮੰਮੀ ਨਾਲ ਗੱਲ ਜਾ ਕੇ ਮੈਂ, ਕੋਈ ਨਾ ਕੋਈ ਗਲਤ ਹੋਈ ਹੋਊਗੀ ਜਿਹੜਾ ਉਹ ਇੰਨਾ ਚਾਰੇ ਜਣੇ ਨੂੰ ਆ ਗਿਆ। ਤੁਹਾਨੂੰ ਕਿਉਂ ਮੇਰੇ 'ਤੇ ਯਕੀਨ ਹੋਊਗਾ, ਤੁਹਾਨੂੰ ਤਾਂ ਆਪਦੇ ਭਾਈ 'ਤੇ ਯਕੀਨ ਹੈ। ਉਹ ਗੱਲ ਭਾਈ ਦੀ ਨਹੀਂ, ਤੂੰ ਐਂ ਦੇਖ ਲਾ ਵੀ ਉਹਨੇ ਇੱਕ ਅੱਧੇ ਨੂੰ ਨਹੀਂ ਛੱਡਿਆ, ਸਾਰਿਆਂ ਨੂੰ ਬੋਲਿਆ ਗਾ, ਕੋਈ ਗੱਲ ਹੋਈ ਹੋਊਗੀ ਫੇਰ ਹੀ ਗੱਲ ਬੋਲਿਆ ਹੋ, ਐ ਨਹੀਂ ਬੋਲਦਾ ਉਹ ਬਿਨਾਂ ਗੱਲ ਤੋਂ, ਅੱਗੇ ਨਹੀਂ ਬੋਲਿਆ ਕਦੇ। ਕਿਹੜੀ ਗੱਲ ਹੋਈ ਹੈ ਕਿਹੜੀ ਗੱਲ ਨਹੀਂ ਹੋਈ, ਆ ਮਨਿੰਦਰ ਹੀ ਆ ਲੜਾਈ ਕਰਵਾਉਂਦੀ ਜਿਹੜੀ ਜਿੰਨੀ ਕਰਵਾਉਂਦੀ ਆ, ਇਹ ਮੂਹਰੇ ਮਿੱਠੀ ਰਹਿੰਦੀ ਆ, ਪਿੱਛੋਂ ਪਤਾ ਨਹੀਂ ਕੀ ਕੁਛ ਭਰਦੀ ਰਹਿੰਦੀ ਆ ਉਹਨੂੰ। ਲੱਗ ਜੂਗਾ ਪਤਾ ਫਿਰ, ਗੱਲ ਤਾਂ ਕਰ ਲੈਂਦੇ, ਕੋਈ ਨਹੀਂ ਮੇਰੇ ਤੇ ਕੁਲਦੀਪ ਦੀ ਗੱਲ ਹੋ ਜਾਂਦੇ, ਸਾਰੀਆਂ ਗੱਲਾਂ ਪਤਾ ਲੱਗ ਜਾਣਗੀਆਂ ਤੇ ਫਿਰ ਦੇਖਦੇ ਆ। ਹੁਣ ਤੁਸੀਂ ਕੀ ਗੱਲ ਕਰੋਗੇ ਉਹਦੇ ਨਾਲ, ਬੇਇੱਜ਼ਤੀ ਕਰਾਓਗੇ, ਉੱਥੇ ਮੈਂ ਤਾਂ ਬਥੇਰੀ ਬੇਇੱਜ਼ਤੀ ਕਰਤੀ ਉਹਨੇ। ਕੋਈ ਨਾ, ਮੈਂ ਪੁੱਛੂਗਾ ਤਾਂ ਹੈਗਾ ਉਹਨੂੰ ਵੀ ਸਾਨੂੰ ਬੋਲਣ ਦਾ ਕੀ ਮਤਲਬ ਹੈ, ਜੇ ਸਾਡੇ ਤੋਂ ਕੋਈ ਪ੍ਰੋਬਲਮ ਆ ਤਾਂ ਅਸੀਂ ਜਾ ਵੜਦੇ ਹਾਂ, ਉਹ ਪੁਰਾਣੇ ਘਰੇ ਜਾ ਵੜਾਂਗੇ ਫਿਰ ਜਿੱਥੋਂ ਆਏ ਹਾਂ, ਆਪਾਂ ਕਿਹੜਾ ਇੱਥੇ ਧੱਕੇ ਨਾਲ ਰਹੀ ਜਾਂਦੇ ਹਾਂ, ਸਹਿਮਤੀ ਨਾਲ ਹੀ ਆਏ ਹਾਂ ਆਪਾਂ ਇੱਥੇ। ਆਹੋ ਉਹ ਖੁੱਡ ਜੀ ਆਪਾਂ ਨੂੰ ਦੇਤੀ, ਉਹ ਵੀ ਮੈਨੂੰ ਸੁਣਾ ਗਿਆ, ਉਹ ਤੁਹਾਨੂੰ ਦੇਤੀ, ਤੁਸੀਂ ਰਹਿ ਲਓ ਜੇ ਕਰ ਲਓ ਨਾ, ਆਪਾਂ ਕਿਹੜਾ ਕਿਹਾ ਸੀਗਾ। ਉਹ ਯਾਰ ਕਿਹਾ ਤਾਂ ਹੈ ਨਹੀਂ, ਬਾਕੀ ਇੰਨਾ ਬੋਲਣ ਵਾਲਾ ਹੈ ਨਹੀਂਗਾ ਉਹ, ਹੈ ਕੋਈ ਗੱਲ ਨਹੀਂ ਮੈਂ ਦੇਖਦਾਂਗਾ, ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੋਈ ਹੋਣੀ ਹੈ, ਉੱਥੇ ਹੋਈ ਹੋਊਗੀ, ਮਨਿੰਦਰ ਨੂੰ ਮਨਿੰਦਰ ਦੇ ਨਾਲ ਕੋਈ ਗੱਲਬਾਤ ਹੋਈ ਹੋਊਗੀ। ਉਹੀ ਤਾਂ ਮੈਂ ਕਹੀ ਜਾਂਦੀ ਜੀ, ਉੱਥੋਂ ਆਇਆ ਉੱਥੇ ਪਤਾ ਨਹੀਂ ਕੀ ਪੱਟੀ ਪੜਾਈ ਹੈ ਨੇ ਮਨਿੰਦਰ ਨੇ। ਚੱਲ ਮੈਂ ਬੇਬੇ ਨੂੰ ਪੁੱਛਦਾ ਜਾ ਕੇ ਕੀ ਗੱਲ ਹੈਗੀ ਹੈ ਕੀ ਨਹੀਂ, ਠੀਕ ਹੈ ਤੂੰ ਐਂ ਕਰ, ਚਾਹ ਦੀ ਘੁੱਟ ਧਾਰ ਮਾੜੀ ਜੀ। ਅਤੇ ਮੈਂ ਬੇਬੇ ਕਿੱਥੇ ਬੈਠੀ ਆ, ਬਾਹਰ ਬੈਠੀ ਆ? ਬਾਹਰ ਹੀ ਬੈਠੀ ਆ ਬੇਬੇ। ਹੈਂ, ਕਮਾਲ ਹੋ ਗਈ ਯਾਰ, ਹੈਂ ਅੱਗੇ ਤਾਂ ਕਦੇ ਉਹ ਆਏ ਬੋਲਿਆ ਨਹੀਂ ਸੀ। ਹੋਰ ਯਾਰ ਮੈਨੂੰ ਤਾਂ ਟੈਨਸ਼ਨ ਜੀ ਹੋ ਗਈ ਵੀ ਐਂ ਕੀ ਗੱਲ ਹੋ ਗਈ ਇੱਕੋਦਮ। ਨਾ ਹੋਰ ਨਹੀਂ ਕੁਛ ਬੋਲਿਆ। ਹੋਰ ਕੀ ਬੋਲਣਾ, ਉਹਨੇ ਇੰਨਾ ਕੁਛ ਸੁਣ ਕੇ ਆ ਗਈ, ਹਜੇ ਕਸਰ ਆ ਹੋਰ ਬੋਲਣ ਦੀ ਉਹਨੇ? ਹੋਇਆ ਕੀ ਫਿਰ ਉਹਦੇ ਦਿਮਾਗ ਨੂੰ ਆਏ, ਮੈਨੂੰ ਤਾਂ ਨਹੀਂ ਬੋਲਿਆ ਕੁਛ, ਕੀ ਬੋਲਦਾ ਸੀ? ਦਸੀ ਤੇ ਐਨੇ ਤੁਹਾਨੂੰ ਕਹੀ ਜਾਂਦਾ ਸੀ ਵੀ ਤੁਹਾਡੇ ਸਾਡੇ ਸਿਰ ਤੇ ਪਲਦੇ ਆ ਤੁਸੀਂ, ਨਾ ਉਹਦੇ ਸਿਰ ਤੇ ਕਰਦੇ ਖਰਚਾ ਪਾਣੀ ਤੁਹਾਡਾ, ਤੁਹਾਡੇ ਕੋਲ ਕੀ ਆ? ਕਰਦਾ ਮੈਂ ਬੇਬੇ ਨਾਲ ਗੱਲ ਕਰਦਾ, ਠੀਕ ਹੈ ਜੀ, ਬੇਬੇ ਮੰਨਦੀ ਆ, ਜੇ ਇਹਨਾਂ ਨੂੰ ਆਈ ਆ ਵੀ ਅਸੀਂ ਅੱਡ ਰਹਿਣਾਗਾ ਤੇ ਇਹਨਾਂ ਨੂੰ ਛੱਡ ਦਿੰਦੇ ਆ ਆਪਾਂ ਘਰ ਤੇ ਬੇਬੇ ਨੂੰ ਨਾਲ ਲੈ ਕੇ ਚੱਲਦੇ ਆ ਉੱਥੇ, ਫਿਰ ਹੋਰ ਤਾਂ ਕੀ ਆ? ਠੀਕ ਹੈ ਚਲੋ, ਜਿਵੇਂ ਤੁਹਾਨੂੰ ਠੀਕ ਲੱਗਦਾ। ਚਲ ਮੈਂ ਦੇਖਦਾ ਯਾਰ, ਕਰਦਾ ਗੱਲ, ਠੀਕ ਤੂੰ ਬੈਠ ਦੇ। ਹੁਣ ਆਊਗਾ ਸਵਾਦ, ਹੁਣ ਮੈਨੂੰ ਕਿਵੇਂ ਬੋਲ ਦੇਣਗੇ? ਵੇਖ ਲਾ ਕਿਹੋ ਜਿਹੀ ਕਲੈਣੀ ਆਈ ਹੈ ਸਾਡੇ ਘਰੇ, ਸਾਰਾ ਘਰ ਪਾੜ ਕੇ ਰੱਖਤਾ ਸਾਡਾ, ਇੰਨੇ ਮੇਰੇ ਕਹਿਣੇ ਸੀ ਮੇਰੇ ਮੁੰਡੇ। ਕੀ ਹੋ ਗਿਆ ਬੇਬੇ? ਹੈਂ ਹਰਪ੍ਰੀਤ ਕੀ ਕਹਿੰਦੀ ਆ ਮੈਨੂੰ, ਤੈਨੂੰ ਬੋਲਿਆ ਕੁਲਦੀਪ ਕੁਛ? ਬਥੇਰਾ ਕੁਛ ਬੋਲਿਆ, ਕੋਈ ਕਸਰ ਨਹੀਂ ਛੱਡੀ ਬੋਲਣ ਵਾਲੀ ਤਾਂ ਉਹਨੇ। ਉਹ ਬੋਲਿਆ ਕਿਹੜੀ ਗੱਲ ਤੋਂ, ਪਤਾ ਤਾਂ ਲੱਗੇ, ਉਹ ਵੀ ਐਂ ਕਹੇਗੀ ਜਾ ਕੇ ਇੰਨਾ ਕੁਛ ਮੈਨੂੰ ਬੋਲਿਆ, ਇੰਨਾ ਕੁਛ ਤੈਨੂੰ ਬੋਲਿਆ, ਇੰਨਾ ਕੁਛ ਮਾਂ ਨੂੰ ਬੋਲਿਆ, ਗੱਲ ਤਾਂ ਹੋਊਗੀ ਕੋਈ ਨਾ ਕੋਈ। ਗੱਲ ਕੀ ਹੋਣੀ ਸੀ, ਉਹਨੂੰ ਲੈਣ ਗਿਆ ਸੀ, ਕੀ ਪਤਾ ਕੀ ਪੱਤੀਆਂ ਪੜਾ ਕੇ ਲੈ ਕੇ ਆਈ ਆ, ਜਿਹੜਾ ਅਨੁਸਾਰ ਮੈਨੂੰ ਬੋਲਣ ਲੱਗ ਗਿਆ। ਫਿਰ ਕਹਿੰਦਾ ਤੇਰੇ ਮਾਮੇ ਨੂੰ ਨੀ ਆ ਕਿ ਮੈਂ ਘਰੇ ਵੜ ਦਿੰਦਾ ਗਾ, ਮਾਮਾ ਨਾ ਇੱਥੇ ਆ ਬੜੇ, ਮੈਂ ਉਹਦੀਆਂ ਲੱਤਾਂ ਤੋੜ ਦੂੰ, ਐਂ ਕਰ ਦੂੰਗਾ ਨਾ, ਇਹਦੀ ਖਾਤਰ ਹੁਣ ਮੈਂ ਤੇ ਪੇਕਾ ਨਾ ਉਹ ਵਰਤਨੋਂ ਹਟ ਜਾ ਨਾ, ਉਹਨੇ ਡੋਲ ਕੀ ਦਿੱਤਾ ਇਹਦਾ ਪਤਾ ਤਾਂ ਲੱਗੇ ਕੀ ਖਰਾਬ ਕਰਤਾ, ਕੀ ਪਤਾ ਕੀ ਖਰਾਬ ਕਰਤਾ ਗਾ ਨਾ, ਮੈਨੂੰ ਐਂ ਦੱਸ ਜਦੋਂ ਤੁਹਾਡਾ ਪਿਓ ਮੁੱਕ ਗਿਆ ਸੀਗਾ ਉਹਨਾਂ ਨੇ ਮੇਰਾ ਸਾਥ ਦਿੱਤਾ ਗਾ, ਹੋਰ ਕਿਹੜੇ ਤਰੀਕੇ ਨੇ ਸਾਥ ਦਿੱਤਾ ਮੇਰਾ? ਉਹ ਮੈਨੂੰ ਤਾਂ ਤੁਹਾਨੂੰ ਬਾਲ ਪਰੋਸ ਕੇ ਇੱਥੋਂ ਤੱਕ ਲੈ ਕੇ ਆਈ ਆ, ਹੁਣ ਤੁਸੀਂ ਜਨਾਨੀਆਂ ਵਾਲੇ ਤੇ ਜ਼ਮੀਨਾਂ ਵਾਲੇ ਹੋ ਕੇ ਬਹਿ ਗਏ ਹੋਗੇ। ਉਹ ਫਿਰ ਮੈਨੂੰ ਤਾਂ ਪਤਾ ਹੀ ਆ ਸਾਰਾ ਕੁਛ ਬੇਬੇ, ਜ਼ਮੀਨਾਂ ਵਾਲੇ ਘਰਾਂ ਵਾਲੇ ਕਿਹੜੀ ਗੱਲ ਹੈ, ਮੇਰੀ ਗੱਲ ਤਾਂ ਸੁਣ ਲੈ ਬੇਬੇ ਤੂੰ, ਮੈਂ ਤੈਨੂੰ ਕੁਛ ਕਿਹਾ, ਮੈਂ ਮਾਮੇ ਨੂੰ ਕੁਛ ਕਿਹਾ ਹੈਗਾ, ਮੈਨੂੰ ਤਾਂ ਆਪ ਹਰਪ੍ਰੀਤ ਨੇ ਸਾਰੀ ਗੱਲ ਜਾ ਕੇ ਦੱਸੀ ਹੈਗੀ ਵੀ ਗੱਲ ਕੀ ਹੋਈ ਹੈ, ਗੱਲ ਦਾ ਪਤਾ ਲੱਗੇ ਕਿਹੜੀ ਗੱਲ ਤੋਂ ਬੋਲਣ ਲੱਗਿਆ। ਦੇਖਦਾ ਨਹੀਂ ਬੋਲਣ ਲੱਗਿਆ ਤਾਂ ਮੂੰਹ ਢੱਡ ਲੈਂਦਾ ਗਾ, ਸੌ ਕੁਛ ਬੋਲ ਕੇ ਗਿਆ ਗਾ ਇੱਥੇ ਨਾ, ਉਹਨਾਂ ਨੇ ਕੀ ਮਾੜਾ ਕਰਤਾ ਕੁਛ ਚੱਕ ਕੇ ਲੈ ਗਿਆ ਹੋਇਆ? ਉਹ ਮੈਨੂੰ ਤਾਂ ਘਰ ਦਾ, ਮੈਨੂੰ ਤਾਂ ਲੱਗਦਾ ਵੀ ਇਹਨਾਂ ਨੂੰ ਇਹ ਘਰ ਦਾ ਹੰਕਾਰ ਹੈ, ਠੀਕ ਹੈ ਵੀ ਜੇ ਇਹ ਚਾਹੁੰਦੇ ਆ ਵੀ ਅਸੀਂ ਇਕੱਲੇ ਰਹੀਏ ਤਾਂ ਤੂੰ ਐਂ ਕਰ, ਤੂੰ ਮੇਰੇ ਨਾਲ ਚੱਲ, ਆਪਾਂ ਜਿਹੜਾ ਆਪਣਾ ਪੁਰਾਣਾ ਘਰ ਆ ਉੱਥੇ ਜਾ ਕੇ ਰਹਿ ਲੈਂਦੇ ਹਾਂ,
ਤੇ ਤੂੰ ਸਾਡੇ ਨਾਲ ਰਹਿ, ਆਪੇ ਵਰਤ ਤੂੰ ਆਪਦੇ ਸਾਰੇ ਸਾਰੀਆਂ ਸਕੀਰੀਆਂ ਦੇ ਵਿੱਚ। ਆਪਾਂ ਨੂੰ ਕੀ ਆ ਰਹਿਣ ਦੇ ਇਕੱਲੇ ਇਹਨਾਂ ਨੂੰ? ਨਾ ਐ ਕਿਵੇਂ ਇਕੱਲੇ ਰਹਿਣ ਦੇ, ਜਮਾ ਨੀ ਜਾਂਦੀ, ਇੱਥੇ ਰਹੂ ਮੈਂ ਇਹਨਾਂ ਹੰਨਾ ਦੇ ਕੇ। ਉਹ ਫਿਰ ਤੂੰ ਵੀ ਗੱਲ ਛੱਡਦੀ ਬੇਬੇ, ਹੈ ਕਲੇਸ਼ ਮਟਾਉਣਾ ਤਾਂ ਹੁਣ ਜੇ ਕੀ ਪਤਾ ਹੁਣ ਕੀ ਬੋਲੇ ਕੱਲ ਨੂੰ, ਇਹ ਤਾਂ ਕੁਝ ਹੋਰ ਕਹਿ ਦੇਣਗੇ ਕਲੇਸ਼ ਮਟਾਉਣ ਵਾਲੀ। ਅੱਛਾ ਮੈਂ ਪਾਸੇ ਹੋ ਜਾ ਕੇ, ਇਹਨੂੰ ਨੀ ਅਕਰਾਉਂਦੀ ਮੈਂ ਆਪਦੀ ਮਾਂ ਨੂੰ ਬੋਲਦਾ। ਉਹ ਬੋਲਿਆ ਤਾਂ ਫਿਰ ਮੈਨੂੰ ਵੀ ਆ, ਉਹ ਮੈਨੂੰ ਕਹਿੰਦਾ ਵੀ ਮੈਂ ਇਕੱਲਾ ਕਮਾਉਣਾ ਗਾ, ਇਹ ਬੈਠਾ ਇੱਥੇ ਵਿਹਲਾ ਕਮਾਉਂਦਾ ਗਾ ਇਕੱਲਾ। ਹੁਣ ਆਪਾਂ ਨੂੰ ਮੇਰੀ ਗੱਲ ਸੁਣ, ਤੈਨੂੰ ਕੀ ਪਤਾ ਇਸ ਗੱਲ ਦਾ, ਜਾਂ ਮੈਨੂੰ ਕੀ ਪਤਾ ਵੀ ਉਹਨੇ ਆਪਦੇ ਪੇਕਿਆਂ ਵਾਲੇ ਪੈਸੇ ਜੋੜ ਕੇ ਘਰ ਲਿੱਤਾ ਕਿ ਇਹਨੇ ਦਿੱਤੇ ਹੈਗੇ ਕੁਲਦੀਪ ਨੇ? ਹੁਣ ਕੀ ਕਹਿ ਸਕਦੇ ਹਾਂ, ਮੈਂ ਤਾਂ ਜਾਵਾਂ ਨਹੀਂ, ਇੱਥੇ ਹੀ ਰਹੂੰਗੀ ਉਹਨਾਂ ਚਿਰ, ਚਾਹੇ ਮੇਰੀ ਜਾਨ ਨਿਕਲ ਜੇ, ਮੈਂ ਤਾਂ ਨਹੀਂ ਜਾਂਦੀਗੀ। ਕਮਾਲ ਹੋ ਗਈ ਬੇਬੇ ਤੇਰੇ ਵਾਲੀ, ਪਤਾ ਤਾਂ ਮੈਨੂੰ ਆਇਆ ਸੀ ਵੀ ਹਰਪ੍ਰੀਤ ਨਾਲ ਗੱਪ ਮਾਰਦੀ ਹੋਵੇ, ਠੀਕ ਹੈ, ਵੀ ਉਹਦੇ ਦਿਮਾਗ ਦੇ ਵਿੱਚ ਕੀ ਗੱਲ ਆ ਗਈ, ਸਾਡੇ ਦੋਨੇ ਭਰਾਵਾਂ ਦੇ ਵਿੱਚ ਤਾਂ ਕਦੇ ਇਹੋ ਜਿਹੀ ਕੋਈ ਗੱਲ ਹੀ ਨਹੀਂ ਸੀ, ਹੈਂ? ਗੱਲ ਲਾਉਣ ਵਾਲੀ ਹੈਗੀ ਨਾ, ਉਹ ਉਂਗਲਾਂ ਲਾਉਣ ਵਾਲੀ ਹੈਗੀ ਤਾਂ ਹੈਗੀ ਹੈ, ਸਮਝ ਵੀ ਲੱਗੇ ਕਿਹਾ ਕੀ ਹੋਊਗਾ ਉਹਨੇ ਕਿਹਾ। ਉਹਨੇ ਕਹਿੰਦੀ ਹੈ ਕਿ ਮਾਮਾ ਮੈਨੂੰ ਕਹਿੰਦਾ ਕਿ 2 ਲੱਖ ਰੁਪਇਆ ਦੇ ਮੈਨੂੰ, ਮੈਂ ਕਹਿੰਦੀ ਮੈਂ ਤਾਂ ਹੀ ਦੱਸੂਗਾ ਕਿ ਵੀ ਆਹ ਘਰ ਜਸਮੀਤ ਦੇ ਨਾਂ ਤੇ ਹੈਗਾ। ਦੇਖ ਕਿੱਡੀ ਗੱਲ ਆ ਫਿਰ, ਇਹ ਤਾਂ ਪਤਾ ਹੀ ਹੈ, ਤੂੰ ਕਿਹੜਾ ਮੈਨੂੰ ਪਤਾ ਨਹੀਂ ਲੱਗਿਆ ਫਿਰ, ਇਹ ਤਾਂ ਪਤਾ ਹੀ ਆ ਮੈਨੂੰ ਤਾਂ ਪਹਿਲੇ ਦੱਸੂਗਾ। ਉਹ ਬੇਬੇ ਮੈਨੂੰ ਤਾਂ ਫਿਰ ਇਲਜ਼ਾਮ ਉਹ ਤੇ ਲਾਈ ਜਾਂਦੀ ਹੈ, ਉਹ ਮੈਨੂੰ ਤਾਂ ਪਹਿਲੇ ਦਿਨ ਤੋਂ ਹੀ ਪਤਾ ਹੈਗਾ, ਫਿਰ ਇਹਦਾ ਕਿੱਡੇ ਕੁ ਲੁਕੋਵਾਗਾ, ਕਿੱਡੀ ਕੁ ਗੱਲ ਹੈ ਇਹ? ਨਾ ਤੈਨੂੰ ਪਹਿਲੇ ਦਿਨ ਤੋਂ ਪਤਾ, ਫਿਰ ਤੂੰ ਬੜਾ ਮੈਨੂੰ ਦੱਸਿਆ। ਕੀ ਗੱਲ ਦੱਸਣ ਵਾਲੀ ਆ ਇਹ ਬੇਬੇ, ਉਹਨਾਂ ਨੇ ਘਰ ਬਣਾਇਆ ਗਾ ਭਾਵੇਂ ਆਪਦੇ ਨਾ ਕਰੇ ਭਾਵੇਂ ਉਹਦੇ ਨਾ ਕਰਦੇ ਮਨਿੰਦਰ। ਕਿਉਂ ਦੱਸਣਾ ਨਹੀਂ ਸੀ ਤੁਸੀਂ ਘਰ, ਚਾਹੇ ਉਹਨੇ ਉਹਦੇ ਨਾਂ ਤੇ ਕਰਾਤਾ ਆਪ ਲਿੱਤਾ ਕੋਈ ਗੱਲ ਨਹੀਂ, ਪਰ ਮੈਨੂੰ ਦੱਸਣ ਦਾ ਫਰਜ਼ ਤਾਂ ਬਣਦਾ ਸੀ, ਮੇਰੀ ਮਰਜ਼ੀ ਸੀ ਮੈਂ ਇੱਥੇ ਆ ਕੇ ਰਹਿੰਦੀ ਨਾ ਰਹਿੰਦੀ, ਮੈਂ ਅੱਜ ਪੁਰਾਣੇ ਘਰੇ ਰਹੀ ਜਾਂਦੀ। ਓਹੋ ਬੇਬੇ ਤੂੰ ਛੱਡ ਇਸ ਗੱਲ ਨੂੰ, ਪਰ ਫਿਰ ਮੈਨੂੰ ਐ ਨੀ ਸਮਝ ਲੱਗਦੀ ਵੀ ਇਹਨਾਂ ਨੂੰ ਹੰਕਾਰ ਕਿਹੜੀ ਗੱਲ ਦਾ ਹੋਇਆਗਾ ਹੁਣ। ਹੰਕਾਰ ਘਰਦਾ ਹੀ ਹੋਇਆ, ਹੋਰ ਕਾਹਦਾ ਹੋਇਆਗਾ, ਘਰਦਾ ਹੋਇਆ ਹੰਕਾਰ, ਜਿਹੜੀ ਉਹਨੂੰ ਆਉਂਦੀ ਹੈ 2 ਕਿੱਲੜੀਆਂ ਤੋਂ ਉਹਦਾ ਹੰਕਾਰ ਕਰਦੀ ਹੈ, ਇਹ ਤਾਂ ਬੋਲਦੀ ਹੈ ਇਹਨਾਂ ਨਾਲ ਉਹਨੂੰ ਬੁਲਾਉਂਦੀ ਹੈਗੀ। ਕਮਾਲ ਹੋ ਗਈ, ਕੋਈ ਨਾ ਕੋਈ ਹੱਲ ਤਾਂ ਕਰਨਾ ਪਊਗਾ। ਕੁਲਦੀਪ ਨਾਲ ਮੈਂ ਕਰ ਲੈਣਾ ਗੱਲ, ਫਿਰ ਜੇ ਕਹਿੰਨੀ ਆ ਤਾਂ ਤੂੰ ਦੇਖ ਲੈ ਕਰਕੇ ਗੱਲ ਕਰ ਲੈਣਾ, ਕਿਹਾ ਤਾਂ ਫਿਰ ਕੋਈ ਨਾ ਕੋਈ ਗੱਲ ਕਰਨੀ, ਮੈਂ ਨਹੀਂ ਗੱਲ ਸਹਾਰਦਾ, ਠੀਕ ਹੈ, ਬਰੋਬਰ ਕੰਮ ਕਰ ਦਾਂਗਾ। ਜੇ ਉਹ ਕਹੂਗਾ ਮੈਨੂੰ ਵੀ ਬਾਈ ਤੂੰ ਜਾਵੜਾ, ਮੈਂ ਦਾਦਾ ਪੁਰਾਣੇ ਘੜੇ ਜਾ ਕੇ ਰਹਿਣ ਲੱਗ ਜੂੰਗਾ ਬਸ। ਜਿਹੜੇ ਨੇ ਅੱਜ ਸੁਣਾਤਾ ਹੈ ਆਪਾਂ ਕਿਹੜਾ ਇੱਥੇ ਵੀ ਆਏ ਵੀ ਆਪਣੀ ਇੱਥੇ ਰਜਿਸਟਰੀ ਹੈਗੀ, ਰਜਿਸਟਰੀ ਦਾ ਉਹਨਾਂ ਦੇ ਨਾਮ ਹੀ ਹੈਗੀ। ਮੈਂ ਕੀ ਯਕੀਨ ਕਰੂੰਗੀ, ਉਹਨੇ ਮੈਨੂੰ ਸੌ ਕੁਛ ਅੱਜ ਉਹ ਬੋਲ ਗਿਆ, ਕੱਲ ਨੂੰ ਤੂੰ ਬੋਲ ਦੇਗਾ, ਮੈਂ ਤਾਂ ਫਿਰ ਉਹੀ ਠੇਬੇ ਖਾਂਦੀ ਰਹੇਗੀ ਨਾ। ਪਰ ਯਕੀਨ ਕਾਹਦੇ ਤੇ ਹੋਊਗਾ ਜਦੋਂ ਆਪਦੇ ਪੁੱਤਾਂ ਤੇ ਨਹੀਂ ਹੈਗਾ? ਮੈਨੂੰ ਤਾਂ ਕਿਸੇ ਤੇ ਨਹੀਂ ਆਉਂਦਾ ਬਈ ਯਕੀਨ। ਕਮਾਲ ਹੋ ਗਿਆ ਹੈ, ਚੱਲ ਮੈਂ ਕਰਦਾ ਕੁਲਦੀਪ ਨਾਲ ਗੱਲ, ਤੂੰ ਐਵੇਂ ਟੈਨਸ਼ਨ ਨਾ ਲੈ, ਹੈ ਬਲੱਡ ਵਧਾ ਲੈਂਗੀਆਂ ਮੈਂ ਜਾ ਕੇ ਗੱਲ ਕਰਦਾ ਵੀ ਕਿ ਤੈਨੂੰ ਗੱਲ ਕੀ ਹੋਈ ਆ, ਚਾਹੁੰਦਾ ਕੀ ਆ ਭਾਈ ਤੂੰ ਮੈਨੂੰ ਸਿੱਧੇ ਮੱਥੇ ਦੱਸ ਦੇ, ਠੀਕ ਹੈ, ਕਿਉਂਕਿ ਅੱਗੇ ਤਾਂ ਗੱਲ ਹੋਈ ਨੀ, ਅੱਜ ਸਵੇਰ ਤਾਂ ਮੇਰੇ ਨਾਲ ਕਿਵੇਂ ਵਧੀਆ ਗੱਲ ਕਰਕੇ ਗਿਆ ਉਹ। ਪੁੱਛ ਲਾ ਤੂੰ ਕਰ ਲਾ ਗੱਲ ਕੀ ਕਹਿੰਦਾ ਗਾ। ਕਮਾਲ ਹੋ ਗਈ ਯਾਰ, ਇਹ ਤਾਂ ਇਹ ਕਿਹੜਾ ਘਾਟਾ ਲੈ, ਅਗਰ ਮੈਨੂੰ ਤਾਂ ਪਹਿਲਾਂ ਤੋਂ ਪਤਾ ਸੀਗਾ ਵੀ ਜੇ ਤੈਨੂੰ ਪਤਾ ਸੀ ਫਿਰ ਤੂੰ ਮੈਨੂੰ ਬੜਾ ਦੱਸਿਆ। ਕਿੱਥੇ ਤਾਂ ਪਾਏ ਯਾਰ, ਕੁੱਤ ਕਲੇਸ ਨੇ ਮਾਰ ਹੀ ਲਏ। ਕਿੱਧਰ ਗਿਆ ਮਾੜਾ ਬੰਦਾ ਵੀ ਉਹ ਖੜਾ, ਕੁੜੀਆਂ ਦਾ ਕਲੇਸ ਲੈ ਕੇ ਆਇਆ ਇਹਨਾਂ ਦਾ, ਐਵੇਂ ਤਾਂ ਨਹੀਂ ਕਹਿੰਦੇ ਹੁੰਦੇ ਉਧਰੋਂ ਕਣਕ। ਉਹ ਬਾਈ ਕਿਵੇਂ ਇੱਥੇ ਜਾ ਕੇ ਖੜ ਗਿਆ? ਉਹ ਕੁਛ ਨਹੀਂ, ਉਹੀ ਖੜ ਗਿਆ ਕਣਕ ਹੀ, ਮੈਂ ਕਿਹਾ ਆਈ ਪਈਆ ਬਣਾਵਾਂਗੇ ਇਹਨੂੰ 2-4 ਦਿਨਾਂ 'ਚ। ਕੋਈ ਨਹੀਂ, ਇਹ ਤਾਂ ਮੈਂ ਬਣਾ ਲੂੰਗਾ। ਹਾਂ ਤੈਨੂੰ ਕੀ ਹੋ ਗਿਆ ਦੱਸ ਨਾ, ਗੱਲ ਕੀ ਹੋ ਗਈ ਅੱਜ? ਕਦੋਂ ਘਰੇ ਹੁਣ? ਗੱਲਾਂ ਤਾਂ ਹੋਈ ਜਾਂਦੀਆਂ ਰਹਿੰਦੀਆਂ, ਪਰ ਤੈਨੂੰ ਪਤਾ ਤਾਂ ਹੈ ਕੁੱਤ ਕਲੇਸ ਦਾ ਯਾਰ, ਸਿਆਣਾ ਤੂੰ ਆਪ ਵੀ। ਸਿਆਣਾ ਤਾਂ ਹੈਗਾ ਫਿਰ ਇੰਨਾ ਨਹੀਂ ਬੋਲਣਾ ਚਾਹੀਦਾ ਬਈ, ਘਰਦੇ ਹੁਣ ਵੱਡੇ ਆਪਣੇ ਤੋਂ, ਤੂੰ ਵੀ ਸਮਝਦਾਰ ਆ। ਤੈਨੂੰ ਹੁਣ ਮੈਂ ਕੀ ਸਮਝਾਵਾਂ, ਕਿਹਨੂੰ ਬੋਲ ਪਿਆ ਮੈਂ? ਬੇਬੇ ਨੂੰ ਕਿੰਨਾ ਕੁਛ ਬੋਲ ਗਿਆ ਯਾਰ, ਬਲੱਡ ਵਧਾਈ ਬੈਠੀ ਆ। ਉਹ ਯਾਰ ਬਲੱਡ ਤਾਂ ਸਦਾ ਹੀ ਵਧਿਆ ਰਹਿੰਦਾ ਇਹਨਾਂ ਦਾ, ਹੁਣ ਕੀ ਕਰੀਏ, ਮੈਂ ਕਿੱਥੋਂ ਦੇ ਦਾਂ ਬਲੱਡ ਦੀ ਗੋਲੀ ਇਹਨੂੰ? ਤੂੰ ਮੈਨੂੰ ਐਂ ਗੱਲ ਦੱਸ ਵੀ ਤੂੰ ਮਨਿੰਦਰ ਦੇ ਪੇਕੇ ਗਿਆ ਸੀ, ਉੱਥੇ ਕੀ ਗੱਲ ਹੋਈ ਆ? ਤੈਨੂੰ ਕਿਸੇ ਨੇ ਕੁਛ ਕਿਹਾ? ਤੂੰ ਘਰੇ ਆ ਕੇ ਸਿੱਧਾ ਬੋਲਣ ਲੱਗ ਗਿਆ ਯਾਰ ਸਾਰਿਆਂ ਨੂੰ। ਉਹ ਭਰਾਵਾ ਉਹਨਾਂ ਦੇ ਤਾਂ ਕੋਈ ਕਹਿਣ ਵਾਲਾ ਹੀ ਨਹੀਂ ਕੁਛ, ਪਰ ਗੱਲਬਾਤ ਹੀ ਇਹੋ ਜਿਹੀ ਹੋ ਜਾਂਦੀ ਹੈ ਯਾਰ, ਤੂੰ ਸਮਝ ਬਾਅਦ ਮੇਰਾ ਚਿੱਤ ਨਹੀਂ ਠੀਕ, ਤੂੰ ਯਾਰ ਕਿਹੜਾ ਬਾਅਦ 'ਚ ਕਰੂੰ ਤੇਰੇ ਨਾਲ ਗੱਲ ਮੈਂ ਬਈ। ਉਹ ਫਿਰ ਗੱਲ ਤਾਂ ਦੱਸ ਹੁਣ, ਗੱਲ ਕੀ ਹੋਈ ਆ, ਇੰਨਾ ਕੁਛ ਤੂੰ ਬੋਲਿਆ ਯਾਰ, ਹੈਂ
ਉਧਰੋਂ ਹਰਪ੍ਰੀਤ ਮੂੰਹ ਬਣਾ ਕੇ ਬਹਿ ਗਈ, ਉਧਰੋਂ ਬੇਬੇ ਬਹਿ ਗਈ, ਹੁਣ ਦੱਸ ਕੀ ਕਰੀਏ? ਉਹਨਾਂ ਨੇ ਦੱਸਿਆ ਹੀ ਹੋਊ ਤੈਨੂੰ ਫਿਰ ਕੀ ਕਿਹਾ ਹੈਗਾ? ਦੱਸਣਾ ਕੀ ਹੈਗਾ, ਉਹ ਤਾਂ ਆਪ ਕਹਿੰਦੇ ਆ ਕੇ ਬੋਲਣ ਲੱਗ ਗਿਆ, ਆ ਕੇ ਕਦੇ ਐਂ ਬੋਲਦਾ ਐਂ ਬੋਲਦਾ। ਹੁਣ ਮੈਂ ਤੇਰੇ ਨਾਲ ਗੱਲ ਕਰਨ ਆਇਆ, ਵੀ ਤੇਰੇ ਮਨ ਦੇ ਵਿੱਚ ਕੋਈ ਗੱਲ ਹੈਗੀ ਤਾਂ ਮੈਨੂੰ ਦੱਸ ਦੇ, ਠੀਕ ਹੈ? ਅਸੀਂ ਉਵੇਂ ਕਰ ਲੈਣਾ ਫਿਰ ਬਈ ਯਾਰ। ਉਹ ਨਹੀਂ ਨਹੀਂ, ਮੇਰੇ ਮਨ ਚ ਕੋਈ ਗੱਲ ਨੀ ਵੀਰ, ਬਣ ਕੇ ਮੇਰਾ ਚਿੱਤ ਨੀ ਠੀਕ ਹੈ, ਮੇਰਾ ਸਿਰਜਾ ਬੜਾ ਦੁਖੀ ਆ, ਤੇਰੇ ਨਾਲ ਬਾਅਦ ਚ ਕਰੂੰ ਗੱਲ, ਕੋਈ ਨੀ ਬਹਿ ਕੇ। ਮੈਂ ਤੈਨੂੰ ਐਂ ਕਹਿਣਾ, ਐਵੇਂ ਤੀਵੀਆਂ ਪਿੱਛੇ ਲੱਗ ਕੇ ਘਰ ਪੱਟੇ ਜਾਂਦੇ ਹੁੰਦੇ ਆ। ਉਹ ਤਾਂ ਮਰੀ ਜਾਂਦੀਆਂ ਹੁੰਦੀਆਂ ਭਾਈ, ਮੈਂ ਤਾਂ ਤੈਨੂੰ ਕੁਛ ਨੀ ਕਿਹਾ ਫਿਰ। ਕੁਛ ਨੀ ਕਿਹਾ, ਉਹ ਤਾਂ ਮੈਨੂੰ ਕਹਿੰਦੀ ਯਾਰ ਜਾ ਕੇ ਵੀ ਆਹ ਘਰ ਇਹਨਾਂ ਦਾ ਗਾ, ਜਸਮੀਰ ਦੇ ਨਾਮ ਆ ਘਰ ਤੁਹਾਡਾ ਗਾ, ਅਸੀਂ ਤੁਹਾਡਾ, ਹਾਂ ਪਤਾ ਨਾ, ਆਪਾਂ ਸਹਿਮਤੀ ਨਾਲ ਰਹੀ ਜਾਂਦੇ ਹਾਂ, ਤੂੰ ਮੈਨੂੰ ਉੱਥੇ ਲੈ ਕੇ ਆਇਆ ਗਾ। ਉਹ ਮੈਨੂੰ ਕਹਿੰਦੀ ਵੀ ਉਹ ਕਹਿੰਦੀ ਸਾਰਾ ਕੁਛ ਇੱਥੇ ਵੇਲਾ, ਆਕਾਸ਼ ਤਾਂ ਵਿਹਲਾ ਬਹਿ ਖਾਂਦਾ, ਇੱਥੇ ਇਹ ਕਰਦਾ ਉਹ ਕਰਦਾ, ਇਹ ਗੱਲਾਂ ਕਿੱਥੇ ਜਾਂਦੀਆਂ ਨੇ ਬਈ? ਜੇ ਤੇਰੇ ਮਨ ਦੇ ਵਿੱਚ ਇਹੀ ਗੱਲ ਆ ਤਾਂ ਅਸੀਂ ਪਿੰਡ ਵਾਲੇ ਘਰੇ ਜਾ ਵੜਦੇ ਹਾਂ, ਆਪਾਂ ਨੂੰ ਤਾਂ ਕੋਈ ਲੋੜ ਨੀ ਫਿਰ ਯਾਰ। ਮੈਨੂੰ ਮੇਰੀ ਘਰ ਵਾਲੇ ਨੇ ਕਿਹਾ, ਹੋਰ ਕਿਹਨੇ ਕਿਹਾ? ਉੱਥੇ ਬੈਠੀ ਹੋਊਗੀ ਜਦੋਂ ਤੁਸੀਂ ਲੜੀ ਜਾਂਦੇ ਸੀਗੇ। ਕੋਈ ਨੀ, ਜੇ ਤੈਨੂੰ ਕਹੇ ਤਾਂ ਘਬਾਤਾ, ਤੂੰ ਅੰਦਰ ਚੱਲ, ਮੈਂ ਆਉਣਾ ਮਗਰ ਗੱਲ ਕਰਦੇ ਆਪਾਂ। ਮੜਾ ਮੇਰਾ ਦਿਮਾਗ ਸੱਟ ਹੁੰਦੇ, ਤੇਰੇ ਮੂੰਹ ਤੇ ਹੀ ਕਰ ਦੂੰਦਾ ਉਹਦਾ ਪਾਣੀ ਦਾ ਪਾਣੀ। ਮੈਂ ਯਾਰ ਮੇਰੀ ਗੱਲ ਸੁਣ ਲਾ, ਆਪਣੇ ਦੋਵੇਂ ਭਰਾਵਾਂ 'ਚ ਇੰਨੀ ਬਣਦੀ ਆ, ਹੈਂ? ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਕਦੇ ਲੜੇ ਨਹੀਂ ਗਏ, ਠੀਕ ਹੈ? ਜਿਹੜੀ ਗੱਲ ਸਹਿਮਤੀ ਨਾਲ ਹੋ ਜਾਏ, ਉਹਦਾ ਰੌਲਾ ਪਾਏ ਦਾ ਕੀ ਫਾਇਦਾ ਯਾਰ? ਕੋਈ ਉਹ ਤਾਂ ਤੈਨੂੰ ਪਤਾ ਹੀ ਆ ਫਿਰ, ਹੁਣ ਤੈਨੂੰ ਕੀ ਸਫਾਈ ਦੇਵਾਂ, ਮੈਨੂੰ ਐਂ ਦੱਸ ਤੂੰ। ਚੱਲ ਠੀਕ ਆ, ਕੋਈ ਨਾ, ਮੈਂ ਬਾਹਰ ਖੜਕੇ ਰੌਲਾ ਪਾਉਂਦੇ, ਚੰਗਾ ਹੀ ਲੱਗਦੇ ਘਰੇ ਆ ਜੀ, ਘਰੇ ਬੈਠ ਕੇ ਗੱਲ ਕਰ ਲਾਂਗੇ। ਠੰਡਾ ਹੋ ਜਾਂਦੇ ਦਿਮਾਗ ਮੇਰਾ ਯਾਰ, ਬੈਠਾ ਤਾਂ ਹੀ ਮੈਂ ਪਾਸੇ ਆ ਕੇ ਬੈਠਾ ਇੱਥੇ। ਜੇ ਕੋਈ ਟੈਨਸ਼ਨ ਆ, ਕੋਈ ਪੈਸੇ ਤੇ ਲਈ ਲੋੜ ਆ, ਮੈਨੂੰ ਦੱਸ ਦੇ, ਮੈਂ ਪੁੱਛ ਲੈਣਾ ਕਿਸੇ ਤੋਂ। ਪੈਸੇ ਤੇ ਲਈ ਦਾ ਲੋੜ ਹੀ ਨਹੀਂ ਯਾਰ, ਮੈਂ ਦੱਸੂ ਸਾਰੀ ਗੱਲ ਮੂੰਹ ਤੇ ਕਰਾਂਗੇ, ਕੋਈ ਨਹੀਂ ਤੇਰੇ ਸਾਹਮਣੇ ਕਰੂੰ, ਉਹ ਤਾਂ ਮੈਂ ਬੁੜੀਆਂ ਨਾਲ ਘਾਬਰ ਪਿਆ ਥੋੜਾ ਜਿਹਾ। ਚੱਲ ਠੀਕ ਆ ਫਿਰ, ਡਿੱਕੀ ਜਾਂਦਾ ਮੈਂ, ਥੋੜਾ ਜਿਹਾ ਗੱਲ ਕਰਨੀ ਉਹਦੇ ਨਾਲ। ਹਾਂ ਮੇਰੀ ਤਾਂ ਗੱਲ ਸੁਣ ਲਾ, ਕੋਈ ਗੱਲ ਮਾਮੇ ਤੋਂ ਕੋਈ ਗਲਤੀ ਹੋਈ ਆ? ਉਹ ਗਲਤੀ ਗੁਲਤੀ ਕੁਛ ਨਹੀਂ ਹੋਈ ਯਾਰ, ਬਸ ਦੱਸਦਾ ਤੂੰ ਇੱਕ ਗੱਲ ਦੇ ਕੰਮ ਕਰ ਪਿਆ, ਫਿਰ ਕਲੇਸ਼ ਹੋਊਗਾ ਇੱਥੇ, ਬੇਬੇ ਬੋਲੂਗੀ ਯਾਰ, ਕੁਛ ਨੀ ਹੁੰਦਾ। ਤੂੰ ਦੇਖੀ ਜਾਈ ਮੜੀ ਜੀ, ਗੱਲ ਕਰਦਾ ਮੈਂ ਹਿਸਾਬ ਨਾਲ ਹੀ ਕਰੂੰ, ਲੜਦਾ ਨੀ, ਤੈਨੂੰ ਪਤਾ ਤਾਂ ਹੈ। ਚੱਲ ਮੇਰੀ ਗੱਲ, ਮੈਂ ਤੈਨੂੰ ਐਂ ਕਹਿੰਦਾ ਸੀ ਵਿਸ਼ਾਲ ਵਾਲੇ ਨੂੰ ਪੁੱਛਿਆ, ਫਿਰ ਮਸ਼ੀਨ ਜੀ ਲਵਾ ਲਾਂਗੇ ਉਰੇ। ਆਹੋ ਜਾਣਾ ਮੈਂ ਨਹੀਂ ਕੋਲੇ ਜਾਣਾ, ਹੁਣ ਆ ਤਾਂ ਆਈ ਖੜੀ ਹੈਗੀ, ਲੇਟ ਹੋ ਜੂਗਾ ਕੰਮ। ਗਰਲਾਲ ਕਹਿੰਦੇ ਵੀ ਲਾਈ ਐਤਕੀ ਮਸ਼ੀਨ ਯਾਰ, ਫਿਰ ਉਹਨਾਂ ਤੋਂ ਜੀਦਾ ਭਾਈ ਜਿਹੜਾ ਵੱਡਾ, ਹਾਂ ਉਹਨਾਂ ਤੋਂ ਬੜਾਵਾਂਗੇ, ਤੂੜੀ ਵਾਲੀ ਵੀ ਉਹਨਾਂ ਦੇ ਨਾਲ। ਠੀਕ ਆ ਫਿਰ, ਇਕੱਠਾ ਹੀ ਕੰਮ ਹੋ ਜੂਗਾ, ਜੌਂਡੀਅਰ ਧਰਿਆ ਉਹਨਾਂ ਨੇ ਉੱਤੇ, ਹਾਂ ਗੱਲ ਬਣਾ ਦੇਣਗੇ ਜੇ ਮੈਂ ਦੇਖੀ ਜੀ। ਕਰਾ ਫਿਰ ਹਾਲੇ ਰਿਹਾ ਤਾਂ, ਚਾਰ ਪੈਸਿਆਂ ਦੀ ਲੋੜ ਹੀ ਆ ਹੁਣ ਤਾਂ। ਹਾਂ ਬਸ ਨਾਲ ਦੀ ਨਾਲ ਹੀ ਹੋ ਜੂ ਕੰਮ, ਜੇਤੀ ਆ ਗਈ ਵੀ ਯਾਰ। ਚੱਲ ਵਧੀਆ ਯਾਰ, ਆ ਸਰੋ ਜੀ ਬੜਾ ਦੀ ਹੈ, ਹਾਂ ਕਢਾ ਲਾਂਗੇ ਕੋਈ ਨਹੀਂ। ਹਾਂ ਮੰਮੀ ਪਾਣੀ ਪੀ ਲਓ ਨਾ, ਐਂ ਜੇ ਬੈਠੇ ਹੋ, ਐਂ ਬੈਠੇ ਨਾਲ ਤਾਂ ਨਹੀਂ ਸਰਨਾ ਮੰਮੀ। ਨਹੀਂ ਕੀ ਕਰਾਂ, ਮੇਰਾ ਤਾਂ ਕੱਲ੍ਹ ਦਾ ਨਾ ਇੰਨਾ ਦਿਮਾਗ ਖਰਾਬ ਹੋਇਆ ਪਿਆ ਵੀ ਇਹਦਾ ਕੀ ਕਰਾਂ ਮਨਿੰਦਰ ਦਾ। ਕਰਨਾ ਕੀ ਹੈ ਮੰਮੀ, ਮਨਿੰਦਰ ਨੇ ਵੀਰੇ ਨੂੰ ਪਿੱਛੇ ਲਾ ਰੱਖਿਆ, ਹਰ ਗੱਲ ਉਹਦੀ ਮੰਨਦਾ, ਆਪਣੀ ਕਿਹੜਾ ਸੁਣਦਾ ਉਹ। ਆਹੀ ਤਾਂ ਰੋਣਾ ਗਾ ਵੀ ਉਹ ਮਗਰ ਲੱਗਿਆ ਹੋਇਆ ਗਾ, ਜੇ ਉਹ ਮੇਰੀ ਮੰਨਦਾ ਹੋਵੇ ਤਾਂ ਕਿਸੇ ਗੱਲ ਦਾ ਰੋਣਾ ਹੀ ਨਾ ਹੋਵੇ ਫਿਰ। ਮੰਮੀ ਫਿਰ ਤਾਂ ਜੇ ਮਗਰ ਲੱਗਿਆ ਹੁੰਦਾ ਕਾਹਨੂੰ ਇੱਥੋਂ ਤੱਕ ਗੱਲਾਂ ਆਉਂਦੀਆਂ, ਫਿਰ ਤਾਂ ਘਰ ਘੁਰ ਨਾਮ ਥੋੜ੍ਹੀ ਹੋਣਾ ਸੀ ਜਸਮੀਤ ਦੇ। ਕੀ ਪਤਾ ਹੁਣ ਕੀ ਉਹਨੂੰ ਬੱਤੀਆਂ ਉੱਪਰ ਪੜ੍ਹਾ ਕੇ ਤੇ ਕੀ ਉਹਨੇ ਕੀਤਾ ਗਾ ਜਿਹੜਾ ਨਾਲ ਲੱਗ ਗਿਆ ਉਹਦੇ ਮਗਰ। ਇਹ ਪਤਾ ਨੀ ਮੰਮੀ ਇਹੋ ਜਿਹੇ ਕੀ ਕਰਦੀ, ਆਹੀ ਇਹਨੇ ਮੇਰੇ ਘਰਦਿਆਂ ਤੇ ਕੀਤਾ ਸੀਗਾ, ਆਹੀ ਹੁਣ ਕੁਲਦੀਪ ਬਾਈ ਤੇ ਕਰ ਰੱਖਿਆ। ਕੀ ਕਰਾਂ, ਸਮਝ ਨੀ ਆਉਂਦੀ, ਕੋਈ ਹੱਲ ਹੀ ਨੀ ਸਮਝ ਆਉਂਦੀ ਇਹਦਾ, ਮੈਂ ਕਰਾਂ ਕੀ ਜੇ ਘਰੋਂ ਕੱਢਦੀ ਹਾਂ ਤਾਂ ਉਹ ਕਹਿੰਦਾ ਮੈਂ ਨਾਲ ਜਾਣਾ ਗਾ। ਨਾ ਮੰਮੀ ਫਿਰ ਤਾਂ ਕੁਲਦੀਪ ਵੀਰਾ ਵਗ ਜੂਗਾ, ਜੇ ਮਨਿੰਦਰ ਗਈ ਤਾਂ ਉਹਨੂੰ ਕਿੱਥੋਂ ਕੱਢਣ ਦਿੰਦਾ ਹੈ ਘਰੋਂ। ਨਹੀਂ ਫਿਰ ਇਹਨੂੰ ਮੈਂ ਇੱਥੇ ਚੜ੍ਹਦੀ ਵੀ ਨਹੀਂ, ਮੈਂ ਇੱਥੋਂ ਨਹੀਂ ਹੋਣੀ, ਇਹ ਦੇਖੀ ਜਾਂਦੀ ਇੱਥੇ ਘਰੇ ਫਿਰਦੀ, ਬਹੁਤ ਮੇਰਾ ਦਿਮਾਗ ਖਰਾਬ ਹੋਇਆ ਪਿਆ। ਜੇ ਮੰਮੀ ਕੁਛ ਕਰੋਗੇ ਫਿਰ ਹੀ ਹੋਊਗਾ ਹੱਲ, ਐਂ ਬੈਠੇ ਨਾਲ ਥੋੜ੍ਹੀ ਸਰਦਾ, ਤੁਸੀਂ ਤਾਂ ਐਂ ਬੈਠ ਗਏ। ਹੁਣ ਕੀ ਕਰਾਂ ਮੈਂ, ਤੂੰ ਹੀ ਦੱਸ ਦੇ ਵੀ ਕੀ ਕਰਾਂ, ਮੇਰਾ ਤਾਂ ਨਹੀਂ ਦਿਮਾਗ ਚੱਲਦਾ। ਮੈਂ ਕੀ ਦੱਸਾਂ ਮੰਮੀ, ਆਪਾਂ ਮਾਮੇ ਨੂੰ ਫੋਨ ਕਰਦੇ ਹਾਂ, ਤੂੰ ਕਹਿੰਦੀ ਹੁੰਦੀ ਸੀ ਨਾ ਜਦੋਂ ਮਾਮਾ ਆਉਂਦਾ ਸੀ ਇੱਕ ਦੋ ਵਾਰ ਇਹਨਾਂ ਦੀ ਲੜਾਈ ਕਰਵਾਈ ਹੋਈ ਆ, ਮਾਮਾ ਹੀ ਕੋਈ ਹੱਲ ਕੱਢੂਗਾ, ਮਾਮੇ ਨੂੰ ਫੋਨ ਕਰ। ਹਾਂ ਸਹੀ ਗੱਲ ਆ ਤੇਰੀ ਹੈ ਨਾ, ਲੈ ਮੈਨੂੰ ਫੋਨ ਲਾ ਕੇ ਦੇਖ, ਮੈਂ ਗੱਲ ਕਰਾਂ ਮਾਮੇ ਨੂੰ ਦੱਸਦੀ ਸਾਰੀ ਗੱਲ। ਚੰਗਾ ਚੰਗਾ ਚੰਗਾ, ਤੂੰ ਫੋਨ ਤਾਂ ਲਾ ਫਿਰ ਹੀ ਗੱਲ ਕਰੂੰ ਮੈਂ। ਹਾਂ ਮੰਮੀ।
ਮੇਰੇ ਕੋਲ ਤਾਂ ਇਹੀ ਨੰਬਰ ਸੇਵ ਹੈ ਮੰਮੀ ਲੈ ਲਾ ਖੜ ਜਾ ਤੇਰੇ ਲਾਗੇ ਹਾਂ ਆ ਲਾਗੇ ਲਾਗੇ ਹੈਲੋ 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 ਹਾਂ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਠੀਕ ਹੈ ਠੀਕ ਹੈ ਵਧੀਆ ਤੁਸੀਂ ਦੱਸੋ ਕਿਵੇਂ ਹੋ ਨਾ ਤੂੰ ਆਈ ਵਾ ਗਿਆ ਮੈਨੂੰ ਦੱਸ ਕੇ ਵੀ ਨਹੀਂ ਗਿਆਗਾ ਉਹ ਕਿੱਥੋਂ ਮੈਨੂੰ ਤਾਂ ਫੋਨ ਆ ਗਿਆ ਸੀਗਾ ਨੰਦੂ ਜਲਾਹੇ ਦਾ ਉਹਨਾਂ ਦੇ ਘਰੇ ਬਈ ਬਹੁਤ ਵੱਡਾ ਪਵਾੜਾ ਪਿਆ ਪਿਆ ਮੈਂ ਤਾਂ ਉਹਨਾਂ ਦੇ ਕਰਕੇ ਨਾਲ ਜਾਣਾ ਸੀ ਵਿੱਚ ਇੱਥੇ ਕੰਮ ਹੋ ਗਿਆ ਉਹਨਾਂ ਦੀ ਘਰੋਂ ਨਾ ਬਹੂ ਭੱਜ ਗਈ ਸੀ ਬੰਦੇ ਆਪਣਾ ਤਾਂ ਗਵਾਂਢ ਮੱਥਾ ਕਰ ਤੈਨੂੰ ਪਤਾ ਭੈਣ ਬਸ ਠੀਕ ਆ ਬਾਈ ਤੈਨੂੰ ਪਤਾ ਹੀ ਇੱਥੇ ਦਾ ਕੀ ਕਹਾਂ ਬਾਈ ਅਮਨਿੰਦਰ ਜੀ ਹੈਗੀ ਚਾਰ ਸਪੇਰੇ ਅੱਗ ਪਾਉਣ ਨੂੰ ਇਹੀ ਹੈਗੀ ਕਿਉਂ ਕੀ ਕਰਤਾ ਅਮਨਿੰਦਰ ਨੇ ਕਰਨਾ ਕੀ ਹੈਗਾ ਇਹਨੂੰ ਲੈਣ ਗਿਆ ਸੀਗਾ ਕੁਲਦੀਪ ਉੱਥੇ ਇਹਦੇ ਪੇਕੇ ਤੇ ਉੱਥੋਂ ਇਹਨੂੰ ਪੱਤੀਆਂ ਪੜਾ ਲਈ ਕਹਿੰਦੀ ਹੈ ਕਿ ਕੁਲਦੀਪ ਨੂੰ ਕਹਿੰਦੀ ਹੈਗੀ ਵੀ ਇੱਕ ਮਾਮਾ ਇੱਥੇ 2 ਲੱਖ ਰੁਪਏ ਮੰਗਦਾ ਸੀਗਾ ਕੀ ਕਿਹਾ ਹਾਂ ਮੈਂ 2 ਲੱਖ ਮੰਗਦਾ ਹੋਰ ਇਹਨੇ ਆਈ ਕਿਹਾ ਕਿ 2 ਲੱਖ ਰੁਪਏ ਮੰਗਦਾ ਸੀ ਮਾਮਾ ਨਾ ਮੈਨੂੰ ਭਲਾ ਦੀ ਕੀ ਲੋੜ ਪਈ 2 ਲੱਖ ਰੁਪਏ ਇਹਦੇ ਤੋਂ ਮੰਗਣ ਦੀ ਮੈਂ ਮੰਗੂ ਆਪਣੀ ਭੈਣ ਤੋਂ ਪੈਸੇ ਜੇ ਮੈਨੂੰ ਚਾਹੀਦੇ ਹੋਣਗੇ ਆਹੀ ਤਾਂ ਗੱਲ ਹੈਗੀ ਐਂ ਤਾਂ ਬਾਈ ਮੈਨੂੰ ਤੇਰੇ ਤੇ ਯਕੀਨ ਆ ਮੈਂ ਇਹਨਾਂ ਨੂੰ ਕਿਹਾ ਸੀਗਾ ਆਹੀ ਕਹਿ ਵੀ ਆਹੀ ਕਹਿੰਦਾ ਸੀ ਘਰ ਜਸਮੀਤ ਦੇ ਨਾਮ ਦੱਸੂਗਾ ਹਾਂ 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 ਜਾਏ ਵੀ ਕਹਿੰਦਾ ਸੀ ਸੱਚ ਵੀ ਇਹ ਨਹੀਂ ਤਾਂ ਮੈਨੂੰ 2 ਲੱਖ ਰੁਪਇਆ ਦੇ ਦੇ ਵੀ ਨਹੀਂ ਮੈਂ ਕਿਤੇ ਸੱਸ ਨੂੰ ਦੱਸੂਗਾ ਵੀ ਘਰ ਜਸਮੀਤ ਦੇ ਨਾਂ ਤੇ ਕਰਾਈ ਬੈਠੇ ਤੁਸੀਂ ਉਹ ਤੇਰਾ ਬੰਨਾ ਚਵੇ ਕੁੜੀਏ ਤੇਰੀ ਰੜੀ ਨਿਕਲੇ ਉਹ ਮੈਂ ਕਿਉਂ ਕਹੂੰਗਾ ਮੈਨੂੰ ਕੀ ਲੋੜ ਪਈ ਹੈ ਹੈ ਉਹੀ ਤਾਂ ਗੱਲ ਹੈ ਬਾਈ ਮੈਂ ਤਾਂ ਇਹਨਾਂ ਨੂੰ ਕਿਹਾ ਸੀਗਾ ਉਧਰੋਂ ਕੁਲਦੀਪ ਜਾ ਕੇ ਲੱਗ ਗਿਆ ਮੇਰੇ ਨਾਲ ਲੜਨ ਕਹਿੰਦਾ ਮਾਮਾ ਇੱਥੇ ਵੜਨਾ ਨਹੀਂ ਚਾਹੀਦਾ ਐ ਨਹੀਂ ਹੋਣਾ ਚਾਹੀਦਾ ਮੈਂ ਤਾਂ ਫਿਰ ਕਹਿਤਾ ਮਹਾ ਮੈਂ ਜਿੰਨਾ ਚਿਰ ਭਾਈ ਮੈਂ ਬੈਠੀ ਹਾਂ ਉਨਾ ਚਿਰ ਤਾਂ ਮੇਰਾ ਭਰਾ ਇੱਥੇ ਆਊਗਾ ਤੁਸੀਂ ਕੌਣ ਹੁੰਦੇ ਹੋ ਜੇ ਤੁਹਾਨੂੰ ਤਕਲੀਫ ਆ ਤਾਂ ਤੁਹਾਨੂੰ ਤੁਸੀਂ ਨਿਕਲ ਜਾਓ ਇੱਥੋਂ ਹਾਂ ਮੈਂ ਤਾਂ ਸਿੱਧਾ ਕਹਿਤਾ ਫਿਰ ਨਾ ਆਪਣੇ ਮੇਰੇ ਤੇ ਕੁੱਡੇ ਕੁੱਡੇ ਦੂਸ਼ਣ ਲਾਉਂਦੀ ਹੈ ਕੱਢ ਦੀ ਜਵਾਬੜੀ ਹੈ ਤੇ ਹੋਰ ਬਾਈ ਇਹ ਤਾਂ ਬਾਲਾ ਕੁਸ ਕਰਦੀ ਹੈ ਵੀ ਦੇਖ ਲੈ ਮੈਂ ਬੱਚੇ ਇੱਥਾ ਜਾਣ ਵਾਲਾ ਬੰਦਾ ਮੈਂ ਤਾਂ ਕਦੇ ਕਿੱਲੇ ਕੋਹੇ ਤੇ ਪੈਰ ਵੀ ਧਰਿਆ ਤੇ ਇਹਨੇ ਮੇਰੇ ਤੇ ਐਡੀ ਵੱਡੀ ਗੱਲਬਾਤ ਦਾ ਇਲਜ਼ਾਮ ਲਾਤਾ ਹਾਂ ਮੈਨੂੰ ਤਾਂ ਇਹ ਦੇਖ ਲੈ ਇੱਕ ਘੜੀ ਵੀ ਨੀ ਅੱਖਾਂ ਦੇ ਮੂਹਰੇ ਸੌਂਦੀ ਮੈਂ ਤੈਨੂੰ ਇਹ ਕਹਿੰਦੀ ਵੀ ਕਿਹੜੇ ਵੇਲੇ ਇਹ ਨਿਕਲੇ ਇੱਥੋਂ ਠੀਕ ਹੈ ਨਾ ਵੀ ਮੈਨੂੰ ਕੋਈ ਇਹੋ ਜਿਹੀ ਸਕੀਮ ਦੇ ਵੀ ਮੈਂ ਜਿਹੜਾ ਇਹਨੂੰ ਇੱਥੋਂ ਕੱਢ ਦਿਆ ਬਈ ਮੇਰੀ ਸੁਣ ਗੱਲ ਇੱਕ ਪਹਿਲੀ ਗੱਲ ਤਾਂ ਦੇਖ ਜਿਹੜੇ ਸਾਹ ਰਹੇ ਨੇ ਮੈਨੂੰ ਤੇ ਦੂਸ਼ਣ ਲਾਤੇ ਮੇਰਾ ਤਾਂ ਇੱਥੇ ਆਉਣ ਦਾ ਕੋਈ ਹੱਜ ਨਹੀਂ ਰਿਹਾ ਮੇਰਾ ਤਾਂ ਮੈਨੂੰ ਤਾਂ ਮੇਰਾ ਤਾਂ ਆਉਣਾ ਹੀ ਤੋੜਤਾ ਇਹਨੇ ਚੋਣ ਮਰਨਾ ਹੀ ਤੋੜਤਾ ਇਸ ਕੁੜੀ ਨੇ ਹੈ ਜਿਹੜਾ ਮੇਰੇ ਭਾਣਜੇ ਨੂੰ ਮੇਰੇ ਖਿਲਾਫ ਕਰਤਾ ਠੀਕ ਹੈ ਹੁਣ ਗੱਲ ਆਇਆ ਭਾਈ ਤੇਰੇ ਨਾਲ ਤਾਂ ਮੈਂ ਵਰਤਣਾ ਹੀ ਨੌਹਾਂ ਨਾਲੋਂ ਬਾਸ ਨਹੀਂ ਅੱਟ ਹੁੰਦੇ ਹੈ ਇਹ ਤਾਂ ਗੱਲ ਹੈਗੀ ਆਪਾਂ ਤਾਂ ਭੈਣ ਭਰਾਵਾਂ ਨੇ ਵਰਤਣਾ ਹੈਗਾ ਪਰ ਜੇ ਮੇਰੇ ਨਾਲ ਵਰਤਣਾ ਤਾਂ ਇਹ ਗੱਲ ਹੁਣ ਤੂੰ ਵੀ ਧਿਆਨ ਚ ਰੱਖ ਲੈ ਵੀ ਜਾਂ ਤਾਂ ਇਸ ਘਰ ਦੇ ਵਿੱਚ ਹੁਣ ਤੇਰੀ ਚੱਲੂ ਤੇ ਜਾਂ ਚੱਲੂ ਮਨਿੰਦਰ ਦੀ ਇਹ ਕੁੜੀ ਹੈ ਕਿ ਉਹਦੀ ਚੱਲਣ ਦੇਣੀ ਹੈ
ਨਾ ਨਾ ਬਾਈ ਓਹਦੀ ਕੋਈ ਚੱਲਣ ਦੇਣੀ ਆ, ਓਹਨੇ ਤਾਂ ਆਦੀ ਹੁਣ ਚਲਾ ਲਈ, ਐ ਥੋੜੀ ਹੁਣ ਮੈਂ ਚੱਲਣ ਦੇਊਂਗੀ। ਹੁਣ ਮੈਨੂੰ ਕੀ ਪਤਾ, ਦੇਖ ਮੈਨੂੰ ਕੀ ਪਤਾ, ਘਰ ਇਹਨਾਂ ਨੇ ਆਪਦੇ ਕਹਿੰਦੀ ਮੈਂ ਆਪਦੇ ਪੈਸਿਆਂ ਦਾ ਇਕੱਠੇ ਕਰਕੇ ਲਿੱਤਾ ਜਿਹੜੇ ਠੇਕੇ ਦੇ ਆਉਂਦੇ ਸੀਗੇ, ਕੀ ਪਤਾ ਇਹਨੇ ਆਪ ਲਿੱਤਾ ਕਿ ਮੈਂ ਆਪਣੇ ਕੁਲਦੀਪ ਨੇ ਕੋਈ ਪੈਸੇ ਇਕੱਠੇ ਕਰਕੇ ਦਿੱਤੇ ਹਨ। ਇਹਨੇ ਕਿੱਥੋਂ ਲੈ ਲਿਆ? ਫਿਰ ਤੁਸੀਂ ਉਹੀ ਗੱਲ ਕਰਦੇ, ਇਹਨੇ ਕਿੱਥੋਂ ਲੈ ਲਿਆ ਮਕਾਨ ਭਲਾ? ਹਾਂ ਇਹ ਤਾਂ ਤੁਹਾਡੇ ਘਰ ਦੇ ਵਿੱਚੋਂ ਕੁੰਡੀ ਮਾਰੀ ਹੋਊ ਇਹਨੇ, ਹਰ ਗੱਲ ਦੇ ਵਿੱਚੋਂ ਪੈਸਾ। ਜਦੋਂ ਕੋਈ ਕੁਲਦੀਪ ਫੜਾਉਂਦਾ ਹੋਊ, ਕੋਈ ਤੂੰ ਪੈਸਾ ਹਿਸਾਬ ਕੋਈ ਜ਼ਮੀਨ ਦਾ ਕਰਦੀ ਹੋਏਗੀ ਤਾਂ ਵਿੱਚੋਂ ਰਾਖੜ ਖਾ ਕੇ ਆੜਤੀਆਂ ਤੋਂ ਲੈ ਲੂ ਕੇ ਉਹਨੇ ਪੈਸਾ ਇਕੱਠਾ ਕਰਕੇ ਗਿਰਾ ਆਪਦੇ ਉਹ ਕਰਕੇ ਜਸਮੀਤ ਦੇ ਨਾਂ ਤੇ ਲੈ ਤਾ। ਸੱਤੀ ਕੱਪੜੀ ਆ ਗਈ ਜਦੋਂ ਜਿਵੇਂ ਮੇਰੇ ਤੇ ਇਹਨੇ ਇਲਜ਼ਾਮ ਲਾਇਆ, ਹੁਣ ਤੂੰ ਪਤਾ ਕੀ ਕਰ, ਜੇ ਤਾਂ ਤੂੰ ਇਹਨਾਂ ਦੇ ਨਾਲ ਲੜੇਗੀ ਤਾਂ ਤੂੰ ਮਾੜੀ ਪਏਗੀ। ਠੀਕ ਹੈ, ਜਿਹੜੀ ਗੱਲ ਇਹਨੇ ਮੇਰੇ ਵਾਸਤੇ ਮੈਨੂੰ ਕਹਿ ਉਹਦਾ ਉਲਟਾ ਕੰਮ ਤੁਸੀਂ ਕਰਕੇ ਦਿਖਾਓ। ਠੀਕ ਹੈ, ਹੁਣ ਪੁੱਛ ਕਿਵੇਂ ਕਿਵੇਂ ਹਰਪ੍ਰੀਤ ਕਿ ਨਹੀਂ ਨਾਲ ਹੈਗੀ? ਹਰਪ੍ਰੀਤ ਤਾਂ ਮੇਰੇ ਨਾਲ ਹੀ ਹੈ। ਨਾਲ ਹੀ ਹੈ, ਤੇਰੇ ਪੱਖ ਦੀ ਗੱਲ ਕਰਦੀ ਹੈ। ਹਾਂ ਹਾਂ, ਹੁਣ ਹਰਪ੍ਰੀਤ ਨੇ ਕੋਈ ਗਹਿਣੇ ਚੱਕ ਕੇ ਨਾ ਤੂੰ ਚੁੱਪ ਕਰਕੇ ਮਨਿੰਦਰ ਦੇ ਪਰਸ ਚ ਪਾ ਕੇ ਰੱਖ ਦੇ। ਠੀਕ ਹੈ, ਠੀਕ ਹੈ, ਉਹਦੇ ਪਰਸ ਚ ਪਾ ਦੇ, ਲੁਕੋ ਦੇ ਉਹਦੇ ਕਮਰੇ ਚ ਧਰ ਦੇ, ਜਿੱਥੇ ਮਰਜ਼ੀ ਕਿਰਾ ਧਰ ਦੇ। ਤੇ ਉਦੋਂ ਮੁੜ ਕੇ ਜਿਹੜੀ ਹੈਗੀ ਹੈ ਜਦੋਂ ਸਾਰੇ ਜਣੇ ਘਰੇ ਬੈਠੇ ਹੋਏ, ਉਦੋਂ ਤੂੰ ਹਰਪ੍ਰੀਤ ਆ ਕੇ ਤੇ ਇਹ ਲੜੂਗੀ ਮੁੰਡੇ ਨਾਲ, ਤੇ ਉਸ ਤੋਂ ਬਾਅਦ ਦੇ ਵਿੱਚ ਮੁੰਡਾ ਲੜੂਗਾ ਤੇਰੇ ਨਾਲ ਵੀ, ਦੇ ਗਹਿਣੇ ਤੂੰ ਦੇਖੇਂਗੀ ਵੀ ਮੇਰੇ ਕੋਲ ਤਾਂ ਹੈ ਨੀ ਗਹਿਣੇ। ਹਾਂ ਗੱਲ ਹੋਈ ਤੇ ਤੁਸੀਂ ਕਹੋਗੇ ਸਾਡੇ ਘਰ ਦਿੱਤਾ, ਇਹ ਕਹੂਗੀ ਕਿ ਮੈਂ ਤਾਂ ਤੁਸੀਂ ਬੇਬੇ ਤੇਰੀ ਅਲਮਾਰੀ ਦੀ ਤਲਾਸ਼ੀ ਲੈਣੀ ਹੈ। ਅੱਛਾ, ਤੇ ਤੂੰ ਕਹਿ ਦੀ ਵੀ ਲੈ ਲਾ ਆਪਣੀ ਤਲਾਸ਼ੀ, ਕਿਹੜਾ ਕੋਈ ਹੈਗਾ ਤੇਰੀ ਤਲਾਸ਼ੀ ਆਦ। ਫਿਰ ਇਹ ਕੀ ਕਰੇ, ਫਿਰ ਕਹੇ ਮਨਿੰਦਰ ਮੈਂ ਤਾਂ ਤੇਰੇ ਵੀ ਘਰ ਭਾਈ ਉਹਦੀ ਬੈਗ ਦੀ ਝੋਲਿਆਂ ਦੀ ਪਰਸਾਂ ਦੀ ਤੇ ਕਮਰੇ ਦੀ ਤਲਾਸ਼ੀ ਲੈਣੀ ਹੈ। ਤੇ ਜੇ ਤਾਂ ਉਹ ਆਪੇ ਉਹ ਦੇਊਗੀ ਤਲਾਸ਼ੀ ਦਊਗੀ ਜਦੋਂ ਮੈਂ ਤਾਂ ਸੁੱਤੀ ਆ ਹਨਾ, ਉਹ ਫਿਰ ਇਹ ਗੱਲ ਕਹਿਣੀ ਆ ਵੀ ਲੈ ਆਪਣਾ ਮੁੰਡੇ ਨੂੰ ਇਹ ਗੱਲ ਕਹਿਣੀ ਇਹਨੂੰ ਗਗਨ ਨੂੰ ਭਾਈ ਤਲਾਸ਼ੀ ਤੂੰ ਲੈ ਇਹਦੇ ਪਰਸ ਚੋਂ। ਠੀਕ ਹੈ, ਫਿਰ ਉਹਦੇ ਪਰਸ ਇਹਦੇ ਇਹਦੇ ਗਹਿਣਿਆਂ ਦਾ ਸਮਾਨ ਫੇਰ ਦੇਖੀ ਉਸੇ ਦੀ ਜੁੱਤੀ ਉਹਦੇ ਸਿਰ ਦੇ ਉੱਤੇ ਕਿਵੇਂ ਪੈਂਦੀ ਆ। ਹਾਂ, ਹੁਣ ਮੈਂ ਸਮਝ ਗਈ ਤੇਰੀ ਗੱਲ ਸਾਰੀ। ਸਮਝ ਗਈ ਨਾ ਗੱਲ? ਮੈਨੂੰ ਕਿੱਕਰ ਸਿਉਂ ਕਹਿੰਦੇ ਆ, ਮੈਂ ਤਾਂ ਵੱਡੀਆਂ ਵੱਡੀਆਂ ਪੰਚਾਇਤਾਂ ਜਾਣਾ। ਇਹ ਤਾਂ ਗੱਲ ਸਹੀ ਹੈ ਬਾਈ। ਹਾਂ ਦੇਖ ਲੈ ਮੈਨੂੰ ਫਸਾਉਣ ਵਾਸਤੇ ਇਹਨੇ ਦਿਲਾ ਕਿਵੇਂ ਪਲਾਨ ਕਰਦੀ ਸੀ, ਦੇਖ ਲੈ ਬੈਠੇ ਤੈਨੂੰ ਤਾਂ ਪਤਾ ਮੈਂ ਹਟਾ ਦੂ ਕੱਲ ਨੂੰ ਕੁਛ ਹੋਰ ਕਹੂਗੀ, ਜਮਾ ਨੀ ਮੈਂ ਇੱਥੇ ਹਟਾਉਂਦੀ, ਮੈਂ ਤੈਨੂੰ ਮੈਂ ਬੈਠੀ ਆ ਨਾ ਇੱਥੇ। ਮਾਮਾ ਤੁਸੀਂ ਐਵੇਂ ਨਾ ਟੈਨਸ਼ਨ ਲਓ, ਸਾਨੂੰ ਤੁਹਾਡੇ ਤੇ ਯਕੀਨ ਆ, ਅਸੀਂ ਕਿਹੜਾ ਉਹਨਾਂ ਤੇ ਯਕੀਨ ਕੀਤਾ। ਠੀਕ ਹੈ ਬੁੱਤ, ਆ ਤੂੰ ਵਧੀਆ ਗੱਲ ਕਰਦੀ, ਤੈਨੂੰ ਮੇਰੇ ਤੇ ਯਕੀਨ ਆ, ਬਸ ਠੀਕ ਹੈ ਤੁਹਾਡੇ ਕਰਕੇ ਆਉਂਗਾ ਬੁੱਤ, ਮੈਂ ਨਹੀਂ ਤਾਂ ਮੈਂ ਆਉਣਾ ਨਹੀਂ ਸੀ, ਮੇਰੇ ਤਾਂ ਹੁਣ ਆਉਣ ਜਾਣ ਮੁੱਕ ਗਿਆ ਸੀ। ਨਹੀਂ ਨਹੀਂ ਮਾਮਾ ਤੁਸੀਂ ਆਓ, ਇਹ ਕਿ ਮੈਂ ਰੋਕਾਂਗੇ ਤੁਹਾਨੂੰ, ਅਸੀਂ ਹੈਗੇ ਆ। ਫਿਰ ਮੈਂ ਆਉਂਗਾ, ਠੀਕ ਹੈ। ਹਾਂ ਚੱਲ ਹੁਣ ਤੂੰ ਭੈਣੇ ਮੇਰੀ ਗੱਲ ਸੁਣ। ਹਾਂ ਜਿਵੇਂ ਤੈਨੂੰ ਮੈਂ ਕਿਹਾ ਐਵੇਂ ਹੀ ਕਰੀ। ਠੀਕ ਹੈ ਬਾਈ, ਲੱਗੀ ਸਮਝ। ਇਹ ਗੱਲ ਕਰਨੀ ਹੈ ਫਿਰ ਮੈਨੂੰ ਦੱਸੀ ਵੀ ਹਾਂ ਆ ਗੱਲ ਹੋ ਗਈ। ਨਾ ਨਾ ਕੋਈ ਨਹੀਂ, ਫਿਰ ਦੱਸੂ ਫੋਨ ਕਰਕੇ ਤੈਨੂੰ ਦੁਆਰੇ। ਚੱਲ ਠੀਕ ਹੈ ਭੈਣੇ, ਚੰਗਾ ਚੰਗਾ ਬਾਈ, ਚੰਗਾ। ਲੈ ਕੁੜੇ ਸਕੀਮ ਤਾਂ ਤੇਰੇ ਮਾਮੇ ਨੇ ਦਿੱਤੀ ਹੈ ਸੋਹਣੀ, ਤੇ ਹੁਣ ਆਪਾਂ ਉਵੇਂ ਹੀ ਕਰਾਂਗੇ। ਠੀਕ ਹੈ ਮੰਮੀ, ਠੀਕ ਹੈ ਨਾ। ਹੁਣ ਤੂੰ ਮੇਰਾ ਸਾਥ ਦੇ,
ਕਿਤੇ ਫੇਰ ਨਾ ਤੂੰ ਦੀਦੀ ਦੀਦੀ ਕਰਦੀ ਮਗਰ ਫਿਰਦੀ ਰਹੇ। ਮੰਮੀ ਮੈਂ ਤਾਂ ਤੁਹਾਡੇ ਨਾਲ ਹੀ ਹਾਂ, ਕੋਈ ਮੈਂ ਦੀਦੀ ਦੂਦੀ ਨਹੀਂ ਕਰਦੀ, ਜਿਵੇਂ ਤੁਸੀਂ ਕਹੋਗੇ ਉਵੇਂ ਕਰੂੰਗੀ। ਬਸ ਠੀਕ ਹੈ, ਹੁਣ ਆਪਾਂ ਉਹੀ ਸਕੀਮ ਲਾਵਾਂਗੇ ਕੋਈ ਨਾ। ਨਾ ਮੈਂ ਕਿਉਂ ਦੀਦੀ ਕਰੂੰਗੀ, ਮੈਨੂੰ ਥੋੜ੍ਹਾ ਬੋਲਿਆ ਉਹ। ਬਥੇਰਾ ਕੁਛ ਤੈਨੂੰ ਬੋਲਿਆ, ਤੈਨੂੰ ਪਹਿਲਾਂ ਹੀ ਕਹਿੰਦੀ ਸੀ ਮੈਂ, ਤੂੰ ਹੀ ਉਹਦੇ ਮਗਰ ਲੱਗੀ ਰਹਿੰਦੀ ਸੀ, ਨਾ ਦੀਦੀ ਆ ਨਾ ਦੀਦੀ ਹੈ। ਕੋਈ ਨਹੀਂ ਮੰਮੀ, ਹੁਣ ਵੇਖ ਲਾ ਕੀ ਹਾਲ ਕਰਦੀ ਹੈ। ਚਲ ਕੋਈ ਨਾ ਮੰਮੀ, ਪਹਿਲੇ ਹੀ ਲੱਗ ਗਈ, ਜਿੰਨਾ ਲੱਗ ਗਿਆ ਤੇ ਪਿੱਛੇ ਹੁਣ ਨਹੀਂ ਲੱਗਦੀ ਲੁਗਦੀ ਮੈਂ। ਚਲ ਚੰਗਾ, ਚਾਹ ਦੀ ਘੁੱਟ ਕਰਦੇ ਹੁਣ ਮੈਨੂੰ ਜਾ। ਚੰਗਾ, ਮੈਂ ਲਿਆਉਂਦੀ ਹਾਂ ਚਾਹ ਬਣਾ ਕੇ ਤੁਹਾਡੇ ਵਾਸਤੇ ਵਧੀਆ ਜੀ। ਹੁਣ ਬਣੋ ਸਕੀਮ, ਜਿਵੇਂ ਕਿਹਾ ਨਾ ਵੀਰੇ ਨੇ, ਹੁਣ ਮੈਂ ਉਵੇਂ ਕਰੂੰ, ਇਹਨੂੰ ਤਾਂ ਘਰੋਂ ਕੱਢ ਕੇ ਦਿਖਾਉਂਗੀ। ਓਹ ਮੈਂ ਚਾਹ ਹੀ ਲੈਣ ਆਉਂਦੀ ਸੀ, ਲੈ ਮੈਨੂੰ ਫੜਾ ਦੇ ਮੈਂ ਚਾਹ। ਕੀ ਹੋ ਗਿਆ? ਇਹ ਤੇਰੇ ਵਾਸਤੇ ਥੋੜਾ ਚਾਹ ਬਣਾਈ ਮੈਂ, ਇਹ ਤਾਂ ਅਸੀਂ ਆਪਦੇ ਵਾਸਤੇ ਚਾਹ ਬਣਾਈ ਆ, ਤੁਸੀਂ ਬਣਾ ਲਓ ਆਪਦੀ। ਨਾ ਆਪਦੇ ਵਾਸਤੇ ਮਤਲਬ ਕੀ ਹੈ ਇਹ? ਮਤਲਬ ਇਹੀ ਆ ਵੀ ਤੁਸੀਂ ਆਪਦੀ ਚਾਹ ਅੱਡ ਬਣਾਓ, ਅਸੀਂ ਆਪਦੀ ਬਣਾ ਲਈ। ਨਾ ਜਦੋਂ ਚਾਹ ਸਾਰੇ ਵਾਸਤੇ ਬਣਦੀ ਹੈ, ਅੱਡ ਉੱਡਾ ਲਈਆਂ ਕੀ ਗੱਲਾਂ ਕਰੀ ਜਾਂਦੀ ਆ? ਅੱਜ ਤੋਂ ਅੱਡ ਹੀ ਬਣਿਆ ਕਰੂਗੀ, ਤੁਸੀਂ ਆਪਦਾ ਕੰਮ ਆਪ ਕਰਿਓ, ਮੈਂ ਆਪਦਾ ਕੰਮ ਆਪ ਕਰੂੰਗੀ। ਨਾ ਇਹ ਗੱਲ ਤਾਂ ਮੰਮੀ ਨੂੰ ਪਤਾ? ਨਾ ਮੰਮੀ ਨੂੰ ਦੱਸਣ ਦੀ ਕੀ ਲੋੜ, ਮੰਮੀ ਨੂੰ ਪਤਾ ਲੱਗ ਹੀ ਜਾਊਗਾ। ਹਾਂ ਤੈਨੂੰ ਕੀ ਲੋੜ ਆ ਪੁੱਛਣ ਦੱਸਣ ਦੀ, ਆਪਦੀ ਮਰਜ਼ੀ ਕਰੀ ਜਾਂਦੀ ਆ। ਜਦੋਂ ਸਾਰੇ ਆਪਦੀ ਮਰਜ਼ੀ ਕਰਦੇ ਆ, ਫਿਰ ਮੈਂ ਆਪਦੀ ਮਰਜ਼ੀ ਨਹੀਂ ਕਰ ਸਕਦੀ? ਇਹਦੇ ਵਿੱਚ ਅਸੀਂ ਕੀ ਮਰਜ਼ੀ ਕਰ ਲਈ? ਨਾ ਕੱਲ ਕਿਵੇਂ ਬੋਲਦੀ ਸੀ ਕਿ ਮੰਮੀ ਸਾਹਮਣੇ ਕਿਸੇ ਤੇ ਤੈਨੂੰ ਗੱਲ ਟਿਕਾਉਣੀ ਚਾਹੀਦੀ ਸੀ, ਤੇ ਕਿੱਥੇ ਤੂੰ ਮੰਮੀ ਨੂੰ ਹੋਰ ਲੁੱਤੀਆਂ ਲਾਈ ਜਾਂਦੀ ਸੀ, ਵੇ ਲੜਨ ਲੜਨ ਹੈ, ਦੋਨੇ ਮਾਂ ਪੁੱਤ ਲੜੀ ਜਾਂਦੇ ਸੀ। ਹਰਪ੍ਰੀਤ ਐਂ ਨਹੀਂ ਘਰ ਚੱਲਦੇ ਹੁੰਦੇ, ਆਪਾਂ ਨੂੰ ਥੋੜਾ ਮੋਟਾ ਨਾ ਸੋਚਣਾ ਚਾਹੀਦਾ, ਜੇ ਆਪਾਂ ਹੀ ਹਟਾਵਾਂਗਾ ਫਿਰ ਇਹ ਕਿਵੇਂ ਵਸਣਗੇ? ਲੜਾਈਆਂ ਮੈਂ ਨਹੀਂ ਲੜਾਈਆਂ ਤੂੰ ਕਰਵਾਈਆਂ, ਸਿਖਾ ਕੇ ਤੂੰ ਲਿਆਵੇ। ਅੱਛਾ ਗੱਲ ਮੇਰੇ ਪਵਾਵੇ, ਕੀ ਗੱਲ? ਗੱਲ ਤੇਰੇ ਤਾਂ ਪਵਾਏ ਨਹੀਂ ਕਿਸੇ ਨੂੰ, ਤੂੰ ਆਪ ਹੀ ਗੱਲ ਪਵਾਉਣੀ, ਗੱਲਾਂ ਕਰਦੀ। ਚੱਲ ਛੱਡ, ਆਪਾਂ ਉਹ ਗੱਲਾਂ ਤੋਂ ਕੁਛ ਨਹੀਂ ਲੈਣਾ, ਜਿਹੜੀ ਗੱਲ ਹੋ ਗਈ ਹਵਾ ਗਈ। ਬਸ ਅੱਜ ਤੋਂ ਤੂੰ ਆਪਦੇ ਰੋਟੀ ਟੁੱਕਾ ਅੱਡ ਕਰ, ਮੈਂ ਆਪਦੇ ਰੋਟੀ ਟੁੱਕਾ ਅੱਡ ਕਰੂੰਗੀ, ਆਪਣੀ ਲੜਾਈ ਪੈਂਦੀ ਨਹੀਂ। ਅੱਛਾ ਤੂੰ ਫਿਰ ਪਹਿਲੇ ਹੀ ਕਹਿ ਦਿੰਦੀ, ਮੈਨੂੰ ਲੱਗਦਾ ਤੈਨੂੰ ਉੱਥ ਪਿੱਛੇ ਸਿਖਾ ਕੇ ਭੇਜਤਾ ਤੇਰੀ ਮਾਸੀ ਨੇ, ਹੈ ਕੀ ਲੱਗਦਾ ਤੇਰੀ ਚਾਚੀ ਲੱਗਦੀ ਆ, ਵੀ ਕੰਮ ਕੋਈ ਨਹੀਂ ਕਰਨਾ ਜਾ ਕੇ। ਮੇਰੀ ਗੱਲ ਸੁਣ ਲਾ, ਗਾਂ ਤੱਕ ਜਾਣ ਦੀ ਲੋੜ ਨਹੀਂ ਹੈਗੀ, ਮੈਨੂੰ ਕਿਸੇ ਨੇ ਕੁਛ ਨਹੀਂ ਸਿਖਾਇਆ, ਮੇਰਾ ਆਪ ਦਾ ਵੀ ਦਿਮਾਗ ਹੈਗਾ, ਮੈਂ ਆਪ ਵੀ ਦੇਖ ਰਹੀ ਹਾਂ ਵੀ ਮੇਰੇ ਨਾਲ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਤੇਰਾ ਦਿਮਾਗ ਉਦੋਂ ਕਿੱਥੇ ਸੀ ਜਦੋਂ ਇੱਥੇ ਆਪ ਕੰਮ ਕਰਦੀ ਫਿਰਦੀ ਸੀ, ਹੁਣ ਤੇਰਾ ਬਾਹਲਾ ਦਿਮਾਗ ਚੱਲਣ ਲੱਗ ਗਿਆ। ਅੱਛਾ ਤੁਸੀਂ ਵੀ ਇਹੀ ਭਾਲ ਦੋ, ਬਸ ਕੰਮ ਕਰੀ ਜਾਵਾਂ, ਤੁਹਾਡੇ ਕੋਲ ਸੁਣੀ ਜਾਵਾਂ? ਕਿਉਂ, ਮੈਂ ਕਿਹੜਾ ਨੌਕਰ ਰੱਖੀ ਆ? ਜੇ ਤੂੰ ਇਸ ਘਰ ਦੀ ਨੂੰਹ ਆ ਤੇ ਮੈਂ ਵੀ ਇਸ ਘਰ ਦੀ ਨੂੰਹ ਆ, ਉਹਨਾਂ ਕੀ ਮੇਰਾ ਹੱਕ ਹੈ ਇਸ ਘਰ 'ਚ? ਤੂੰ ਨਾ ਮੇਰੇ ਨਾਲ ਬਾਹਲਾ ਮੱਥਾ ਜਿਹਾ ਨਾ ਮਾਰਿਆ ਕਰ, ਮੱਥਾ ਨੂੰ ਵੀ ਨਾ ਮਾਰ, ਜਾ ਕੇ ਆਪਦੀ ਚਾਹ ਕਰ ਲਾ। ਦੇਖ ਕਿਵੇਂ ਬੋਲਦੀ ਆ, ਬੋਲਣ ਕੋਈ ਨਾ ਦੱਸਦੀ ਆ ਮਾਂ ਨੂੰ। ਕੀ ਕਰੀ ਜਾਂਦੇ ਹੋ ਜੀ, ਸਾਰਾ ਦਿਨ ਫੋਨ 'ਚ ਹੀ ਬੜੇ ਰਿਹਾ ਕਰੋ, ਦੇਖਿਆ ਨਾ ਕਰੋ ਤੁਸੀਂ ਬਾਹਰ ਕੀ ਹੋਈ ਜਾਂਦਾ ਕੀ ਨਹੀਂ। ਹਾਂ ਕੀ ਹੋ ਗਿਆ ਹੁਣ? ਆ ਵੇਖ ਲਾ, ਮੈਂ ਤੁਹਾਡੇ ਵਾਸਤੇ ਚਾਹ ਲੈਣ ਗਈ ਸੀਗੀ, ਮਨਿੰਦਰ ਚਾਹ ਬਣਾਈ ਜਾਂਦੀ ਸੀ, ਮੈਂ ਪੁੱਛ ਲਿਆ ਦੀਦੀ ਚਾਹ ਬਣਾ ਲਈ, ਕਹਿੰਦੀ ਹਾਂ ਬਣਾ ਲਈ, ਮੈਂ ਤਾਂ ਆਪਦੇ ਵਾਸਤੇ ਬਣਾਈ ਹੈ, ਤੁਸੀਂ ਆਪਦੀ ਬਣਾ ਲਓ। ਲੈ ਇਹ ਕੋਈ ਗੱਲ ਹੋਈ? ਕਿਉਂ ਜਦੋਂ ਅੱਗੇ ਰੋਜ਼ ਇਕੱਠੀ ਬਣਦੀ ਆ, ਅੱਜ ਕਿਉਂ ਨਹੀਂ ਬਣਾਈ? ਹੁਣ ਮੈਨੂੰ ਕੀ ਪਤਾ, ਉਹਨੂੰ ਪਤਾ ਹੋਣਾ ਚਾਹੀਦਾ ਵੀ ਐਂ ਕਾਹਤੋਂ ਕਰਦੀ ਆ। ਪੁੱਛਿਆ ਨਹੀਂ ਤੁਹਾਨੂੰ ਕੀ ਗੱਲ? ਮੈਨੂੰ ਤਾਂ ਜਿਦਾ ਜਿਦਾਈ ਜੀ ਹੋ ਗਈ, ਮੈਂ ਤਾਂ ਆ ਗਈ ਫਿਰ, ਬਾਹਲਾ ਮੱਥਾ ਨਹੀਂ ਮਾਰਿਆ, ਜੇ ਮੈਂ ਬੋਲਦੀ ਤਾਂ ਤੁਸੀਂ ਮੈਨੂੰ ਕਹਿੰਦੇ, ਜੇ ਨਾ ਬੋਲਾਂ ਤਾਂ ਮੈਨੂੰ ਕਹਿੰਦੇ ਹੋ, ਹੁਣ ਦੱਸੋ ਮੈਂ ਕੀ ਕਰਾਂ? ਕਮਾਲ ਹੈ ਯਾਰ, ਲੈ ਫਿਰ ਹੁਣ ਕੰਮ ਤਾਂ ਸਾਂਝੇ ਕਰਨੇ ਹੀ ਪੈਣਗੇ। ਉਹ ਤਾਂ ਕਹਿੰਦੀ ਅੱਗੇ ਤੋਂ ਆਪਦੀ ਰੋਟੀ ਪਾਣੀ ਵੀ ਆਪ ਹੀ ਬਣਾਇਆ ਕਰ, ਇੱਕ ਰਸੋਈ ਦੇ ਦੋ ਰਸੋਈਆਂ ਬਣਾਤੀਆਂ ਉਹਨੇ ਤਾਂ। ਕਮਾਲ ਹੈ, ਕਹਿ ਫਿਰ ਤਾਂ ਅੱਡ ਹੀ ਹੋ ਜਾਂਦੇ ਆ, ਅੱਡ ਹੋ ਜਾਓ ਬਸ, ਹੋਰ ਤਾਂ ਕੀ ਹੈ। ਅੱਡ ਹੁਣ ਸਿੱਧਾ ਕਿੱਥੋਂ ਕਹਿ ਦੇਣਗੇ ਜੀ, ਇਹ ਦੇਖ ਲਿਓ ਦੋ ਚਾਰ ਦਿਨ ਉਹਨੂੰ ਅੱਡ ਹੋ ਕੇ ਰਹਿਣਗੇ, ਆਪਾਂ ਨੂੰ ਕਹਿਣਗੇ ਤੂੰ ਜੁੱਲੀ ਬਿਸਤਰਾ ਚੱਕ ਕੇ ਲੈ ਜਾਓ, ਉਹ ਤੋਂ ਪਹਿਲਾਂ ਆਪਦਾ ਆਪਣੇ ਘਰ ਦਾ ਮੂੰਹ ਸਿਰ ਬਣਾ ਲਓ। ਕੀ ਮੂੰਹ ਸਿਰ ਬਣਾਈਏ ਆਪਣੇ ਘਰ ਦਾ? ਕੁਲਦੀਪ ਕੋਲ ਗਿਆ ਮੈਂ, ਉਹਦੇ ਨਾਲ ਗੱਲ ਕਰੀ, ਉਹ ਕਹਿੰਦਾ ਇਹੋ ਜਿਹੀ ਕੋਈ ਗੱਲ ਨਹੀਂ ਗੀ, ਕਹਿੰਦਾ ਤੁਹਾਡਾ ਆਪਦਾ ਹੀ ਘਰ ਆ, ਤੁਸੀਂ ਇੱਥੇ ਰਹੋ ਯਾਰ। ਉਹ ਤਾਂ ਤੁਹਾਡੇ ਮੂਹਰੇ ਜਾਣ ਕੇ ਕਹਿੰਦਾ, ਮੈਨੂੰ ਬਥੇਰਾ ਉਹਨੇ ਸੁਣਾਈਆਂ ਸੀਗੇ, ਆ ਮਨਿੰਦਰ ਹੀ ਪੱਟੀ ਪੜਾਉਂਦੇ ਤੁਹਾਨੂੰ, ਤੁਸੀਂ ਕਿਉਂ ਨਹੀਂ ਸਮਝਦੇ? ਮਨਿੰਦਰ ਤਾਂ ਪੱਟੀ ਪੜਾਉਂਦੀ ਹੈ ਨਾ, ਫਿਰ ਤੂੰ ਚਾਹ ਬਣਾ ਲੈਂਦੀ, ਤੈਨੂੰ ਕੀ ਹੋ ਜਾਂਦਾ ਸੀ? 5 ਮਿੰਟ ਦਾ ਕੰਮ ਸੀਗਾ। ਮੈਂ ਤਾਂ ਬਣਾ ਕੇ ਲਿਆਉਂਗੀ, ਮੈਂ ਕਿਹਾ ਉਹਨੂੰ ਬਾਹਰ ਆ ਜਾਂਦਾ, ਸੋਚਿਆ ਐਵੇਂ ਸਾਡੀ ਲੜਾਈ ਹੋ ਜੂਗੀ ਉੱਥੇ, ਫਿਰ ਲਿਆਉਂਗੀ ਉਹਨੂੰ ਕਰ। ਬੇਬੇ ਨੂੰ ਨਹੀਂ ਦੱਸਿਆ? ਬੇਬੇ ਨੂੰ ਦੱਸਿਆ ਨਹੀਂ? ਹੁਣ ਬੇਬੇ ਵਿਚਾਰੀ ਨੂੰ ਕੀ ਦੱਸਾਂ, ਉਹ ਅੱਡ ਟੈਨਸ਼ਨ ਲੈ ਕੇ ਬਹਿ ਜਾਂਦੀ ਹੈ। ਟੈਨਸ਼ਨ ਦੀ ਗੱਲ ਨਹੀਂ, ਗੱਲ ਤਾਂ ਕਰਨੀ ਚਾਹੀਦੀ ਹੈ ਕਿ ਬੇਬੇ ਅੱਜ ਨੇ 2 ਚੁੱਲ੍ਹੇ ਕਰ ਲਏ ਲੈ ਰਸੋਈ ਦੇ ਵਿੱਚ, ਹੁਣ ਕੀ ਕਰੀਏ ਦੱਸ? ਕੋਈ ਨਾ, ਬੇਬੇ ਨੂੰ ਥੋੜੇ ਟਾਈਮ 'ਚ ਪਤਾ ਲੱਗ ਜੂ, ਬੇਬੇ ਵਗ ਜੂਗੀ ਤੇ ਰਸੋਈ 'ਚ ਆਪੇ ਦੇਖ ਲੂਗੀ ਕੀ ਕਰੀ ਜਾਂਦੇ ਕੀ ਨਹੀਂ ਉਹ। ਨਾ ਮੁੱਕ ਤੇ ਜੇ ਤੂੰ ਦੱਸਿਆ ਉਹ ਗੱਲ ਤੇਰੇ ਤੇ ਨਹੀਂ ਹੁੰਦੀ, ਉਹ ਕਹੂਗੀ ਵੀ ਤੂੰ ਜਾਣ ਕੇ ਨਹੀਂ ਕਰਿਆ ਕੰਮ। ਉਹ ਤਾਂ ਤੁਸੀਂ ਬਥੇਰਾ, ਮਨਿੰਦਰ ਵਗ ਗਈ, ਮਨਿੰਦਰ ਬਿਨਾਂ ਕੰਮ ਨਹੀਂ ਹੁੰਦਾ, ਆਏ ਨਹੀਂ ਹੁੰਦਾ, ਹੁਣ ਦੇਖ ਲਾ ਮਨਿੰਦਰ ਆ ਗਈ ਤਾਂ ਕੀ ਕਰਤਾ ਉਹਨੇ।
ਹੁਣ ਪਤਾ ਹੀ ਨਹੀਂ, ਗੱਲ ਦਾ ਪਤਾ ਲੱਗੇ ਵੀ ਗੱਲ ਕੀ ਹੋਈ ਆ, ਕੀ ਇੱਥੇ ਸੁਣ ਕੇ ਆ ਜਾਂਦਾ ਕੀ ਨਹੀਂ। ਕੁਲਦੀਪ ਨੂੰ ਪੁੱਛਿਆ ਨਾ, ਉਹਨੇ ਕੁਝ ਦੱਸਿਆ, ਇਹਨੂੰ ਕੁਛ ਦਿਆਂ ਨਾ, ਇਹ ਤੈਨੂੰ ਕੁਛ ਦੱਸਦੀ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਇੰਨੇ ਸਾਲਾਂ 'ਚ ਤੁਸੀਂ ਕੀ ਬਣਾਇਆ, ਕੀ ਕੀਤਾ ਤੁਸੀਂ? ਉਹ ਬਣਾਇਆ ਕੀ ਆ, ਮੈਂ ਤਾਂ ਸਾਂਝੇ ਘਰ 'ਚ ਲਾਇਆ ਸਾਰਾ ਕੁਛ, ਜਿਹੜਾ ਕੁਛ ਲਾਇਆ ਯਾਰ। ਤਾਂ ਹੀ ਤਾਂ ਵੀਰੇ ਨੇ ਸਹੀ ਕਿਹਾ ਸੀ, ਵਿਹਲਾ ਫਿਰਦਾ ਰਹਿਣਾ। ਸੁਣਾ ਤਾਂ ਅਗਲੇ ਨੇ, ਸੁਣਾਉਣਗੀ ਕੀ ਵਿਹਲਾ ਫਿਰਦਾ ਰਹਿਣਾ। ਮੈਨੂੰ ਤਾਂ ਲੱਗਦਾ ਨੀ ਪਤਾ ਵੀ ਮੈਂ ਕੀ ਵਿਹਲਾਂਗਾ। ਹੈਂ, ਤੜਕੇ ਹੱਥ ਨੇ ਕੰਮ ਜਾਣਾ, ਖੇਤ ਦਾ ਕੰਮ ਕਰਕੇ ਆਉਣਾ ਗਾ, ਜੋ ਕਿ ਹੋਰ ਪਸ਼ੂਆਂ ਢਾਣਾ ਦਾ ਕੰਮ ਹੁੰਦਾ ਉਹ ਕਰੇ ਆਉਣਾ ਗਾ। ਹੋਰ ਦੱਸ ਮੈਂ ਕੀ ਕਰਦਾ? ਆਹ ਕੰਮਾਂ ਨੂੰ ਕੁਛ ਨੀ ਮੰਨਦੇ ਉਹ, ਤਾਂ ਇਹ ਕਹਿੰਦੇ ਵਿਹਲੇ ਹੀ ਹੈ। ਤਾਂ ਵਿਹਲੇ ਹੀ ਹੈ ਨਾਲੇ, ਫਿਰ ਉਹਨਾਂ ਨੂੰ ਆਪਾਂ ਦਿਖਾ ਕੇ ਕੀ ਕਰਨਾ? ਆਪਾਂ ਨੂੰ ਪਤਾ ਨਾ ਆਪਾਂ ਕੰਮ ਕਰਦੇ ਹਾਂ। ਆਪਾਂ ਨੂੰ ਪਤਾ, ਉਹਨਾਂ ਨੂੰ ਤਾਂ ਨੀ ਪਤਾ, ਅਗਲੇ ਦੇ ਘਰੇ ਰਹਿੰਦੇ ਤਾਂ ਹੀ ਸੁਣਾਉਂਦਾ, ਅਗਲਾ ਮਿੰਟ ਪਿੱਛੋਂ ਸੁਣਾ ਜਾਂਦਾ। ਕੱਲ ਨੂੰ ਆਪਾਂ ਨੂੰ ਕਹਵੇ ਵੀ ਵਗ ਜਾ ਇੱਥੋਂ, ਆਪਦਾ ਆਪਣਾ ਮੂੰਹ ਸਿਰ ਸਹੀ ਕਰ ਲਓ, ਘਰ ਦਾ ਮੈਂ ਤੁਹਾਨੂੰ ਵਾਰ ਵਾਰ ਕਹੀ ਜਾਂਦੀ ਹਾਂ, ਆਪਾਂ ਆਪ ਹੀ ਵਗ ਜਾਂਦੇ ਹਾਂ। ਦੇਖਦਾ ਮੈਂ ਕਣਕ ਜੀ ਆਈ ਵੀ ਹੈ, ਕੋਈ ਗੱਲ ਨੀ, ਜਿਹੜੇ ਪੈਸੇ ਆਉਣਗੇ ਤੇ ਉਧਰ ਘਰ ਤੇ ਲਾ ਲਾਂਗੇ ਫਿਰ। ਹੋਰ ਤਾਂ ਕੀ ਹੈ? ਇਹਨਾਂ ਨੂੰ ਨਾ ਦੱਸ ਦਿਓ ਪੈਸਿਆਂ ਦਾ। ਉਹ ਨਹੀਂ ਦੱਸਦਾ, ਕੋਈ ਨੀ, ਆੜਤੀ ਕੋਲ ਤਾਂ ਮੈਂ ਹੀ ਜਾਊਂਗਾ, ਫੜ ਕੇ ਪੈਸੇ ਫਿਰ ਉਧਰ ਕਰ ਲਾਂਗੇ। ਹਾਲ ਇਹਨਾਂ ਨੇ ਕੀ ਲੈਣਾ ਪੈਸਿਆਂ ਤੋਂ, ਇਹਨਾਂ ਦੇ ਆਪਦੇ ਠੇਕਾ ਹੁੰਦਾ। ਮੈਂ ਤਾਂ ਇਹ ਨੀ ਸਮਝ ਆਉਂਦੀ ਪੇਕੇ ਕੀ ਜਾਇਆ, ਚੰਬਲੀ ਬਹੁਤ ਗਈ ਲੈ, ਰਸੋਈਆਂ ਅੱਡ ਕਰ ਲਈਆਂ ਆ ਕੇ। ਇਹ ਤਾਂ ਆਪਣੀ ਘਾਟ ਹੈ, ਹੁਣ ਪਹਿਲਾਂ ਜੇ ਸਾਂਝੇ ਘਰ ਦੇ ਵਿੱਚ ਸਾਂਝਾ ਕੰਮ ਕਰਿਆ ਹੁੰਦਾ ਤਾਂ ਨਾ ਇਹ ਗੱਲਾਂ ਹੁੰਦੀਆਂ। ਜੇ ਤੈਨੂੰ ਕਹਿਣਾ ਫਿਰ ਤੂੰ ਉਧਰੋਂ ਪੂਛ ਚੱਕ ਲੈਣੀ ਆ। ਤੁਸੀਂ ਦੱਸੋ ਮੈਂ ਕੀ ਕਰਾਉਂਦੀ ਨਹੀਂ ਸੀ ਇਹਨਾਂ ਨਾਲ ਕੰਮ, ਜਿੰਨਾ ਕੁ ਚੱਲ ਮੰਨਦੀ ਹੈ, ਜਿੰਨਾ ਕੁ ਹੁੰਦਾ ਸੀ ਉਹਨਾਂ ਦਾ ਕਰ ਲੈਂਦੀ ਸੀ, ਕਰਵਾਉਂਦੀ ਤਾਂ ਸੀ, ਕਰਵਾਉਂਦੀ ਸੀ ਹਾਲੇ ਕੰਮ। ਚੱਲ ਠੀਕ ਹੈ ਯਾਰ, ਕੋਈ ਨਹੀਂ ਮੈਂ ਦੇਖ ਦਾਂਗਾ। ਹੈ ਫਿਰ ਘਰ ਦਾ ਮੂੰਹ ਮੱਥਾ ਤਾਂ ਬਣਾਉਣਾ ਪਊਗਾ, ਮੈਨੂੰ ਦਿਸੀ ਜਾਂਦਾ ਫਿਰ, ਹੈ ਨਹੀਂ ਇੱਥੇ ਬਾਹਲਾ ਚਿਰ ਕੱਟ ਤੋਂ ਆਪਣੀ। ਹੋਰ ਐਵੇਂ ਮੈਂ ਬਾਹਲਾ ਕਲੇਸ਼ ਹੋਊਗਾ, ਮੈਂ ਤਾਂ ਨਹੀਂ ਮੰਮੀ ਨੂੰ ਦੱਸਿਆ, ਪਹਿਲੇ ਇੰਨਾ ਮੱਥਾ ਮਾਰਿਆ ਸੀਗਾ। ਚੱਲ ਠੀਕ ਆ ਯਾਰ, ਚੰਗਾ ਮੈਂ ਜਾ ਕੇ ਆਉਣਾਗਾ। ਹੁਣ ਤੁਸੀਂ ਕਿੱਥੇ ਚੱਲੇ? ਉਹ ਪੁੱਛਦਾ ਫਿਰ ਹੁਣ ਕਿਸੇ ਤੋਂ ਪੈਸੇ ਦੇ ਲੈਦਾ, ਹੁਣ ਐ ਤਾਂ ਨਹੀਂ ਹੈਗਾ ਵੀ ਫਸਲ ਦੇ ਸਾਹ ਪੈਸਿਆਂ ਦੇ ਨਾਲ ਸਾਰਾ ਹੱਲ ਹੋ ਜਾਊਗਾ ਘਰ ਦਾ। ਚੱਲ ਚੰਗਾ, ਟਾਈਮ ਨਾਲ ਆ ਜਿਓ। ਹਾਂ ਹੋਰ ਨਾ ਇੱਥੇ ਕਲੇਸ਼ ਕਰ ਲਈ ਖੜਾ, ਮੇਰੇ ਆਉਂਦੇ ਨੂੰ ਨਵਾਂ। ਨਾ ਨਾ ਨਾ, ਮੈਂ ਤਾਂ ਕੀ ਕਲੇਸ਼ ਕਰਨਾ, ਕਲੇਸ਼ ਤਾਂ ਤੁਸੀਂ ਕਰੋਗੇ ਹੁਣ। ਲੈ ਹਰਪ੍ਰੀਤ, ਮੈਂ ਤਾਂ ਆਪਦੇ ਅੰਦਰੋਂ ਝਾੜੂ ਕੱਢ ਲਿਆ, ਹੁਣ ਤੂੰ ਕੱਢ ਲੈ ਝਾੜੂ। ਨਾ ਜਦੋਂ ਕੱਢੀ ਜਾਂਦੀ ਤਾਂ ਇੱਧਰ ਵੀ ਕੱਢ ਦੇ, ਕੀ ਹੋ ਗਿਆ? ਮੈਂ ਤੈਨੂੰ ਪਹਿਲਾਂ ਹੀ ਸਵੇਰੇ ਕਹਿ ਤਾ ਸੀਗਾ ਵੀ ਕੰਮ ਹੁਣ ਆਪਾਂ ਅੱਡ ਅੱਡ ਹੀ ਕਰਿਆ ਕਰਾਂਗੇ, ਤੂੰ ਆਪਦਾ ਕੰਮ ਕਰ ਲਿਆ ਕਰ, ਮੈਂ ਆਪਦਾ ਕੰਮ ਕਰੂੰਗੀ। ਤੈਨੂੰ ਹੋ ਕੀ ਗਿਆ, ਤੂੰ ਐਂ ਕਿਉਂ ਕਰਨ ਲੱਗ ਗਈ, ਗੱਲ ਤਾਂ ਦੱਸ ਦੇ। ਹੁਣ ਤਾਂ ਕੀ ਆ, ਕਰਦੀ ਸੀ ਸਾਰਾ ਕੰਮ, ਤੁਹਾਨੂੰ ਤਾਂ ਵੀ ਮੇਰੇ ਤੋਂ ਤਕਲੀਫ ਸੀ ਜਦੋਂ ਮੈਂ ਕੰਮ ਤੁਹਾਡੇ ਮੂਹਰੇ ਮੂਹਰੇ ਕਰਦੀ ਫਿਰਦੀ ਸੀ, ਹੁਣ ਜੇ ਨਹੀਂ ਕਰਦੀ ਤਾਂ ਵੀ ਤੁਹਾਡੇ ਉਹੀ ਹਾਲ ਆ। ਏਦੂ ਚੰਗਾ ਤਾਂ ਇਹੀ ਹੈ ਨਾ ਵੀ ਮੈਂ ਆਪਦਾ ਕੰਮ ਅੱਡ ਕਰਾਂ, ਤੁਸੀਂ ਆਪਦਾ ਕੰਮ ਅੱਡ ਕਰ ਲਓ। ਤੂੰ ਤਾਂ ਹਰ ਗੱਲ 'ਤੇ ਸਰੀਕਾ ਕਰਨ ਲੱਗ ਗਈ, ਇੰਨਾ ਸਰੀਕੇ ਕਾਹਤੋਂ ਕਰੀ ਜਾਂਦੀ ਆ? ਦੇਖ ਹਰਪ੍ਰੀਤ, ਮੈਂ ਤੈਨੂੰ ਭੈਣ ਹੀ ਸਮਝਿਆ ਸੀ ਤੇ ਤੂੰ ਵੀ ਮੈਨੂੰ ਭੈਣ ਸਮਝਦੀ ਸੀਗੀ, ਹੁਣ ਜੇ ਤੂੰ ਮੇਰੀ ਦਰਾਣੀ ਬਣੀ ਹੈ ਨਾ ਤੇ ਦਰਾਣੀਆਂ ਦੀਆਂ ਹਰਕਤਾਂ ਕਰਦੀ ਆ ਤਾਂ ਮੈਂ ਵੀ ਤਾਂ ਹੀ ਤੇਰੀ ਜਠਾਣੀ ਬਣੀ ਆ, ਤਾਂ ਹੀ ਤੇਰੇ ਨਾਲ ਸਰੀਕੇ ਕਰਦੀ ਆ, ਫਿਰ ਜਿਵੇਂ ਕਰੇਂਗੀ ਉਵੇਂ ਕਰਾ ਲੇਂਗੀ। ਇਹੋ ਜਿਹਾ ਮੈਂ ਤੇਰੇ ਨਾਲ ਕੁਛ ਨਹੀਂ ਕੀਤਾ, ਆਪਦੇ ਕੋਲ ਗੱਲਾਂ ਬਣਾਈ ਜਾਂਦੀ ਆ। ਤੈਨੂੰ ਵੀ ਪਤਾ ਮੇਰੇ ਅੱਗੇ ਪਿੱਛੇ ਕੋਈ ਨਹੀਂ ਹੈਗਾ, ਮੇਰਾ ਪਰਿਵਾਰ ਤਾਂ ਤੁਸੀਂ ਹੋ, ਮੈਂ ਤੁਹਾਨੂੰ ਇੰਨਾ ਪਿਆਰ ਕਰਦੀ ਹਾਂ ਪਰ ਤਾਂ ਵੀ ਤੁਸੀਂ ਪਤਾ ਹੀ ਨਹੀਂ ਕਿਉਂ ਮੈਨੂੰ ਕਿਉਂ ਨਹੀਂ ਸਮਝਦੇ, ਨਾਲੇ ਮੈਂ ਤੁਹਾਡੇ ਅੱਗੇ ਅੱਗੇ ਕੰਮ ਕਰਦੀ ਸੀ, ਤੁਹਾਡਾ ਇੰਨਾ ਕਰਦੀ ਸੀ ਪਰ ਤੂੰ ਤਾਂ ਵੀ ਨਹੀਂ ਮੈਨੂੰ ਸਮਝਿਆ। ਨਾ ਹੋਰ ਕਿਵੇਂ ਸਮਝਦੇ, ਸਮਝੀ ਤਾਂ ਜਾਂਦੇ ਆ, ਤੂੰ ਤਾਂ ਇਹ ਕਹਿੰਦੇ ਤੇਰੇ ਅੱਗੇ ਪਿੱਛੇ ਘੁੰਮਦੇ ਰਹੀਏ। ਮੈਨੂੰ ਤਾਂ ਲੋੜ ਨਹੀਂ ਹੈਗੀ ਅੱਗੇ ਪਿੱਛੇ ਘੁੰਮਣ ਦੀ, ਨਾ ਘੁਮਾਉਣ ਦੀ ਕਿਸੇ ਨੂੰ, ਤੁਸੀਂ ਆਪਦੇ ਕੰਮ ਕਰੋ ਤੇ ਮੈਨੂੰ ਮੇਰੇ ਕੰਮ ਕਰੋ। ਕੋਈ ਨਾ, ਮੈਂ ਹੁਣ ਬੇਬੇ ਨਾਲ ਹੀ ਗੱਲ ਕਰਦੀ ਹਾਂ, ਬੇਬੇ ਨੂੰ ਦੱਸਦੀ ਹਾਂ। ਦੇਖ ਲੈ ਬੇਬੇ, ਮਨਿੰਦਰ ਅੱਡ ਹੋਣ ਵਾਲੀਆਂ ਗੱਲਾਂ ਕਰਦੀ ਆ, ਸਵੇਰੇ ਚਾਹ ਬਣਾਈ ਜਾਂਦੀ ਸੀ, ਮੈਂ ਕਿਹਾ ਲੈ ਚਾਹ ਮੈਂ ਲੈ ਜਾ ਅੰਦਰ, ਕਹਿੰਦੀ ਨਾ ਤੂੰ ਤਾਂ ਆਪ ਬਣਾ, ਮੈਂ ਤਾਂ ਆਪਦੇ ਵਾਸਤੇ ਬਣਾਈ ਆ, ਹੁਣ ਤਾਂ ਝਾੜੂ ਕੱਢੀ ਜਾਂਦੀ ਸੀ, ਬੋਕਰ ਮੇਰੇ ਮੂਹਰੇ ਮਾਰੀ, ਕਹਿੰਦੀ ਆਪੇ ਕੱਢ ਆਪਦੇ ਝਾੜੂ ਆਪਦੇ ਕਮਰੇ 'ਚ। ਕਮਾਲ ਦੀ ਗੱਲ ਹੈ, ਨਾ ਇਹਨੂੰ ਹੋਈ ਕੀ ਜਾਂਦਾ ਦਿਲੋਂ ਦਿਨ, ਇਹ ਮੈਥੋਂ ਗੁੱਤ ਜੀ ਨਾ ਪਟਾਕੇ ਹਟੂਗੀ, ਹੋਰ ਕੋਈ ਗੱਲ ਨਹੀਂ ਹੈਗੀ। ਗੱਲ ਮੈਂ ਪੁੱਛੀ ਸੀ ਵੀ ਕੀ ਗੱਲ ਆ ਭਾਈ, ਤੂੰ ਦੱਸ ਦੇ ਮੈਨੂੰ, ਕਹਿੰਦੀ ਜੇ ਤੂੰ ਦਰਾਣੀ ਬਣੀ ਨਾ ਤਾਂ ਮੈਂ ਵੀ ਤੈਨੂੰ ਜਠਾਣੀ ਬਣ ਕੇ ਦਿਖਾਉਂਗੀ। ਕੋਈ ਗੱਲ ਨਹੀਂ, ਬਣ ਲੈਣ ਦੇ ਇਹਨੂੰ ਜਠਾਣੀ, ਦੇਖੀ ਜਾਈ ਫਿਰ ਅੱਗੋਂ ਮੈਂ ਵੀ ਸੱਸ ਬਣ ਕੇ ਦਿਖਾਉਂ ਇਹਨੂੰ ਵੀ ਕੀ ਹੁੰਦੀ ਹੈ ਸੱਸ। ਪਤਾ ਨਹੀਂ ਮੰਮੀ ਜਿੱਦਣ ਦੀ ਆਪਦੇ ਪੇਕੇ ਆਈ ਆ, ਪਤਾ ਨਹੀਂ ਇਹਨੂੰ ਕੀ ਹੋਈ ਜਾਂਦਾ, ਕੋਈ ਗੱਲ ਨੂੰ ਜਿਹੜੇ ਕੰਮ ਕਹਿੰਦੀ ਉਹਦੇ ਜਵਾਬ ਦੇ ਦਿੰਦੀ ਆ। ਕੀ ਪਤਾ ਹੁਣ ਇਹਨੂੰ ਕਿਹਨੇ ਪੱਤੀਆਂ ਪੜਾਈਆਂ, ਕਿਉਂ ਐਂ ਕਰਨ ਲੱਗ ਗਈ, ਪਹਿਲਾਂ ਤਾਂ ਵਧੀਆ ਕੰਮ ਕਰੀ ਜਾਂਦੀ ਸੀਗੀ, ਹੁਣ ਇਹਨੂੰ ਕੁਛ ਹੋ ਗਿਆ।
ਕੀ ਪਤਾ ਕਹਿੰਦੀ ਆਪਦਾ ਰੋਟੀ ਪਾਣੀ ਅੱਡ ਬਣਾ ਕੇ ਖਾਇਆ ਕਰੋ, ਮੇਰੇ ਤੋਂ ਨੀ ਤੁਹਾਡਾ ਬਣਦਾ ਨਾ ਹੀ ਤੁਹਾਡਾ ਕੰਮ ਹੋਵੇ ਕੋਈ ਵੀ। ਕੋਈ ਨੀ ਮੈਂ ਕਰਾਉਣੀ ਆ ਰੋਟੀ ਪਾਣੀ ਅੱਡ, ਹੁਣੀ ਕਰਾਉਣੀ ਹੈਗੀ, ਤੂੰ ਦੇਖੀ ਤੇ ਜਾ ਭਾਲਦੀ ਇਹ ਅੱਡ ਹੋਣਾ। ਤਾਂ ਹਜੇ ਰਸੋਈ ਚ ਜਾ ਕੇ ਦੇਖਿਆ ਇੱਕ ਰਸੋਈ ਦੇ ਦੋ ਰਸੋਈਆਂ ਬਣਾ ਰੱਖੀਆਂ, ਆਪਦੇ ਭਾਂਡੇ ਟਿੰਡੇ ਅੱਡ ਕੱਢ ਰੱਖੇ ਆ। ਕੋਈ ਨੀ ਫਿਰ ਤੂੰ ਚਿੰਤਾ ਨਾ ਕਰ, ਮੈਂ ਆਪੇ ਕਰੂ ਉਹਦੇ ਨਾਲ ਗੱਲ, ਬੇਫਿਕਰ ਹੋ ਜਾ। ਕੀ ਗੱਲ ਕਰੇਗੀ ਮੰਮੀ, ਆਪਦੀ ਮਨ ਮਰਜ਼ੀ ਤਾਂ ਕਰਨ ਲੱਗ ਗਈ, ਕੋਈ ਗੱਲ ਗੁੱਲ ਨੀ ਸੁਣਦੀ। ਐ ਨੀ ਫਿਰ ਉਹਦੀ ਮਨ ਮਰਜ਼ੀ ਚੱਲਦੀ ਇੱਥੇ ਜਿਵੇਂ ਉਹ ਚਾਹੁੰਦੀ ਆ, ਇਹ ਤੂੰ ਭੁੱਲ ਜਾ ਵੀ ਆਪਦੀ ਮਨ ਮਰਜ਼ੀ ਕਰ ਲੂਗੀ। ਤੇਰੀ ਗੱਲ ਮੰਮੀ ਕੱਕੜਾ ਨੀ ਸੁਣਦਾ, ਨਾ ਤੇਰੀ ਮਨਿੰਦਰ ਸੁਣੇ, ਕਿਹਨੂੰ ਬੋਲ ਕੇ ਸੁਣਾਏਗੀ, ਬਸ ਇਧਰੋਂ ਸੁਣਗੇ ਉਧਰੋਂ ਕੱਢ ਦੂਗੀ। ਐਂ ਕਿਵੇਂ ਨੀ ਸੁਣਨਗੇ, ਤੇ ਜਦੋਂ ਦੋਨਾਂ ਨੂੰ ਇੱਥੋਂ ਕੱਢਿਆ ਨਾ ਕਰੋ ਤੇ ਫਿਰ ਪਤਾ ਲੱਗੂ ਉਹਨਾਂ ਨੂੰ। ਤੂੰ ਕਿਵੇਂ ਕੱਢ ਦੇਗੀ ਮੰਮੀ, ਘਰ ਹੀ ਜਦੋਂ ਜਸਮੀਤ ਦੇ ਨਾਮ ਹੈ, ਆਪਾਂ ਨੂੰ ਭਾਵੇਂ ਕੱਢ ਦੇਣੇ, ਭਾਵੇਂ ਕਿਸੇ ਮਰਜ਼ੀ ਦੇ ਨਾਂ ਹੋਵੇ, ਮੈਂ ਬੈਠੀ ਆ ਨਾ ਇੱਥੇ, ਮੈਂ ਇਹਨੂੰ ਕੱਢ ਕੇ ਦਿਖਾਉਂ, ਤੂੰ ਦੇਖੀ ਦੇ। ਕੋਈ ਗੱਲ ਨੀ, ਮੈਨੂੰ ਤਾਂ ਐਂ ਲੱਗਦਾ ਬਸ ਆਪਾਂ ਨੂੰ ਕੱਢਣਗੇ, ਇੱਕ ਦੋ ਦਿਨਾਂ ਦੀ ਗੱਲ ਆ। ਆਪਾਂ ਨੂੰ ਕਿਉਂ ਕੱਢਣਗੇ ਅੜੇ, ਤੂੰ ਸਾਰੀ ਗੱਲ ਛੱਡ, ਜਿਵੇਂ ਤੈਨੂੰ ਤੇਰੇ ਮਾਮੇ ਨੇ ਕਿਹਾ ਸੀ ਨਾ ਆਪਾਂ ਨੂੰ, ਆਪਾਂ ਉਵੇਂ ਕਰਾਂਗੇ ਕੱਲ ਤੋਂ ਹੁਣ। ਹਾਂ ਫੇਰ ਲੱਗੂ ਪਤਾ ਨੂੰ ਗਈ ਸੀਗੀ, ਤੂੰ ਭੁੱਲ ਗਈ, ਮੈਂ ਨਹੀਂ ਨਾ ਭੁੱਲੀ, ਮੇਰੇ ਤਾਂ ਯਾਦ ਆ। ਆ ਜਾ ਬੇਬੇ ਤੇ ਹੋਰ ਵੀਰੇ। ਹਾਂ ਵਧੀਆ ਮੈਨੂੰ, ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਮੰਮੀ। ਕਿਵੇਂ ਠੀਕ ਹੋ? ਠੀਕ ਹੈ ਪੁੱਤ, ਤੂੰ ਦੱਸ ਠੀਕ ਹੈ? ਹਾਂ ਹਾਂ ਵਧੀਆ, ਆ ਜਾਓ ਆ ਜਾਓ। ਹੋਰ ਹਾਂ ਘਰ ਹੀ ਆ, ਸਾਰੇ ਅੰਦਰ ਹੀ ਬੈਠੇ ਆ, ਆ ਜਾਓ। ਬਸ ਫੋਨ ਕੀ ਕਰ ਲਾਂਦੇ, ਕੱਲ ਅੱਜ ਵਿਹਲਾ ਸੀ, ਕਹਿੰਦਾ ਚੱਲ ਮੈਂ ਜਾ ਹੀ ਆਉਂਦੇ ਆ, ਗੇੜਾ ਮਾਰ ਆਉਂਦੇ ਆ, ਕਹਿੰਦਾ ਪਿੰਡ ਵਾਲੀ ਬੱਸ ਮਿਲ ਗਈ ਇੱਥੇ, ਤਾਰ ਧਸਣੇ ਆ ਕੇ ਪਿੰਡ ਵਾਲੇ ਡੇ ਦੀ। ਹੋਰ ਪੁੱਤ ਚੱਲ ਹੁਣ ਤਾਂ ਤੂੰ ਗੇੜਾ ਮਾਰਦੀ ਰਿਹਾ ਕਰ। ਹਾਂ ਹੁਣ ਤਾਂ ਗੇੜਾ ਲੈ ਜਾਂਦਾ ਹੁੰਦਾ ਆ ਕੇ ਜਦੋਂ ਵਿਹਲਾ ਹੁੰਦਾ, ਤੇ ਤੁਸੀਂ ਫਿਰ ਇੱਧਰ ਆ ਗਏ ਹੈ। ਹੋਰ ਭੈਣ ਜੀ, ਉਧਰ ਮੇਰਾ ਤਾਂ ਨਾ ਜੀ ਨੀ ਲੱਗਾ, ਇੱਕ ਤਾਂ ਊ ਘਰ ਖੇਤਾਂ ਵਿੱਚ ਸੀਗਾ, ਇੱਕ ਊ ਦੂਰ ਕਿੰਨੀ ਜਾਣਾ ਪੈਂਦਾ ਗਾ ਜਿਹੜੇ ਦਾ, ਨਾ ਕੋਈ ਬੱਸ ਗੱਡੀ ਜਾਵੇ ਉਧਰ। ਵਧੀਆ ਸੀ ਜੀ, ਖੁੱਲਾ ਡੁੱਲਾ ਮਾਹੌਲ ਖੇਤਾਂ ਦਾ, ਹੈ ਸੀ ਦਾ ਵਧੀਆ ਉੱਥੇ, ਤੇ ਗੱਲ ਕਰ ਭਾਈ ਬੱਸ ਬੁਸ ਤੇ ਉਤਰ ਕੇ ਤੁਰ ਕੇ ਜਾਣਾ ਵਾਲਾ ਔਖਾ ਸੀਗਾ, ਪਰ ਮੈਂ ਤਾਂ ਉਹਨਾਂ ਨੂੰ ਕਿਹਾ ਪਤਾ ਪੁਰਾਣੇ ਦੇ ਹੀ ਚੱਲਦੇ ਆ ਭਾਈ ਆਪਦੇ। ਚਲੋ ਜਿੱਥੇ ਲੋਟ ਆਉਂਦਾ ਜੀ ਵਧੀਆ ਉੱਥੇ। ਹਾਂ ਆਇਆ ਪੁੱਤ, ਜਿਹੜਾ ਜੱਦੀ ਘਰ ਵਾਰ ਹੁੰਦਾ ਨਾ ਉਹਦੇ ਵਰਗੀ ਕਿੱਥੇ ਰੀਸ ਹੁੰਦੀ ਹੈ। ਹੁਣ ਆਇਆ ਭੈਣ ਜੀ, ਇੱਥੇ ਸਾਰਾ ਸਰੀਕਾ ਗੁਈਲਾ ਆਪਦਾ, ਆਂਢ ਗੁਆਂਢ ਵਧੀਆ ਗਾ, ਉੱਥੇ ਕੌਣ ਸੀਗਾ ਨੀ ਦੂਰ। ਬਾਕੀ ਮੋਹ ਪਿਆ ਹੁੰਦਾ ਨਾ ਸ਼ੁਰੂ ਤੋਂ, ਜਿਹੜੇ ਘਰ ਚ ਆਪਾਂ ਪਹਿਲਾਂ ਤੋਂ ਰਹੇ ਹੋਗੇ, ਨਵੇਂ ਥਾਂ ਜਾ ਕੇ ਸੈਟਿੰਗ ਹੌਲੀ ਹੌਲੀ ਆਉਂਦੀ ਆ। ਹਾਂ ਬਾਈ ਕੋਈ ਯਾਰ ਕਹਿੰਦੀ ਦਿੰਦਾ ਵੀ ਬਸ ਇੱਥੇ ਆ ਗਏ ਬਾਡੀ ਤੇ ਮਲੰਦਰ ਪਿਆ। ਹਾਂ ਉਹ ਤਾਂ ਅੰਦਰ ਪਿਆਗਾ, ਬੁਲਾ ਲਓ ਮੰਮੀ। ਕੁਲਦੀਪ ਨੇ ਡਿਊਟੀ ਗਿਆ। ਅੱਛਾ ਲਾਡੀ ਆ ਜਾਂਦਾ ਗਾ। ਹੋਰ ਭੈਣੇ ਜਵਾਕਰੀ ਠੀਕ ਰਹਿੰਦੀ ਆ? ਹਾਂ ਵਧੀਆ ਰਹਿੰਦੀ ਆ, ਹੁਣ ਰੋਈ ਜਾਂਦੀ ਸੀ ਕੁਛ ਟਾਈਮ ਪਹਿਲਾਂ, ਹੁਣ ਸੁੱਤੀ ਆ ਮਸਾਂ। ਚਲੋ ਇੱਕ ਹਾਰ ਨਹੀਂ ਕਰਨ ਲੱਗ ਜਾਂਦੀ ਹੈ ਬਸ, ਆਈ ਇੱਕ ਤਾਂ ਗਰਮੀ ਗਰਮੀ ਵਾਲੀ। ਹਾਂ ਤਾਂ ਕਰਕੇ ਆਈ ਮੈਂ, ਸੁੱਤਾ ਪਿਆ ਸੀ ਹੈ ਲਾਡੀ। ਹਾਂ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਬਈ, ਸਤਿ ਸ਼੍ਰੀ ਅਕਾਲ। ਹੋਰ ਠੀਕ ਹੈ ਬਈ? ਠੀਕ ਹੈ ਵਧੀਆ। ਅੱਜ ਗਿਆ ਸੀ 4 ਵਜੇ ਦਾ, 2 ਵਜ ਗਏ ਹੁਣ, ਦੇਖਦਾ ਫੋਨ ਲਾ ਕੇ।
ਜਰੂਰੀ ਆ ਲੋਕਾਂ ਕੇ ਜਲੂਸ ਦਿਖਾਉਣਾ ਆਪਣਾ ਇਹ ਜਲੂਸ ਮੈਂ ਨੀ ਕੱਢਿਆ ਤੂੰ ਕੱਢਿਆ ਨਾ ਜੇ ਤੂੰ ਰਸੋਈ ਅੱਡ ਕਰ ਲਈ ਬਸ ਫਿਰ ਹੁਣ ਉਹੀ ਗੱਲ ਤੇ ਰਹਿ ਬਸ ਤੇਰੇ ਨਾਲ ਬਹਿਸ ਕਰਨ ਦਾ ਕੋਈ ਫਾਇਦਾ ਨੀ ਨਾ ਤੈਨੂੰ ਸਮਝਾਉਣ ਦਾ ਫਾਇਦਾ ਤੂੰ ਕਿਹੜਾ ਕਿਸੇ ਦੀ ਸੁਣਨੀ ਹੁੰਦੀ ਆ ਨਾਲੇ ਮੰਮੀ ਹੋਰਾਂ ਨੂੰ ਵੀ ਤਾਂ ਪਤਾ ਲੱਗੇ ਉਹ ਵੀ ਬਾਹਲਾ ਮਨਿੰਦਰ ਮਨਿੰਦਰ ਕਰਦੇ ਆ ਵੀ ਉਹਦੀ ਮਨਿੰਦਰ ਕਰਦੀ ਕੀ ਆ ਚੱਲ ਠੀਕ ਹੈ ਜੀ ਦੱਸ ਦੋ ਕੀ ਹੋਜੂਗਾ ਉਹ ਦੁਖੀ ਹੋਣਗੇ ਕੋਈ ਗੱਲ ਨੀ ਮੈਂ ਦੱਸ ਦੂੰਗੀ ਉਹ ਮੇਰੀ ਟੈਨਸ਼ਨ ਹੈ ਤੈਨੂੰ ਬਾਹਲਾ ਫਿਕਰ ਕਰਨ ਦੀ ਲੋੜ ਨਹੀਂ ਚਾਹ ਪਾਣੀ ਆਹੋ ਮੈਂ ਲੈ ਆਉਂਦੀ ਆ ਗਈ ਇੱਥੇ ਡਰਾਮੇ ਦਾ ਕੁਲਦੀਪ ਤਾਂ ਬਾਈ ਮੈਨੂੰ ਲੱਗਦਾ ਲੇਟ ਹੋ ਜੂ ਫਿਰ ਹਨਾ ਨਾ ਆ ਜੂਗਾ ਬਸ 3 ਵਜੇ ਆਉਂਦਾ ਉਹ ਫਿਰ ਅਸੀਂ ਵੀ ਲੇਟ ਹੋ ਜਾਾਂਗੇ ਨਾ ਜਾ ਕੇ ਪਸ਼ੂ ਢਾਂਡਾ ਵੀ ਸਾਹਮਣਾ ਹੁੰਦਾ ਲੈ ਬਾਈ ਹੁਣੀ ਤਾਂ ਆਇਓ ਵੀਰੇ ਜੀ ਕੀ ਲੇਟ ਹੋ ਜੂਗੇ ਭਾਣੇ ਆਏ ਤਾਂ ਹੈਗੇ ਚਲ ਇੰਨੇ ਬਥੇਰਾ ਕਰ ਆਇਆ ਸੰਨੀ ਸੁੰਨੀ ਦਾ ਟਾਈਮ ਹੋ ਰਿਹਾ ਬਾਈ ਕੁਲਦੀਪ ਆ ਜੂਗਾ ਫਿਰ ਕੋਈ ਨਹੀਂ ਚਾਹ ਪਾਣੀ ਪੀ ਲਓ ਬੈਠੋ ਰੋਟੀ ਪਾਣੀ ਪਾ ਕੇ ਫਿਰ ਜਾਇਓ ਹੋਰ ਹਰਪ੍ਰੀਤ ਠੀਕ ਆ ਹਾਂਜੀ ਵੀਰੇ ਵਧੀਆ ਹੋਰ ਕੰਮ ਕਰ ਵਧੀਆ ਹੋਈ ਚੱਲਦੀ ਹਾਂ ਹਾਂ ਵਧੀਆ ਤੇ ਤੂੰ ਫੋਨ ਫਾਨ ਹੀ ਨਹੀਂ ਕਰਦੀ ਹੈ ਕਿ ਬਾਲੀ ਕੰਮ ਚ ਬਿਜੀ ਹੋ ਗਈ ਤੂੰ ਨਹੀਂ ਨਹੀਂ ਵੀਰੇ ਬਸ ਟਾਈਮ ਹੀ ਨਹੀਂ ਲੱਗਦਾ ਹਾਂ ਉਹ ਹੁਣ ਭਾਈ ਕਿੱਥੇ ਟਾਈਮ ਲੱਗਦਾ ਕਿੱਥੇ ਭਰਾ ਦੀ ਯਾਦ ਆਉਂਦੀ ਆ ਹੈ ਤੈਨੂੰ ਸਹੁਰੇ ਚੰਗੇ ਮਿਲ ਗਏ ਹੈ ਕਿ ਨਹੀਂ ਮਾਂ ਹੁਣ ਕਿੱਥੇ ਪੇਕੇ ਗੱਲ ਤਾਂ ਇਹੀ ਆ ਪੁੱਤ ਹਾਂ ਨਹੀਂ ਵੀਰੇ ਮੰਮੀ ਨਾਲ ਗੱਲ ਕਰਦੀ ਨੇ ਪੁੱਛਦੀ ਨੇ ਤੁਹਾਡਾ ਤੁਸੀਂ ਨਹੀਂ ਕਰਦੇ ਮੈਨੂੰ 24 ਘੰਟੇ ਹੁੰਦਾ ਫੋਨ ਦਾ ਇਹਦੇ ਹੱਥ ਚ ਕੋਈ ਪਤਾ ਨਹੀਂ ਕਿਉਂ ਭਾਈ ਮਾਤਾ 10 ਵਾਰੀ ਲਾ ਲਿਆ ਇਹਨੂੰ ਪਤਾ ਨਹੀਂ ਭਾਈ ਉਹੀ ਆਕੜਾ ਮੇਰੇ ਨਾਲ ਕਿਸੇ ਗੱਲ ਤੋਂ ਨਹੀਂ ਨਹੀਂ ਆਕੜ ਨਾਲ ਤਾਂ ਕਿਹੜੀ ਗੱਲ ਹੈ ਵੀਰੇ ਆਕੜ ਤਾਂ ਮੈਂ ਖਾਣ ਲਈ ਆਉਂਦੀ ਨਾਲ ਚਲ ਖਾਣ ਨੂੰ ਤਾਂ ਕੀ ਆ ਮਨਿੰਦਰ ਰੋਟੀ ਖਾ ਕੇ ਆਈ ਸੀ ਵਧ ਗਿਆ ਚਲ ਲਿਆ ਬਿਸਕੁਟ ਪਏ ਤਾਂ ਹੈਗੇ ਆ ਹਾਂ ਮੈਂ ਨਹੀਂ ਪੁੱਤ ਰੋਟੀ ਖਾ ਕੇ ਆਏ ਸੀ ਅਸੀਂ ਕਾਲੀ ਜੇ ਲੈ ਕੋਈ ਨਹੀਂ ਰੋਟੀ ਪਾਣੀ ਤਿਆਰ ਕਰ ਲਓ ਹੁਣ ਬਸ ਨਹੀਂ ਭੈਣ ਜੀ ਰੋਟੀ ਖਾ ਕੇ ਆਏ ਆ ਅਸੀਂ ਹੁਣ ਜਾਣੇ ਆ ਅਸੀਂ ਰੋਟੀ ਖਾ ਕੇ ਫਿਰ ਵਗ ਜਾ ਠਹਿਰ ਕੇ ਨਾਲੇ ਉਹਨੂੰ ਕੁਲਦੀਪ ਆ ਜਾਊਗਾ ਆ ਤਾਂ ਜਾਊਗਾ ਭੈਣ ਜੀ ਜਾ ਕੇ ਸੰਨੀ ਸੁੰਨੀ ਰਲਾਉਣੀ ਕਾਲੀ ਸਾਨੂੰ ਗਾਹ ਬਸ ਨਹੀਂ ਮਿਲਣੀ ਤਾਂ ਕਰਕੇ ਓਕਾ ਬਾਕੀ ਰੋਟੀ ਦਾ ਖਾ ਕੇ ਤੁਰੇ ਸੀਗੇ ਕਿਹੜਾ ਹੁਣ ਇੰਨੀ ਭੁੱਖ ਲੱਗਦੀ ਆ ਕੋਈ ਨਾ ਵੀਰੇ ਤੁਸੀਂ ਕਿਹੜਾ ਰੋਜ਼ ਰੋਜ਼ ਆਉਣਾ ਚਲ ਕੋਈ ਨਹੀਂ ਜਿੱਦੇ ਫੇਰ ਆਏ ਉੱਦੇ ਖਵਾ ਦੀ ਰੋਟੀਆਂ ਤੂੰ ਉੱਦੇ ਬਣਾ ਲਈ ਪਨੀਰ ਹੈ ਜਾ ਹੁਣ ਤੂੰ ਚਾਹ ਨਾ ਬਿਸਕੁਟ ਖਵਾ ਤੇ ਐ ਜਾ ਮੈਂ ਲਾਦਾ ਹੁਣ ਤੂੰ ਰੋਟੀ ਖਵਾ ਦੇਂਗੀ ਐ ਲੈ ਲੈ ਬੇਇੱਜ਼ਤੀ ਕਰਦਾ ਐ ਜਾ ਬੇਇੱਜ਼ਤੀ ਐ ਆਏ ਮਖੌਲਾ ਕਰਦਾ ਤੇਰਾ ਭਰਾ ਨਹੀਂ ਬੋਲਦਾ ਮੈਨੂੰ ਲੈ ਮਾਂ ਮੈਂ ਫਿਰ ਹੁਣ ਕੋਈ ਗਲਤ ਬੋਲਿਆ ਇਹ ਆਏ ਨੂੰ ਆਏ ਹਾਂ ਵੀ ਕਿਤੇ ਸਰ ਕੋਈ ਸਹੁਰੇ ਨੂੰ ਘਾਟਾ ਨਾ ਪੈ ਜੇ ਹੋਰ ਸਰਫਾ ਕਰਦੀ ਐ ਫਿਰ ਚਲ ਮੈਂ ਖਾਣ ਨੂੰ ਨਹੀਂ ਲਿਆਈ ਸੀ ਉਹਦਾ ਕੀ ਮਤਲਬ ਸੀ ਐ ਬੋਲਣ ਦਾ ਤੁਹਾਨੂੰ ਇੰਨੇ ਦਾ ਅਕਲ ਹੋਣੀ ਚਾਹੀਦੀ ਹੈ ਵੀ ਆਇਆ ਗਿਆ ਜਦੋਂ ਆਇਆ ਹੁੰਦਾ ਗਾ ਉਦੋਂ ਚਾਹ ਪਾਣੀ ਢੰਗ ਨਾਲ ਫੜਾਈਦਾ ਹੁੰਦਾ ਵੀ ਕੁਛ ਖਾਣ ਪੀਣ ਨੂੰ ਵੀ ਧਰੀਦਾ ਹੁੰਦਾ ਗਾ ਨਾਲੇ ਮੰਮੀ ਮੈਂ ਨਹੀਂ ਬੋਲੀ ਇਹਨੇ ਉਹਨੂੰ ਵੀ ਕਿਹਾ ਨਾ ਕੋਈ ਨਹੀਂ ਉਹਨੂੰ ਵੀ ਕਹਿ ਦਿੰਦੀ ਆ ਮੈਂ ਕਹਿ ਉਹਨੂੰ ਤੂੰ ਕਿਹੜਾ ਘੱਟ ਹੈਗੀ ਤੂੰ ਵੀ ਉਹੋ ਜਿਹੀ ਹੋਈ ਪਈ ਆਗੀ ਨੀ ਮਨਿੰਦਰ ਹਾਂ ਮੰਮੀ ਕੀ ਹੋਇਆ ਨਾ ਗੱਲ ਸੁਣ ਮੇਰੀ ਇੰਨਾ ਜਲੂਸ ਕੱਢਿਆ ਤੁਸੀਂ ਉਹਨਾਂ ਮੂਹਰੇ ਹੈ ਕੀ ਹੋ ਗਿਆ ਜੇ ਮੈਂ ਚੁੱਪ ਕਰ ਗਈ ਮੰਮੀ ਮੈਂ ਕੀ ਜਲੂਸ ਕੱਢਿਆ ਮੈਂ ਤਾਂ ਸਿਰਫ ਇੰਨਾ ਹੀ ਕਿਹਾ ਸੀ ਵੀਰੇ ਬੈਠ ਜਾ ਮੈਂ ਚਾਹ ਪਾਣੀ ਲੈ ਕੇ ਆਉਣੀ ਆ ਇਹਨੇ ਕਿਹਾ ਅੱਗੋਂ ਮੈਨੂੰ ਉਹ ਵੀ ਕੋਈ ਕਸਰ ਨਹੀਂ ਛੱਡੀ ਬੇਇੱਜ਼ਤੀ ਕਰਾਉਣ ਵਾਲੀ ਉਹ ਤਾਂ ਮੈਂ ਹੀ ਚੁੱਪ ਕਰ ਗਈ ਵੀ ਰਿਸ਼ਤੇਦਾਰ ਆਏ ਆ ਕਾਹਨੂੰ ਬੋਲਣਾਗਾ
ਮੈਂ ਮੰਮੀ ਨੂੰ ਐਂ ਦੱਸ ਅੱਜ ਤੱਕ ਤੇਰੀ ਬੇਇੱਜ਼ਤੀ ਹੋਣ ਦਿੱਤੀ ਮੈਂ ਕਦੇ ਨਾ ਬੇਇੱਜ਼ਤੀ ਹੋਣ ਨਹੀਂ ਦਿੱਤੀ ਤੇ ਹੁਣ ਕੀ ਕੀਤਾਗਾ ਹੁਣ ਤਾਂ ਉਦੋਂ ਵੀ ਜ਼ਿਆਦਾ ਵੱਡੀ ਬੇਇੱਜ਼ਤੀ ਹੋ ਗਈ ਹੈਗੀ ਅਗਲੇ ਜਾ ਕੇ ਕੀ ਕਹਿਣਗੇ ਮੰਮੀ ਦੇਖੇ ਮੈਂ ਤਾਂ ਗੱਲ ਨੂੰ ਫਿਰ ਵੀ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ ਗੱਲ ਇਹਨੇ ਉਛਾਲੀ ਆ ਹਾਂ ਹਾਂ ਕਿਹੜੀ ਗੱਲ ਲੁਕੋਈ ਆ ਜਾਣ ਕੇ ਜਲੂਸ ਕੱਢਿਆ ਉਹਨਾਂ ਸਾਹਮਣੇ ਨਾ ਜੇ ਚਾਹ ਮੈਂ ਬਣਾ ਲਿਆਉਂਦੀ ਫਿਰ ਕੀ ਹੁੰਦਾ ਬਸ ਨੀ ਬਹਿ ਜਾ ਤਾਂ ਇਹ ਬਣਾਈ ਲਿਆਈ ਸੀ ਤੈਨੂੰ ਕੀ ਲੋੜ ਸੀ ਵੀ ਆ ਬਿਸਕੁਟਾਂ ਦਾ ਕਹਿਣ ਦਾ ਅਗਲੇ ਮੂੰਹ ਤੇ ਗੱਲ ਕਹਿ ਕੇ ਤੁਰ ਗਏ ਨਾ ਮੰਮੀ ਲਿਆ ਕੇ ਸੁੱਕੀ ਚਾਹ ਫੜਾਤੀ ਨਾ ਇਹਨੂੰ ਅਕਲ ਨਹੀਂ ਹੈਗੀ ਵੀ ਜਦੋਂ ਕੋਈ ਆਉਂਦਾ ਭੈਣ ਭਾਈ ਨਾਲ ਕੁਝ ਖਾਣ ਨੂੰ ਵੀ ਫੜਾਈਦਾ ਹੁੰਦਾ ਨਾ ਜਦੋਂ ਤੈਨੂੰ ਪਤਾ ਲੱਗ ਗਿਆ ਸੀ ਵੀ ਇਹ ਬਿਸਕੁਟ ਨਹੀਂ ਲੈ ਕੇ ਤੂੰ ਲਿਆ ਕੇ ਪਲੇਟ ਮੂਹਰੇ ਰੱਖ ਲੈਂਦੀ ਫੇਰ ਕਿੱਡੀ ਗੱਲ ਸੀਗੀ ਨਾਲੇ ਨਾ ਗੱਲ ਸੁਣ ਲੈ ਮੇਰੀ ਜੇ ਤਾਂ ਤੂੰ ਅੱਡ ਹੋਣਾ ਤਾਂ ਢੰਗ ਨਾ ਹੋ ਜਾ ਤੇ ਨਹੀਂ ਆਵੇਂ ਸਾਡੇ ਨਾਲ ਢੰਗ ਜਿਹਾ ਨਾ ਕਰ ਮੰਮੀ ਮੈਂ ਤੁਹਾਡੇ ਨਾਲ ਤਾਂ ਕੋਈ ਢੰਗ ਨਹੀਂ ਕਰੀ ਇਹ ਜਿਵੇਂ ਮੇਰੇ ਨਾਲ ਕਰਦੀ ਆ ਮੈਂ ਇਹਦੇ ਨਾਲ ਹੂੰ ਵੀ ਕਰਦੀ ਆ ਨਾ ਕੀ ਕਰਦੀ ਐ ਤੂੰ ਮੇਰੇ ਨਾਲ ਨਾਲੇ ਮੇਰੀ ਮੰਮੀ ਵੀਰੇ ਅੱਗੇ ਨਾ ਘੁੰਮਣ ਦੀ ਲੋੜ ਨਹੀਂ ਉਹ ਅੱਗੇ ਪਿੱਛੇ ਫਿਰਦੀ ਰਹਿੰਦੀ ਆ ਮੇਰੇ ਕਿਹੜਾ ਕੁਝ ਲੱਗਦੇ ਨਹੀਂ ਤੇਰੇ ਕੁਝ ਨਹੀਂ ਲੱਗਦੇ ਇਹ ਤੂੰ ਸੋਚਦੀ ਆ ਮੇਰੇ ਲਈ ਤਾਂ ਉਹ ਮੇਰੇ ਮਾਂ ਪਿਓ ਹੀ ਆ ਬਸ ਬਹਿ ਜਾਨੀ ਤੂੰ ਟਿਕ ਕੇ ਚੁੱਪ ਕਰ ਜਾ ਦੋਨਾਂ ਜਣੀਆਂ ਜਾ ਕੇ ਕੰਮ ਕਰ ਲਓ ਉਹਦਾ ਕੋਈ ਨਹੀਂ ਆਂਦ ਜਵਾਕਾਂ ਨੂੰ ਉਹਨਾਂ ਨਾਲ ਗੱਲ ਕਰੂੰ ਹੱਥ ਨੇ ਤੂੰ ਵੀ ਇਹਨੂੰ ਕੁਝ ਨਹੀਂ ਕਹਿੰਦੀ ਹੈਗੀ ਬਸ ਤੂੰ ਵੀ ਬਸ ਮੇਰੇ ਤੇ ਬੋਲਣ ਵਾਲੀ ਆ ਆਹੋ ਕਲੇਸ਼ ਤਾਂ ਪੂਰੀ ਕਰਵਾਨੀ ਆ ਛਿੰਜੜੀਆਂ ਸਾਰੀਆਂ ਤੂੰ ਛੇੜਦੀ ਆਂਗੀ ਜਾ ਤੂੰ ਵੀ ਕਰ ਲੈ ਕੰਮ ਆਉਂਦਾ ਜਾ ਕੇ ਉਹ ਕਰ ਲੈਣੀ ਮੈਂ ਇੱਥੇ ਮੇਰੇ ਸਾਹਮਣੇ ਬੋਲਣ ਲੱਗੀ ਤਾਂ ਇਹ ਤਾਂ ਬੋਲ ਗਈ ਅਗਲੀ ਆਹੋ ਬੋਲਣ ਲੱਗ ਗਈ ਸਾਨੂੰ ਤੁਸੀਂ ਚੰਗੇ ਮੇਰੇ ਹਾਰ ਪਵਾਏ ਨੇ ਆ ਜਾ ਬੇਬੇ ਆ ਜਾ ਪੁੱਤ ਦੇਖ ਲਿਆ ਹਾਲ ਉਹਦਾ ਦੇਖ ਤਾਂ ਸਹੀ ਹਾਂ ਐਂ ਕਿਉਂ ਕਰੀ ਜਾਂਦੀ ਆ ਉਹ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਦੀ ਕਮਲੀ ਜੀ ਦੀ ਉਹ ਬੇਬੇ ਉਹਨੂੰ ਪੁੱਠੀ ਭਰਤੀ ਦਿੱਤੀ ਵੀ ਉਹਦੀ ਸੱਸ ਨੇ ਦੇਖ ਲਾ ਦੋਨੇ ਜਣੀਆਂ ਬੈਠੀਆਂ ਸੀ ਮੂੰਹ ਜੋੜੀ ਆਪਣੇ ਜੰਦੇ ਨੂੰ ਤੇ ਮਨਿੰਦਰ ਨੇ ਜਦੋਂ ਚਾਹ ਪਾਣੀ ਦਾ ਨਾਂ ਲਿਆ ਉਦੋਂ ਵੇਖ ਲਾ ਉਹਦੇ ਨਾਲ ਕਿਵੇਂ ਬੋਲਣ ਲੱਗ ਗਈ ਆ ਕਹਿੰਦੀ ਮੈਂ ਤਾਂ ਆਪ ਹੀ ਕਰ ਦੂੰਗੀ ਮੇਰੀ ਮਾਂ ਹੈ ਮੇਰਾ ਭਰਾ ਹੈ ਤੈਨੂੰ ਐਂ ਬੋਲਣ ਦਾ ਸਾਡੇ ਸਾਹਮਣੇ ਤਾਂ ਨਾ ਬੋਲ ਤੂੰ ਓਏ ਉਹੀ ਤਾਂ ਗੱਲ ਆ ਮੈਨੂੰ ਤਾਂ ਐਂ ਲੱਗਦਾ ਜਿਵੇਂ ਲੜ ਲੜ ਕੇ ਹਟ ਗਿਆ ਹੁੰਦਾ ਗਾ ਮੈਨੂੰ ਵੀ ਐਂ ਸ਼ੱਕ ਪੈਂਦਾ ਹੈ ਵੇਖ ਲਾ ਉਹਦੀ ਸੱਸ ਨੇ ਵੀ ਇੱਕ ਵਾਰੀ ਵੀ ਨਹੀਂ ਕਿਹਾ ਵੀ ਭਾਈ ਹਰਪ੍ਰੀਤ ਤੂੰ ਐਂ ਕਿਉਂ ਕਰਦੀ ਆ ਹਨਾ ਸੱਸ ਤਾਂ ਐਡੀ ਪੁਆੜੇ ਹੱਥੀ ਆ ਉਹੀ ਤਾਂ ਕਰਾਉਂਦੀ ਆ ਜਿੰਨਾ ਕਰਾਉਂਦੀ ਆ ਉਹੀ ਗੱਲ ਆ ਉਹ ਸਿਆਣਾ ਨਹੀਂ ਹੈਗਾ ਵੀ ਬਸ ਇਕੱਲੀ ਦਾ ਸਿਆਣੀ ਬੁੜੀ ਆ ਘਰ ਚ ਵੀ ਜੇ ਜਵਾਕਾਂ ਨੂੰ ਇਕੱਠਾ ਰੱਖੂਗੀ ਤਾਂ ਚਲ ਸਾਡਾ ਹੀ ਕੁਝ ਬਣੂਗਾ ਨਾਲੇ ਜਵਾਕ ਜੱਗ ਸੋਹਣਾ ਲੱਗਦਾ ਕਿਹੜੀ ਸਿਆਣੀ ਆ ਉਹ ਪੁੱਤ ਮੈਨੂੰ ਤਾਂ ਧੇਲੇ ਦੀ ਅਕਲ ਨਹੀਂ ਲੱਗਦੀ ਉਹਦੇ 'ਚ ਵੀ ਕੋਈ ਤਾਂ ਤੂੰ ਚੱਜ ਦਾ ਕੰਮ ਕਰ ਵੀ ਤੇਰੇ ਪੁੱਤ ਹੈ ਤੇਰੀਆਂ ਨੂੰਹ ਹੈ ਇਹਨਾਂ ਨੂੰ ਇਕੱਠੇ ਕਹੋ ਵੀ ਭਾਈ ਰਲ ਕੇ ਰਹਿ ਤੂੰ ਉਹ ਵੇਖ ਲਾ ਮਨਿੰਦਰ ਤਾਂ ਮਾਂ ਮਾਂ ਕਰਦੀ ਆ ਤੈਨੂੰ ਵੀ ਹੈ ਉਹ ਤਾਂ ਵਿਚਾਰੀ ਨੂੰ ਚਾਹ ਚੜ ਗਿਆ ਆਪਾਂ ਦੇਖ ਕੇ ਤੇ ਹੋਰ ਵੇਖ ਲਾ ਕਿੰਨੀ ਖੁਸ਼ ਹੋਈ ਤੇ ਆਪਣੀ ਆਪਦੀ ਨੇ ਮੱਥੇ ਵੱਟ ਪਾ ਲਿਆ ਮੱਥੇ ਵੱਟ ਪਾ ਲਿਆ ਉਹਨਾਂ ਤਾਂ ਚੱਜ ਨਾਲ ਗੱਲ ਹੀ ਨਹੀਂ ਕਰੀ ਉਹ ਬੇਬੇ ਮਨਿੰਦਰਾ ਸੱਸ ਗੱਲਾਂ ਕਰੀ ਜਾਵੇ ਆਪਣੇ ਨਾਲ ਉਹ ਮੱਚੀ ਜਾਵੇ ਉਹ ਪਹਿਲਾਂ ਤਾਂ ਮੈਂ ਉੱਥੇ ਬੋਲਦਾ ਸੀ ਮੈਂ ਐ ਨਹੀਂ ਬੋਲਿਆ ਮੈਂ ਕਿਹਾ ਭੇੜੇ ਲੱਗਦੇ ਆ ਹੈ ਮੈਂ ਜਦੋਂ ਉਹਦੇ ਕਿਹਾ ਸੀ ਨਾ ਮੈਂ ਕਿਹਾ ਫੋਨ ਤੇ ਉਹ ਗੱਲ ਨਹੀਂ ਬੰਦੀ ਜਾ ਕੇ ਵਿੜਕ ਲੈਣੀ ਪਊ ਵੇਖ ਲਾ ਉਹੀ ਗੱਲ ਮੂਹਰੇ ਆ ਗਈ ਨਾ ਅੱਜ ਤਾਂ ਆਪਾਂ ਨੂੰ ਸਾਰਾ ਕੁਝ ਹੀ ਪਤਾ ਲੱਗ ਗਿਆ ਵੀ ਉਹ ਉਹੀ ਕੰਜਰਖਾਨਾ ਕਰਦੀ ਆ ਉਹਦੇ ਨਾਲ ਮਨਿੰਦਰ ਨਾਲ ਮੈਂ ਤਾਂ ਤੈਨੂੰ ਐ ਕਹਣਾ ਵੀ ਹੁਣ ਮੜਾ ਤੂੰ ਫੋਨ ਲਾ ਕੇ ਦੇਣਾ ਤੈਨੂੰ ਮੈਂ ਤੂੰ ਹਰਪ੍ਰੀਤ ਨੂੰ ਪੁੱਛ ਸਾਰੀ ਗੱਲ ਵੀ ਗੱਲ ਕੀ ਆ ਪੁੱਛ ਲੈਣੀ ਆ ਪੁੱਤ ਹੈ ਹਾਂ ਮੈਂ ਨਾ ਤੈਨੂੰ ਫੋਨ ਲਾ ਕੇ ਦਿੰਨਾ ਤੇ ਤੂੰ ਸਾਰਾ ਬਰਿਆ ਕੇ ਉਹਨੂੰ ਪੁੱਛ ਵੀ ਤੁਸੀਂ ਐਂ ਕਿਉਂ ਕਰੀ ਜਾਂਦੀਆਂ ਸੀ ਹਨਾ ਪਰ ਮੈਨੂੰ ਤਾਂ ਉਹਦਾ ਸਿਸਟਮ ਚੰਗਾ ਨਹੀਂ ਲੱਗਿਆ ਹਰਪ੍ਰੀਤ ਦਾ ਜਿਵੇਂ ਉਹ ਆ ਕਰਦੀ ਐ ਚਲ ਕੋਈ ਨਹੀਂ ਮੈਂ ਤੈਨੂੰ ਦਿੰਨਾ ਫੋਨ ਲਾ ਕੇ ਇਹ ਕਿਹੜਾ ਉਹਦੀ ਚੱਕ ਲੂ ਕੀ ਪਤਾ ਕਿੱਥੇ ਸਿੱਟੀ ਬੈਠੀ ਹੋਊ ਆ ਲੈ ਬੇਬੇ ਜੇ ਉਹ ਚੱਕ ਲਿਆ ਤਾਂ ਉਹ ਕਰ ਦੇ ਸਾਰੀ ਗੱਲ ਪੁੱਛ ਲਈ ਹੁਣ ਇਹਦੋਂ ਹਾਂ ਚੱਕਦੀ ਆ ਕਿ ਨਹੀਂ ਚੱਕਿਆ ਨਹੀਂ ਹਜੇ ਤਾਂ ਚੱਕੇ ਨਹੀਂ ਕੀ ਪਤਾ ਕਿੱਥੇ ਸਿੱਟੀ ਬੈਠੀ ਹੋਊ ਇਹ ਤਾਂ ਉਹ ਆਪ ਨਰਮਾ ਦੋਨੇ ਭਰਾ ਉਹ ਨਰਮਾ ਹੈ ਹਾਂ ਉਹਨਾਂ ਦੇ ਸੁਭਾਅ ਦੋਨੇ ਭਰਾ ਅਕਲ ਤਾਂ ਇੰਨੀ ਕਾ ਤੇ ਲਿਆ ਕੇ ਫੋਕੀ ਚਾਹ ਤੇ ਮੱਥੇ ਮਾਰੀ ਚੱਕਿਆ ਨਹੀਂ ਪੁੱਤ ਉਹਨੂੰ ਜਾਣ ਕੇ ਨਹੀਂ ਚੱਕਦੀ ਉਹ ਚੱਲ ਲਿਆ ਦੁਬਾਰੇ ਲਾ ਕੇ ਦੇਖਦੇ ਦੁਬਾਰੇ ਲਾ ਕੇ ਦੇਖ ਲੈ ਜੇ ਚੱਕ ਲੂਗੀ ਤਾਂ ਹਾਂ ਸੱਸ ਭੋਲਾ ਹੀ ਨਹੀਂ ਅਕਲ ਸਿਖਾਉਂਦੀ ਵੀ ਨਾ ਭਾਈ ਤੇਰੇ ਮਾਂ ਆਈ ਹੈ ਤੇਰਾ ਭਰਾ ਆਇਆ ਤੂੰ ਵਧੀਆ ਉਹਨਾਂ ਨੂੰ ਬੁਲਾਇਆ ਕਰ ਵਧੀਆ ਆਪਦੇ ਘਰੇ ਇੰਨਾ ਸੌ ਖੂਹ ਪੱਟੀ ਜਾਵੇ ਆਪਦੇ ਘਰੇ ਕੁਝ ਕਰੀਏ ਤੇ ਆਏ ਗਏ ਬੰਦੇ ਤੂੰ ਨਾ ਮੰਨਾ ਜਲੂਸ ਕੱਢੇ ਕੀ ਬਗਜੋ ਮੇਰਾ ਤਾਂ ਜਾਣ ਨੂੰ ਵੀ ਨਹੀਂ ਜੀ ਕਰਦਾ ਪੁੱਤ ਹੁਣ ਉੱਥੇ
ਜਦੋਂ ਐਂ ਜੇ ਕਰਨ ਲੱਗ ਜਾਂਦੀ ਹੈ ਕਿੱਥੇ ਤੱਕ ਚਾਹ ਨਾਲ ਜਾਂਦੇ ਹਾਂ ਵੀ ਧੀ ਨੂੰ ਮਿਲ ਕੇ ਆਉਂਦੇ ਹਾਂ ਚੱਲ ਦੁੱਖ ਸੁੱਖ ਕਰਾਂਗੇ। ਹਾਂ ਬੇਬੇ ਚੱਕ ਲਿਆ ਬੋਲ ਪਾ। ਹੈਲੋ ਹੈਲੋ ਹਾਂ ਕਿਵੇਂ ਆ ਹਰਪ੍ਰੀਤ? ਵਧੀਆ ਮੰਮੀ, ਤੁਸੀਂ ਦੱਸੋ। ਨਾ ਇੰਨੇ ਫੋਨ ਲਾਈ ਗਈ, ਫੋਨ ਨਹੀਂ ਚੱਕਿਆ। ਮੰਮੀ ਪਤਾ ਨਹੀਂ ਲੱਗਿਆ ਮੈਨੂੰ ਫੋਨ ਦਾ, ਹੋਰ ਤੁਸੀਂ ਟਾਈਮ ਨਾਲ ਪਹੁੰਚ ਗਏ ਸੀ? ਅਸੀਂ ਤਾਂ ਟਾਈਮ ਨਾਲ ਪਹੁੰਚ ਗਏ ਸੀ। ਨਾ ਤੂੰ ਮੈਨੂੰ ਇੱਕ ਗੱਲ ਦੱਸ, ਮਨਿੰਦਰ ਨਾਲ ਕਿਉਂ ਕਰੀ ਜਾਂਦੀ ਹੈ? ਮੰਮੀ ਮਨਿੰਦਰ ਨਾਲ ਮੈਂ ਨਹੀਂ ਕੀਤਾ, ਮਨਿੰਦਰ ਮੇਰੇ ਨਾਲ ਕਰਦੀ ਆ। ਸਾਨੂੰ ਤਾਂ ਪਤਾ ਨਹੀਂ ਲੱਗਿਆ ਮਨਿੰਦਰ ਨੇ ਤੇਰੇ ਨਾਲ ਕੀ ਕਰਤਾ। ਮੰਮੀ ਹੁਣ ਤੁਹਾਨੂੰ ਕੀ ਪਤਾ ਲੱਗੂਗਾ? ਮੈਂ ਦੱਸਦੀ ਹਾਂ ਤੁਹਾਨੂੰ, ਇਹਨੇ ਰਸੋਈ ਅੱਡ ਕਰ ਲਈ, ਕਹਿੰਦੇ ਤੂੰ ਆਪਦਾ ਕੰਮ ਕਰਿਆ ਕਰ, ਮੈਂ ਆਪਦਾ ਕੰਮ ਕਰਿਆ ਕਰੂੰਗੀ। ਬਸ ਫਿਰ ਮੈਂ ਤਾਂ ਉਹੀ ਗੱਲ ਕਹੀ ਸੀ ਇਹਨੂੰ ਵੀ ਹੁਣ ਤੂੰ ਆਪਦਾ ਕਰੀ, ਮੈਂ ਆਪਦਾ ਕਰੂੰ, ਇਹਦੇ 'ਚ ਮੇਰੀ ਕੀ ਗਲਤੀ ਆ? ਅੱਛਾ ਰੋਟੀ ਟੁੱਕ ਤੁਸੀਂ ਅੱਡ ਕਰ ਲਿਆ ਹੈ? ਤੁਸੀਂ ਨਹੀਂ ਮੰਮੀ, ਮਨਿੰਦਰ ਨੇ। ਨਹੀਂ ਪੁੱਤ, ਮਨਿੰਦਰ ਦਾ ਤਾਂ ਮੈਨੂੰ ਪਤਾ ਹੀ ਹੈ ਵੀ ਮਨਿੰਦਰ ਇਹੋ ਜਿਹੀ ਕੁੜੀ ਹੈ ਨੀ ਰੋਟੀ ਟੁੱਕ ਅੱਡ ਕਰਨ ਵਾਲੀ, ਇਹ ਸਾਰਾ ਤੇਰੀ ਸੱਸ ਦਾ ਕਰਿਆ ਕਰਾਇਆ। ਅੱਛਾ ਮੰਮੀ, ਤੁਸੀਂ ਤਾਂ ਯਕੀਨ ਮੰਨਣਾ ਹੀ ਨਹੀਂ ਹੁੰਦਾ, ਤੁਸੀਂ ਤਾਂ ਪਤਾ ਨਹੀਂ ਮਨਿੰਦਰ ਤੇ ਕਿਉਂ ਇੰਨਾ ਉਹ ਕਰਦੇ ਹੋ। ਮੈਂ ਯਕੀਨ ਕਿਵੇਂ ਮੰਨਾ, ਹੁਣ ਅੱਖਾਂ ਸਾਹਮਣੇ ਦੇਖ ਲਿਆ, ਉਹ ਚਾਹ ਦਾ ਕਹਿੰਦੀ ਸੀ, ਫਿਰ ਕੀ ਹੋ ਗਿਆ ਜੀ? ਉਹ ਆਈ ਕਹਿੰਦੀ ਵੀ ਲੈ ਮੈਂ ਫੜਾ ਦਾਨੀ, ਤੂੰ ਭੱਜ ਕੇ ਟਰੇ ਖੋਲੀ ਉਹਦੇ ਹੱਥ ਚੋਂ। ਖੋਈ ਨੀ ਮੰਮੀ, ਬਸ ਫਿਰ ਮੈਂ ਤਾਂ ਉਹੀ ਗੱਲ ਕਹੀ ਹੈ, ਚੱਲ ਮੈਂ ਜਦੋਂ ਬਣਾ ਹੀ ਲਈ ਸੀ ਫੜਾ ਵੀ ਮੈਂ ਆਪੇ ਦਊਂਗੀ। ਆਏ ਨੀ ਕਹਿੰਦੀ ਪੁੱਤ, ਦੇਖ ਤੂੰ ਰਲ ਕੇ ਰਹੀ ਦਾ ਹੁੰਦਾ ਹੈ, ਅੱਡ ਦਾ ਕਦੋਂ ਮਰਜ਼ੀ ਹੋਣਾ, ਅੱਡ ਦਾ ਹੋਣਾ ਹੀ ਹੁੰਦਾ ਇੱਕ ਦਿਨ। ਮੰਮੀ ਤੁਹਾਨੂੰ ਕਿੰਨੇ ਵਾਰ ਦੱਸਾਂ, ਅੱਡ ਅਸੀਂ ਨਹੀਂ ਹੋਏ, ਮਨਿੰਦਰ ਆਪ ਹੀ ਹੋਈ ਆ। ਅੱਛਾ, ਮੈਨੂੰ ਨਹੀਂ ਲੱਗਦਾ ਭਾਈ ਵੀ ਮਨਿੰਦਰ ਅੱਡ ਹੋਈ ਆ। ਚੱਲ ਕੋਈ ਨਾ, ਜੇ ਅੱਡ ਹੋ ਗਏ, ਦੁਨੀਆਂ ਦੇ ਹੁੰਦੇ ਆ ਜਿਹਦੇ ਹੁੰਦੇ ਆ, ਕਹਿੰਦੇ ਹੁੰਦੇ ਉਹਨਾਂ ਦੇ ਅੱਡ ਹੁੰਦੇ ਆ, ਫਿਰ ਵੀ ਬੰਦਾ ਰਲ ਕੇ ਰਹਿੰਦਾ ਹੁੰਦਾ, ਫਿਰ ਆਏ ਨੀ ਕਰਦਾ ਹੁੰਦਾ ਤੇਰੇ ਕੋਲ। ਮੇਰੇ ਵਾਂਗੂ ਕਰਨ ਨੂੰ ਮੰਮੀ ਮੈਂ ਕੀ ਕਰਤਾ, ਤੁਹਾਨੂੰ ਕੀ ਪਤਾ ਉਹਦਾ, ਮੇਰੇ ਨਾਲ ਹੁੰਦੀ ਆ ਨਾ ਮੈਨੂੰ ਪਤਾ ਕਿਵੇਂ ਕਰਦੇ, ਉਹ ਤਾਂ ਤੁਹਾਡੇ ਅੱਗੇ ਐ ਮਿੱਠੀ ਬਣੀ ਰਹੀ ਵੀ ਤੁਸੀਂ ਨਾ ਕਹਿ ਦੋ। ਕੀ ਕਰਤਾ ਪੁੱਤ ਤੇਰੇ ਨਾਲ ਇਹ ਜਿਹਾ, ਤੂੰ ਐ ਕਿਉਂ ਕਰਦੀ ਆ? ਇੰਨਾ ਨੀ ਕੁੜਿਆ ਕਰ, ਸਾਰਾ ਦਿਨ ਤੂੰ ਗੱਲ ਗੱਲ ਤੇ ਉਹਨੂੰ ਨਿੰਦਦੀ ਆ, ਸਾਰਾ ਦਿਨ ਐ ਨੀ ਕਰੀਦਾ ਹੁੰਦਾ ਧੀਏ। ਮੰਮੀ ਮੇਰੇ ਤੋਂ ਨਾ ਬਾਹਲੇ ਮਨਿੰਦਰ ਦੇ ਲੇਲੇ ਪੇਪੇ ਨੀ ਹੁੰਦੇ, ਜਿੰਨਾ ਕੁ ਬੁਲਾਊਗੀ ਓਨਾ ਕੁ ਬੋਲੂੰਗੀ ਮੈਂ। ਨਾ ਲੇਲੇ ਪੇਪੇ ਨੂੰ ਉਹ ਤੈਨੂੰ ਕੀ ਕਹਿੰਦੀ ਹੈ, ਤੈਨੂੰ ਮਾੜਾ ਬੋਲਦੀ ਹੈ ਕੁਛ ਹੈ ਜਾਂ ਕੋਈ ਤੇਰੇ ਪੇਕਿਆਂ ਬਾਰੇ ਕੋਈ ਮਾੜੀ ਗੱਲ ਕਹਿੰਦੀ ਹੈ? ਮਾੜਾ ਕਿਵੇਂ ਕਹੂਗੀ ਮੰਮੀ, ਉਹੋ ਜਿਹਾ ਸੁਣ ਲੂਗੀ ਫਿਰ। ਲੈ ਸੁਣ ਲੂ, ਨਾ ਤੁਸੀਂ ਆਏ ਲੜੂੰਗੀਆਂ, ਤੁਹਾਡਾ ਆਂਢ ਗੁਆਂਢ ਸੁਣੂਗਾ ਕੀ ਕਹਿਣਗੀਆਂ। ਲੈ ਫਲਾਨੇ ਦੀਆਂ ਨੂੰਹਾਂ, ਫਲਾਨੇ ਦੀਆਂ ਧੀਆਂ ਦੇਖ ਕਿਵੇਂ ਬੋਲਦੀਆਂ, ਜਦੋਂ ਕਰਦੀ ਉਹ ਮੰਮੀ ਇਹਦੇ ਵਿਚ ਮਰਜ਼ੀ ਕੀ ਹੈ ਮੇਰੀ, ਤੁਸੀਂ ਮਨਿੰਦਰ ਦੀ ਸਾਈਡ ਲੈਣੇ ਹੋ। ਨਾ ਅੱਛਾ ਮਨਿੰਦਰ ਤੇਰੇ ਨਾਲ ਕਰਦੇ, ਫਿਰ ਤੇਰੀ ਸੱਸ ਨੀ ਕਹਿੰਦੀ ਕੁਛ? ਮੰਮੀ ਵਿਚਾਰੀ ਕੀ ਕਵੇ, ਇਹ ਕਿਹੜਾ ਸੁਣਦੀ ਆ। ਮਨਿੰਦਰ ਨੇ ਕੁਛ ਕਹਿਤਾ? ਮਨਿੰਦਰ ਨੇ ਵਿਚਾਰੀ ਨੇ ਕੀ ਕਹਿਣਾ ਸੀ ਸਾਨੂੰ ਦੱਸ, ਮਨਿੰਦਰ ਨਾਲ ਕੋਈ ਗੱਲਬਾਤ ਕੀਤੀ ਹੈ? ਤੇਰੇ ਸਾਹਮਣੇ ਅਸੀਂ ਤਾਂ ਗਏ ਆ, ਸਾਹਮਣੇ ਤੇਰੇ ਆਏ ਆ, ਉਹਨੇ ਸਾਨੂੰ ਕੀ ਕਹਿਤਾ? ਨਾ ਨਾ ਮਹਾ ਕੀ ਪਤਾ ਅੱਗ ਪਿੱਛੋਂ ਕਰ ਲਈ ਹੋਵੇ ਮਨਿੰਦਰ ਨਾਲ ਗੱਲ, ਐਵੇਂ ਭਰਤਾ ਹੋਣਾ ਉਹਨੇ ਤਾਂ ਹੀ ਤੁਸੀਂ ਐਵੇਂ ਬੋਲੀ ਜਾਂਦੇ ਹੋ। ਐਡੀ ਨਾ ਮਾੜੀ ਸੋਚ ਨੀ ਸੋਚਣੀ ਚਾਹੀਦੀ, ਠੀਕ ਹੈ? ਦੋਵੇਂ ਭੈਣਾਂ ਰਲ ਕੇ ਰਿਹਾ ਕਰੋ। ਹਾਂ ਮੰਮੀ, ਸੱਸ ਨੂੰ ਤਾਂ ਨਹੀਂ ਅਕਲ। ਆਹੋ ਆਹੋ, ਮਨਿੰਦਰ ਨੂੰ ਕਿਹੜਾ ਅਕਲ ਹੈਗੀ ਆ, ਉਹਨੂੰ ਸੋਚਣਾ ਚਾਹੀਦਾ ਵੀ ਰਲ ਕੇ ਰਹਿਣਾ ਅਸੀਂ। ਦੱਸ ਰਲ ਕੇ ਰਹੋਗੀਆਂ ਤਾਂ ਸ਼ਾਬਾਸ਼ ਆ ਤੁਹਾਡੀ, ਮਨਿੰਦਰ ਨਾਲ ਕੇ ਸਾਨੂੰ ਤਾਂ ਗੱਲ ਨੀ ਦੱਸੀ ਕੋਈ ਪਹਿਲਾਂ ਵੀ ਅਸੀਂ ਅੱਡ ਹੋਣਾ ਜਾਂ ਕਿਵੇਂ ਆ। ਆਹ ਹੁਣ ਤੂੰ ਦੱਸਦੀ ਆ ਵੀ ਅੱਡ ਹੋ ਗਈ, ਰੋਟੀ ਬਣਾ ਅੱਡ ਕਰ ਲਈ ਅਸੀਂ। ਗੱਲ ਦਾ ਤਾਂ ਮੰਮੀ ਸਾਨੂੰ ਵੀ ਨੀ ਪਤਾ ਸੀ, ਇਹ ਤਾਂ ਆਪ ਹੀ ਆਪਦੀ ਮਰਜ਼ੀ ਚਲਾਉਂਦੀ ਹੈ। ਮੈਂ ਗਈ ਰਸੋਈ ਚ, ਬਸ ਕਹਿੰਦੀ ਬਸ ਅੱਜ ਤੋਂ ਬਾਅਦ ਆਪਣੀ ਰਸੋਈ ਅੱਡ ਅੱਡ, ਤੂੰ ਆਪਦਾ ਕੰਮ ਕਰਨਾ ਮੈਂ ਆਪਦਾ ਕੰਮ ਕਰਨਾ।
ਚੱਲ ਭਾਈ ਮਰਜ਼ੀ ਹੈ, ਚੱਲ ਚੰਗਾ ਕੋਈ ਗੱਲ ਨੀ, ਇਧਰੋਂ ਵਿਹਲੇ ਹੋ ਜਾਓ ਹੁਣ, ਕਣਕ ਕੁਣਕ ਜੀ ਕੱਢ ਕੇ ਕਾਲਾ ਆ ਜਾਊਗਾ, ਲੈ ਜੂ ਤੈਨੂੰ ਚਾਰ ਦਿਨ ਲਾ ਜੀ ਮੇਰੇ ਕੋਲ। ਚੰਗਾ ਅੰਮੀ। ਹਾਂ ਠੀਕ ਹੈ, ਸਾਰਾ ਦਿਨ ਕਰੀ ਜਾਂਦਾ ਕਲੇਸ਼, ਰਲ ਕੇ ਰਿਹਾ ਕਰੋ। ਹਾਂ ਹਾਂ ਰਲ ਕੇ ਰਹਿਣਾ, ਤੇ ਤੁਸੀਂ ਵੀ ਐਵੇਂ ਫੋਨ ਫੋਨ ਨਾ ਕਰਿਓ ਮਨਿੰਦਰ ਨੂੰ, ਨਾ ਹੀ ਬੁਲਾਉਣਾ ਉਹਨੂੰ, ਬਸ ਮਤਲਬ ਤੱਕ ਬੁਲਾਉਣਾ ਵੀ ਹਾਂ ਜੇ ਘਰੇ ਆ ਗਏ ਠੀਕ ਹੈ ਬੁਲਾ ਲਿਆ, ਫਾਲਤੂ ਨੀ ਬੁਲਾਉਣਾ। ਪੁੱਤ ਮੇਰੀ ਗੱਲ ਸੁਣ, ਸਾਨੂੰ ਤਾਂ ਦੋਵੇਂ ਇੱਕੋ ਜਿਹੀ ਆ, ਅਸੀਂ ਨੀ ਫਰਕ ਕਰ ਸਕਦੇ ਨਾ ਮਨਿੰਦਰ ਨਾਲ ਤੇ ਨਾ ਤੇਰੇ ਨਾਲ, ਨਾ ਤੇਰੀ ਸੱਸ ਨੂੰ ਅਸੀਂ ਕੁਝ ਕਹਿ ਸਕਦੇ ਆ। ਨਾ ਮੰਮੀ, ਉਹ ਕਿ ਤੁਹਾਡੀ ਸਕੀ ਆ ਜਿਹੜਾ ਐਂ ਕਰਦੇ ਮਨਿੰਦਰ ਨੂੰ ਨੀ ਕੁਝ ਕਹਿ ਸਕਦੇ। ਪੁੱਤ ਸਕਿਆਂ ਦੀ ਗੱਲ ਨੀ ਹੁੰਦੀ ਇਹ, ਜਿਹੜੀਆਂ ਦਰਾਣੀਆਂ ਜਠਾਣੀਆਂ ਹੁੰਦੀਆਂ ਨਾ ਮਾਂ ਪਿਓ ਨੂੰ ਇੱਕੋ ਜਿਹੀ ਹੁੰਦੀਆਂ। ਚੱਲ ਚੰਗਾ ਮੰਮੀ, ਤੁਸੀਂ ਤਾਂ ਹੀ ਕਹਿਣਾ ਹੁੰਦਾ। ਹਾਂ ਚੰਗਾ ਪੁੱਤ, ਠੀਕ ਹੈ ਠੀਕ ਹੈ। ਮਨਿੰਦਰ ਮਨਿੰਦਰ ਕਰਦੀ ਰਹਿੰਦੀ, ਮੇਰੀ ਮਾਂ ਵੀ ਪਤਾ ਨੀ ਕੀ ਕੀਤਾ ਇਹੋ ਜਿਹਾ। ਲੈ ਪੁੱਤ ਕੱਟ ਦੇ। ਕੀ ਕਹਿੰਦੀ ਬੇਬੇ? ਕਹਿਣਾ ਕੀ ਹੈ? ਕਹਿੰਦੀ ਕਿ ਮਨਿੰਦਰ ਨੇ ਕਿ ਰੋਟੀ ਟੋਕਾ ਅੱਡ ਕਰ ਲਿਆ ਕੇ। ਕਿਉਂ ਇਹੋ ਜਿਹਾ ਕੀ ਹੋ ਗਿਆ ਰੋਟੀ ਟੋਕਾ ਅੱਡ ਕਰਨ ਵਾਲਾ? ਕੀ ਪਤਾ, ਕਹਿੰਦੀ ਇਸੇ ਨੇ ਕਰਵਾਇਆ, ਕਹਿੰਦੀ ਮੈਂ ਰੋਟੀਆਂ ਅੱਡ ਬਣਵਾਉਣੀ ਹੈ ਤੇ ਇਹ ਅੱਡ ਬਣਾਉਂਦੀ ਆਪਦੀਆਂ। ਉਹ ਬੇਬੇ ਜ਼ਰੂਰ ਇਸੇ ਨੇ ਜਲੂਸ ਕੱਢਿਆ ਹੋਊਗਾ। ਹੈਂ ਨਹੀਂ, ਮਨਿੰਦਰ ਦਾ ਤਾਂ ਤੈਨੂੰ ਪਤਾ ਹੀ, ਉਹਦਾ ਸੁਭਾਅ ਹੀ ਨਹੀਂ ਹੈਗਾ ਇਹ ਜਿਹਾ ਲੜਨ ਭਿੜਨ ਵਾਲਾ। ਮਨਿੰਦਰ ਦਾ ਤਾਂ ਪਤਾ ਹੀ ਹੈ, ਇਹਨੇ ਸੱਸ ਨੇ ਉਂਗਲ ਲਾਤੀ ਹੋਊ ਵੀ ਤੂੰ ਰੋਟੀ ਆਪਣੀ ਅੱਡ ਬਣਾ ਲੈ, ਸੱਸ ਇਹਦੇ ਕੰਨੀ ਹੈ। ਉਹ ਬਸ ਫਿਰ ਉਹੀ ਗੱਲ ਆ, ਬਸ ਚੱਕ ਹੀ ਉੱਥੋਂ ਦਿੱਤੀ ਜਾਂਦੀ ਹੈ ਉਹਨੂੰ। ਦੱਸ ਨਾ ਕਮਲੀਏ, ਵੀ ਤੂੰ, ਮੈਂ ਉਹਨੂੰ ਐਂ ਕਿਹਾ ਵੀ ਅੱਡ ਇਕੱਠੇ ਚੰਗੇ ਹੁੰਦੇ ਹੋ ਕਿ ਅੱਡੋ ਅੱਡੀ ਚੰਗੇ ਹੋ ਤੁਸੀਂ? ਉਹ ਬੇਬੇ ਐਵੇਂ ਜਲੂਸ ਕੱਢੀ ਜਾਂਦੇ, ਨਾਲੇ ਆਂਢ ਗਵਾਂਢ ਹਸਾਉਂਦੀਆਂ। ਨਾ ਪਿੰਡ 'ਚ ਪਤਾ ਲੱਗੂ ਵੀ ਉਹਦੀਆਂ ਨੂੰਹਾਂ ਅੱਡ ਹੋ ਗਈਆਂ, ਫਿਰ ਕੀ ਉਹਨੂੰ ਸ਼ਾਬਾਸ਼ ਦੇਣਗੇ ਲੋਕ? ਤੇ ਉਹ ਰੋਟੀ ਟੋਕੀ ਅੱਡ ਕਰ ਲਿਆ ਗਿਆ ਤੁਸੀਂ, ਤੇ ਫਿਰ ਕਹਿ ਇੱਕ ਜਣਾ ਇੱਥੇ ਰਹਿ ਪੈਂਦਾ, ਇੱਕ ਉੱਥੇ ਖੇਤ ਵਾਲੇ ਘਰੇ ਰਹਿ ਪਉ, ਨਾਲੇ ਇੱਕ ਚੁੱਲ੍ਹੇ ਤੇ ਹਿਣਕ ਦਿਓਗਾ ਫਿਰ। ਆ ਦੇਖ ਲੈ, ਆ ਕਿ ਉੱਥੇ ਤਾਂ ਮੇਰਾ ਜੀ ਨਹੀਂ ਲੱਗਿਆ, ਐਡਾ ਵੱਡਾ ਘਰ ਸੀ ਉਹ, ਇੰਨਾ ਵਧੀਆ ਸੀ। ਉਹ ਬੇਬੇ ਚੂਗਲਾਂ ਨਹੀਂ ਕਰਨ ਨੂੰ ਮਿਲਦਾ ਉੱਥੇ ਆਂਢ ਗਵਾਂਢ 'ਚ। ਗੱਲ ਤਾਂ ਉਹੀ ਹੈ, ਇੱਥੇ ਲੋਕਾਂ ਦੀਆਂ ਕਰਨੀਆਂ ਜਿਹੜੀਆਂ ਆਪਦੇ ਘਰ ਦੇ ਪਰਦੇ ਦੱਸਣੇ ਜਾ ਕੇ ਲੋਕਾਂ ਨੂੰ ਕਰੀ ਜਾਂਦੀ, ਆਪਦੀਆਂ ਨੂੰਹਾਂ ਦੀ ਕਰੀ ਜਾਂਦੀ ਹੈ ਲੋਕਾਂ ਕੋਲੇ, ਕੱਲ ਨੂੰ ਸਰੀਕਣੀਆਂ ਇਹੀ ਇਹਨੂੰ ਮਿਹਣੇ ਦੇਣਗੀਆਂ। ਹਰਪ੍ਰੀਤ ਨੂੰ ਇੱਥੇ ਲਿਆ ਕੇ ਫਿਰ ਸਮਝਾਊਂਗਾ ਉਹਨੂੰ, ਮੈਂ ਬਾਹ ਕੇ ਨਾ ਕੱਲੀ ਨੂੰ, ਫਿਰ ਉਹਦੇ ਦਿਮਾਗ ਚ ਪਾਉ ਗੱਲ, ਤੂੰ ਬਗ ਜੀ ਭਾਈ ਲੈ ਆਈ ਉਹਨੂੰ, ਇੰਨੀ ਅਕਲ ਦੀ ਮੋਟੀ ਆ ਹੈ ਵੀ ਉਹਦੇ ਤਾਂ ਵਿਚਾਰੀ ਦੇ ਪਹਿਲਾਂ ਨੀ ਕੋਈ ਮਗਰ ਮੂਹਰੇ, ਦੂਜਾ ਉਹਨਾਂ ਨੇ ਦੇਣਾ ਕਿਹਨੂੰ ਆ ਜੇ ਤੁਸੀਂ ਕਮਾਈ ਕਰਦਾ, ਉਹ ਆਪਣਾ ਕੁਲਦੀਪ ਡਿਊਟੀ ਕਰਦਾ ਹਰਪ੍ਰੀਤ ਕੋਲੇ ਮਨਿੰਦਰ ਦੇ ਮੂੰਹ ਨੂੰ ਵਗ ਜਾਂਦੇ ਵੀ ਚੱਲ ਉਹਨੂੰ ਐ ਹੋ ਜਾਂਦਾ ਵੀ ਚੱਲ ਕੋਈ ਆਉਂਦਾ ਜਾਂਦਾ, ਨਾਲੇ ਇੱਥੇ ਦੇਖ ਲਈ ਜੇ ਕੋਈ ਖਾਣ ਨੂੰ ਪਿਆ ਹੋਇਆ ਫਰਿੱਜ ਚ ਤਾਂ ਲਿਆ ਨੀ ਲਿਆਉਣੀ ਹੈ ਮਨਿੰਦਰ। ਹਾਂਜੀ, ਉਹ ਟਿਫਨ ਦੇ ਦਿੰਦੇ ਮੈਨੂੰ ਯਾਰ, ਉਹ ਤਾਂ ਰੱਖਤਾ ਗੱਡੀ ਚ ਮੈਂ। ਅੱਛਾ, ਬਸ ਜਾਂਦੇ ਸੀ ਡਿਊਟੀ ਹੁਣ? ਹਾਂ, ਨਾਲੇ ਐਂ ਕਰੀ ਮੇਰੀ ਯੂਨੀਫਾਰਮ ਈਜੀ ਪਾ ਕੇ ਧੋਦੀ ਚੰਗਾ, ਅੱਜ ਸੈਟਰਡੇ, ਅੱਜ ਫਿਰ ਮੈਂ ਸਿਵਲ 'ਚ ਹੀ ਚੱਲਦਾ। ਠੀਕ ਹੈ ਜੀ, ਇੱਕ ਮੈਂ ਹੋਰ ਗੱਲ ਕਰਦੀ ਸੀ। ਹਾਂ ਦੱਸੋ। ਤੁਸੀਂ ਮੈਨੂੰ ਕਿਹਾ ਸੀ ਨਾ ਵੀ ਕੰਮ ਕਾਰ ਅੱਡ ਕਰ ਲੱਭਦੇ, ਮੈਂ ਕਰ ਤਾਂ ਲਈ, ਹੁਣ ਰਸੋਈ 'ਚ ਦੋ ਚੁੱਲ੍ਹੇ ਆ, ਮੈਨੂੰ ਤਾਂ ਜਮਾਂ ਚੰਗਾ ਨਹੀਂ ਲੱਗਦਾ। ਉਹ ਯਾਰ ਦੋ ਚੁੱਲ੍ਹੇ ਆ ਜਾਵੇ ਤਿੰਨ ਆ ਗਏ, ਜਿਹੜੀ ਗੱਲ ਕਹੀ ਆ ਉੱਥੇ ਤਾਂ ਰਹਿ ਨਾ ਤੂੰ। ਮੈਂ ਤਾਂ ਉਸ ਗੱਲ 'ਤੇ ਹੈਗੀ ਹਾਂ, ਪਰ ਮੰਮੀ ਨੂੰ ਵੀ ਇਸ ਗੱਲ ਦਾ ਬੁਰਾ ਲੱਗਦਾ ਨਾ, ਹੁਣ ਹਰਪ੍ਰੀਤ ਆਪਦੇ ਅੱਡ ਕੰਮ ਕਰਦੀ ਆ, ਮੈਂ ਆਪਦੇ ਅੱਡ ਕੰਮ ਕਰਦੀ ਹਾਂ। ਉਹ ਬੁਰਾ ਤਾਂ ਇਹਦਾ ਆਪਾਂ ਨੂੰ ਦੇਖ ਕੇ ਸਾਰੀ ਦੁਨੀਆਂ ਨੂੰ ਲੱਗੀ ਜਾਂਦਾ, ਫਿਰ ਤੂੰ ਸਾਰਿਆਂ ਦੇ ਘਰੇ ਜਾ ਕੇ ਸਿਰੀ ਚੱਲ ਜਾਏਗੀ, ਮੈਨੂੰ ਐਂ ਦੱਸ। ਤੁਸੀਂ ਪੁੱਠਾ ਕਦੋਂ ਚੱਲਦੇ ਹੁੰਦੇ, ਮੈਂ ਗੱਲ ਆਪਣੇ ਘਰ ਦੀ ਕਰੀ ਜਾਂਦੀ ਹਾਂ। ਉਹ ਘਰ ਦੀ ਤਾਂ ਕਰੀ ਜਾਂਦੀ ਹਾਂ, ਤੈਨੂੰ ਮੈਂ ਪੋਲੀ ਹੁੰਦੀ ਦਿਖਾ ਦੂੰਦਾ ਹੱਦਣਾ ਨੂੰ ਇੱਥੇ, ਜਿਹੜੇ ਹਿਸਾਬ ਨਾਲ ਤੈਨੂੰ ਗੱਲ ਕਹੀ ਹੈ ਚੱਲ ਤਾਂ ਸਹੀ, ਫਰਕ ਤਾਂ ਕਿੰਨਾ ਪੈਂਦਾ ਹੀ ਜਾਂਦਾ ਹੁਣੀ।
ਫਰਕ ਤਾਂ ਕੀ ਪੈਂਦਾ, ਸਗੋਂ ਹੋਰ ਗੁੱਸੇ ਹੁੰਦੇ ਜਾਂਦੇ ਮੇਰੇ ਨਾਲ ਤਾਂ। ਗੁੱਸੇ ਤਾਂ ਹੋਊਗੀ, ਕਿੱਥੇ ਉਹ ਪਲਾਥੀ ਮਾਰ ਕੇ ਬੈਠੀ ਰਹਿੰਦੀ ਸੀ, ਹੁਣ ਉਹਨੂੰ ਕੰਮ ਕਰਨਾ ਪੈਂਦਾ, ਅੰਗ ਹਿਲਾਉਣਾ ਪੈਂਦਾ, ਹੈਂ ਗੁੱਸਾ ਤਾਂ ਆਉਂਦਾ ਹੀ ਹੁੰਦਾ। ਗੁੱਸਾ ਤਾਂ ਆਉਂਦਾ, ਪਰ ਇਹ ਹਰਪ੍ਰੀਤ ਨੂੰ ਚਾਹੀਦਾ ਨਾ। ਉਹ ਯਾਰ ਹਰਪ੍ਰੀਤ ਨੂੰ ਚੰਬਲਾਇਆ ਕਿਹਨੇ ਆ, ਮੰਮੀ ਨੇ ਆ। ਹਾਂ ਇਹ ਵੀ ਆ, ਹਾਂ ਜੇ ਉਹਨੂੰ ਸਮਝਾਇਆ ਹੁੰਦਾ ਆਉਂਦੀ ਨੂੰ ਹੀ, ਉਹਦੇ ਨਾਲ ਹੱਥ ਪਾ ਕੇ ਰੱਖੀ ਹੁੰਦੀ ਕਿਸੇ ਗੱਲ 'ਤੇ, ਫਿਰ ਉਹ ਵੀ ਸਮਝਦੀ ਨਾ ਵੀ ਮੇਰਾ ਘਰ ਆ, ਉਹਨੂੰ ਤਾਂ ਹੁਣ ਮੈਂ ਬਗਾਨਾ ਹੈਗਾ ਬਸ। ਜਦੋਂ ਆਈ ਸੀ ਉਹ ਤਾਂ ਵਧੀਆ ਰਹਿੰਦੀ ਸੀ, ਆ ਮੰਮੀ ਨੇ ਦੇ ਚੱਕਰ ਨਾਲ ਉਹਨੂੰ ਐਂ ਵਿਗਾੜਤਾ ਜਮਾਂ। ਹਾਂ ਫਿਰ ਔਖੀ ਵੀ ਹੁਣ ਮੰਮੀ ਹੋਊਗੀ, ਹੁੰਦੀ ਔਖੀ ਹੁਣ ਕੰਮ ਵੇਲੇ। 13 ਦੇਣੇ ਆਪਾਂ ਕਿਹੜਾ ਉਹਨਾਂ ਨਾਲ ਕੋਈ ਵਿਤਕਰਾ ਕਰਦੇ ਹਾਂ। ਉਹੀ ਤਾਂ ਗੱਲ, ਆਪਾਂ ਕਿਹੜਾ ਅੱਡ ਹੋਣਾ ਉਹਨਾਂ ਨਾਲ। ਹਾਂ ਫਿਰ, ਪਰ ਮੈਂ ਐਂ ਸੋਚਦੀ ਕਦੇ ਹਰਪ੍ਰੀਤ ਇਹ ਗੱਲ ਮੰਮੀ ਦੇ ਮਨ 'ਚ ਭਰ ਦੇ ਨਾ ਵੀ ਅੱਡ ਹੋਣ ਨੂੰ ਫਿਰਦੇ, ਕਿਤੇ ਆਪਾਂ ਨੂੰ ਅੱਡ ਕਰ ਦੇਣ। ਤੇ ਫਿਰ ਆਪਣਾ ਹੀ ਕਰ ਦੇਣਗੇ, ਅੱਡ ਕਰ ਦੇਣਗੇ ਤਾਂ ਹੋ ਜਾਵਾਂਗੇ ਆਪਾਂ ਕਿਹੜਾ। ਚੰਗੇ ਲੱਗਦੇ ਇੰਨੇ ਟਾਈਮ ਦੇ ਇਕੱਠੇ ਰਹਿੰਦੇ, ਹੁਣ ਅੱਡ ਹੋ ਜਾਵਾਂਗੇ। ਹੈ ਮਨਿੰਦਰ, ਮੈਂ ਨਾ ਤੈਨੂੰ ਸਾਰਾ ਕੁਝ ਸੈੱਟ ਹੁੰਦਾ ਦਿਖਾ ਦੂੰ, ਤੂੰ ਐਵੇਂ ਬਾਹਲੀ ਫਿਕਰ ਨਾ ਕਰਿਆ ਕਰ, ਮਾੜੀ ਮਾੜੀ ਗੱਲ ਦੀ ਟੈਨਸ਼ਨ ਲਈ ਜਾਂਦੀ ਰਹਿੰਦੀ ਯਾਰ ਤੂੰ। ਫਿਕਰ ਤਾਂ ਹੁੰਦੀ ਆ, ਕਿਸੇ ਨੇ ਕਿਸੇ ਨੂੰ ਕੁਛ ਨਹੀਂ ਕਹਿਣਾ, ਸਾਰੇ ਮੈਨੂੰ ਹੀ ਗਲਤ ਸਮਝਣਗੇ, ਉਹ ਤਾਂ ਪਹਿਲਾਂ ਹੀ ਗਲਤ ਸਮਝਦੇ ਆ। ਉਹ ਜੇ ਤੂੰ ਬਾਹਲੀ ਚੰਗੀ ਬਣੇਗੀ ਫਿਰ ਕਿਹੜਾ ਤੈਨੂੰ ਮੈਡਲ ਦੇ ਦੇਣਗੇ ਇਹ, ਜਾਂ ਨਾਮ ਦਾ ਟਿੱਕਾ ਦੇ ਦੇਣਗੇ ਤੈਨੂੰ। ਚਲ ਦੇਖ ਲਓ ਜਿਵੇਂ ਕਰਨਾ, ਬਾਅਦ 'ਚ ਮੇਰੇ ਨਾਲ ਨਾ ਲੜਿਓ। ਉਹ ਮੈਂ ਤੇਰੇ ਨਾਲ ਕਿਉਂ ਲੜੂੰ ਜਦੋਂ ਆਪਣੀ ਗੱਲ ਹੀ ਦੋਨਾਂ ਦੀ ਰਜਾਮੰਦੀ ਨਾਲ ਹੋਈ ਜਾਂਦੀ ਆ ਸਾਰੀ। ਠੀਕ ਆ, ਚਲ ਤੁਸੀਂ ਜਾ ਲਓ ਡਿਊਟੀ 'ਤੇ, ਲੇਟ ਹੁੰਦੇ ਹੋਊਗੇ। ਆਹੋ ਚਲ ਠੀਕ ਆ, ਚੰਗਾ ਚਲ ਟਾਈਮ ਨਾ ਆਊਂਗਾ ਅੱਜ ਮੈਂ, ਫਿਰ ਸ਼ਾਮ ਨੂੰ ਚੱਲਦੇ ਆਪਾਂ। ਹਾਂ ਅੱਜ ਜਸਮੀਤ ਦੱਸਦੇ ਨੇ ਕੁਛ ਖਾਣ ਨੂੰ ਲੈ ਆਇਓ, ਉਹ ਬਾਈ ਵਾਰੀ ਦੁਕਾਨ 'ਤੇ ਭੱਜ ਜਾਂਦੀ ਆ। ਨਾਲ ਜਸਮੀਤ ਨੂੰ ਕੱਪੜੇ ਦਵਾ ਲਿਆਵਾਂਗੇ, ਅੱਜ ਸ਼ਾਮ ਨੂੰ ਚੱਲਾਂਗੇ ਆਪਾਂ। ਚੰਗਾ ਠੀਕ ਆ, ਤੁਸੀਂ ਜਲਦੀ ਆ ਜਿਓ। ਚੰਗਾ ਚਲ ਠੀਕ ਹੈ ਜੀ। ਮੰਮੀ ਮੈਨੂੰ ਮਾਫ਼ ਕਰ ਦੇ, ਅੱਗੇ ਤਾਂ ਮੈਂ ਗਲਤੀ ਨਹੀਂ ਕਰਦੀ। ਕੀ ਮੈਂ ਤੈਨੂੰ ਮਾਫ਼ ਕਰਾਂ, ਤੂੰ ਤਾਂ ਆਪ ਉਹੀ ਕੁਛ ਕਰਨ ਲੱਗ ਗਈ ਜਿਹੜਾ ਕੁਛ ਮਨਿੰਦਰ ਕਰਦੀ ਸੀਗੀ। ਚਲ ਮੰਮੀ ਹੁਣ ਨਹੀਂ ਕਰਦੀ, ਸੋਰੀ। ਚਲ ਠੀਕ ਆ, ਕੋਈ ਨਹੀਂ, ਜਾ ਕਰ ਲੈ ਕੰਮ ਆਪਦਾ ਜਿਹੜਾ ਕਰਨਾ। ਕੰਮ ਤਾਂ ਮੰਮੀ ਮੈਂ ਕਰ ਲੂੰਗੀ, ਮੈਂ ਤੁਹਾਨੂੰ ਐਂ ਪੁੱਛਦੀ ਸੀ ਜਿਹੜੀ ਆਪਾਂ ਨੂੰ ਮਾਮੇ ਨੇ ਸਕੀਮ ਦੱਸੀ ਸੀ ਉਹ ਆਪਾਂ ਕਦੋਂ ਵਰਤਾਂਗੇ। ਕੋਈ ਗੱਲ ਨਹੀਂ, ਉਹ ਵੀ ਵਰਤਾਂਗੇ, ਕਿਉਂ ਟੈਨਸ਼ਨ ਲੈਣੀ ਹੈ, ਧਿਆਨ ਸਾ ਮੇਰੀ ਸਾਰੀ ਗੱਲ। ਮੈਨੂੰ ਤਾਂ ਐਂ ਸੀ ਕਦੇ ਭੁੱਲ ਗਏ, ਤੁਸੀਂ ਮੁੜ ਕੇ ਗੱਲ ਹੀ ਨਹੀਂ ਕੀਤੀ। ਭੁੱਲਦੀ ਭੁੱਲਦੀ ਕੋਈ ਨਹੀਂ, ਸਾਰਾ ਕੁਛ ਮੇਰੇ ਯਾਦ ਹੈ, ਤੂੰ ਬਸ ਐਂ ਕਰ ਜਿਹੜੇ ਉਹ ਕੰਗਣ ਆ ਗਏ ਉਹ ਚੁੱਪ ਕਰਕੇ ਨਾ ਉਹਦੀ ਨਿਵਾਰੀ 'ਚ ਰੱਖ ਦੇ। ਠੀਕ ਹੈ, ਬਾਕੀ ਗੱਲ ਤੂੰ ਮੇਰੇ 'ਤੇ ਛੱਡ ਦੇ, ਬਸ ਆਹ ਕੰਮ ਕਰ ਦੇ, ਜਿਹੜਾ ਕੁਲਦੀਪ ਆ ਗਿਆ ਉਦੋਂ ਰੌਲਾ ਪਾਵਾਂਗੇ ਫਿਰ ਆਪਾਂ। ਹਾਂ ਮੰਮੀ ਗੱਲ ਤਾਂ ਤੁਹਾਡੀ ਸਹੀ ਆ, ਮੈਨੂੰ ਤਾਂ ਐਂ ਹੋਇਆ ਪਿਆ ਇੱਕੋ ਦੋ ਘਰੋਂ ਨਿਕਲੇ, ਮੈਨੂੰ ਤਾਂ ਬਾਹਲੀ ਭੈੜੀ ਲੱਗਦੀ ਹੈ, ਤੁਹਾਡੇ ਤੋਂ ਤੁਹਾਡਾ ਪੁੱਤ ਦੂਰ ਕਰੀ ਜਾਂਦੀ ਹੈ, ਮੇਰੇ ਤੋਂ ਮੇਰੀ ਮੰਮੀ ਅਤੇ ਭਰਾ ਦੂਰ ਕਰੀ ਜਾਂਦੀ ਹੈ। ਕੋਈ ਗੱਲ ਨਹੀਂ, ਤੂੰ ਬੇਫਿਕਰ ਹੋ ਜਾ, ਜਿਹੜੀ ਮੈਂ ਤੈਨੂੰ ਸਕੀਮ ਗਈ ਆ ਬਸ ਇਹ ਲਾ ਦੇ, ਬਾਕੀ ਫਿਰ ਦੇਖੀ ਬਾਅਦ 'ਚ ਕੀ ਬਣਦਾ। ਠੀਕ ਹੈ ਮੰਮੀ, ਬਸ ਮੈਂ ਤਾਂ ਜਿਵੇਂ ਤੁਸੀਂ ਕਹੀ ਜਾਓਗੇ ਉਵੇਂ ਹੀ ਕਰਨਾ। ਤੂੰ ਫਿਰ ਉਹਦੇ ਮਗਰ ਲੱਗ ਜਾਏਗੀ ਦੀਦੀ ਦੀਦੀ ਕਰਨ। ਨਹੀਂ ਨਹੀਂ ਮੰਮੀ ਮੈਂ ਨਹੀਂ ਲੱਗਦੀ, ਹੁਣ ਮੈਂ ਤੁਹਾਨੂੰ ਦੱਸੀ ਤਾਂ ਜਾਂਦੀ, ਮੈਂ ਤਾਂ ਲੱਗਦੀ ਬਾਹਲੀ ਭੈੜੀ ਹੈ, ਗੱਲ ਗੱਲ 'ਤੇ ਬੇਇੱਜ਼ਤੀ ਕਰਦੀ ਹੈ ਮੇਰੀ। ਚੱਲ ਕੋਈ ਨਹੀਂ, ਹੁਣ ਜਿਹੜੀ ਗੱਲ ਹੋ ਗਈ ਉਹ ਹੋ ਗਈ, ਠੀਕ ਹੈ ਨਾ, ਹੁਣ ਸੰਭਲ ਜਾ ਆਪਦਾ। ਠੀਕ ਹੈ ਮੰਮੀ, ਹੁਣ ਜਿਵੇਂ ਤੈਨੂੰ ਮੈਂ ਕਹੀ ਜਾਂਦੀ ਨਾ ਉਵੇਂ ਕਰ ਲਾ। ਠੀਕ ਹੈ, ਜਾ ਜਾ ਕੇ ਕਰ ਲਾ ਕੰਮ ਆਪਦਾ। ਚੰਗਾ ਮੰਮੀ।